ਕੀ ਕਰੀ ਜਾਂਦੇ ਹੋ ਪਾਪਾ? ਬਸ ਮਾੜੀ ਸਟੱਡੀ ਕਰ ਰਿਹਾ। ਪਿੰਕੀ ਪੁੱਤ ਕਿਵੇਂ ਚੱਲਦੀ ਡਿਊਟੀ? ਪੁੱਛੋ ਹੀ ਨਾ ਪਾਪਾ, ਬਹੁਤ ਬੋਰਿੰਗ ਜੌਬ ਆ। ਲੈ ਮੈਂ ਵੀ ਤਾਂ ਇੰਨੇ ਸਾਲ ਇਸ ਡਿਪਾਰਟਮੈਂਟ 'ਚ ਕੱਢੇ ਆ। ਓਹੋ, ਪਾਪਾ ਤੁਹਾਡਾ ਅਹੁਦਾ ਵੀ ਤਾਂ ਵੱਡਾ ਸੀ ਤੇ ਮੈਂ ਇੱਕ ਮਾਮੂਲੀ ਜਿਹੀ ਸਿਪਾਹੀ ਆ। ਚਲੋ ਕੋਈ ਗੱਲ ਨਹੀਂ, ਫਿਰ ਤਰੱਕੀ ਹੋਈ ਜੋ ਹੌਲੀ ਹੌਲੀ। ਨਾਲੇ ਪੁੱਤ ਅਹੁਦੇ ਨਾਲ ਕੋਈ ਫਰਕ ਨਹੀਂ ਪੈਂਦਾ। ਮੈਂ ਵੀ ਤਾਂ DSP ਸੀ, ਮੇਰੇ ਉੱਤੇ ਵੀ ਕਿੰਨੇ ਅਫਸਰ ਸੀ, ਮੈਂ ਵੀ ਉਹਨਾਂ ਦੇ ਨਾਲ ਉਹਦਾ ਅੰਡਰ ਹੀ ਕੰਮ ਕੀਤਾ ਲੋਕਾਂ ਦਾ। ਪਾਪਾ ਇੱਕ ਪ੍ਰੋਬਲਮ ਇਹ ਵੀ ਆ ਨਾ, ਇੱਥੇ ਸਿਰਫ ਜੈਂਟਸ ਸਟਾਫ ਹੈ, ਲੇਡੀਜ਼ ਤਾਂ ਇੱਕ ਵੀ ਨਹੀਂ ਹੈਗੀ। ਇਹ ਪੁੱਤ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਗੱਲ ਦੱਸੀ, ਮੈਂ ਤੇਰੀ ਹੁਣ ਨੂੰ ਬਦਲੀ ਕਰਾ ਦਿੰਦਾ। ਪਾਪਾ ਮੈਂ ਸੋਚਿਆ ਚੱਲ ਆਪੇ ਹੋ ਜੂਗੀ। ਚੱਲ ਕੋਈ ਨਾ, ਹੁਣ ਮੈਂ ਕੋਈ ਵਧੀਆ ਥਾਣਾ ਦੇਖ ਕੇ ਤੇਰੀ ਬਦਲੀ ਉੱਥੇ ਕਰਾ ਦੇਣਾ। ਇੱਕ ਗੱਲ ਮੈਨੂੰ ਹੋਰ ਨਹੀਂ ਵਧੀਆ ਲੱਗੀ ਇਸ ਡਿਪਾਰਟਮੈਂਟ ਦੀ ਪਾਪਾ, ਪਤਾ ਕੀ? ਮੁਲਜ਼ਮ ਨੂੰ ਨਾ ਹਜੇ ਅੱਧਾ ਘੰਟਾ ਨਹੀਂ ਹੋਇਆ ਹੁੰਦਾ ਕਸਟਡੀ 'ਚ ਲਿਆਉਂਦੇ ਨੂੰ, ਮਗਰ ਇਹ ਫੋਨ ਖੜਕਣ ਲੱਗ ਜਾਂਦੇ ਆ ਜੀ ਇਸ ਬੰਦੇ ਨੂੰ ਛੱਡ ਦੋ, ਇਹ ਤਾਂ ਸਾਡਾ ਬੰਦਾ ਹੈ। ਬੇਟੇ ਪੋਲੀਟੀਕਲ ਪ੍ਰੈਸ਼ਰ ਦੇ ਵਿੱਚ ਬਹੁਤ ਰਹਿੰਦਾ ਹੈ, ਇਹੀ ਘਾਟ ਹੈ ਸਰਕਾਰੀ ਤੰਤਰ 'ਚ। ਚਲੋ ਖੈਰ, ਨੌਕਰੀ ਤਾਂ ਪੁੱਤ ਕਰਨੀ ਪੈਂਦੀ ਹੈ। ਹਾਂਜੀ ਪਾਪਾ ਇਹ ਤਾਂ ਹੈ, ਨਾਲੇ ਇੱਕ ਗੱਲ ਹੋਰ ਦੱਸਾਂ, ਸਾਡੇ ਸਰ ਤਾਂ ਡਰਦੇ ਵਾਲਾ ਨੇ, ਕੋਈ ਵੀ ਫੋਨ ਆਉਂਦਾ ਨਾਲ ਦੇ ਨਾਲ ਮੁਲਜ਼ਮ ਨੂੰ ਛੱਡ ਦਿੰਦੇ ਆ। ਪਰ ਮੈਂ ਤਾਂ ਜਦੋਂ ਵੱਡੀ ਅਫਸਰ ਨਹੀਂ ਬਣ ਗਈ ਨਾ, ਮੈਂ ਨਹੀਂ ਕਿਸੇ ਨੂੰ ਛੱਡਦੀ। ਜਿੰਨਾ ਟਾਈਮ ਫੈਂਟਾ ਚਾੜ ਕੇ ਆਪਦੇ ਦਿਲ ਦੀ ਰੀਝ ਨਹੀਂ ਨਾ ਪੂਰੀ ਕਰ ਲੈਂਦੀ, ਉਹਨਾਂ ਟਾਈਮ ਨਹੀਂ ਕਿਸੇ ਦਾ ਫੋਨ ਚੱਕਦੀ। ਫੇਰ ਪੁੱਛਿਆ ਕਰੂੰ ਅਗਲੇ ਨੂੰ ਫੋਨ ਲਾ ਕੇ ਵੀ ਹਾਂ ਬਈ ਦੱਸ ਕੌਣ ਹੈ। ਵੱਡੇ ਅਹੁਦਿਆਂ ਦੇ ਨਾਲ ਪੁੱਤਰ ਜ਼ਿੰਮੇਵਾਰੀਆਂ ਬਹੁਤ ਵੱਧ ਜਾਂਦੀਆਂ ਨੇ, ਫੋਨ ਤਾਂ ਚੱਕਣੇ ਹੀ ਪੈਂਦੇ ਨੇ, ਜੇ ਨਹੀਂ ਫੋਨ ਚੱਕੋਗੇ ਤਾਂ ਫਿਰ ਵੱਡੇ ਅਫਸਰ ਤੁਹਾਨੂੰ ਹੈਰਾਨ ਕਰਨਗੇ। ਅਸਲ 'ਚ ਪਾਪਾ ਲੀਡਰਾਂ ਦੀ ਘਾਟ ਹੈ ਇਹ ਸਾਰੀ, ਜੇ ਲੀਡਰ ਚੱਜਦੇ ਹੋਣ ਨਾ ਫੇਰ ਹੀ ਸਿਸਟਮ ਸੈੱਟ ਰਹੇ। ਆਪਣੇ ਦੇਸ਼ ਦਾ ਸਿਸਟਮ ਤਾਂ ਲੀਡਰ ਹੀ ਨਹੀਂ ਸੈੱਟ ਆਉਣ ਦਿੰਦੇ, ਨਹੀਂ ਕਿਸੇ ਦੀ ਕੀ ਮਜ਼ਾਲ ਆ ਵੀ ਚੋਰੀ ਡਕੈਤੀ ਜਾਂ ਕੋਈ ਕਿਸੇ ਦਾ ਕਤਲ ਕਰ ਜਾਵੇ। ਲੀਡਰ ਲੋਕਾਂ ਤੋਂ ਡਰਦੇ ਨੇ ਕਿਉਂਕਿ ਉਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ, ਤਾਂ ਹੀ ਉਹ ਅਫਸਰਾਂ ਨੂੰ ਪਰੇਸ਼ਾਨ ਕਰਦੇ ਨੇ। ਪਾਪਾ ਚਾਹੇ ਕੋਈ ਵੀ ਲੀਡਰ ਜਿੱਤਿਆ ਹੋਵੇ, ਜੇ ਉਹ ਨਿਰਪੱਖ ਹੋ ਕੇ ਕੰਮ ਕਰੇ ਨਾ ਤੇ ਪੁਲਿਸ ਨੂੰ ਵੀ ਨਿਰਪੱਖ ਹੋ ਕੇ ਕੰਮ ਕਰਨ ਦੇਵੇ, ਫੇਰ ਦੇਖਿਓ ਕਿਵੇਂ ਸੁਧਾਰ ਹੁੰਦਾ। ਲੀਡਰ ਬੇਟੇ ਸਿਸਟਮ ਆਪ ਹੀ ਵਿਗਾੜਦੇ ਨੇ, ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਇੱਕ ਵਾਰੀ ਜਿੱਤ ਗਏ ਆ, ਵਾਰ ਵਾਰ ਅਸੀਂ ਜਿੱਤੀ ਜਾਈਏ। ਨਿਰਪੱਖ ਤਾਂ ਚੱਲਣ ਜੇ ਦੁਬਾਰਾ ਜਿੱਤਣ ਦੀ ਆਸ ਛੱਡਣ। ਜਿਹੜੀ ਵੀ ਸਰਕਾਰ ਆਉਂਦੀ ਹੈ ਪਾਪਾ ਪਹਿਲਾਂ ਗੱਲਾਂ ਤਾਂ ਵੱਡੀਆਂ ਵੱਡੀਆਂ ਕਰਦੇ ਨੇ, ਫੇਰ ਸਿਰਫ ਆਪਦੀਆਂ ਜੇਬਾਂ ਭਰਨ ਤੇ ਹੋ ਜਾਂਦੇ ਆ। ਜਿਹੜੀ ਦੇਸ਼ ਭਗਤੀ ਉਹਨਾਂ 'ਚ ਵੋਟਾਂ ਤੋਂ ਪਹਿਲਾਂ ਜਾਗੀ ਹੁੰਦੀ ਆ, ਜਿੱਤਣ ਤੋਂ ਬਾਅਦ ਪਤਾ ਨਹੀਂ ਕਿੱਥੇ ਮਰ ਜਾਂਦੀ ਆ। ਚੱਲ ਪਿੰਕੀ ਪੁੱਤ ਤੂੰ ਆਪਦੀ ਡਿਊਟੀ ਕਰੀ ਚੱਲ, ਕਿਉਂਕਿ ਇਹ ਸਿਸਟਮ ਦਾ ਸੁਧਰਨ ਵਾਲਾ ਹੈ ਨਹੀਂ, ਇਹ ਤਾਂ ਇੱਦਾਂ ਹੀ ਚੱਲੀ ਜਾਣਾ। ਹਾਂ ਪਾਪਾ ਇਹ ਤਾਂ ਹੈ, ਮੈਂ ਤਾਂ ਆਪਦੀ ਡਿਊਟੀ ਨਿਭਾਈ ਜਾਂਦੀ ਹਾਂ, ਪਰ ਮੇਰਾ ਨਾ ਇੱਕ ਵਾਅਦਾ ਹੈ, ਜਿੰਨਾ ਟਾਈਮ ਵੀ ਮੈਂ ਆਪਦੀ ਡਿਊਟੀ ਨਿਭਾਉਂਗੀ ਨਾ ਨਿਭਾਉਂਗੀ ਪੂਰੀ ਇਮਾਨਦਾਰੀ ਨਾਲ। ਚਾਹੀਦਾ ਇੱਦਾਂ ਹੀ ਹੈ ਬੇਟੇ, ਇਮਾਨਦਾਰੀ ਨਾਲ ਹੀ ਡਿਊਟੀ ਦੇ ਨਾਲ ਪੁੱਤ ਕੋਈ ਘਰ ਦਾ ਕੰਮ ਵੀ ਸਿੱਖ ਲੈ, ਕਿਉਂਕਿ ਤੇਰੇ ਹੁਣ ਵਿਆਹ ਦੀ ਉਮਰ ਹੋ ਰਹੀ ਹੈ, ਕੋਈ ਚੰਗਾ ਮੁੰਡਾ ਦੇਖ ਕੇ ਤੇਰਾ ਵਿਆਹ ਵੀ ਕਰ ਦਾਂਗਾ। ਓਹੋ ਪਾਪਾ ਕਿਹੋ ਜਿਹੀਆਂ ਗੱਲਾਂ ਕਰਦੇ ਹੋ, ਆਪਣੇ ਘਰੇ ਵੀ ਤਾਂ ਰਾਮੂ ਹੀ ਕੰਮ ਕਰਦਾ ਨਾ ਸਾਰਾ, ਤੇ ਸਹੁਰੇ ਵੀ ਮੈਂ ਰਾਮੂ ਨੂੰ ਨਾਲ ਹੀ ਲੈ ਜੂੰਗੀ। ਉਹ ਬੇਟੇ ਰਾਮੂ ਦਾ ਕੰਮ ਕਰਾਉਣਾ ਸਾਡੇ ਘਰੇ ਤਾਂ ਮਜਬੂਰੀ ਸੀ, ਕਿਉਂਕਿ ਤੁਹਾਡੀ ਮੰਮੀ ਦੀ ਡੈਥ ਹੋਈ ਹੋਈ ਸੀ, ਫਿਰ ਰਾਮੂ ਦਾ ਇਸ ਕਰਕੇ ਅਸੀਂ ਉਸ ਤੋਂ ਕੰਮ ਕਰਾਉਂਦੇ ਸੀ। ਹੁਣ ਤੁਸੀਂ ਉਹਨੂੰ ਆਪਣੇ ਸਹੁਰੇ ਥੋੜਾ ਲਿਜਾ ਸਕਦੇ ਹੋ, ਉੱਥੇ ਜਦੋਂ ਤੇਰੀ ਮੈਰਿਜ ਹੋ ਜੂਗੀ ਸਹੁਰੇ ਤੈਨੂੰ ਆਪਣਾ ਕੰਮ ਆਪ ਹੀ ਕਰਨਾ ਪਿਆ ਕਰੂ। ਮੈਂ ਤਾਂ ਵਿਆਹ ਹੀ ਉਸ ਘਰੇ ਕਰਵਾਉਂਗੀ ਜਿਨ੍ਹਾਂ ਦੇ ਜਾਂ ਤਾਂ ਨੌਕਰ ਰੱਖਿਆ ਹੋਵੇ ਜਾਂ ਫਿਰ ਉਸ ਘਰੇ ਜਿੱਥੇ ਸੱਸ ਜਵਾਨ ਹੋਵੇ ਆਪ ਹੀ ਕੰਮ ਕਰਦੀ ਫਿਰੇ। ਉਹ ਨਹੀਂ ਪੁੱਤ, ਤੈਨੂੰ ਆਪਣਾ ਕੰਮ ਆਪ ਹੀ ਕਰਨਾ ਪੈਣਾ, ਭਾਵੇਂ ਉਹਨਾਂ ਨੇ ਨੌਕਰ ਰੱਖਿਆ ਹੋਵੇ ਤੇ ਭਾਵੇਂ ਤੇਰੀ ਸੱਸ ਕੰਮ ਕਰਦੀ ਹੋਵੇ। ਵੈਸੇ ਮੇਰਾ ਤਾਂ ਦਿਲ ਕਰਦਾ ਨਾ ਮੈਂ ਵਿਆਹ ਕਰਵਾਵਾਂ ਹੀ ਨਾ। ਪਾਪਾ ਤੁਸੀਂ ਆਪ ਹੀ ਦੇਖ ਲਓ, ਮੋਦੀ ਤੇ ਰਾਹੁਲ ਗਾਂਧੀ ਵੀ ਤਾਂ ਛੜੀ ਫਿਰਦੇ ਨੇ। ਉਹ ਨਹੀਂ ਪੁੱਤ, ਧੀਆਂ ਨੂੰ ਪੁੱਤ ਘਰੇ ਨਹੀਂ ਰੱਖਿਆ ਜਾਂਦਾ, ਧੀਆਂ ਤਾਂ ਤੋੜਨੀਆਂ ਪੈਂਦੀਆਂ ਨੇ। ਓਹੋ ਮਾਇਆਵਤੀ ਨੇ ਕਿਹੜਾ ਕਰਾਇਆ, ਉਹ ਵੀ ਤਾਂ ਅਨਮੈਰਿਡ ਹੈ, ਜਨਾਨੀ ਆ ਉਹ ਵੀ।
ਉਹ ਲੀਡਰ ਲੋਕ ਨੇ ਪੁੱਤ, ਆਪਾਂ ਆਮ ਲੋਕ ਆ, ਆਪਾਂ ਨੂੰ ਵੀ ਆਪਣੀ ਕਬੀਲਦਾਰੀ ਚਲਾਣੀ ਪੈਣੀ ਹੈ। ਉਹ ਪਾਪਾ ਲੀਡਰ ਬਣਨਾ ਕਿੰਨਾ ਔਖ ਹੈ, ਮੈਂ ਬਣ ਜਾਂਦੀ ਹਾਂ। ਜਦੋਂ ਦਿੱਤੇ ਨਾ ਚਾਰਕ ਭਾਸ਼ਣ ਤੱਤੇ ਜੇ ਸੋਸ਼ਲ ਮੀਡੀਆ ਤੇ, ਲੋਕ ਤਾਂ ਆਪੇ ਮਗਰ ਲੱਗ ਜਾਣਗੇ। ਉਹ ਚੱਲ ਤੇਰਾ ਜਦੋਂ ਵਿਆਹ ਹੋਊ ਦੇਖੀ ਜਾਊ, ਤੇ ਹੁਣ ਤੂੰ ਗੱਲਾਂ ਦਾ ਕੜਾਹ ਨਾ ਬਣਾ ਤੇ ਆਪਦੀ ਡਿਊਟੀ ਜਾ। ਪਾਪਾ ਗੱਲਾਂ ਦਾ ਕੜਾਹ ਨੀ ਬਣਾਉਂਦੀ, ਮੈਂ ਤਾਂ ਨਾ ਜੋਤ ਨੂੰ ਉਡੀਕਦੀ ਸੀ, ਬਸ ਉਹ ਆਉਣ ਵਾਲੀ ਆ, ਫਿਰ ਮੈਂ ਬਦਲ ਜਾਂਦੀ ਹਾਂ। ਤੇਰੀ ਬਦਲੀ ਬੇਟੇ ਮੈਂ ਉਸੇ ਥਾਣੇ 'ਚ ਕਰਾ ਦਿੰਦਾ ਜਿੱਥੇ ਤੇਰੀ ਫਰੈਂਡ ਜੋਤ ਆ। ਫਿਰ ਤਾਂ ਪਾਪਾ ਵਧੀਆ, ਜੇ ਉਹਦੇ ਨਾਲ ਮੇਰੀ ਡਿਊਟੀ ਹੋ ਜੇ ਨਾਲੇ ਦਿਨ ਵਧੀਆ ਲੰਘ ਜਾ ਕਰੂਗਾ। ਓਏ ਤੇ ਬੇਟੇ ਵਿਆਹ ਤਾਂ ਕੀ ਹੈ, ਵਿਆਹ ਤੋਂ ਬਾਅਦ ਤਾਂ ਜੋਤ ਕਿੱਥੇ ਤੇ ਤੂੰ ਕਿੱਥੇ, ਫਿਰ ਤੇਰੇ ਸਹੁਰਿਆਂ ਨੂੰ ਜਿੱਥੇ ਠੀਕ ਲੱਗੂਗਾ ਉੱਥੇ ਡਿਊਟੀ ਕਰਾਉਣਗੇ। ਪਾਪਾ ਮੇਰੇ ਨਾਲ ਨਾ ਵਿਆਹ ਦੀਆਂ ਗੱਲਾਂ ਦੁਬਾਰਾ ਨਾ ਕਰੋ, ਮੰਮਾ ਸਾਹਿਬ ਦਾ ਮੂਡ ਸੈੱਟ ਕੀਤਾ ਸੀ। ਉਹ ਚੱਲ ਸ਼ੇਰ ਪੁੱਤ, ਨਹੀਂ ਕਰਦੇ ਤੇਰਾ ਵਿਆਹ, ਫਿਰ ਤਾਂ ਖੁਸ਼ ਹੈ। ਹਾਂ ਹਾਂ ਪੂਰੇ ਖੁਸ਼ ਹਾਂ, ਮੈਂ ਤਾਂ ਆਪਦੇ ਬਾਪੂ ਦੇ ਘਰੇ ਰਹਿ ਕੇ ਸਰਦਾਰੀ ਕਰਨੀ। ਉਹ ਨਹੀਂ ਬੇਟੇ, ਧੀਆਂ ਘਰ ਨਹੀਂ ਰੱਖੀਆਂ ਜਾਂਦੀਆਂ, ਇਹ ਤੋੜਨੀਆਂ ਹੀ ਪੈਂਦੀਆਂ ਨੇ। ਕਰਤੀ ਨੂੰ ਫਿਰ ਉਹੀ ਗੱਲ। ਮੁਬਾਰਕਾਂ ਮਾਤਾ ਕਾਲਾ ਸਾਹਿਬ ਦੀ ਤਰੱਕੀ ਦੀਆਂ। ਰਾਜੀ ਰਹਿ ਪੁੱਤ, ਰੱਬ ਤੈਨੂੰ ਵੀ ਵਧਾਵੇ। ਚੱਲ ਕੁੜ ਕੁਲਵਿੰਦਰ, ਲਿਆ ਕੁਰਸੀ ਜਵਾਈ ਭਾਈ ਆਇਆ। ਮਾਤਾ ਹੁਣ ਤਾਂ ਦੱਸਿਆ ਨੀ ਆ ਵੀ ਪਾਰਟੀ ਦੇਣੀ ਪਊਗੀ, ਉਹ ਤਾਂ ਕੁਲਵਿੰਦਰ ਨੇ ਫੋਨ ਕਰਤਾ ਮੈਨੂੰ। ਪੁੱਤ ਕੁਲਵਿੰਦਰ ਨੂੰ ਵੀ ਮੈਂ ਹੀ ਕਿਹਾ ਸੀ ਫੋਨ ਕਰਨ ਨੂੰ। ਹੋਰ ਸੁਣਾ, ਤੇਰੇ ਮੰਮੀ ਡੈਡੀ ਠੀਕ ਹੈ? ਹਾਂਜੀ ਹਾਂਜੀ ਠੀਕ ਹੈ। ਅੱਛਾ, ਬਹਿ ਜਾ ਫਿਰ। ਮੰਮੀ ਨੇ ਹੀ ਕਿਹਾ ਸੀਗਾ ਜੀ ਫੋਨ ਕਰਨ ਨੂੰ, ਨਹੀਂ ਤਾਂ ਮੇਰੇ ਦਿਮਾਗ 'ਚੋਂ ਵੀ ਨਿਕਲ ਗਿਆ ਸੀ। ਹੋਰ ਉਹ ਦਿਮਾਗ 'ਚੋਂ ਕੌਣ ਨਿਕਲ ਗਿਆ, ਪਾਰਟੀ ਦੇਣ ਦੇ ਬਾਰੇ ਡਰ ਗਏ, ਅੱਜ ਤਾਂ ਹੁਣੇ ਫੋਨ ਕੀਤਾ ਵੀ ਮੇਰਾ ਆਵਾ ਵੱਧ ਗਿਆ। ਪੱਤੋ ਕੰਮ ਕਾਰ 'ਚ ਭੁੱਲ ਗਿਆ ਹੋਣਾ, ਨਹੀਂ ਤਾਂ ਜ਼ਰੂਰ ਦੱਸਦਾ। ਉਹ ਮਾਤਾ ਤਾਂ ਹੁਣੇ ਭੁੱਲਣ ਲੱਗ ਗਿਆ, ਵਿਆਹ ਕਰਾ ਕੇ ਉਹਦਾ ਵੀ ਬਣੂਗਾ, ਇਹ ਤਾਂ ਕਬੀਲਦਾਰ ਵੀ ਨਹੀਂ ਗੱਲ ਪਈ ਉਹਦੇ। ਕੋਈ ਨਹੀਂ ਪੁੱਤ, ਵਿਆਹ ਵੀ ਕਰਾਂਗੇ, ਕੋਈ ਕਬੀਲਦਾਰ ਘਰ ਦੀ ਕੰਮ ਕਾਰ ਵਾਲੀ ਕੁੜੀ ਲੱਭਦੇ ਹਾਂ। ਨਾ ਨਾ ਮੰਮੀ, ਕੁੜੀ ਤਾਂ ਆਪਾਂ ਨੌਕਰੀ ਵਾਲੀ ਹੋਈ ਲਵਾਂਗੇ, ਆ ਘਰ ਦੇ ਕੰਮ ਕਾਰ ਤਾਂ ਨਾਲ ਨਾਲ ਚੱਲੀ ਜਾਂਦੇ ਹੁੰਦੇ ਆ। ਚੱਲ ਕੋਈ ਨਹੀਂ ਪੁੱਤ, ਕੁੜੀ ਚਾਹੇ ਨੌਕਰੀ ਵਾਲੀ ਲੈ ਲਿਓ, ਪਰ ਪੁਲਿਸ ਵਾਲੀ ਨਾ ਲਿਓ, ਉਹ ਤਾਂ ਹੱਥ ਤੇ ਮੂੰਹ ਨਾ ਦੋਨੇ ਖੁੱਲੇ ਹੁੰਦੇ ਨੇ। ਨਾ ਮੇਰੀ ਗੱਲ ਸੁਣੋ, ਮੈਂ ਨੀ ਪੁਲਿਸ ਵਾਲੇ ਨਾਲ ਵਿਆਹ ਕਰਾਇਆ, ਫਿਰ ਮੇਰੇ ਭਾਈ ਵਾਸਤੇ ਅਸੀਂ ਪੁਲਿਸ ਵਾਲੀ ਕੁੜੀ ਕਿਉਂ ਨਾ ਲਈਏ, ਅਸੀਂ ਤਾਂ ਪੁਲਿਸ ਵਾਲੀ ਕੁੜੀ ਲਵਾਂਗੇ। ਪੁੱਤ ਰਿਸ਼ਤੇ ਵੀ ਪੁਲਿਸ ਵਾਲੀਆਂ ਦੇ ਆ ਰਹੇ ਨੇ, ਅਗਲੇ ਨੂੰ ਇਹ ਆ ਵੀ ਭਾਈ ਮੁੰਡਾ ਪੁਲਿਸ 'ਚ ਨੌਕਰੀ ਕਰਦਾ, ਨੂੰਹ ਵੀ ਪੁਲਿਸ ਵਾਲੀ ਭਾਲਣਗੇ। ਮੰਮੀ ਪਰ ਇੱਕ ਗੱਲ ਇਹ ਵੀ ਆ, ਜੇ ਪੁਲਿਸ ਵਾਲੀ ਕੁੜੀ ਨਾਲ ਵਿਆਹ ਹੋ ਗਿਆ ਵੀਰੇ ਦਾ, ਤਾਂ ਫਿਰ ਕੱਲ ਨੂੰ ਸਾਰੇ ਜਵਾਕ ਤੈਨੂੰ ਹੀ ਪਾਲਣੇ ਪੈਣਗੇ, ਇਹ ਸੋਚ ਲਾ ਤੂੰ। ਆਹੋ ਇਹ ਗੱਲ ਚੰਗੀ ਆ, ਪਹਿਲਾਂ ਤੁਹਾਨੂੰ ਪਾਲਿਆ, ਫੇ ਮੈਂ ਹੁਣ ਆਪਣੇ ਜਵਾਕਾਂ ਦੇ ਗਾਹਾਂ ਜਵਾਕ ਪਾਲੂੰਗੀ, ਮੈਂ ਤਾਂ ਭਾਈ ਜਵਾਕ ਪਾਲਣ ਜੋਗੀ ਰਹਿ ਗਈ। ਮੈਂ ਜਵਾਕ ਤਾਂ ਪਾਲਣੇ ਹੀ ਪੈਣੇ ਆ, ਉਹ ਕਹਿੰਦੇ ਨਹੀਂ ਹੁੰਦੇ ਮੂਲ ਨੋ ਵਿਆਜ ਪਿਆਰਾ। ਸਹੀ ਗੱਲ ਹੈ ਪੁੱਤ, ਕੁੜੀ ਤੁਸੀਂ ਘਰੇਲੂ ਕੰਮ ਕਰਾ ਦਿਓ, ਨੌਕਰੀ ਵਾਲੇ ਘਰੇ ਆਉਂਦੇ ਨਾ ਰਿਸ਼ਤੇਦਾਰ ਵੀ 100 ਵਾਰ ਸੋਚਦੇ ਨੇ। ਹਾਂ ਇਹ ਗੱਲ ਤਾਂ ਹੈਗੀ ਆ ਜੀ, ਦੋਨੇ ਜਣੇ ਨੌਕਰੀ ਤੇ ਹੁੰਦੇ ਨੇ, ਆ ਐਤਵਾਰ ਦੀ ਛੁੱਟੀ ਹੁੰਦੀ ਆ, ਉਸ ਦਿਨ ਤਾਂ ਜ਼ਾਹਿਰ ਉਹਦੇ ਕੰਮ ਹੀ ਨਹੀਂ ਮੁੱਕਦੇ ਹੈਗੇ, ਕੱਪੜਾ ਲੀੜਾ ਹੀ ਮੰਮੀ ਲੋਟ ਨਹੀਂ ਆਉਂਦਾ ਧੋਣ ਵਾਲਾ। ਹੋਰ ਸਹੀ ਗੱਲ ਆ ਪੁੱਤ, ਆ ਦਾਦੇ ਮੰਗਾਉਣੀਆਂ, ਨੌਕਰੀਆਂ ਕਰਨੀਆਂ ਕਿਹੜਾ ਸੌਖੀਆਂ ਆ। ਹੋਰ ਮਾਤਾ, ਸਾਡੇ ਡਿਪਾਰਟਮੈਂਟ ਦਾ ਐਤਵਾਰ ਸਾਡੇ ਤਿਉਹਾਰਾਂ ਦੀ ਛੁੱਟੀ ਨਹੀਂ ਹੁੰਦੀ, ਤਿਉਹਾਰ ਵੀ ਸੜਕਾਂ ਤੇ ਲੰਘਦੇ ਨੇ। ਕੁੜੇ ਕੁੜੀਏ ਤੂੰ ਵੀ ਇੱਥੇ ਬੈਠ ਕੇ ਗੱਲਾਂ ਕਰਨ, ਜਾਂ ਚਾਹ ਦਾ ਘੁੱਟ ਬਣਾ। ਹਾਂਜੀ ਮੰਮੀ ਬਣਾਉਂਦੀ ਹਾਂ, ਬਸ ਤੁਹਾਨੂੰ ਪਤਾ ਤਾਂ ਹੈਗਾ ਮੈਂ ਤਾਂ ਆਪ ਗੱਲਾਂ ਦੀ ਗੱਲਾਂ ਕਰੂੰਗਾ। ਠੰਡ ਹੈ ਮੋਟਰਸਾਈਕਲ ਤੇ ਲੱਗਦੀ। ਆ ਪੁੱਤ ਜਿਹੜੀਆਂ ਪੁਲਿਸ ਵਾਲੀਆਂ ਕੁੜੀਆਂ ਆ, ਇਹ ਵੀ ਭਲਾ ਰਾਤ ਦੀ ਡਿਊਟੀ ਕਰਦੀਆਂ, ਇਹਨਾਂ ਨੂੰ ਤਾਂ ਛੁੱਟੀ ਹੁੰਦੀ ਹੋਣੀ ਆ ਕਿ ਨਹੀਂ? ਨਹੀਂ ਮਾਤਾ, ਕੱਲੀ ਤਿਆਰਾ ਤਿਆਰਾ ਛੁੱਟੀ ਹੁੰਦੀ ਆ ਕੁੜੀਆਂ ਨੂੰ, ਸਾਨੂੰ ਕੋਈ ਛੁੱਟੀ ਨਹੀਂ ਮਿਲਦੀ। ਅੱਛਾ ਚਲੋ ਭਾਈ, ਚਲੋ ਪੁੱਤ ਇੰਨਾ ਆ ਵੀ ਕੰਮ ਕਾਰ ਤਾਂ ਲੱਗੇ ਹੋਏ ਹੋ, ਸਰਕਾਰੀ ਨੌਕਰੀ ਦਾ ਫਾਇਦਾ ਤਾਂ ਹੈ, ਚੜੇ ਮਹੀਨੇ ਤਨਖਾਹ ਆ ਜਾਂਦੀ ਆ, ਆ ਪ੍ਰਾਈਵੇਟ ਨੌਕਰੀਆਂ ਨਾਲ ਤਾਂ ਘਰ ਦਾ ਗੁਜ਼ਾਰਾ ਹੀ ਨਹੀਂ ਚੱਲਦਾ। ਹੋਰ ਮਾਤਾ ਇਹ ਗੱਲ ਤਾਂ ਸਹੀ ਆ।
ਮੈਨੂੰ ਲੱਗਦਾ ਵੀਰਾ ਆ ਗਿਆ, ਮੈਂ ਗੇਟ ਖੋਲ ਕੇ ਆਉਣੀ ਆ। ਬਿਲਕੁਲ ਮੂੰਹ ਮਿੱਠਾ ਕਰ ਲੈ। ਮੈਨੂੰ ਦੱਸਤਾ ਹੋਊਗਾ, ਮੈਨੂੰ ਤਾਂ ਪਤਾ ਨੀ ਸੀ, ਨਹੀਂ ਤਾਂ ਮੈਂ ਵੀ ਖਾਣ ਨੂੰ ਕੁਛ ਨਾ ਕੁਛ ਲੈ ਹੀ ਆਉਂਦਾ। ਹੁਣ ਦੱਸੋ ਕੀ ਖਾਣਾ ਜੀ ਲੈ ਆਉਣਾ? ਖਾਂਦੇ ਪੀਂਦੇ ਜਵਾਨੀ ਆਉਂਦੇ ਨੇ, ਆਪਾਂ ਤਾਂ ਪੀਨੇ ਆ ਯਾਰ, ਮੂੰਹ ਕਾਲਾ ਕਰਾਂਗੇ ਲਿਆਇਆ। ਅੱਛਾ ਕੋਈ ਗੱਲ ਨੀ, ਮੂੰਹ ਕਾਲਾ ਕਰਾਉਂਦੇ ਮੈਂ ਲਿਆਉਣਾ ਹੁਣੀ। ਨਹੀਂ ਨਹੀਂ ਬਹਿ ਯਾਰ, ਮੈਂ ਤਾਂ ਹੱਸ ਦਾਂਗਾ, ਮੈਂ ਤਾਂ ਨਾਲ ਦੇ ਬੰਨਾ ਇਨਕੁਆਇਰੀ ਕਰਨ ਆਇਆ ਸੀਗਾ, ਡਿਊਟੀ ਤੇ ਆ, ਡਿਊਟੀ ਤੇ ਫਿਰ ਚੰਗਾ ਲਾ ਦਾਂਗਾ। ਅੱਛਾ ਕੋਈ ਗੱਲ ਨਹੀਂ, ਫਿਰ ਤੁਸੀਂ ਡਿਊਟੀ ਤੋਂ ਫ੍ਰੀ ਹੋ ਕੇ ਆਇਓ, ਫਿਰ ਕਰਾਂਗੇ ਆਪਾਂ ਪਾਰਟੀ ਮਿਲ ਕੇ। ਬਸ ਹੁਣ ਤਾਂ ਯਾਰ ਵਿਆਹ ਕਰਾ ਤੁਸੀਂ ਸਥਿਤੀ, ਪਾਰਟੀ ਤਾਂ ਫਿਰ ਵਿਆਹ 'ਚ ਲਵਾਂਗੇ। ਵਿਆਹ ਵਾਸਤੇ ਤਾਂ ਲਿਆ ਸੀ, ਕੁੜੀ ਵੀ ਨਹੀਂ ਦੇਖੀ, ਵਿਆਹ ਦਾ ਕੀ ਪਤਾ ਕਦੋਂ ਆਉਣਾ। ਤੁਸੀਂ ਪਾਰਟੀ ਨਾ ਲੇਟ ਕਰੋ, ਪਹਿਲਾਂ ਪਾਰਟੀ ਓ ਲੈ ਲਓ। ਯਾਰ ਤੁਹਾਨੂੰ ਦੇਖ ਕੇ ਨਾ, ਹੁਣੇ ਵਿਆਹ ਕਰਾ ਲਾ, ਹੁਣ ਤਾਂ ਤੇਰੀ ਵਿਆਹ ਦੀ ਉਮਰ ਆ, ਨਾਲੇ ਅੱਜ ਕੱਲ੍ਹ ਕੁੜੀਆਂ ਦਾ ਇਲਾਜ ਕਰ ਬਾਹਰ ਜਾ ਰਹੇ ਨੇ, ਪੂਰੇ ਕਿਹੜੀਆਂ ਰਹੀਆਂ। ਹੋਰ ਪੁੱਤ ਕਰਦੇ ਆ, ਹੁਣ ਇਹਦਾ ਵੀ ਵਿਆਹ, ਨਾਲ ਦੇ ਤਾਂ ਸੁਖ ਨਾ ਜਵਾਕਾਂ ਜਲਿਆਂ ਵਾਲੇ ਹੋ ਗਏ। ਮੇਰਾ ਭਾਈ ਤਾਂ ਤੁਹਾਡੇ ਨਾਲੋਂ ਅਹੁਦੇ 'ਚ ਵੀ ਉੱਚਾ ਹੋ ਗਿਆ, ASI ਬਣ ਗਿਆ ਅਗਲਾ, ਰਿਸ਼ਤੇ ਵਾਲੇ ਤਾਂ ਮਗਰ ਮਗਰ ਫਿਰਨਗੇ, ਭੱਜ ਕੇ ਰਿਸ਼ਤਾ ਹੋਊ। ਉਹ ASI ਛੱਡ ਨਾ, ਚਾਹੇ DGP ਬਣ ਜੇ, ਪਰ ਸਾਲਿਆ ਉਹਦਾ ਨਾ ਪੁਰਾਣੇ ਤੋਂ ਉੱਪਰ ਨਹੀਂ ਹੋ ਸਕਦਾ। ਲੈ ਹੋਰ ਪੁੱਤ, ਪੁਰਾਣੇ ਦੀ ਤੌਰ ਤਾਂ ਸੁੱਖ ਨਾ ਵੱਖਰੀ ਹੁੰਦੀ ਹੈ, ਤੇਰੇ ਮੋਹਰੇ ਇਹ ਕਾਹਦਾ ਅਫਸਰ ਆ। ਵੀਰੇ ਕੁੜੀ ਕੋਈ ਮਾਸਟਰ ਨੀ ਡਾਕਟਰ ਨੀ ਦੇਖੀਏ ਜਾਂ ਪੁਲਿਸ ਵਾਲੀ ਨਾਲ ਹੀ ਕਰਾਏਗਾ? ਇਹ ਤਾਂ ਭੈਣੇ ਸੰਜੋਗਾਂ ਦੀ ਗੱਲ ਆ, ਜਿਹਦੇ ਨਾਲ ਸੰਜੋਗ ਹੋਏ ਆਪ ਹੀ ਹੋ ਜਾਣਾ। ਵੀਰੇ ਸੰਜੋਗ ਵੀ ਤਾਂ ਹੀ ਮਿਲਣਗੇ ਜੇ ਆਪਾਂ ਮਿਲਾਵਾਂਗੇ, ਹੋਰ ਕਿਹੜਾ ਬੈਠੇ ਬਿਠਾਈ ਸੰਜੋਗ ਮਿਲ ਜਾਣਗੇ। ਤੁਸੀਂ ਨਾ ਕੋਈ ਕੰਮ ਕਾਰ ਵਾਲੀ ਕੁੜੀ ਦੇਖ ਲਓ, ਨਾਲੇ ਇਹਦੇ ਆਉਂਦੇ ਬਦਲਦੀ ਨੇ, ਪੈਸੇ ਤਾਂ ਵਾਧੂ ਹੀ ਤਨਖਾਹ ਆਇਆ ਕਰਨੀਆਂ। ਪੁੱਤ ਗੱਲ ਤਾਂ ਸਬਰ ਦੀ ਆ, ਤਨਖਾਹ ਭਾਵੇਂ ਦੋਹਾਂ ਦੀ ਆਈ ਜਾਵੇ ਜਾਂ ਸਾਡੇ ਮਨ ਨੂੰ ਸਬਰ ਹੀ ਨਹੀਂ, ਫਿਰ ਕੁਛ ਨਹੀਂ ਹੈਗਾ ਇੱਥੇ। ਤੂੰ ਕਾਹਤੇ ਨਹੀਂ ਕੁਛ ਬੋਲਦਾ, ਹੈ ਚੁੱਪ ਜਿਹਾ ਬੈਠਾ, ਦੇਖੀ ਕਿਤੇ ਕੋਈ ਕੁੜੀ ਤਾਂ ਨਹੀਂ ਪਸੰਦ ਕਰੀ ਫਿਰਦਾ? ਮੈਂ ਕੋਈ ਨਹੀਂ ਦੇਖੀ ਹੋਈ, ਜਿੱਥੇ ਤੁਹਾਡਾ ਦਿਲ ਕਰੂ ਆਪੇ ਕਰ ਦਿਓ ਤੁਸੀਂ ਦੇਖ ਕੇ। ਪੁੱਤ ਵਿਆਹ ਤਾਂ ਤੇਰਾ ਕਰਾਂਗੇ ਕਿਸੇ ਪੜ੍ਹੀ ਲਿਖੀ ਕਬੀਲਦਾਰ ਘਰ ਦੀ ਕੁੜੀ ਨਾਲ, ਜਿਹੜਾ ਘਰ ਦਾ ਸਾਰਾ ਕੰਮ ਕਾਰ ਕਰੇ। ਮਾਤਾ ਜਿਹੜੀ ਪੜ੍ਹੀ ਲਿਖੀ ਕੁੜੀ ਹੋਊ ਉਹ ਤਾਂ ਨਹੀਂ ਫਿਰ ਘਰ ਦਾ ਕੰਮ ਕਰਦੀ, ਉਹ ਤਾਂ ਫਿਰ ਨੌਕਰੀ ਤੇ ਲੱਗੂਗੀ। ਲੈ ਤੇਰੀ ਭੈਣ ਕਿਹੜੀ ਨੌਕਰੀ ਕਰਦੀ ਆ, ਇਹ ਵੀ ਗ੍ਰੈਜੂਏਟ ਆ, ਘਰੇ ਕੰਮ ਕਾਰੇ ਕਰਦੀ ਆ। ਪੁੱਤ ਪੜ੍ਹੀ ਲਿਖੀ ਕੁੜੀ ਦਾ ਇਹ ਫਾਇਦਾ ਹੈ ਵੀ ਜਵਾਕਾਂ ਨੂੰ ਟਿਊਸ਼ਨਾਂ ਤੇ ਨਹੀਂ ਭੇਜਣਾ ਪੈਣਾ, ਨਾਲੇ ਪੜ੍ਹੀ ਲਿਖੀਆਂ ਕੁੜੀਆਂ ਨੂੰ ਨਾ ਲੋਨ ਪਾਉਣ ਦੀ ਬਹੁਤ ਅਕਲ ਹੁੰਦੀ ਹੈ। ਪੁਲਿਸ ਵਾਲੀਆਂ ਕੁੜੀਆਂ ਨੇ ਪਰਿਵਾਰ ਨੂੰ ਟਾਈਮ ਨਹੀਂ ਦੇ ਸਕਦੀਆਂ, ਹੁਣ ਅਸੀਂ ਦੇਖਦੇ ਹਾਂ ਨਾ ਡਿਊਟੀ ਮੈਚ ਹੋਵੇ। ਆਪਾਂ ਤਾਂ ਪੁੱਤ ਕਿਸੇ ਭੋਲੀ ਭਾਲੀ ਕੁੜੀ ਦਾ ਰਿਸ਼ਤਾ ਲਵਾਂਗੇ ਜਿਹੜੀ ਨਾ ਮੈਨੂੰ ਮੰਮੀ ਜੀ ਕਰਦੀ ਫਿਰੇ। ਭੋਲੇ ਵਾਲੇ ਜਵਾਨੇ ਤਾਂ ਹੁਣ ਗਏ, ਹੁਣ ਤਾਂ ਕੁੜੀਆਂ ਬਹੁਤ ਚੁਸਤ ਚਲਾਕ ਨੇ। ਨਾ ਨਾ ਵੀਰੇ, ਆਪਾਂ ਤਾਂ ਕੁੜੀ ਪੂਰੀ ਦੇਖ ਪਰਖ ਕੇ ਲਵਾਂਗੇ, ਸੁੱਖ ਨਾਲ ਮਾਂ ਆਪਣੇ ਤਾਂ ਮੁੰਡਾ ਵੀ ਇੱਕ ਆ, ਜੇ ਕੱਲ ਨੂੰ ਕੋਈ ਚੁਸਤ ਚਲਾਕ ਆ ਗਈ ਉਹਨੇ ਨਾ ਕੱਟਿਆ ਤੇਰੇ ਨਾਲ, ਫਿਰ ਐ ਥੋੜੀ ਹੋਊਗਾ ਵੀ ਚੱਲ ਇੱਕ ਨੇ ਨਹੀਂ ਕੱਟਿਆ ਮਾਂ ਨਾਲ ਤਾਂ ਦੂਜੀ ਨਾਲ ਕੱਟ ਲੂ, ਸਾਰੀ ਜ਼ਿੰਦਗੀ ਰਹਿਣਾ ਤਾਂ ਇੱਕ ਨਾਲ ਹੀ ਆ। ਸਹੀ ਗੱਲ ਹੈ ਪੁੱਤ, ਮੈਨੂੰ ਤਾਂ ਆਪ ਕਈ ਵਾਰੀ ਸੋਚ ਕੇ ਨਾ ਡਰ ਜਿਹਾ ਲੱਗਣ ਲੱਗ ਜਾਂਦਾ ਵੀ ਮੇਰੀ ਨੂੰਹ ਕਿਵੇਂ ਦੀ ਹੋਊਗੀ। ਥੋੜਾ ਬਹੁਤ ਮਾਤਾ ਆਪਣੇ ਤੇ ਵੀ ਡਿਪੈਂਡ ਕਰਦਾ, ਜੇ ਆਪਾਂ ਅਗਲੀ ਨੂੰ ਪਿਆਰ ਨਾਲ ਰੱਖਾਂਗੇ ਤਾਂ ਅਗਲੀ ਵੀ ਤਾਂ ਪਿਆਰ ਨਾਲ ਰਹੂਗੀ। ਇਹ ਤਾਂ ਹੈ ਪੁੱਤ, ਇਹ ਤਾਂ ਹੱਥ ਨੂੰ ਹੱਥ ਹੈ। ਕੁੜੀ ਚਾਹੇ ਨੌਕਰੀ ਲਿਓ ਚਾਹੇ ਬਿਨਾਂ ਨੌਕਰੀ ਵਾਲੀ ਲਿਓ, ਪਰ ਆਪਣੇ ਨਾਲ ਗੱਲ ਖੋਲਿਓ ਵੀ ਸਾਡੇ ਚਾਰ ਰਿਸ਼ਤੇਦਾਰ ਆਏ ਤੇ ਨਾ ਮੱਥੇ ਵੱਟ ਨਾ ਪਾਵੇ, ਅਗਲੇ ਨੂੰ ਖੁਸ਼ੀ ਖੁਸ਼ੀ ਬੋਲੇ। ਹਾਂ ਹਾਂ ਮੰਮੀ, ਇਹਨਾਂ ਦੀ ਗੱਲ ਜਮਾਂ ਸਹੀ ਆ, ਕਿਤੇ ਇਹ ਨਾ ਹੋਵੇ ਕੱਲ ਨੂੰ ਸਾਡੇ ਆਇਆਂ ਤੇ ਨੱਕ ਬੁੱਲ ਜੇ ਵੱਟੀ ਜਾਵੇ। ਸਹੀ ਗੱਲ ਆ, ਹੁਣ ਤੂੰ ਆਪਣੀ ਭੂਆ ਦੀ ਨੂੰਹ ਵਾਲਾ ਹੀ ਦੇਖ ਲੈ,
ਜਦੋਂ ਚਾਰ ਰਿਸ਼ਤੇਦਾਰ ਆ ਜਾਂਦੇ ਨੇ, ਚਾਰ ਤਾਂ ਕੀ ਇੱਕ ਅੱਧਾ ਰਿਸ਼ਤੇਦਾਰ ਵੀ ਚੱਲ ਜਾਵੇ ਨਾ, ਤੇਰੀ ਭੂਆ ਕੰਨੀ ਉਹ ਦੇਖਦੀ ਰਹਿੰਦੀ ਆ ਵੀ ਇਹ ਚਾਹ ਬਣਾ ਕੇ ਲਿਆਊਗੀ। ਉਹਦਾ ਤਾਂ ਸਰਿਆ ਹੀ ਪਿਆ, ਭੂਆ ਦੀ ਰੋਣਾ ਤਾਂ ਪੁੱਛੋ ਨਾ, ਉਹ ਤਾਂ ਭੂਆ ਨੂੰ ਨੀ ਸਿੱਧੇ ਮੂੰਹ ਬੋਲਦੀ ਕਦੇ, ਰਿਸ਼ਤੇਦਾਰਾਂ ਨੂੰ ਤਾਂ ਉਹਨੇ ਬੋਲਣਾ ਹੀ ਕੀ ਆ। ਉਹ ਤਾਂ ਪਹਿਲੇ ਦਿਨ ਤੋਂ ਇਹੋ ਜਿਹੀ ਆ। ਚਲੋ ਇਹ ਕਰੋ ਫਿਰ ਰਿਸ਼ਤੇਦਾਰਾਂ ਚੁਗਲੀਆਂ, ਮੈਂ ਤਾਂ ਲੇਟ ਹੋ ਰਿਹਾ ਡਿਊਟੀ ਜਾ ਰਿਹਾ। ਚੰਗਾ ਚੰਗਾ ਪੁੱਤ। ਵੀਰੇ ਤੁਹਾਡੇ ਲਈ ਵੀ ਚਾਹ ਦਾ ਕੱਪ ਬਣਾ ਦਾ। ਨਾ ਨਾ ਮੈਂ ਤਾਂ ਰੋਟੀ ਖਾਊਂਗਾ, ਮੈਂ ਵੀ ਕਰਦਾ ਦੱਸ ਦਿਆਂਗਾ। ਚੱਲ ਪੁੱਤ ਸਾਗ ਨੂੰ ਤੜਕਾ ਲਾ ਲਾ। ਹਾਂ ਹਾਂ ਮੰਮੀ, ਮੱਕੀ ਦੀਆਂ ਰੋਟੀਆਂ ਮੈਂ ਆ ਕੇ ਰਾੜ ਦਿੰਦੀ ਆ। ਉੱਠਾ ਮੈਂ ਵੀ ਹੌਲੀ ਹੌਲੀ ਉੱਠ ਕੇ ਸਰ ਨਾ। ਵਾਹਿਗੁਰੂ। ਇੱਛਾ ਸਾਹਿਬ ਹੈਗੇ ਡੀਐਸਪੀ? ਹਾਂਜੀ ਹੈਗੇ ਆ, ਤੁਸੀਂ ਬੈਠੋ ਮੈਂ ਬੁਲਾਉਂਦੀ ਹਾਂ। ਠੀਕ ਹੈ ਜੀ। ਪਾਪਾ, ਪਾਪਾ ਜੀ, ਪਾਪਾ, ਪਾਪਾ ਜੀ, ਪਾਪਾ ਆਇਓ ਇੱਕ ਮਿੰਟ, ਬਾਹਰ ਨੂੰ ਸਰ ਆਏ ਨੇ। ਠੀਕ ਹੈ ਜੀ, ਆ ਗਿਆ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਜੀ ਕੀ ਹਾਲ ਚਾਲ ਆ? ਵਧੀਆ ਠੀਕ ਠਾਕ। ਬੈਠੋ ਬੈਠੋ। ਹੋਰ ਕਿਵੇਂ ਆਉਣ ਹੋਇਆ ਅੱਜ? ਹੈਲੋ ਅੰਕਲ ਜੀ, ਮੂੰਹ ਬੈਠਾ ਕਰੋ। ਵਿਆਹ ਕਰਾ ਲਿਆ? ਨਹੀਂ ਨਹੀਂ ਅੰਕਲ, ਪ੍ਰਮੋਸ਼ਨ ਹੋਈ ਆ ਮੇਰੀ। ਓ ਵੈਰੀ ਗੁੱਡ, ਮੈਂ ਬੂਟ ਤੇ ਬੈਲਟ ਵੱਲ ਦੇਖਿਆ ਹੀ ਨਹੀਂ। ਕੰਗ੍ਰੈਚੁਲੇਸ਼ਨ। ਥੈਂਕ ਯੂ ਜੀ। ਹੋਰ ਅੰਕਲ ਜੀ, ਸਿਹਤਾਂ ਠੀਕ ਨੇ ਜੀ? ਬਸ ਬੇਟਾ, ਰੱਬ ਦੀ ਕਿਰਪਾ ਨਾਲ ਵਧੀਆ ਤੁਰੇ ਫਿਰਦੇ ਆ। ਚਲੋ ਵਧੀਆ ਗੱਲ ਆ ਜੀ। ਹੋਰ ਪੋਸਟਿੰਗ ਕਿੱਥੇ ਆ? ਪੋਸਟਿੰਗ ਮੇਰੀ ਨਾਭੀ ਆ ਜੀ। ਕਿਹੜੇ ਥਾਣੇ 'ਚ? ਸਦਰ 'ਚ ਆ ਜੀ, ਨਾਭੇ। ਠੀਕ ਆ, ਬਹੁਤ ਵਧੀਆ ਜੀ। ਹਾਂਜੀ। ਬੇਟਾ ਮੈਰਿਜ ਕਰਾਈ ਕਿ ਨਹੀਂ? ਨਹੀਂ ਅੰਕਲ, ਹਾਲੇ ਨਹੀਂ ਕਰਾਈ, ਬਸ ਘਰ ਦੇ ਕੁੜੀ ਦੇਖਦੇ ਫਿਰਦੇ ਆ। ਕਿੱਦਾਂ ਦੀ ਕੁੜੀ ਚਾਹੀਦੀ ਬੇਟੇ ਤੁਹਾਨੂੰ? ਵਧੀਆ ਪੜ੍ਹੀ ਲਿਖੀ ਹੋਵੇ ਜੀ। ਬੇਟਾ ਮੁੰਡਾ ਤਾਂ ਮੈਂ ਵੀ ਦੇਖ ਰਿਹਾ ਪਿੰਕੀ ਵਾਸਤੇ, ਤੇ ਕਿਉਂ ਨਾ ਆਪਣੇ ਪਿਆਰ ਨੂੰ ਆਪਾਂ ਰਿਸ਼ਤੇਦਾਰੀ 'ਚ ਬਦਲ ਲਈਏ। ਤੁਸੀਂ ਮੇਰੀ ਬੇਟੀ ਦੇਖੀ ਹੋਣੀ ਆ ਪਿੰਕੀ। ਹਾਂਜੀ ਅੰਕਲ, ਇਹੀ ਸੀ ਤੁਹਾਡੀ ਬੇਟੀ ਜੀ ਜਿਹੜੀ ਤੁਹਾਨੂੰ ਬੁਲਾ ਕੇ ਲੱਗ ਗਈ ਆ? ਹਾਂਜੀ, ਇਹੀ ਮੇਰੀ ਬੇਟੀ ਆ ਪਿੰਕੀ, ਵੈਲ ਐਜੂਕੇਟਡ ਆ, ਜੋਬ ਕਰ ਰਹੀ ਆ ਪਟਿਆਲੇ। ਅੱਛਾ ਜੀ, ਕੋਈ ਗੱਲ ਨਹੀਂ ਅੰਕਲ, ਫਿਰ ਮੈਂ ਘਰੇ ਸਲਾਹ ਕਰ ਲਊਂਗਾ, ਘਰ ਦੇ ਜਿਵੇਂ ਕਹਿਣਗੇ ਫਿਰ ਆਪਾਂ ਕਰ ਲਾਂਗੇ ਜੀ। ਬੇਟਾ ਕੋਈ ਜ਼ੋਰ ਜ਼ਬਰਦਸਤੀ ਤਾਂ ਹੈ ਨਹੀਂ ਗੀ, ਤੁਹਾਨੂੰ ਲੜਕੀ ਪਸੰਦ ਆਉਂਦੀ ਹੈ ਤੇ ਹਾਂ ਕਰ ਦਿਓ, ਕਿਸੇ ਪ੍ਰੈਸ਼ਰ ਵਿੱਚ ਆ ਕੇ ਨਾ ਹਾਂ ਕਰ ਦਿਓ। ਨਹੀਂ ਨਹੀਂ ਅੰਕਲ, ਪ੍ਰੈਸ਼ਰ 'ਚ ਤਾਂ ਕਿਉਂ ਆਉਣਾ ਜੀ, ਨਾਲੇ ਜਦੋਂ ਮੈਂ ਘਰੇ ਗੱਲ ਕਰੂੰਗਾ ਵੀ ਤੁਹਾਡੇ ਖਾਨਦਾਨ 'ਚ ਰਿਸ਼ਤਾ ਕਰਨ ਨੂੰ ਕਹਿੰਦੇ ਹੋ ਤੁਸੀਂ, ਤਾਂ ਘਰਦੇ ਤਾਂ ਇਹ ਗੱਲ ਸੁਣ ਕੇ ਖੁਸ਼ ਹੋਣਗੇ, ਤੁਹਾਡਾ ਤਾਂ ਖਾਨਦਾਨ ਹੀ ਬਹੁਤ ਵਧੀਆ। ਬੇਟਾ ਅੱਜ ਕੱਲ੍ਹ ਪੜ੍ਹਿਆ ਲਿਖਿਆ ਜ਼ਮਾਨਾ, ਸਾਨੂੰ ਵਿੱਚ ਵਿਚੋਲੇ ਦੀ ਲੋੜ ਨਹੀਂ ਹੈ, ਤੁਸੀਂ ਆਪਣੇ ਪੇਰੈਂਟਸ ਨੂੰ ਬੁਲਾ ਕੇ ਜਦੋਂ ਮਰਜ਼ੀ ਮੇਰੀ ਲੜਕੀ ਦਿਖਾ ਸਕਦੇ ਹੋ। ਹਾਂਜੀ ਅੰਕਲ, ਕੋਈ ਗੱਲ ਨਹੀਂ ਜੀ, ਮੈਂ ਘਰੇ ਗੱਲ ਕਰ ਲੈਂਦਾ ਜੀ, ਫਿਰ ਉਸ ਤੋਂ ਬਾਅਦ ਪਹਿਲਾਂ ਤੁਸੀਂ ਸਾਡਾ ਘਰ ਬਾਰ ਦੇਖ ਜਿਓ ਆ ਕੇ। ਮੈਂ ਤੁਹਾਡੇ ਘਰੇ ਆ ਕੇ ਕੀ ਕਰਨਾ? ਮੈਨੂੰ ਪੂਰਨ ਵਿਸ਼ਵਾਸ ਹੈ ਕਿ ਮੈਂ ਆਪਣੀ ਧੀ ਵਾਸਤੇ ਵਧੀਆ ਲੜਕਾ ਚੁਣਿਆ। ਨਹੀਂ ਅੰਕਲ, ਫਿਰ ਵੀ ਘਰ ਬਾਰ ਤਾਂ ਦੇਖਣਾ ਹੀ ਪੈਂਦਾ ਜੀ। ਨਹੀਂ ਨਹੀਂ ਪੁੱਤਰ, ਪਹਿਲਾਂ ਮੁੰਡਾ ਸਹੀ ਹੋਣਾ ਚਾਹੀਦਾ, ਘਰ ਬਾਰ ਦੇ ਬਾਅਦ 'ਚ ਵੀ ਦੇਖਿਆ ਜਾ ਸਕਦਾ, ਜੇ ਮੁੰਡਾ ਸਹੀ ਹੈ ਤਾਂ ਘਰ ਬਾਰ ਵੀ ਸਹੀ ਹੋਣਾ। ਚਲੋ ਅੰਕਲ, ਤੁਹਾਡੀ ਮਰਜ਼ੀ ਹੈ, ਪਰ ਜਦੋਂ ਵੀ ਤੁਹਾਡਾ ਦਿਲ ਕਰੇ ਆਪਣਾ ਘਰ ਬਾਰ ਦੇਖ ਸਕਦੇ ਜੀ ਆ ਕੇ। ਚਲੋ ਠੀਕ ਹੈ ਜੀ। ਹਾਂਜੀ ਅੰਕਲ, ਚਲੋ ਚੱਲਦਾ ਜੀ ਮੈਂ ਫਿਰ। ਬੈਠੋ, ਚਾਹ ਪਾਣੀ ਪੀ ਕੇ ਜਾਓ। ਨਹੀਂ ਨਹੀਂ ਅੰਕਲ, ਮੈਨੂੰ ਨਾ ਤੇਜ਼ੀ ਆ, ਇੱਕ ਦੋ ਜਗ੍ਹਾ ਮੈਂ ਹੋਰ ਵੀ ਜਾਣਾ। ਚਲੋ ਮੈਂ ਚੱਲਦਾ ਜੀ। ਪਿੰਕੀ ਪੁੱਤ ਕੀ ਕਰ ਰਹੇ ਹੋ ਇੱਧਰ ਆਓ? ਹਾਂਜੀ ਪਾਪਾ। ਬੈਠੋ। ਕੀ ਹੋਇਆ ਪੁੱਤਰ? ਤੂੰ ਮੈਨੂੰ ਇੰਨਾ ਕਹਿ ਕੇ ਅੰਦਰ ਚਲੀ ਗਈ, ਕੋਈ ਸਾਰਾ ਆਇਆ ਤੇ ਤੇਰਾ ਕੋਈ ਫਰਜ਼ ਨਹੀਂ ਬਣਦਾ ਸੀ ਚਾਹ ਪਾਣੀ ਪਿਲਾਉਣ ਦਾ।
ਲੈ ਪਾਪਾ ਮੈਨੂੰ ਕੀ ਪਤਾ ਸੀ, ਜੇ ਤੁਸੀਂ ਮੈਨੂੰ ਕਹਿੰਦੇ ਚਾਹ ਬਣਾਉਣ ਨੂੰ ਤਾਂ ਮੈਂ ਬਣਾ ਕੇ ਲਿਆ ਦਿੰਦੀ। ਤੇਰੇ ਨਾਲ ਤਾਂ ਰਾਮੂ ਸਮਝਦਾਰ ਹੈ, ਜੋ ਬਾਜ਼ਾਰ ਨਾ ਗਿਆ ਹੁੰਦਾ ਉਹਨੇ ਆਪਣੇ ਆਪ ਚਾਹ ਬਣਾ ਕੇ ਲਿਆ ਕੇ ਰੱਖ ਦੇਣੀ ਸੀ। ਤੂੰ ਤਾਂ ਮੇਰੀ ਬੇਇੱਜ਼ਤੀ ਕਰਾਤੀ ਏ, ਅਗਲਾ ਕੀ ਸੋਚਦਾ ਹੋਊਗਾ, ਮੈਨੂੰ ਚਾਹ ਵੀ ਨਹੀਂ ਪੁੱਛੀ। ਪਾਪਾ ਮੈਂ ਤੁਹਾਨੂੰ ਕਹੀ ਤਾਂ ਜਾਂਦੀ ਆ, ਜੇ ਤੁਸੀਂ ਮੈਨੂੰ ਕਹਿ ਦਿੰਦੇ ਵੀ ਚਾਹ ਬਣਾ ਲਿਆ, ਮੈਂ ਬਣਾ ਕੇ ਲਿਆ ਦਿੰਦੀ। ਉਹ ਮੈਨੂੰ ਕੀ ਪਤਾ ਸੀ ਤੂੰ ਅੰਦਰ ਹੀ ਜਾ ਕੇ ਬਹਿ ਜਾਣਾ, ਤੂੰ ਚਾਹ ਤਾਂ ਬਣਾ ਕੇ ਲਿਆਉਂਦੀ। ਚਲ ਛੱਡੋ ਪਾਪਾ, ਤੁਹਾਡੇ ਕੋਲ ਤਾਂ ਪਤਾ ਨੀ ਕਿੰਨੇ ਕੁ ਲੋਕ ਆਉਂਦੇ ਆ ਦਿਨ ਚ, ਫਿਰ ਤਾਂ ਸਾਰਿਆਂ ਨੂੰ ਚਾਹ ਹੀ ਪਿਆਈ ਜਾਵਾਂਗੇ ਬਸ। ਪੁੱਤਰ ਆਪਣੇ ਘਰੇ ਕੋਈ ਵੀ ਆਵੇ, ਆਪਾਂ ਬਿਨਾਂ ਚਾਹ ਪਲਾਣ ਤੋਂ ਕਿਸੇ ਨੂੰ ਭੇਜੀਦਾ ਨੀ। ਤੈਨੂੰ ਤਾਂ ਪਤਾ ਲੱਗੇ ਨਾ ਜੇ ਤੂੰ ਕਦੇ ਚਾਹ ਬਣਾਈ ਹੋਵੇ, ਤੈਨੂੰ ਤਾਂ ਮੇਰੇ ਲਾਡ ਪਿਆਰ ਨੇ ਵਿਗਾੜ ਰੱਖਿਆ। ਚਲ ਛੱਡ ਦੋ ਪਾਪਾ ਹੁਣ ਗੱਲ ਨੂੰ, ਫੇਰ ਕੀ ਹੋ ਗਿਆ ਜੇ ਇੱਕ ਜਣਾ ਬਿਨਾਂ ਚਾਹ ਪੀਤੇ ਵਗ ਗਿਆ ਤਾਂ? ਕੋਈ ਹੋਰ ਚਲਾ ਜਾਂਦਾ ਤਾਂ ਕੋਈ ਗੱਲ ਨਹੀਂ ਸੀ, ਪਰ ਇਸ ਨੂੰ ਚਾਹ ਪਲਾਣੀ ਬੈਠੇ ਬਹੁਤ ਜ਼ਰੂਰੀ ਸੀ। ਕਿਉਂ ਇਸ ਨੂੰ ਚਾਹ ਪਿਆਉਣੀ ਕਿਉਂ ਜ਼ਰੂਰੀ ਸੀ? ASI ਸੀ, ਨਾਲੇ ASI ਦਾ ਅਹੁਦਾ ਤੁਹਾਡੇ ਅੱਗੇ ਕਿੱਡਾ ਕੁ ਵੱਡਾ। ਮੈਂ ਉਹਦੇ ਅਹੁਦੇ ਕਰਕੇ ਨਹੀਂ ਕਹਿ ਰਿਹਾ, ਮੈਂ ਤੇਰਾ ਉਹਦੇ ਨਾਲ ਰਿਸ਼ਤਾ ਕਰਨ ਨੂੰ ਫਿਰਦਾ। ਨਾ ਇਹਨੂੰ ਤੁਸੀਂ ਰਿਸ਼ਤੇ ਵਾਸਤੇ ਬੁਲਾਇਆ ਸੀ ਘਰੇ? ਉਹ ਨਹੀਂ, ਮੈਨੂੰ ਰਿਸ਼ਤੇ ਵਾਸਤੇ ਨਹੀਂ ਬੁਲਾਇਆ ਸੀ, ਉਹਦੇ ਪ੍ਰਮੋਸ਼ਨ ਦਾ ਮੈਨੂੰ ਡੱਬਾ ਲੈਣ ਆਇਆ ਸੀ। ਅੱਛਾ ਡੈਡੀ, ਮੇਰੀ ਗੱਲ ਸੁਣੋ, ਮੈਂ ਨਾ ਪੁਲਿਸ ਵਾਲੇ ਨਾਲ ਵਿਆਹ ਨਹੀਂ ਕਰਵਾਉਣਾ, ਜੇ ਤੁਸੀਂ ਮੇਰੇ ਵਾਸਤੇ ਮੁੰਡਾ ਲੱਭਣਾ ਹੀ ਹੈ ਨਾ ਤਾਂ ਕਿਸੇ ਹੋਰ ਡਿਪਾਰਟਮੈਂਟ ਦਾ ਲੱਭ ਲਓ। ਕਿਉਂ, ਪੁਲਿਸ ਵਾਲੇ ਨਾਲ ਕਿਉਂ ਨਹੀਂ ਕਰਾਣਾ ਪੁੱਤਰ? ਤੁਸੀਂ ਆਪ ਹੀ ਸੋਚੋ ਵੀ ਪੁਲਿਸ ਵਾਲੇ ਕੋਲੇ ਮੇਰੇ ਲਈ ਟਾਈਮ ਕਿੱਥੇ ਹੋਊਗਾ, ਕਦੇ ਉਹ ਡਿਊਟੀ ਤੇ ਹੋਇਆ ਕਰੂਗਾ, ਕਦੇ ਮੈਂ ਡਿਊਟੀ ਤੇ ਹੋਇਆ ਕਰੂੰਗੀ, ਮੇਰੇ ਤਾਂ ਚਾਰ ਹੀ ਵਿੱਚ ਹੀ ਰਹਿ ਜਾਣਗੇ ਨਾ। ਲੈ ਉਹ ਬੇਟੇ, ਮੈਂ ਵੀ ਤਾਂ ਪੁਲਿਸ ਵਾਲਾ ਸੀ, ਤੇਰੀ ਮਾਂ ਨੇ ਵੀ ਤਾਂ ਮੇਰੇ ਨਾਲ ਵਿਆਹ ਕਰਾਇਆ ਸੀ, ਮੈਂ ਉਹਨਾਂ ਕਹਿੰਦੇ ਚਾਰ ਹੀ ਪੂਰੇ ਕੀਤੇ। ਤੁਸੀਂ ਤਾਂ ਫਿਰ ਕੱਲੇ ਡਿਊਟੀ ਵਾਲੇ ਹੁੰਦੇ ਸੀ, ਮੰਮੀ ਕਿਹੜਾ ਡਿਊਟੀ ਤੇ ਜਾਂਦੇ ਸੀ? ਜਦੋਂ ਤੁਸੀਂ ਸ਼ਾਮ ਨੂੰ ਡਿਊਟੀ ਤੇ ਆਉਂਦੇ ਸੀ ਉਦੋਂ ਮੰਮੀ ਨੂੰ ਸ਼ਾਪਿੰਗ ਕਰਵਾਉਣ ਲੈ ਜਾਂਦੇ ਸੀ, ਘੁਮਾ ਫਿਰਾ ਲਿਆਉਂਦੇ ਸੀ, ਅਸੀਂ ਤਾਂ ਫਿਰ ਦੋਵੇਂ ਡਿਊਟੀ ਤੇ ਹੋਇਆ ਕਰਾਂਗੇ ਨਾ। ਫਿਰ ਪੁੱਤ ਤੂੰ ਜੋਬ ਨਾ ਕਰੀ ਜੇ ਤੇਰੀ ਸੈਟਿੰਗ ਨਹੀਂ ਆਊਗੀ। ਕਮਾਲ ਕਰੀ ਜਾਂਦੇ ਹੋ ਪਾਪਾ, ਮੈਂ ਫਿਰ ਇੰਨੀ ਮਿਹਨਤ ਕੀਤੀ ਕਾਹਦੇ ਲਈ ਆ, ਜੇ ਮੈਂ ਵਿਆਹ ਕਰਾ ਕੇ ਨੌਕਰੀ ਛੱਡਣੀ ਆਪਦੀ। ਫਿਰ ਕੋਈ ਵਿਹਲਾ ਮੁੰਡਾ ਲੱਭ ਲੈਂਦੇ ਆ ਜਿਹੜਾ ਘਰੇ ਰਹਿੰਦਾ ਹੋਵੇ, ਜਦੋਂ ਵੀ ਜਿੱਥੇ ਜਾਣਾ ਹੋਊਗਾ ਤੁਹਾਨੂੰ ਲੈ ਜਾਇਆ ਕਰੂਗਾ। ਪਾਪਾ ਮੈਂ ਤੁਹਾਨੂੰ ਇਹ ਤਾਂ ਨਹੀਂ ਕਹਿੰਦੀ ਵੀ ਤੁਸੀਂ ਨੌਕਰੀ ਵਾਲਾ ਮੁੰਡਾ ਨਾ ਲੱਭੋ, ਮੈਂ ਤਾਂ ਤੁਹਾਨੂੰ ਇਹ ਕਹਿੰਦੀ ਆ ਵੀ ਕਿਸੇ ਹੋਰ ਡਿਪਾਰਟਮੈਂਟ ਦਾ ਮੁੰਡਾ ਲੱਭ ਲਓ ਮੇਰੇ ਲਈ। ਕਾਫੀ ਟਾਈਮ ਤੋਂ ਇਹ ਮੁੰਡਾ ਮੇਰਾ ਯੂਨੀਅਰ ਰਿਹਾ ਤੇ ਮੈਂ ਵੀ ਬਹੁਤ ਹੈਲਪ ਵੀ ਕੀਤੀ ਆ, ਤੇ ਮੁੰਡਾ ਵੀ ਸਾਊ ਹੈ ਤੇ ਸਾਊ ਪਰਿਵਾਰ ਦਾ। ਪਾਪਾ ਜਦੋਂ ਤੁਸੀਂ ਮਰਜ਼ੀ ਆਪਦੀ ਕਰਨੀ ਆ, ਫਿਰ ਮੇਰੀ ਸਲਾਹ ਲੈਣ ਦਾ ਕੀ ਫਾਇਦਾ? ਉਹ ਪੁੱਤਰ ਤੂੰ ਠੰਡੇ ਦਿਮਾਗ ਨਾਲ ਸੋਚ ਲੈ, ਮੈਂ ਕਿਹੜਾ ਤੇਰਾ ਧੱਕੇ ਨਾਲ ਰਿਸ਼ਤਾ ਕਰ ਰਿਹਾ, ਜਿਵੇਂ ਪੁੱਤ ਤੈਨੂੰ ਸਹੀ ਲੱਗੂਗਾ ਉਦਾਂ ਦੱਸ ਦੀ ਮੈਨੂੰ। ਠੀਕ ਆ ਪਾਪਾ। ਲੈ ਪੁੱਤ ਦਿਆ ਯਾਰਾਂ ਦੋਸਤਾਂ ਨੂੰ ਡੱਬੇ। ਹਾਂ ਮਾਤਾ, ਯਾਰਾਂ ਦੋਸਤਾਂ ਨੂੰ ਵੀ ਦਿਆ ਤੇ ਮੈਂ ਤਾਂ ਰਿਟਾਇਰਡ ਆ, DSP ਸੀ ਆਪਣਾ, ਉਹਨੂੰ ਵੀ ਦਿਆ ਆ। ਚੱਲ ਪੁੱਤ, ਚਾਹੀਦਾ ਵੀ ਸੀ, ਤੇਰਾ ਕਰਦਾ ਵੀ ਬਹੁਤ ਹੈ ਉਹ। ਹੋਰ ਤੇ ਉਹਨੇ ਗੱਲਾਂ ਗੱਲਾਂ ਵਿੱਚ ਹੀ ਰਿਸ਼ਤੇ ਦੀ ਗੱਲ ਤੋਰ ਲਈ। ਕਿਹਦੇ ਰਿਸ਼ਤੇ ਦੀ? ਮੇਰੇ ਰਿਸ਼ਤੇ ਦੀ, ਤੇ ਰਿਸ਼ਤਾ ਵੀ ਉਹ ਆਪਦੀ ਕੁੜੀ ਦਾ ਹੀ ਕਰਨ ਨੂੰ ਕਹਿੰਦਾ। ਅੱਛਾ, ਕੀ ਕਰਦੀ ਆ ਕੁੜੀ? ਕੁੜੀ ਤਾਂ ਪਟਿਆਲੇ ਲੱਗੀ ਹੋਈ ਆ, ਨੌਕਰੀ ਕਰਦੀ ਆ, ਤੇ ਕੁੜੀ ਮੈਂ ਉਹਦੀ ਦੇਖ ਵੀ ਆਇਆ ਘਰੀ ਸੀ। ਅੱਛਾ, ਲੈ ਦੱਸ, ਕੁੜੀ ਦੇਖ ਵੀ ਆਇਆ, ਰਿਸ਼ਤੇ ਦੀ ਗੱਲ ਵੀ ਤੋਰ ਲਈ, ਇਹ ਤਾਂ ਪੁੱਛ ਲੈਂਦਾ ਕਿਹੜੇ ਮਹਿਕਮੇ ਚ ਕਰਦੀ ਆ ਜੋਬ। ਸਕਲ ਤੋਂ ਤਾਂ ਐਵੇਂ ਲੱਗਦਾ ਜਿਵੇਂ ਮਾਸਟਰ ਨਹੀਂ ਹੋਵੇ। ਅੱਛਾ, ਨਾ ਵੀਰੇ ਮੈਨੂੰ ਐਂ ਦੱਸ, ਤੈਨੂੰ ਕੀ ਪਤਾ ਵੀ ਮਾਸਟਰ ਨਹੀਂ ਲੱਗੀ ਆ, ਕੀ ਪਤਾ ਉਹ ਵੀ ਪੁਲਿਸ ਚ ਹੋਵੇ। ਪੁਲਿਸ ਵਾਲੀਆਂ ਦਾ ਬਹੁਤ ਤੇਜ਼ ਤਰਾਰਜੀਆਂ ਹੁੰਦੀਆਂ ਨੇ, ਉਹ ਤਾਂ ਮੈਨੂੰ ਭੋਲੀ ਭਾਲੀ ਸੀ ਉਹ ਲੱਗੀ। ਲੈ ਦੱਸ ਪੁੱਤ, ਆ DSP ਸਾਹਿਬ ਦੇ ਕੁੜੀ ਵੀ ਆ, ਮੈਨੂੰ ਤਾਂ ਅੱਜ ਤੇਰੇ ਤੋਂ ਪਤਾ ਲੱਗਾ, ਇੰਨਾ ਟਾਈਮ ਤੁਸੀਂ ਇਕੱਠਿਆਂ ਨੇ ਜੌਬ ਕੀਤੀ ਆ, ਪਹਿਲਾਂ ਤਾਂ ਕਦੀ ਗੱਲ ਨਹੀਂ ਕੀਤੀ ਵੀ DSP ਸਾਹਿਬ ਦੇ ਕੁੜੀ ਵੀ ਆ। ਮੈਨੂੰ ਤਾਂ ਆਪ ਨਹੀਂ ਪਤਾ ਸੀ, ਮੈਂ ਵੀ ਅੱਜ ਪਹਿਲੀ ਵਾਰ ਦੇਖੀ ਆ। ਚੱਲ ਵੀਰੇ ਮੇਰੀ ਗੱਲ ਸੁਣ, ਪਹਿਲਾਂ ਫੋਨ ਕਰਕੇ ਐ ਪਤਾ ਕਰ ਲਾ ਵੀ ਕੁੜੀ ਜੌਬ ਕੀ ਕਰਦੀ ਆ। ਉਹ ਤਾਂ ਬਾਅਦ ਚ ਪਤਾ ਕਰਿਆ ਜਾਊਗਾ, ਇੰਨਾ ਕੁ ਤਾਂ ਆਪਾਂ ਨੂੰ ਪਤਾ ਹੀ ਆ ਵੀ ਕੁੜੀ ਨੌਕਰੀ ਤੇ ਤਾਂ ਲੱਗੀ ਹੋਈ ਆ। ਪੁੱਤ ਤੂੰ
ਇਹ ਤਾਂ ਪਤਾ ਕਰ ਵੀ ਨੌਕਰੀ ਹੈ ਕਾਹਦੀ, ਸਰਕਾਰੀ ਜਾਂ ਪ੍ਰਾਈਵੇਟ। ਨਾ ਵੀਰੇ ਤੂੰ ਐਂ ਕਰ, ਵਿਚੋਲੇ ਨੂੰ ਫੋਨ ਕਰਕੇ ਪੁੱਛ ਲੈ ਜਿਹਨੇ ਦੱਸ ਪਾਈ ਆ ਤੈਨੂੰ ਵੀ ਕੁੜੀ ਕੀ ਕਰਦੀ ਆ। ਵਿਚੋਲਾ ਤਾਂ ਵਿੱਚ ਕੋਈ ਹੈ ਹੀ ਨਹੀਂ, ਅਸੀਂ ਤਾਂ ਨੋਰਮਲ ਗੱਲਾਂ ਕਰ ਰਹੇ ਸੀ ਬੈਠੇ, ਉਹ ਗੱਲਾਂ ਵਿੱਚ ਹੀ ਬਸ ਸਰ ਨੇ ਰਿਸ਼ਤੇ ਦੀ ਗੱਲ ਤੋਰ ਲਈ। ਲੈ ਫਿਰ ਇਹ ਤਾਂ ਠੀਕ ਆ, ਸਿੱਧਾ ਕੁੜੀ ਦੇ ਬਾਪ ਨੂੰ ਫੋਨ ਕਰ, ਉਹਨੂੰ ਪੁੱਛ ਵੀ ਭਾਈ ਤੇਰੀ ਕੁੜੀ ਕੀ ਕਰਦੀ ਆ। ਓਹੋ, ਤੁਹਾਨੂੰ ਨੌਕਰੀ ਤਾਂ ਪੁੱਛਣਾ ਨਹੀਂ, ਕਾਹਲੀ ਕਾਹਦੀ ਆ। ਪਹਿਲਾਂ ਤੁਸੀਂ ਆਰਾਮ ਨਾਲ ਕੁੜੀ ਦਾ ਦੇਖ ਲਓ, ਜੇ ਕੁੜੀ ਪਸੰਦ ਹੋਊਗੀ ਹੌਲੀ ਹੌਲੀ ਆਪਾਂ ਨੌਕਰੀ ਦਾ ਪਤਾ ਕਰ ਲਾਂਗੇ। ਕੋਈ ਨੀ ਪੁੱਤ, ਸਭ ਕੁਛ ਪੁੱਛਾਂਗੇ, ਗੱਲਾਂ ਤਾਂ ਹੋਰ ਵੀ ਬਹੁਤ ਨੇ ਪੁੱਛਣ ਵਾਲੀਆਂ। ਹੋਰ ਕੀ, ਇਹ ਵੀ ਪੁੱਛਾਂਗੇ ਵੀ ਚੁੱਲ੍ਹੇ ਚੌਂਕੇ ਦਾ ਵੀ ਕੰਮ ਕਰ ਲੈਂਦੀ ਆ, ਹੋਰ ਇਹਨਾਂ ਨਾਲ ਮੈਨੂੰ ਹੱਥ ਜਲਣੇ ਪੈਣ। ਕੰਮ ਕਰਤਾ ਜੇ ਮੈਂ ਤਾਂ ਨਹੀਂ ਵੀ ਆਉਂਦੇ ਹੁਣ ਉਹਨੂੰ, ਆਪਾਂ ਤਾਂ ਵੀ ਸਿਖਾ ਲਾਂਗੇ, ਪਰ ਰਿਸ਼ਤਾ ਤਾਂ ਆਪਾਂ ਨੂੰ ਲੈਣਾ ਹੀ ਪਊਗਾ। ਉਹਦੇ ਆਪਣੇ ਤੇ ਬਹੁਤ ਅਹਿਸਾਨ ਕੀਤੇ ਹੋਏ ਨੇ, ਬਹੁਤ ਹੈਲਪ ਕੀਤੀ ਹੋਈ ਆ ਉਹਨਾਂ ਨੇ ਆਪਣੀ। ਦੇਖ ਵੀਰੇ, ਜੇ ਤਾਂ ਉਹਦੀ ਕੁੜੀ ਨਾਲ ਤੇਰੀ ਕੋਈ ਪਹਿਲਾਂ ਹੀ ਸੈਟਿੰਗ ਆ, ਫਿਰ ਤਾਂ ਆਪਾਂ ਰਿਸ਼ਤਾ ਲੈ ਲਾਂਗੇ। ਮੇਰੀ ਕਾਹਦੀ ਸੈਟਿੰਗ ਹੋਣੀ ਆ, ਮੈਂ ਤਾਂ ਉਹਦੀ ਕੁੜੀ ਦੇਖਿਓ ਪਹਿਲੀ ਵਾਰ ਆ, ਨਾਲੇ ਮੈਂ ਤਾਂ ਰਿਸ਼ਤੇ ਬਾਰੇ ਤਾਂ ਕਹਿ ਰਿਹਾ ਵੀ ਵਧੀਆ ਪਰਿਵਾਰ ਆ। ਬਾਕੀ ਜਦੋਂ ਮੇਰੇ ਤੇ ਰਿਸ਼ਵਤ ਦਾ ਝੂਠਾ ਕੇਸ ਪਿਆ ਸੀ, ਉਦੋਂ ਉਹਨਾਂ ਨੇ ਆਪਣੀ ਬਹੁਤ ਹੈਲਪ ਕੀਤੀ ਆ, ਉਹਨਾਂ ਨੇ ਤਾਂ ਨਾਲੇ ਮੈਨੂੰ ਸ਼ੁਰੂ ਤੋਂ ਰੱਖਿਆ ਵੀ ਜਵਾਕਾਂ ਵਾਂਗੂ ਆਪਣੇ। ਦੇਖ ਭਾਈ, ਵਿਆਹ ਰੋਜ਼ ਰੋਜ਼ ਨਹੀਂ ਹੋਣੇ, ਦੇਖ ਪਰਖ ਕੇ ਕੁੜੀ ਦਾ ਰਿਸ਼ਤਾ ਲਵਾਂਗੇ, ਹੁਣ ਆਪਣੇ ਟੱਬਰ ਨਾਲ ਰਲਦੀ ਮਿਲਦੀ ਵੀ ਹੋਵੇ। ਮੈਂ ਤਾਂ ਇਹ ਕਹਿੰਦੀ ਸੀ ਆਪਾਂ ਨਾ ਕਿਸੇ ਨੋਰਮਲ ਜੇ ਘਰ ਦੀ ਕੁੜੀ ਲੈ ਲੈਂਦੇ, ਜਿਹੜੀ ਕੰਮ ਕਾਰ ਵੀ ਸਾਰਾ ਜਾਣਦੀ ਹੁੰਦੀ ਆ, ਇਹ ਆਸਰਾਂ ਦੀਆਂ ਕੁੜੀਆਂ ਨੂੰ ਤਾਂ ਬਸ ਰੋਹ ਵੀ ਮਾਰਨਾ ਆਉਂਦਾ ਹੁੰਦਾ। ਉਹ ਤੁਸੀਂ ਪਹਿਲਾਂ ਕੁੜੀ ਨੂੰ ਮਿਲ ਤਾਂ ਲਓ, ਬਿਨਾਂ ਦੇਖੀ ਥੋੜੋ ਐਵੇਂ ਕਿਸੇ ਨੂੰ ਜੱਜ ਕਰੀਨਾ ਹੁੰਦਾ। ਮੈਂ ਤਾਂ ਇਹ ਕਹਿੰਦੀ ਸੀ ਕੁੜੀ ਦੇਖ ਕੇ ਛੱਡਣੀ ਬਹੁਤ ਔਖੀ ਹੋ ਜਾਂਦੀ ਆ, ਨਾਲੇ ਅਗਲਿਆਂ ਨੂੰ ਬੁਰਾ ਲੱਗਦਾ ਵੀ ਸਾਡੀ ਕੁੜੀ ਨੂੰ ਦੇਖ ਕੇ ਬੇਪਸੰਦ ਕਰ ਗਏ, ਉਸ ਤੋਂ ਤਾਂ ਵਧੀਆ ਪਹਿਲਾਂ ਤੁਸੀਂ ਕੁੜੀ ਬਾਰੇ ਸਾਰਾ ਕੁਝ ਪਤਾ ਕਰ ਲਓ। ਹੋਰ ਪੁੱਤ, ਫਿਰ ਤਾਂ ਸ਼ਗਨ ਪਾਉਣਾ ਪੈਂਦਾ, ਚਾਹੇ ਚੰਗੀ ਹੋਵੇ ਚਾਹੇ ਮਾੜੀ। ਉਹ ਕੁੜੀ ਤਾਂ ਬਹੁਤ ਵਧੀਆ, ਉਹ ਤਾਂ ਤੁਹਾਡੇ ਜਾਂਦਿਆਂ ਸਾਰ ਪਸੰਦ ਆਊਗੀ। ਅਸੀਂ ਤਾਂ ਪਸੰਦ ਕਰਕੇ ਵੀਰੇ ਲੈਣਾ ਵੀ ਕੀ ਆ ਜਦ ਤੇਰੇ ਪਸੰਦ ਆ। ਮੈਂ ਤਾਂ ਇਹ ਕਹਿੰਦੀ ਆ ਵੀ ਇਹਨਾਂ ਨੇ ਨਾ ਜਵਾਕ ਬਾਹਲੇ ਲਾਡਲੇ ਜੇ ਰੱਖੇ ਹੁੰਦੇ ਆ, ਕਿਤੇ ਐਵੇਂ ਹੀ ਬਾਅਦ ਵਿੱਚ ਆ ਕੇ ਤੰਗ ਕਰਨ ਲੱਗ ਜੇ। ਇਹ ਤਾਂ ਹੈ ਪੁੱਤ, ਆਪਣਾ ਪ੍ਰਾਹੁਣਾ ਸਾਹਿਬ ਇੰਨਾ ਤੁਰਦਾ ਫਿਰਦਾ ਰਹਿੰਦਾ, ਆਪਾਂ ਉਹਨੂੰ ਕਹਿ ਦੇਵਾਂਗੇ, ਉਹ ਪਤਾ ਕਰ ਲਓ। ਹੋਰ ਕੀ, ਲੈ ਜੇ ਸਰ ਸਾਹਿਬ ਨੂੰ ਪਤਾ ਲੱਗ ਗਿਆ ਵੀ ਮੇਰੀ ਕੁੜੀ ਬਾਰੇ ਪਤਾ ਕਰਦੇ ਫਿਰਦੇ ਨੇ, ਕਿੰਨਾ ਬੁਰਾ ਲੱਗੂ ਫਿਰ ਉਹਨਾਂ ਨੂੰ। ਰਿਸ਼ਤਾ ਕਰਨ ਵੇਲੇ ਤਾਂ ਦੇਖ ਪੁੱਤ, ਦੋਨੇ ਧਿਰਾਂ ਇੱਕ ਦੂਜੇ ਦਾ ਪਤਾ ਕਰਦੀਆਂ ਐਵੇਂ ਕਿਵੇਂ ਦੇ ਬੰਦੇ ਆ, ਨਾਲੇ ਉਹ ਕਿਹੜਾ ਆਪਣੇ ਬਾਰੇ ਪਤਾ ਨਾ ਕਰਨਗੇ। ਕਰਨਗੇ ਫੁੱਲ ਹੈ, ਉਹਨਾਂ ਨੇ ਆਪਣੇ ਬਾਰੇ ਕੀ ਪਤਾ ਕਰਨਾ, ਉਹ ਤਾਂ ਮੈਨੂੰ ਕਹਿੰਦੇ ਅਸੀਂ ਤੁਹਾਡਾ ਘਰ ਵੀ ਨਹੀਂ ਦੇਖਣਾ ਆਉਂਦੇ, ਉਹ ਤਾਂ ਕਹਿੰਦੇ ਬਸ ਜਿਹਦੇ ਨਾਲ ਮੈਂ ਕੁੜੀ ਤੋਰਨੀ ਹੈ ਮੈਨੂੰ ਮੁੰਡਾ ਪਸੰਦ ਆ। ਠੀਕ ਆ, ਉਹ ਤਾਂ ਗੱਲ ਤੇਰੀ ਠੀਕ ਹੈ ਪੁੱਤ, ਦੇਖ DSP ਸਾਹਿਬ ਤੇਰੇ ਨਾਲ ਰਹੇ ਇੰਨਾ ਟਾਈਮ, ਇਕੱਠਿਆਂ ਨੇ ਤੁਸੀਂ ਨੌਕਰੀ ਕੀਤੀ ਹੈ, ਉਹ ਤਾਂ ਤੇਰੇ ਸੁਭਾਅ ਤੋਂ ਜਾਣੂ ਆ, ਹੁਣ ਆਪਾਂ ਉਹਦੀ ਧੀ ਬਾਰੇ ਥੋੜੀ ਜਾਣਦੇ ਆ ਵੀ ਉਹਦਾ ਸੁਭਾਅ ਕਿਹੋ ਜਿਹਾ ਆ। ਪੁੱਤ ਮੇਰੀ ਗੱਲ ਸੁਣੋ, ਪਹਿਲਾਂ ਤਾਂ ਤੁਸੀਂ ਉਹਦੀ ਨੌਕਰੀ ਬਾਰੇ ਪਤਾ ਕਰੋ, ਦੂਜੇ ਨੰਬਰ ਤੇ ਉਹਦਾ ਸੁਭਾਅ ਪਤਾ ਕਰੋ ਕਿਹੋ ਜਿਹਾ, ਫੇਰ ਹੀ ਦੇਖਣ ਜਾਣ ਦਾ ਫਾਇਦਾ, ਐ ਤਾਂ ਭਾਈ ਕੋਈ ਗੱਲ ਨਹੀਂ ਬਣਦੀ। ਹੋਰ ਆਹੀ ਘਰ ਹੈ, ਰੋਕ ਦੇ ਰੋਕ ਦੇ ਉਰੇ। ਚਲ ਆ ਜਾ ਬਹਿ ਜਾ, ਮਾਸੀ ਅੰਦਰ ਹੋਣੀ। ਮਾਸੀ, ਮਾਸੀ ਜੀ, ਨੀ ਹਾਂ ਲੈ ਤਾਂ। ਸਤਿ ਸ੍ਰੀ ਅਕਾਲ ਮਾਸੀ। ਸਤਿ ਸ੍ਰੀ ਅਕਾਲ ਮੇਰੀ ਧੀ ਆਈ ਆ। ਹੈ, ਸਤਿ ਸ੍ਰੀ ਅਕਾਲ ਆਂਟੀ ਜੀ। ਸਤਿ ਸ੍ਰੀ ਅਕਾਲ ਧੀ, ਠੀਕ ਠਾਕ? ਹਾਂਜੀ ਵਧੀਆ ਜਾ। ਹੋਰ ਕਿੱਦਾਂ ਚੱਲਦੀ ਤੁਹਾਡੀ ਨੌਕਰੀ? ਵਧੀਆ ਚੱਲੀ ਜਾਂਦੀ ਆ ਮਾਸੀ। ਚੱਲ ਵਧੀਆ ਪੁੱਤ। ਲੈ ਮਾਸੀ, ਤੇਰੀ ਕੁੜਤੀ ਬੁਣਤੀ ਮੇਰੀ ਮੰਮੀ ਨੇ ਬਣਾਈ, ਦੇ ਦੇ ਹੁਣ 1000 ਰੁਪਿਆ। ਲੈ ਪੁੱਤ, ਪੈਸੇ ਭਲਾ ਤੇਰੇ ਨਾਲੋਂ ਚੰਗੇ ਆ, ਤੂੰ 1000 ਛੱਡ ਭਾਵੇਂ 5000 ਲੈ ਲਾ। ਲੈ ਦੱਸ ਮਾਸੀ, ਮੈਂ ਤਾਂ ਮਜ਼ਾਕ ਕਰਦੀ ਸੀ, ਪੈਸੇ ਛੱਡ ਤੂੰ ਚਾਹ ਬਣਾ ਦੇ ਕੰਡੇਦਾਰ ਨੂੰ। ਬਸ ਤੂੰ ਤਾਂ ਮੇਰੀ ਚਾਹ ਦੀ ਦੀਵਾਨੀ ਆ, ਫੜਾ ਕੇ ਲਿਆਉਣੀ ਆ ਚਾਹ ਪੁੱਤ। ਹਾਂ ਮਾਸੀ, ਜਲਦੀ ਆ ਜੀ।
ਤੇਰੀ ਮਾਸੀ ਕੱਲੀ ਰਹਿੰਦੀ ਹੈ ਘਰੇ? ਨਾ ਨਾ, ਮਾਸੀ ਕੱਲੀ ਥੋੜ੍ਹ ਨਾ ਰਹਿੰਦੀ ਹੈ, ਮਾਸੀ ਦੇ ਇੱਕ ਮੁੰਡਾ ਵੀ ਹੈ ਤੇ ਇੱਕ ਕੁੜੀ ਵੀ ਹੈ। ਅੱਛਾ, ਨੌਕਰੀ ਤੇ ਗਏ ਹੋਣੇ ਹਨ? ਨਾ, ਕੁੜੀ ਤਾਂ ਵਿਆਹੀ ਗਈ, ਉਹ ਤਾਂ ਆਪਣੇ ਸਹੁਰੇ ਆ ਤੇ ਮੁੰਡਾ ਡਿਊਟੀ ਤੇ ਗਿਆ। ਅੱਛਾ, ਤਾਂ ਹੀ ਕੱਲੀ ਹੈ ਤੇਰੀ ਮਾਸੀ ਘਰੇ। ਮਾਸੜ ਖੇਤੀ ਕਰਦਾ ਹੋਊਗਾ? ਨਹੀਂ ਨਹੀਂ, ਮਾਸੜ ਜੀ ਤਾਂ ਡੈਥ ਹੋ ਗਈ ਸੀ ਕੁਛ ਟਾਈਮ ਪਹਿਲਾਂ, ਸ਼ਰਾਬ ਬਾਹਲੀ ਪੀਂਦੇ ਸੀ ਨਾ, ਐਕਸੀਡੈਂਟ ਹੋ ਗਿਆ ਸੀ ਉਹਨਾਂ ਦਾ। ਸ਼ਰਾਬ ਤਾਂ ਮੇਰੇ ਡੈਡੀ ਵੀ ਪੀਂਦੇ ਨੇ, ਪਰ ਲਿਮਿਟ 'ਚ ਰਹਿ ਕੇ, ਨਾਲੇ ਉਹਨਾਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਵੀ ਸ਼ਰਾਬ ਪੀਤੀ ਹੈ ਕਿ ਨਹੀਂ ਪੀਤੀ। ਮੇਰਾ ਬਾਪ ਮਾਸੜ ਵਾਂਗੂ ਹੀ ਡੱਕਦਾ, ਵਿਆਹ ਸ਼ਾਦੀ 'ਤੇ ਚੱਕ ਕੇ ਲਿਆਉਣਾ ਪੈਂਦਾ ਉਹਨੂੰ। ਪਰ ਯਾਰ, ਵੇਖਣ 'ਚ ਤਾਂ ਨਹੀਂ ਲੱਗਦਾ ਵੀ ਤੇਰੇ ਪਾਪਾ ਇੰਨੀ ਸ਼ਰਾਬ ਪੀਂਦੇ ਹੋਣਗੇ, ਵੇਖਣ 'ਚ ਤਾਂ ਬਹੁਤ ਸਮਝਦਾਰ ਆ ਉਹ। ਸੋਫੀ ਤਾਂ ਉਹ ਟੋਰ ਨਾਲ ਰਹਿੰਦਾ, ਬਸ ਉਹ ਪੀ ਕੇ ਹੀ ਨਹੀਂ ਪਤਾ ਲੱਗਦਾ ਹੈਗਾ। ਲੈ ਫੜੋ ਚਾਹ ਪੀਓ ਪੁੱਤ। ਥੈਂਕ ਯੂ ਆਂਟੀ। ਵਾਹ ਮਾਸੀ, ਤੇਰੀ ਚਾਹ ਦਾ ਤਾਂ ਵੱਖਰਾ ਹੀ ਸਵਾਦ ਆ, ਬਹੁਤ ਸਵਾਦ ਬਣਾਈ ਹੈ ਤੂੰ ਤਾਂ ਨਾ, ਹਰ ਵਾਰ ਆ ਕੇ ਮੇਰੀ ਚਾਹ ਦੀਆਂ ਤਾਰੀਫਾਂ ਕਰਨੀਆਂ ਹੁੰਦੀਆਂ ਆ। ਨਹੀਂ ਆਂਟੀ ਜੀ, ਚਾਹ ਵਾਕਈ ਬਹੁਤ ਸਵਾਦ ਬਣੀ ਆ। ਚੱਲ ਪੁੱਤ, ਧੰਨਵਾਦ। ਹੋਰ ਸੁਣਾ ਧੀਏ, ਕੀ ਕਰਦੀ ਸੀ ਤੇਰੀ ਅੰਮਾ? ਮੰਮੀ ਨੇ ਦੱਸ ਕੀ ਕਰਨਾ, ਕੋਟੀ ਬੁਣ ਕੇ ਹਟੀ ਸੀ ਤੇਰੀ, ਨਾਲ ਦੀ ਨਾਲ ਛੋਟੀ ਮੰਮੀ ਦੀ ਬੁਣਨ ਲੱਗ ਗਈ ਉਹ। ਚੱਲ ਵਧੀਆ ਧੀਏ, ਟਾਈਮ ਪਾਸ ਹੋ ਜਾਂਦਾ। ਉਹਨੂੰ ਤਾਂ ਨਾ ਸ਼ੁਰੂ ਤੋਂ ਕੁਆਰੀ ਹੁੰਦੀ ਨੂੰ ਆ ਸਲਾਈ ਕਢਾਈ ਦਾ ਤਾਂ ਬਾਲਾ ਹੀ ਸ਼ੌਂਕ ਹੈ, ਸਾਰੀ ਗਲੀ ਮਹੱਲੇ ਦੀਆਂ ਉਹਦੇ ਤੇ ਸੂਟ ਸਵਾਉਂਦੀਆਂ ਹੁੰਦੀਆਂ ਸੀ। ਮਾਸੀ, ਤੁਸੀਂ ਦੋਵੇਂ ਤਾਂ ਪੜੀਆਂ ਹੋਈਆਂ ਸੀ, ਫਿਰ ਨੌਕਰੀ ਨਹੀਂ ਲੱਗੀਆਂ ਹੈਗੀਆਂ? ਲੈ ਦੱਸ ਕਿਹੜੀਆਂ ਗੱਲਾਂ ਪੁੱਛਦੀ ਆ ਨਾ, ਜਦੋਂ ਸਾਡੇ 10ਵੀਂ ਦੇ ਪੇਪਰ ਹੋ ਕੇ ਹਟੇ, ਨਾਲ ਹੀ ਤੇਰੇ ਨਾਨੇ ਨੇ ਸਾਡੇ ਰਿਸ਼ਤੇ ਕਰਤੇ, ਨਾਲ ਹੀ ਸਾਡੇ ਵਿਆਹ ਧਰਤੇ। ਤੇਰੀ ਮਾਂ ਦਾ ਤੇ ਮੇਰਾ ਵਿਆਹ ਇੱਕੋ ਦਿਨ ਹੋਇਆ ਸੀ, ਇੱਕੋ ਦਿਨ ਬਰਾਤਾਂ ਸੱਦੀਆਂ ਸੀ। ਫੇਰ ਤਾਂ ਇੱਕ ਦਿਨ 'ਚ ਦੋ ਬਰਾਤਾਂ ਸਾਹਮਣੇ ਤਾਂ ਬਹੁਤ ਔਖੀਆਂ ਹੋਣੀਆਂ। ਲੈ ਕਾਹਦੀਆਂ, ਅੱਗੇ ਤਾਂ ਏਦਾਂ ਹੀ ਕਰਦੇ ਸੀ, ਅੱਗੇ ਕਿਹੜਾ ਪੈਲਸਾਂ ਦੇ ਖਰਚੇ ਹੁੰਦੇ ਸੀ, ਦੋ ਬਰਾਤਾਂ ਇੱਕੋ ਦਿਨ ਬੁਲਾ ਲੈਂਦੇ ਸੀ, ਇੱਕ ਨੂੰ ਸਕੂਲ 'ਚ ਬਿਠਾ ਦੇਣਾ, ਦੂਜੀ ਨੂੰ ਥਾਈ 'ਚ ਬਿਠਾ ਦੇਣਾ, ਆਨੰਦ ਕਾਰਜ ਇਕੱਠੀਆਂ ਦੇ ਕਰ ਦਿੰਦੇ ਹੁੰਦੇ ਸੀ। ਹਾਂਜੀ ਆਂਟੀ ਜੀ, ਉਦੋਂ ਤਾਂ ਆਈ ਰਿਵਾਜ ਹੁੰਦਾ ਸੀ, ਮੇਰੀਆਂ ਵੀ ਦੋ ਭੂਆ ਦਾ ਇਕੱਠੀਆਂ ਦੇ ਵਿਆਹ ਕੀਤਾ ਸੀਗਾ, ਮੇਰੇ ਪਾਪਾ ਦੱਸਦੇ ਹੁੰਦੇ ਆ, ਉਹਨਾਂ ਦੀਆਂ ਬਰਾਤਾਂ ਵੀ ਨਾ ਇਕੱਠੀਆਂ ਹੀ ਆਈਆਂ ਸੀ। ਹੋਰ ਪੁੱਤ, ਉਦੋਂ ਤਾਂ ਐਂ ਰਿਵਾਜ ਹੁੰਦਾ ਸੀ, ਆ ਪੈਲਸਾਂ ਦੇ ਤਾਂ ਵਾਧੂ ਖਰਚੇ ਹੋ ਗਏ, 3-4 ਘੰਟਿਆਂ ਵਿੱਚ ਸਾਰੀ ਉਮਰ ਦੀ ਕਮਾਈ ਇਕੱਠੀ ਕੀਤੀ ਉਹਦੀ ਉਹ ਜਾਂਦੀ ਹੈ। ਹਾਂਜੀ, ਹੁਣ ਤਾਂ ਲੋਕਾਂ ਨੇ ਨਾ ਫਜ਼ੂਲ ਖਰਚੇ ਐਵੇਂ ਹੀ ਵਧਾਏ ਹੋਏ ਨੇ, ਪਹਿਲਾਂ ਜ਼ਮਾਨੇ ਠੀਕ ਸੀ। ਹੁਣ ਜਦੋਂ ਮੈਂ ਵਿਆਹ ਕਰਾਉਣਾ ਨਾ, ਪਹਿਲੇ ਗੱਲ ਖੋਲੂੰਗੀ ਮੁੰਡੇ ਵਾਲਿਆਂ ਨਾਲ ਵੀ ਮੈਂ ਤਾਂ ਪੁਰਾਣੇ ਰਿਵਾਜ ਨਾਲ ਵਿਆਹ ਕਰਾਉਣਾ, ਮੇਰੀ ਬਰਾਤ ਤਾਂ ਪਿੰਡ ਹੀ ਆਊਗੀ। ਲੈ ਹੁਣ ਤਾਂ ਕਿਹੜਾ ਪਿੰਡ ਬਰਾਤ ਲਿਆਉਂਦਾ, ਅੱਜ ਕੱਲ ਤਾਂ ਲੋਕੀ ਫੋਕੀ ਟੌਰ ਦੇ ਮਾਰੇ ਪਏ ਨੇ, ਸਿੱਧੀ ਬਰਾਤ ਪੈਲਸ ਵਿੱਚ ਆਉਂਦੀ ਹੈ ਤੇ ਪੈਲਸ 'ਚ ਕੁੜੀ ਵਿਦਿਆ ਕਰ ਦਿੰਦੇ ਆ। ਲੈ ਮੈਂ ਤਾਂ ਪਹਿਲੇ ਹੀ ਸ਼ਰਤ ਰੱਖੂੰਗੀ ਵੀ ਮੇਰੀ ਬਰਾਤ ਤਾਂ ਪਿੰਡ ਆਣੀ ਚਾਹੀਦੀ ਹੈ, ਤੇ ਬਾਜੇ ਨਾ ਪੁਰਾਣੇ ਜ਼ਮਾਨੇ ਵਾਲੇ ਹੋਣੇ ਚਾਹੀਦੇ ਆ, ਉਹ ਲਾਲ ਟੋਪੀਆਂ ਵਾਲੇ। ਤੈਨੂੰ ਕਿੱਥੋਂ ਮਿਲਣਗੇ, ਹੁਣ ਤਾਂ ਕੋਈ ਫੌਜੀ ਬੈਂਡ ਵਾਲਿਆਂ ਨੂੰ ਨਹੀਂ ਸੱਦਦਾ, ਹੁਣ ਤਾਂ ਉਹ ਆਉਂਦੇ ਆ ਮਲਵਈ ਗਿੱਧੇ ਵਾਲੇ। ਜਿਵੇਂ ਜਿਵੇਂ ਲੋਕਾਂ ਕੋਲ ਪੁੱਤ ਪੈਸਾ ਵਧੀ ਜਾਂਦਾ, ਉਵੇਂ ਉਵੇਂ ਲੋਕਾਂ ਦੇ ਚੋਜ ਵਧੀ ਜਾਂਦੇ ਨੇ, ਬਸ ਫਾਲਤੂ ਦੇ ਖਰਚੇ ਨੇ। ਮੈਂ ਤਾਂ ਆਪ ਤੇਰੇ ਭਾਈ ਰਮਨੇ ਦਾ ਸਿੰਪਲ ਵਿਆਹ ਕਰਨਾ, ਕੁੜੀ ਵਾਲਿਆਂ ਦਾ ਕੁੰਡਾ ਥੋੜੀ ਕਰਵਾਉਣਾ। ਲੈ ਮਾਸੀ, ਤੇਰਾ ਮੁੰਡਾ ਤਾਂ ASI ਹੈ, ਪੂਰੀ ਧੂਮ ਧਾਮ ਨਾਲ ਵਿਆਹ ਕਰੀ ਉਹਦੇ ਤਾਂ। ਲੈ ਜੇ ASI ਹੈ ਤਾਂ ਹੁਣ ਕੁੜੀ ਵਾਲਿਆਂ ਦਾ ਕੁੰਡਾ ਹੀ ਕਰਵਾ ਦੇਣਾ। ਲੈ ਐ ਨਹੀਂ, ਸਿੰਪਲ ਵਿਆਹ ਕਰੂੰਗੀ ਮੈਂ ਤਾਂ ਆਪਣੇ ਪੁੱਤ ਦਾ। ਅੱਛਾ, ਤੁਹਾਡਾ ਮੁੰਡਾ ਵੀ ਪੁਲਿਸ 'ਚ? ਹਾਂ ਪੁੱਤ, ਸਾਡੇ ਤਾਂ ਸਾਰੇ ਪੁਲਿਸ ਵਾਲੇ ਨੇ, ਅਜੋਤ ਵੀ ਪੁਲਿਸ ਵਿੱਚ, ਮੇਰਾ ਮੁੰਡਾ ਵੀ ਪੁਲਿਸ ਵਿੱਚ ਤੇ ਮੇਰਾ ਜਵਾਈ ਵੀ ਪੁਲਿਸ ਵਿੱਚ। ਲੈ ਮਾਸੀ, ਫੇਰ ਤਾਂ ਨੂੰ ਵੀ ਨਾ ਪੁਲਿਸ ਵਾਲੀ ਲੱਭੀ ਤੇ ਮੇਰੇ ਵਾਸਤੇ ਵੀ ਪੁਲਿਸ ਵਾਲੇ ਲੱਭਿਓ, ਸਾਰਾ ਮਹਿਕਮਾ ਪੁਲਿਸ ਵਾਲਾ ਹੀ ਹੋ ਜੂ। ਨਾ ਨਾ ਪੁੱਤ, ਨੋ ਨਹੀਂ ਆਪਾਂ ਪੁਲਿਸ ਵਾਲੀ ਲੈਣੀ, ਨੋ ਤਾਂ ਆਪਾਂ ਹੋਰ ਨੌਕਰੀ ਕਿਤੇ ਕਰਦੀ ਲਵਾਂਗੇ, ਇਸ ਡਿਪਾਰਟਮੈਂਟ ਦੀ ਨਹੀਂ ਲੈਣੀ। ਲੈ ਪੁਲਿਸ ਵਾਲੇ ਟੱਬਰ 'ਚ ਹੋਰ ਮਹਿਕਮਾ ਕਾਹਨੂੰ ਲਿਆਉਣਾ, ਮੈਂ ਨਾ ਪੁਲਿਸ ਵਾਲਾ ਮੁੰਡਾ ਹੀ ਲੱਭੂੰਗੀ, ਤੁਹਾਨੂੰ ਪਤਾ ਹੀ ਹੈ ਭੂਆ ਦਾ ਮੁੰਡਾ ਵੀ ਪੁਲਿਸ 'ਚ ਹੀ ਹੈ। ਉਹ ਲੈ ਹਾਂ ਸੱਚ, ਉਹ ਵੀ ਭਰਤੀ ਹੋ ਗਿਆ ਰਾਣੀ ਦਾ ਮੁੰਡਾ ਨਾ।
ਹੋਰ ਮਾਸੀ ਉਹਦੀ ਡਿਊਟੀ ਵੀ ਮੇਰੇ ਨਾਲ ਹੀ ਆ। ਚੱਲ ਵਧੀਆ, ਫਿਰ ਤਾਂ ਭੈਣ ਭਰਾ ਇਕੱਠੇ ਇੱਕੋ ਥਾਂ ਨੌਕਰੀ ਲੱਗੇ ਹੋਏ ਹੋ। ਆ ਕੁੜੀ ਦੀ ਵੀ ਡਿਊਟੀ ਤੇਰੇ ਨਾਲ ਹੀ ਆ? ਨਹੀਂ ਨਹੀਂ, ਇਹਦੀ ਡਿਊਟੀ ਤਾਂ ਕਿਤੇ ਹੋਰ ਆ, ਬਸ ਆਉਂਦੇ ਜਾਂਦੇ ਅਸੀਂ ਇਕੱਠੀਆਂ ਨੇ। ਬਸ ਰੇ, ਡੈਡੀ ਕਰਾਊਗਾ ਹੁਣ ਬਦਲੀ, ਫਿਰ ਅਸੀਂ ਇਕੱਠੀਆਂ ਹੋ ਜਾਵਾਂਗੇ। ਚੱਲ ਵਧੀਆ, ਫਿਰ ਤਾਂ ਇਕੱਠੀਆਂ ਦਾ ਟਾਈਮ ਪਾਸ ਸੋਹਣਾ ਹੋ ਜਾਇਆ ਕਰਨਾ। ਹਾਂਜੀ, ਇਕੱਠਿਆਂ ਦਾ ਤਾਂ ਟਾਈਮ ਵੀ ਲੰਘ ਜਾਂਦਾ, ਇਕੱਲਿਆਂ ਦਾ ਤਾਂ ਦਿਲ ਹੀ ਨਹੀਂ ਲੱਗਦਾ। ਹੋਰ, ਅਸੀਂ ਵਿਆਹ ਵੀ ਇੱਕੇ ਪਿੰਡ ਕਰਾਵਾਂਗੇ ਤਾਂ ਜੋ ਸਾਨੂੰ ਡਿਊਟੀ ਜਾਣ ਲੱਗੇ ਸੌਖਾ ਹੋ ਜੂ। ਵਿਆਹ ਤਾਂ ਪੁੱਤ ਜਿੱਥੇ ਹੋਣਾ ਹੋਇਆ ਹੋ ਜਾਊਗਾ, ਜਿੱਥੇ ਤੁਹਾਡੇ ਸੰਯੋਗ ਹੋਏ ਉੱਥੇ ਤੁਹਾਡਾ ਵਿਆਹ ਹੋ ਜਾਣਾ, ਜਾਂ ਨੇੜੇ ਨਹੀਂ ਦੂਰ ਕੀ। ਚੱਲ ਮਾਸੀ, ਹੁਣ ਮੈਂ ਚੱਲਦੀ ਹਾਂ, ਆ ਜੀ ਤੂੰ ਵੀ ਟਾਈਮ ਕੱਢ ਕੇ ਘਰੇ ਮਿਲ ਜੀ ਨਾਲੇ। ਜ਼ਰੂਰ ਪੁੱਤ ਆਉਂਗੀ ਜਿੱਦੇ ਤੇਰੇ ਵੀਰੇ ਨੂੰ ਛੁੱਟੀ ਹੋਈ। ਲੈ ਮਾਸੀ, ਤੈਨੂੰ ਪਤਾ ਹੀ ਆ ਪੁਲਿਸ ਵਾਲਿਆਂ ਨੂੰ ਕਿੰਨੀ ਛੁੱਟੀਆਂ ਮਿਲਦੀਆਂ, ਇਹ ਤਾਂ ਸਪੈਸ਼ਲ ਟਾਈਮ ਕੱਢਣਾ ਪੈਂਦਾ ਰਿਸ਼ਤੇਦਾਰੀ ਨੂੰ ਮਿਲਣ ਲਈ। ਇਹ ਗੱਲ ਤਾਂ ਤੇਰੀ ਪੁੱਤ ਸਹੀ ਆ, ਟਾਈਮ ਤਾਂ ਸਪੈਸ਼ਲੀ ਕੱਢਣਾ ਪੈਂਦਾ। ਚੱਲ ਮਾਸੀ, ਮਿਲਦੇ ਆ, ਮੈਂ ਚੰਗਾ। ਚੰਗਾ ਪੁੱਤ, ਰਾਜੀ ਰਹਿ। ਚੱਲ ਤੈਨੂੰ ਵਧੀਆ ਲੱਗਣਾ ਚਾਹੀਦਾ। ਲੇਟ ਤਾਂ ਨਹੀਂ ਹੋ ਗਈ ਆਪਾਂ? ਨਾ ਨਾ। ਬਦਲੀ ਬੜਾ ਹੋਇਆ ਪਿਆ ਅੱਜ, ਸੋਰੀ ਸੋਰੀ, ਮੈਂ ਦੇਖਿਆ ਨੀ। ਘਰੋਂ ਚੱਕ ਕੇ ਮੋਟਰਸਾਈਕਲ ਤੁਰ ਪੈਣਗੇ, ਧਿਆਨ ਪਤਾ ਨੀ ਕਿੱਥੇ ਹੁੰਦਾ ਜਨਤਾ ਦਾ। ਮੈਨੂੰ ਤਾਂ ਪਤਾ ਨੀ ਲੱਗਾ ਜੀ, ਮੈਂ ਤਾਂ ਵੇਵ ਲੇਖ ਹੀ ਆ ਰਿਹਾ ਸੀਗਾ। ਪਤਾ ਤਾਂ ਇੱਕ ਮਿੰਟ ਚ ਲੱਗ ਜੂ, ਜਦੋਂ ਥਾਣੇ ਲਿਜਾ ਕੇ ਫੇਰ ਆ ਤੇਰੇ ਡੰਡਾ। ਅੱਛਾ ਜੀ, ਇਹ ਥਾਣੇ ਜਾ ਸਾਡੀ ਡਿਊਟੀ ਨਾ? ਤੂੰ ਡਿਊਟੀ ਪੁੱਛ ਕੇ ਕੀ ਲੈਣਾ? ਪਤਾ ਤਾਂ ਲੱਗੇ ਵੀ ਜਨਾਬ ਕਿਹੜੇ ਥਾਣੇ ਚਲੇ ਜਾ ਕੇ ਪਤਾ ਫੇਰਨਗੇ ਮੇਰੇ ਤੇ। ਆ ਤੁਰ ਜਾ ਤੁਰ ਜਾ, ਕਿਉਂ ਤੂੰ ਮੇਰੇ ਤੋਂ ਆਪਦੇ ਛਿੱਲ ਲਵਾਉਣੀ ਆ? ਮੈਨੂੰ ਲੱਗਦਾ ਪੰਜਾਬ ਪੁਲਿਸ ਦਾ ਹੱਥ ਹਜੇ ਫਿਰਿਆ ਨੀ ਤੇਰੇ ਤੇ। ਮੈਂ ਤਾਂ ਸੁਣਿਆ ਨਾ ਪੁਲਿਸ ਪੈਸੇ ਲੈ ਕੇ ਕਿਸੇ ਰਫਾ ਦਫਾ ਕਰ ਦਿੰਦੀ ਆ, ਔਰ ਤੁਸੀਂ ਲਓ 100 ਰੁਪਇਆ ਬੜਾ ਕਰੋ ਰਫਾ ਦਫਾ ਕੇਸ। ਨਾ ਮੈਂ ਤੈਨੂੰ ਰਿਸ਼ਵਤ ਖੋਰ ਲੱਗਦੀ ਆ? ਵੱਡਾ ਆਇਆ ਮੈਨੂੰ 100 ਰੁਪਇਆ ਦੇਣ ਵਾਲਾ। ਚਲੋ ਫਿਰ 1000 ਲੈ ਲਓ, ਮੈਨੂੰ ਜਾਣ ਦਿਓ। ਮੈਂ ਤੈਨੂੰ ਰੋਕਿਆ ਕਦੋਂ ਆ? ਜਾ ਲੰਘ ਜਾ, ਅੱਗੇ ਨਾ ਜਾ ਕੇ ਕਿਸੇ ਦੇ ਵਿੱਚ ਮਾਰੀ ਆਪਦਾ ਮੋਟਰਸਾਈਕਲ। ਜਾ, ਪਤਾ ਨੀ ਕੀ ਖਾ ਕੇ ਤੁਰਦੇ ਨੇ ਘਰੋਂ, ਸਾਰਾ ਪੰਜਾਬ ਨਾ ਪੱਟਿਆ ਪਿਆ ਨਸ਼ਿਆਂ ਨੇ। ਅੱਛਾ, ਤੁਹਾਨੂੰ ਇਹ ਲੱਗਦਾ ਵੀ ਮੈਂ ਨਸ਼ਾ ਕੀਤਾ ਹੋ? ਹੋਰ ਕੀ ਆ, ਨਸ਼ੇ ਨਾਲ ਹੀ ਡੱਕਿਆ ਹੋਏਗਾ, ਜਿਹੜਾ ਤੈਨੂੰ ਸਾਹਮਣੇ ਖੜੀ ਸਕੂਟਰੀ ਨਹੀਂ ਦਿਸੀ, ਨਸ਼ੇੜੀ ਕਿਸੇ ਥਾਂ ਦਾ। ਉਹ ਮੈਡਮ, ਮੈਂ ਮੰਨਦਾ ਵੀ ਮੇਰੀ ਗਲਤੀ ਆ, ਮੈਂ ਤੁਹਾਡੇ ਮੋਟਰਸਾਈਕਲ ਮਾਰਿਆ, ਪਰ ਥੋੜਾ ਤਮੀਜ਼ ਨਾਲ ਗੱਲ ਕਰੋ, ਮੈਂ ਵੀ ਪੁਲਿਸ ਵਾਲੀ ਆ। ਸਰ ਜੀ, ਪੁਲਿਸ ਵਾਲੇ ਨੇ ਪਟਾ ਪਤਾ ਕਿੰਨੀ ਸਪੀਡ ਨਾਲ ਫਿਰਦਾ। ਪਿੰਕੀ, ਕੀ ਹੋ ਗਿਆ ਜਿੱਦੇ? ਤੁਸੀਂ ਕੀ ਹਾਲ ਚਾਲ ਆ, ਪੂਰੇ ਕਿਵੇਂ? ਉਹ ਹਾਲ ਤਾਂ ਵਧੀਆ, ਮੈਂ ਤਾਂ ਛੁੱਟੀ ਲਈ ਵੀ ਸੀਗੀ, ਘਰ ਦੇ ਕੰਮ ਜੇ ਕਰਦਾ ਫਿਰਦਾ ਸੀਗਾ। ਇਹ ਰਿਸ਼ਤੇਦਾਰ ਨੇ ਤੁਹਾਡੇ? ਹਾਂ, ਇਹ ਮੇਰੇ ਮਾਸੀ ਦੇ ਜਵਾਈ ਨੇ, ਜਿਨ੍ਹਾਂ ਦੇ ਆਪਾਂ ਘਰੇ ਗਏ ਸੀ। ਕਿਉਂ, ਕੀ ਗੱਲ ਹੋ ਗਈ? ਨਹੀਂ ਨਹੀਂ, ਹੋਇਆ ਤਾਂ ਕੁਛ ਨਹੀਂ, ਬਸ ਇਹਨਾਂ ਤੋਂ ਨਾ ਮੋਟਰਸਾਈਕਲ ਲੱਗ ਗਿਆ ਆਪਣੀ ਸਕੂਟਰੀ ਚ। ਤੇ ਮੈਡਮ ਕਹਿੰਦੇ ਤੇਰੇ ਥਾਣੇ ਲੈ ਜਾ ਕੇ ਪਤਾ ਫੇਰਨਾ। ਓ ਅੱਛਾ ਅੱਛਾ, ਇਹ ਵੀ ਨਾ ਪੁਲਿਸ ਮੁਲਾਜ਼ਮ ਨੇ, ਹੁਣ ਤਾਂ ਪੰਜਾਬ ਪੁਲਿਸ ਨੂੰ ਡਰਾਉਣ ਲੱਗ ਗਈ। ਓ ਨਹੀਂ ਨਹੀਂ, ਮੈਨੂੰ ਤਾਂ ਪਤਾ ਨਹੀਂ ਸੀ ਨਾ, ਫਿਰ ਸੌਰੀ ਸਰ। ਓ ਚਲੋ ਕੋਈ ਗੱਲ ਨਹੀਂ, ਨਾਲੇ ਪੁਲਿਸ ਵਾਲਿਆਂ ਦੀ ਆਦਤ ਹੁੰਦੀ ਆ ਰੋਹ ਮਾਰਨ ਦੀ, ਨਾਲੇ ਜੋ ਤੁਸੀਂ ਕਿਉਂ ਫਿਰਦੇ ਹੋ? ਜੀਜਾ ਜੀ, ਅਸੀਂ ਤਾਂ ਡਿਊਟੀ ਜਾ ਰਹੇ ਸੀ, ਜਾਂਦੇ ਜਾਂਦੇ ਮੈਂ ਇਨਕੁਆਇਰੀ ਵੀ ਕਰਨ ਆ ਗਈ, ਇਹਨਾਂ ਦੀ ਨਾ ਕੰਪਲੇਂਟ ਸੀ ਟੁੰਮਾ ਚੋਰੀ ਦੀ। ਅੱਛਾ, ਚਲੋ ਆਜੋ, ਨਾਲੇ ਚਾਹ ਪਾਣੀ ਪੀ ਜਾਓ, ਨਾਲੇ ਤੇਰੀ ਭੈਣ ਨੂੰ ਮਿਲ ਜੀ। ਨਹੀਂ ਨਹੀਂ, ਹੁਣ ਤਾਂ ਅਸੀਂ ਡਿਊਟੀ ਜਾਣਾ, ਕਦੇ ਸਪੈਸ਼ਲੀ ਆਵਾਂਗੇ। ਲੈ, ਪਿੰਡ ਤਾਂ ਕੋਲ ਆਪਣਾ, ਚਾਹ ਨੂੰ ਕੀ ਟਾਈਮ ਲੱਗੂਗਾ? ਨਹੀਂ ਨਹੀਂ, ਤੁਹਾਨੂੰ ਪਤਾ ਹੀ ਹੈ ਗੱਲਾਂ 'ਚ ਤਾਂ ਟਾਈਮ ਲੱਗ ਹੀ ਜਾਂਦਾ, ਨਾਲੇ ਤੁਸੀਂ ਆਜੋ, ਨਾਲੇ ਭੈਣ ਮਿਲ ਜੂਗੀ ਮੰਮੀ ਨਾਲ। ਕੋਈ ਨਾ, ਕਦੇ ਕੱਢਾਂਗੇ ਟਾਈਮ, ਮੈਂ ਤਾਂ ਕਹਿੰਦਾ ਤੁਸੀਂ ਨੇੜੇ ਆਏ ਸੀਗੇ, ਤੁਸੀਂ ਆ ਜਾਂਦੇ। ਅਸੀਂ ਤਾਂ ਲੰਘਦੇ ਹੀ ਇੱਥੇ ਰੋਜ਼ ਆ, ਜਦੋਂ ਖੁੱਲ੍ਹਾ ਜਿਹਾ ਟਾਈਮ ਹੋਊਗਾ ਫਿਰ ਆ ਕੇ ਜਾਵਾਂਗੇ। ਹੋਰ ਫਿਰ ਡਿਊਟੀ ਕਿਵੇਂ ਚੱਲਦੀ ਆ? ਡਿਊਟੀ ਤਾਂ ਬਹੁਤ ਵਧੀਆ ਚੱਲਦੀ ਆ। ਚਲੋ ਪਹੁੰਚੋ ਫਿਰ ਡਿਊਟੀ, ਚਲੋ ਆ ਜਾਓ, ਕਦੇ ਮਾਰ ਜਾਓ ਗੇੜਾ। ਹਾਂਜੀ ਹਾਂਜੀ, ਠੀਕ ਹੈ।
ਮੈਨੂੰ ਤਾਂ ਪਤਾ ਹੀ ਨਹੀਂ ਸੀ ਤੁਹਾਡਾ ਰਿਸ਼ਤੇਦਾਰ ਹੈ। ਮੈਂ ਤਾਂ ਉਹਨੂੰ ਬਾਲਾ ਕੁਛ ਬੋਲ ਗਈ ਜਦੋਂ ਮੈਨੂੰ ਪਤਾ ਲੱਗਾ। ਯਾਰ ਮੈਨੂੰ ਤਾਂ ਸ਼ਰਮ ਹੀ ਆਈ ਗਈ। ਲੈ ਯਾਰ ਫਿਰ ਤੂੰ ਪੁੱਛ ਲੈਂਦੀ ਕੌਣ ਹੈ ਤੇ ਕੀ ਕਰਦਾ ਹੈ। ਲੈ ਹੁਣ ਆਪਾਂ ਨੂੰ ਆਏ ਕੀ ਪਤਾ ਹੁੰਦਾ ਗਾ। ਮੈਨੂੰ ਤਾਂ ਇੱਕਦਮ ਗੁੱਸਾ ਹੀ ਆ ਗਿਆ ਜਦੋਂ ਉਹਨੇ ਮੋਟਰਸਾਈਕਲ ਮਾਰਿਆ ਲਿਆ ਕੇ ਸਕੂਟਰੀ 'ਚ। ਫਿਰ ਤੂੰ ਰੋਬ ਮਾਰਨਾ ਸ਼ੁਰੂ ਕਰਤਾ ਹੈ। ਓਬਵੀਅਸਲੀ ਆ, ਜੇ ਹੁਣ ਉਹ ਲਿਆ ਕੇ ਸਿੱਧਾ ਮੋਟਰਸਾਈਕਲ ਵਿੱਚ ਮਾਰੂਗਾ ਬੰਦੇ ਨੂੰ ਗੁੱਸਾ ਆਊਗਾ ਤੇ ਗੁੱਸੇ 'ਚ ਅਗਲਾ ਰੋਬ ਵੀ ਮਾਰੂਗਾ। ਚੱਲ ਹੁਣ ਘਰਾ ਤਾਂ ਨਾ ਤੇਰਾ ਸਮਝੌਤਾ, ਚੱਲੀਏ ਹੁਣ ਆਪਾਂ। ਚੱਲ ਬੈਠ। ਮੈਨੂੰ ਕਿਉਂ ਪੁੱਤ, ਜੋਤ ਨੇ ਤੈਨੂੰ ਪਛਾਣਿਆ ਨੀ? ਜੋਤ ਨੇ ਤਾਂ ਮਾਤਾ ਮੈਨੂੰ ਪਸੰਦ ਹੀ ਆ, ਪਰ ਉਹਦਾ ਅੰਦਰ ਗਈ ਨਾ ਕਿਸੇ ਦਿਨ ਇਨਕੁਆਇਰੀ ਕਰਨ, ਉਹਦੀ ਸਹੇਲੀ ਬੈਠੀ ਸਕੂਟਰੀ ਤੇ। ਅੱਛਾ, ਉਹ ਪੁੱਤ ਇੱਥੋਂ ਹੀ ਗਈਆਂ ਦੋਨੇ ਜਾਣੀਆਂ। ਆ ਜੋਤ ਦੀ ਮੰਮੀ ਨੇ ਕੋਟੀ ਬੁਣੀ ਸੀ ਮੇਰੇ ਵਾਸਤੇ, ਉਹ ਫੜਾਉਣ ਆਈਆਂ ਸੀ। ਤੂੰ ਪੁੱਤ ਬੈਠ, ਮੈਂ ਤੇਰੇ ਵਾਸਤੇ ਚਾਹ ਦਾ ਕੱਪ ਬਣਾ ਕੇ ਲਿਆਉਣੀ ਆ। ਉਹ ਨਹੀਂ ਨਹੀਂ ਮਾਤਾ, ਮੈਂ ਹੁਣ ਰੋਟੀ ਖਾ ਕਹਿੰਦਾ ਸੀ ਨਾ, ਚਾਹ ਨਹੀਂ ਮੈਂ ਪੀਣੀ। ਚੱਲ ਕੋਈ ਨੀ, ਥੋੜਾ ਰੁਕ ਕੇ ਚਾਹ ਪੀ ਲਈ, ਨਾਲੇ ਕੁਲਵਿੰਦਰ ਨੂੰ ਨਾਲ ਲੈ ਆਂਦਾ। ਮੈਂ ਕਿਹਾ ਸੀ ਮਾਤਾ ਉਹਨੂੰ ਬਸ ਚਲੋ, ਗਈ ਮੇਰੇ ਕੰਮ ਜੇ ਪੈ ਨੇਗੇ, ਤੁਸੀਂ ਜਾਇਓ। ਚੱਲ ਕਹਿੰਦੀ ਹੋਣੀ ਆ ਕੰਮ ਕਾਰ ਵਿਚਾਲੇ ਕਾਹਨੂੰ ਛੱਡ ਕੇ ਜਾਣੇ ਆ। ਮੈਂ ਤਾਂ ਪੁੱਤ ਤੈਨੂੰ ਤਾਂ ਬੁਲਾਇਆ ਸੀ ਵੀ ਆਪਣੇ ਰਮਨੇ ਵਾਸਤੇ ਰਿਸ਼ਤਾ ਆਉਂਦਾ ਕੁੜੀ ਦਾ। ਕੁੜੀ ਨੌਕਰੀ ਵਾਲੀ ਆ ਕਿ ਘਰੇਲੂ ਕੰਮ ਕਾਰ ਵਾਲੀ ਆ? ਪੁੱਤ ਕੁੜੀ ਨੌਕਰੀ ਕਰਦੀ ਆ, ਉਹਦਾ ਡੈਡੀ DSP ਰਿਟਾਇਰ ਹੋਇਆ ਆ। ਅੱਛਾ, ਕਿਹੜੇ ਮਹਿਕਮੇ 'ਚ ਕਰਦੀ? ਇਹ ਤਾਂ ਪੁੱਤ ਪੁੱਛਿਆ ਹੀ ਨਹੀਂ। ਫਿਰ ਤੁਹਾਨੂੰ ਵਿਚੋਲਾ ਝੂਠ ਬੋਲਦਾ ਹੋਣਾ, ਕੁੜੀ ਨੌਕਰੀ ਨਹੀਂ ਕਰਦੀ ਹੋਣੀ, ਉਹੀ ਕਹਿੰਦਾ ਵੀ ਕੁੜੀ ਨੌਕਰੀ ਕਰਦੀ ਆ। ਵਿਚੋਲਾ ਕਿਹੜਾ ਪੁੱਤ, ਵਿਚੋਲਾ ਤਾਂ ਵਿੱਚ ਕੋਈ ਹੈ ਹੀ ਨਹੀਂ। ਆ ਜਿੱਦੇ ਆਪਣਾ ਰਮਾ ASI ਬਣਿਆ, DSP ਸਾਹਿਬ ਨੂੰ ਡੱਬਾ ਦੇਣ ਗਿਆ ਸੀ, ਅਖੇ ਮੂੰਹ ਮਿੱਠਾ ਕਰਵਾ ਦਿੰਦਾ। DSP ਸਾਹਿਬ ਨੇ ਗੱਲ ਤੋਰ ਲਈ ਵੀ ਮੇਰੀ ਕੁੜੀ ਨੌਕਰੀ ਕਰਦੀ ਆ, ਉਹਦੇ ਨਾਲ ਹੀ ਰਿਸ਼ਤਾ ਕਰ ਦਿੰਦਾ। ਫਿਰ ਤੁਸੀਂ ਉਹਨਾਂ ਨੂੰ ਪੁੱਛ ਲੈਂਦੇ, ਉਹਨਾਂ ਨੂੰ ਕਦੋਂ ਨੂੰ ਪੁੱਛਿਆ? ਪੁੱਤ ਰਮਨੇ ਤੋਂ ਇਹੀ ਤਾਂ ਗਲਤੀ ਹੋ ਗਈ, ਉਹਨੇ ਮੋੜ ਕੇ ਪੁੱਛਿਆ ਨਹੀਂ ਵੀ ਕਿਹੜੇ ਡਿਪਾਰਟਮੈਂਟ ਵਿੱਚ ਕੁੜੀ ਨੌਕਰੀ ਕਰਦੀ ਆ। ਹੁਣ ਫੋਨ ਤੇ ਪਤਾ ਕਰ ਲਓ ਉਹਦੇ ਬਾਪ ਤੋਂ। ਮੈਂ ਤਾਂ ਪੁੱਤ ਕਿਹਾ ਸੀ ਰਮਨੇ ਨੂੰ, ਆ ਰਮਨਾ ਮੰਨਦਾ ਹੀ ਨਹੀਂ। ਅਖੇ ਮੰਮੀ ਵਿਆਹ ਤੋਂ ਬਾਅਦ ਆਪੇ ਪਤਾ ਲੱਗ ਜੂ ਕੁੜੀ ਕਿਹੜੇ ਡਿਪਾਰਟਮੈਂਟ ਵਿੱਚ ਨੌਕਰੀ ਕਰਦੀ ਆ। ਉਹ ਨਹੀਂ ਨਹੀਂ ਮਾਤਾ, ਵਿਆਹ ਤੋਂ ਪਹਿਲਾਂ ਪਤਾ ਹੋਣਾ ਜ਼ਰੂਰੀ ਚਾਹੀਦਾ ਆਪਾਂ ਨੂੰ। ਉਹੀ ਤਾਂ ਮੈਂ ਪੁੱਤ ਗੱਲ ਕਰਦੀ ਸੀ ਵੀ ਕੁੜੀ ਬਾਰੇ ਪਤਾ ਵੀ ਹੋਣਾ ਚਾਹੀਦਾ। ਮੈਂ ਤਾਂ ਐਂ ਕਹਿੰਦੀ ਸੀ ਪੁੱਤ ਤੂੰ ਪਤਾ ਕਰ ਲੈਂਦਾ ਕੁੜੀ ਬਾਰੇ ਕੁਛ। ਮੈਂ ਪਤਾ ਕਰ ਲੂੰ ਮਾਤਾ, ਮੈਨੂੰ ਐਡਰੈਸ ਦਿਓ ਕੁੜੀ ਵਾਲਾ। ਐਡਰੈਸ ਤਾਂ ਪੁੱਤ ਮੈਨੂੰ ਵੀ ਨਹੀਂ ਪਤਾ, ਉਹ DSP ਦੀ ਕੁੜੀ ਆ ਜਿਹਦੇ ਨਾਲ ਪਹਿਲਾਂ ਰਮਨਾ ਡਿਊਟੀ ਕਰਦਾ ਹੁੰਦਾ ਸੀ। ਉਹਦੇ ਬਾਰੇ ਤਾਂ ਮੈਂ ਪਤਾ ਕਰ ਲੂੰਗਾ ਜੀ। ਹੋਰ ਪੁੱਤ ਕਰਕੇ ਦੱਸ ਫਿਰ ਆਪਾਂ ਅੱਗੇ ਗੱਲ ਵਧਾਈਏ। ਪਰ ਇੱਕ ਗੱਲ ਆ ਮਾਤਾ, ਉਹ ਅਫਸਰਾਂ ਦੀ ਕੁੜੀਆਂ ਨਾ ਸੁਭਾਅ ਦਾ ਤਾਂ ਮੈਨੂੰ ਪਤਾ ਨਹੀਂ, ਕੰਮ ਕਾਰ ਘੱਟੇ ਕਰਦੇ ਹੁੰਦੇ ਨੇ, ਕਿਤੇ ਫੇਰ ਗੱਲ ਉਹੀ ਹੋ ਜੇ। ਆਹੋ ਪੁੱਤ, ਕੁਲਵਿੰਦਰ ਵੀ ਇਹੀ ਗੱਲ ਕਰਦੀ ਸੀ ਵੀ ਅਫਸਰਾਂ ਦੀਆਂ ਕੁੜੀਆਂ ਕੰਮ ਕਾਰ ਘੱਟੇ ਕਰਕੇ ਰਾਜੀ ਨੇ। ਅੱਛਾ, ਕੁਲਵਿੰਦਰ ਨੂੰ ਪਤਾ ਜੀ ਵੀ ਇਹ ਰਿਸ਼ਤਾ ਆਇਆ ਪਿਆ, ਪਰ ਉਹਨੇ ਮੇਰੇ ਨਾਲ ਤਾਂ ਗੱਲ ਕੀਤੀ ਨਹੀਂ ਕੋਈ। ਪੁੱਤ ਕੁਲਵਿੰਦਰ ਉਦਣ ਇੱਥੇ ਆਈ ਹੋਈ ਸੀ, ਨਾਲੇ ਤੈਨੂੰ ਪਤਾ ਕੁਲਵਿੰਦਰ ਕੰਮ ਕਾਰ ਵਿੱਚ ਭੁੱਲ ਗਏ ਹੋਣੀ ਆ। ਬਸ ਤੂੰ ਆ ਕੁੜੀ ਬਾਰੇ ਪਤਾ ਕਰਕੇ ਦੱਸ, ਨਾਲੇ ਰਮਨੇ ਨੂੰ ਨਾ ਪੁੱਤ ਦੱਸੀ ਵੀ ਮੈਂ ਤੈਨੂੰ ਕਿਹਾ ਕੁੜੀ ਬਾਰੇ ਪਤਾ ਕਰਨ ਬਾਰੇ ਵੀ ਤੂੰ ਕੁੜੀ ਬਾਰੇ ਪਤਾ ਕਰਦਾ ਫਿਰਦਾ। ਪਤਾ ਤਾਂ ਮਾਤਾ ਕਰਨਾ ਹੀ ਪੈਂਦਾ ਅੱਜ ਕੱਲ੍ਹ, ਜੇ ਰਿਸ਼ਤਾ ਆਪਾਂ ਨੇ ਕਰਨਾ ਤਾਂ ਕੁੜੀ ਬਾਰੇ ਪਤਾ ਕਰਨਾ ਪਊ ਸਾਰੀ ਆਪਣੀ ਗੱਲਬਾਤ। ਪੁੱਤ ਮੈਂ ਤਾਂ ਕਿਹਾ ਸੀ ਵੀ ਕੁੜੀ ਬਾਰੇ ਪਤਾ ਕਰ ਲੈ, ਪਰ ਰਮਨਾ ਕਹਿੰਦਾ ਅਸੀਂ ਨਹੀਂ ਉਹਨਾਂ ਬਾਰੇ ਕੁਛ ਵੀ ਪਤਾ ਕਰਨਾ, ਉਹਨੇ ਕਿਹੜਾ ਸਾਡੇ ਬਾਰੇ ਪੁੱਛਗਿੱਛ ਕੀਤੀ ਆ ਕੋਈ, ਨਾ ਉਹ ਨਹੀਂ ਕਰਨੀ ਆ। ਉਹ ਚਾਹੇ ਪਤਾ ਕਰ ਜਾਣ, ਅਗਲੇ ਦਾ ਵੀ ਹੱਕ ਆ ਪਤਾ ਕਰਨਾ, ਉਹਨਾਂ ਦੀ ਕੁੜੀ ਜ਼ਿੰਦਗੀ ਦਾ ਸਵਾਲ ਆ ਜੀ। ਪੁੱਤ ਹੁਣ ਮੈਂ ਰਮਨੇ ਨੂੰ ਇਹ ਗੱਲ ਕਿਵੇਂ ਸਮਝਾਵਾਂ? ਰਮਨਾ ਤਾਂ ਕਹਿੰਦਾ ਨਾ ਅਸੀਂ ਉਹਨਾਂ ਬਾਰੇ ਪਤਾ ਕਰਨਾ, ਨਾ ਉਹ ਸਾਡੇ ਬਾਰੇ ਪਤਾ ਕਰਦੇ ਆ, ਬਸ ਕੁੜੀ ਦੇਖੋ ਪਸੰਦ ਵਾ ਤਾਂ ਸਿੱਧੇ ਸ਼ਗਨ ਪਾ ਦੇ।
ਕੁੜੀ ਦੇਖਣ ਜਾਂਦਾ ਤਾਂ ਜੀ ਬਾਅਦ ਚ ਫਾਇਦਾ, ਪਹਿਲਾਂ ਪਤਾ ਕਰਕੇ। ਹੋਰ ਪੁੱਤ ਮੈਂ ਤਾਂ ਇਹ ਸੋਚਿਆ ਵੀ ਚੱਲ ਤੂੰ ਤੁਰਦਾ ਫਿਰਦਾ ਰਹਿਣਾ ਆ, ਕੁੜੀ ਬਾਰੇ ਪਤਾ ਕਰ ਲਈ, ਪਤਾ ਕੀਤੇ ਤੇ ਸਭ ਕੁਛ ਪਤਾ ਲੱਗਣਾ। ਕੋਈ ਗੱਲ ਨਹੀਂ ਮਾਤਾ, ਮੈਂ ਜਾਣਾ ਕਿਸ ਤੋਂ ਪੁੱਛ ਕੇ ਆਉਣ ਜਾ ਕੇ ਹੁਣੇ ਪਤਾ ਕਰ ਦੂੰ। ਚੱਲ ਕੋਈ ਨਹੀਂ ਪੁੱਤ ਤੂੰ ਬੈਠ, ਮੈਂ ਤੇਰੇ ਲਈ ਚਾਹ ਦਾ ਕੱਪ ਬਣਾ ਕੇ ਲਿਆਉਣੀ ਆ, ਨਾਲੇ ਠੰਡ ਹੈ। ਠੀਕ ਹੈ, ਚੰਗਾ। ਤੁਹਾਡੀ ਬਦਲੀ ਕਰਾਤੀ ਮੈਂ, ਤੁਸੀਂ ਨੌਕਰੀ ਦੇ ਇਕੱਠੀਆਂ ਜ਼ਰੂਰ ਜਾਇਆ ਕਰੋਗੇ। ਪਾਪਾ ਤੁਸੀਂ ਸੱਚੀ ਕਹਿ ਰਹੇ ਹੋ ਕਿ ਮਜ਼ਾਕ ਕਰਦੇ ਹੋ? ਪੁੱਤਰ ਮੈਂ ਸੱਚੀ ਕਹਿ ਰਿਹਾ, ਤੇਰੀ ਬਦਲੀ ਤਾਂ ਕਰਾਤੀ ਮੈਂ। ਚਲੋ ਸ਼ੁਕਰ ਹੈ, ਹੁਣ ਤੋਂ ਆਪਾਂ ਇਕੱਠੀਆਂ ਰਹਿਆ ਕਰਾਂਗੇ। ਜੇ ਕਿਤੇ ਆਪਣਾ ਵਿਆਹ ਵੀ ਇੱਕੋ ਘਰੇ ਹੋ ਜੇ ਨਾ ਇਕੱਠੀਆਂ ਦਾ, ਫੇਰ ਗੱਲ ਬਣੇ। ਪੁੱਤਰ ਤੇਰੇ ਵਾਸਤੇ ਤਾਂ ਰਿਸ਼ਤਾ ਮੈਂ ਲੱਭ ਲਿਆ, ਤੂੰ ਮੰਨ ਹੀ ਨਹੀਂ ਲਈ, ਜੋ ਤੂੰ ਸਮਝਾ ਇਹਨੂੰ। ਮੁੰਡਾ ਕੀ ਕੰਮ ਕਰਦਾ ਅੰਕਲ? ਮੁੰਡਾ ਦੇ ਪੁੱਤਰ ਪੁਲਿਸ 'ਚ ASI ਹੈ। ਅੱਛਾ, ਹੋਰ ਕੀ ਚਾਹੀਦਾ ਤੈਨੂੰ? ਹੈ ਤੂੰ ਹੌਲਦਾਰ ਪ੍ਰਾਹੁਣਾ ASI। ਤੈਨੂੰ ਪਤਾ ਤਾਂ ਹੈ ਯਾਰ, ਮੈਨੂੰ ਪੁਲਿਸ ਵਾਲੇ ਮੁੰਡੇ ਨਹੀਂ ਪਸੰਦ, ਪਰ ਮੈਂ ਪੁਲਿਸ ਵਾਲੇ ਨਾਲ ਵਿਆਹ ਹੀ ਨਹੀਂ ਕਰਵਾਉਣਾ। ਨਾਲ ਜੇ ਤੈਨੂੰ ਠੀਕ ਲੱਗਦਾ ਤੂੰ ਕਰਵਾ ਲੈ, ਬਣ ਜਾਂਦੇ ਆ ਅਸੀਂ ਤੇਰੇ ਵਿਚੋਲੇ। ਹਾਂ ਮੇਰਾ ਕਰਾ ਦਿਓ, ਮੈਂ ਤਾਂ ਕਰਾ ਦੂੰਗੀ। ਮੁੰਡਾ ਵੀ ਇਸੇ ਡਿਪਾਰਟਮੈਂਟ ਦਾ ਚਾਹੀਦਾ, ਉਹ ਤਾਂ ਮੁੰਡਾ ASI ਹੈ। ਇਹਦੀ ਤਾਂ ਪੁੱਤ ਮੱਤ 'ਚ ਫਰਕ ਆ, ਵਧੀਆ ਰਿਸ਼ਤੇ ਰੋਈ ਰੋਈ ਨਹੀਂ ਮਿਲਦੇ। ਪਾਪਾ ਪੁਲਿਸ ਵਾਲੇ ਤੋਂ ਬਿਨਾਂ ਹੋਰ ਕੋਈ ਮੁੰਡਾ ਨਹੀਂ ਲੱਭਦਾ ਤੁਹਾਨੂੰ? ਲੱਭ ਤੇ ਜਾਊਗਾ ਪੁੱਤਰ, ਪਰ ਹੁਣੇ ਮੁੰਡਾ ਮੈਂ ਲੱਭਿਆ ਹੋਇਆ, ਫੇਰ ਆਪਾਂ ਮੁੰਡੇ ਲੱਭਦੇ ਫਿਰਾਂਗੇ। ਇਹਨੂੰ ਤਾਂ ਮੈਂ ਜਾਣਦਾ ਵੀ ਆ, ਫਿਰ ਦੂਸਰਾ ਪਤਾ ਨਹੀਂ ਕਿਹੋ ਜਿਹਾ ਮਿਲੂਗਾ। ਅੰਕਲ ਮੈਨੂੰ ਫੋਟੋ ਦਿਖਾਓ ਮੁੰਡੇ ਦੀ, ਮੈਂ ਦੇਖਦੀ ਹਾਂ ਕਿਹੋ ਜਿਹਾ ਮੁੰਡਾ ਹੈ। ਫੋਟੋ ਤਾਂ ਪੁੱਤ ਮੇਰੇ ਕੋਲ ਹੈ ਨਹੀਂ ਗੀ, ਮੰਗਵਾ ਜ਼ਰੂਰ ਲਵਾਂਗਾ ਮੈਂ। ਵੈਸੇ ਪਿੰਕੀ ਮੇਰੇ ਹਿਸਾਬ ਨਾਲ ਤੈਨੂੰ ਕਰਾ ਲੈਣਾ ਚਾਹੀਦਾ, ASI ਦੀ ਪੋਸਟ ਕਿਹੜਾ ਛੋਟੀ ਹੁੰਦੀ ਹੈ। ਉਹ ਕਮਲੀਏ, ਵਿਆਹ ਮੈਂ ਉਹਦਾ ਦੇਖ ਕੇ ਨਹੀਂ ਕਰਵਾਉਣਾ, ਡਿਪਾਰਟਮੈਂਟ ਦੇਖ ਕੇ ਕਰਾਉਣਾ ਹੈ। ਫਿਰ ਕਿਹੜਾ ਡਿਪਾਰਟਮੈਂਟ ਲੱਭਾ ਪੁੱਤਰ, ਮੈਨੂੰ ਤੂੰ ਦੱਸ ਦੇ। ਪਾਪਾ ਪੁਲਿਸ ਵਾਲਾ ਡਿਪਾਰਟਮੈਂਟ ਛੱਡ ਕੇ ਜਿਹੜਾ ਮਰਜ਼ੀ ਡਿਪਾਰਟਮੈਂਟ ਹੋਵੇ ਚੱਲ ਜੂਗਾ, ਨੌਕਰੀ ਛੋਟੀ ਵੱਡੀ ਦਾ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ। ਤੂੰ ਪੁਲਿਸ 'ਚ ਹੈ ਪੁੱਤਰ, ਜੇ ਹੋਰ ਕਿਸੇ ਡਿਪਾਰਟਮੈਂਟ ਵਾਲੇ ਨੇ ਤੇਰਾ ਰਿਸ਼ਤਾ ਨਾਲ ਆ, ਕਿਉਂਕਿ ਤੂੰ ਪੁਲਿਸ 'ਚ ਹੈ। ਫਿਰ ਤੁਸੀਂ ਪਤਾ ਤਾਂ ਕਰਕੇ ਦੇਖੋ ਪਾਪਾ, ਜੇ ਤੁਸੀਂ ਇਸ ਰਿਸ਼ਤੇ ਤੋਂ ਅੱਖ ਪੱਟ ਕੇ ਕਿਸੇ ਹੋਰ ਰਿਸ਼ਤੇ ਵੱਲ ਦੇਖੋਗੇ ਤਾਂ ਹੀ ਪਤਾ ਲੱਗੂ। ਚੱਲ ਮੈਂ ਕਰ ਲੂੰਗਾ ਪਤਾ, ਆਪਣੀ ਸਹੇਲੀ ਨੂੰ ਚਾਹ ਪਾਣੀ ਪਿਲਾ ਦੇ, ਨਹੀਂ ਤੇ ਰਾਮੂ ਨੂੰ ਕਹਿੰਦੇ ਚਾਹ ਪਿਲਾ ਦੂਗਾ। ਨਹੀਂ ਹੁਣ ਮੈਂ ਚੱਲਦੀ ਹਾਂ, ਚਾਹ ਤਾਂ ਮੈਂ ਘਰੇ ਜਾ ਕੇ ਪੀਊਂਗੀ। ਨਾ ਕੀ ਗੱਲ, ਸਾਡੇ ਘਰੇ ਚਾਹ ਸਵਾਦ ਨਹੀਂ ਬਣਦੀ? ਓਹ ਪਿੰਕੀ, ਉਹ ਗੱਲ ਨਹੀਂ ਹੈਗੀ, ਜੇ ਹੁਣ ਮੈਂ ਚਾਹ ਪੀਣ ਬਹਿ ਗਈ ਨਾ ਫਿਰ ਟਾਈਮ ਲੱਗ ਜੂਗਾ। ਚੱਲ ਠੀਕ ਆ, ਕੱਲ ਨੂੰ ਆਪਾਂ ਡਿਊਟੀ ਤੇ ਇਕੱਠੀਆਂ ਹੀ ਆ, ਖਾਣਾ ਨਾ ਲੈ ਕੇ ਆਈ, ਪਾਰਟੀ ਕਰਾਂਗੇ। ਚੱਲ ਠੀਕ ਹੈ, ਹੁਣ ਮੈਂ ਚੱਲਦੀ। ਚਲੋ ਠੀਕ ਆ ਅੰਕਲ, ਠੀਕ ਆ ਜੀ, ਸਤਿ ਸ਼੍ਰੀ ਅਕਾਲ। ਦੇਖ ਪੁੱਤ ਤੂੰ ਹੀ ਨਹੀਂ ਮੰਨਦੀ, ਜੋਤ ਇੱਕ ਮਿੰਟ 'ਚ ਹੀ ਮੰਨ ਗਈ, ਕਹਿੰਦੀ ਮੇਰਾ ਰਿਸ਼ਤਾ ਕਰਾ ਦਿਓ। ਫਿਰ ਪਾਪਾ ਆਪਾਂ ਜੋਤ ਦਾ ਹੀ ਕਰਵਾ ਦਿੰਦੇ ਆ, ਨਾਲੇ ਉਹਨੂੰ ਰਿਸ਼ਤਾ ਪਸੰਦ ਵੀ ਹੈ। ਪੋਤੋ ਦਾ ਵਿਆਹ ਉਹਦੇ ਘਰ ਦੇ ਕਿਤੇ ਹੋਰ ਵੀ ਕਰ ਦੇਣਗੇ, ਆਹ ਮੁੰਡਾ ਤਾਂ ਮੈਂ ਤੇਰੇ ਵਾਸਤੇ ਪਸੰਦ ਕੀਤਾ, ਤੂੰ ਮੰਨ ਜਾ। ਪਾਪਾ ਤੁਸੀਂ ਤਾਂ ਨਾ ਜਿੱਦ ਹੀ ਫੜ ਰੱਖੀ ਆ ਤੇ ਤੇਰਾ ਵਿਆਹ ਬਸ ਮੈਂ ਪੁਲਿਸ ਵਾਲੇ ਨਾਲ ਹੀ ਕਰਕੇ ਹਟਣਾ।
ਮੈਨੂੰ ਇਹ ਦੱਸ ਤੈਨੂੰ ਪੁਲਿਸ ਵਾਲੇ ਮੁੰਡੇ ਤੋਂ ਨਫ਼ਰਤ ਕਿਉਂ ਆ? ਮੈਂ ਵੀ ਤਾਂ ਪੁਲਿਸ ਵਾਲਾ ਹੀ ਆ। ਇੱਕ ਤਾਂ ਪਾਪਾ ਪੁਲਿਸ ਵਾਲੇ ਸ਼ਰਾਬ ਬਹੁਤ ਪੀਂਦੇ ਨੇ, ਉੱਪਰੋਂ ਉਹਨਾਂ ਨੂੰ ਛੁੱਟੀ ਨਹੀਂ ਹੁੰਦੀ ਕਿਸੇ ਵੀ ਤਿਉਹਾਰ ਤੇ, ਮੁੰਡਿਆਂ ਨੂੰ ਤਾਂ ਖਾਸ ਕਰਕੇ ਛੁੱਟੀ ਦਿੰਦੇ ਨਹੀਂ ਹੈਗੇ। ਨਾ ਜੇ ਕੋਈ ਤਿਉਹਾਰ ਹੋਊਗਾ ਮੈਂ ਉੱਥੇ ਮੂੰਹ ਚੱਕ ਕੇ ਇਕੱਲੀ ਬੈਠੀ ਰਿਹਾ ਕਰੂੰਗੀ। ਪੁੱਤਰ ਇਹ ਮੁੰਡਾ ਤਾਂ ਸ਼ਰਾਬ ਪੀਂਦਾ ਹੀ ਨਹੀਂ, ਬਿਲਕੁਲ ਸਾਊ ਆ, ਇਸੇ ਕਰਕੇ ਮੈਂ ਇਹਨੂੰ ਪਸੰਦ ਕੀਤਾ। ਓ ਹੋ ਪਾਪਾ, ਤੁਹਾਨੂੰ ਕੀ ਪਤਾ ਅੱਜ ਕੱਲ ਸ਼ਰਾਬ ਬਿਨਾਂ ਕਿਹੜਾ ਸਾਰਦਾ। ਉਹ ਪੁੱਤਰ ਭਾਵੇਂ ਮੁੰਡੇ ਸ਼ਰਾਬ ਪੀਂਦੇ ਹੀ ਨੇ, ਪਰ ਇਸ ਮੁੰਡੇ ਦੀ ਮੈਂ ਗਰੰਟੀ ਲੈਣਾ, ਇਹ ਬਿਲਕੁਲ ਸ਼ਰਾਬ ਨਹੀਂ ਪੀਂਦਾ, ਮੇਰੇ ਨਾਲ ਰਿਹਾ। ਜੇ ਮੰਮੀ ਹੁੰਦੀ ਨਾ ਮੈਂ ਮੰਮੀ ਨੂੰ ਪੁੱਛ ਕੇ ਵਿਆਹ ਕਰਵਾਉਂਦੀ, ਕਿਉਂਕਿ ਉਹਨੇ ਤਾਂ ਪੁਲਿਸ ਵਾਲੇ ਨਾਲ ਲਾਈਫ ਕੱਢੀ ਹੋਈ ਆ। ਪੁੱਤਰ ਹੁਣ ਤੇਰੀ ਮੰਮੀ ਵੀ ਮੈਂ ਤੇ ਤੇਰਾ ਪਾਪਾ ਵੀ ਮੈਂ ਆ, ਨਾਲੇ ਮੈਂ ਕਿਹੜਾ ਤੇਰੇ ਰਿਸ਼ਤੇ ਬਾਰੇ ਕੋਈ ਗਲਤ ਸੋਚਦਾ, ਮੈਂ ਵੀ ਚਾਹਨਾ ਮੇਰੀ ਧੀ ਸੁਖੀ ਰਵੇ। ਪਾਪਾ ਤੁਸੀਂ ਤਾਂ ਆਪਣੇ ਵੱਲੋਂ ਕਹੀ ਜਾਂਦੇ ਹੋ ਵੀ ਮੈਨੂੰ ਮੁੰਡਾ ਪਸੰਦ ਆ, ਮੈਂ ਰਿਸ਼ਤਾ ਦੇਖ ਲਿਆ, ਪਰ ਤੁਹਾਨੂੰ ਕੀ ਪਤਾ ਵੀ ਮੁੰਡੇ ਦੇ ਘਰ ਦੇ ਜੇ ਮੰਨਣ ਨਾ ਪੁਲਿਸ ਵਾਲੀ ਦਾ ਰਿਸ਼ਤਾ ਲੈਣ ਲਈ ਫੇਰ। ਨਹੀਂ ਨਹੀਂ ਪੁੱਤਰ, ਉਹ ਬਹੁਤ ਚੰਗਾ ਪਰਿਵਾਰ ਹੈ, ਕਿਉਂਕਿ ਮੈਂ ਉਹਨਾਂ ਦੀ ਬਹੁਤ ਹੈਲਪ ਕੀਤੀ ਹੋਈ ਹੈ, ਉਹ ਮੇਰੀ ਗੱਲ ਨਹੀਂ ਮੋੜ ਸਕਦੇ। ਅੱਛਾ ਮਤਲਬ ਪਾਪਾ ਤੁਸੀਂ ਮੇਰੇ ਧੱਕੇ ਨਾਲ ਰਿਸ਼ਤਾ ਕਰੋਗੇ ਉਹਨਾਂ ਨੂੰ ਮਜਬੂਰ ਕਰਕੇ? ਨਹੀਂ ਨਹੀਂ ਪੁੱਤਰ, ਇਹ ਗੱਲ ਮੈਂ ਪਹਿਲਾਂ ਮੁੰਡੇ ਨਾਲ ਕੀਤੀ ਹੈ, ਜੇ ਤੈਨੂੰ ਤੇ ਤੇਰੇ ਘਰਦਿਆਂ ਨੂੰ ਪਸੰਦ ਹੋਵੇ ਰਿਸ਼ਤਾ ਤਾਂ ਹਾਂ ਕਰਿਓ। ਕੀ ਪਤਾ ਫਿਰ ਨਾ ਮਨਜ਼ੂਰ ਹੋਵੇ ਉਹਨਾਂ ਨੂੰ, ਉਹਨਾਂ ਨੇ ਕਿਹੜਾ ਤੁਹਾਨੂੰ ਕੋਈ ਕਾਲ ਕੀਤੀ ਆ? ਨਹੀਂ ਨਹੀਂ, ਉਹ ਕੰਮਕਾਰ ਵਿੱਚ ਬਿਜੀ ਹੋਣਾ ਹੈ, ਨਵਾਂ ਨਵਾਂ ASI ਬਣਿਆ ਤੇ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਬੰਦੇ ਦੀਆਂ। ਰੱਬ ਕਰੇ ਉਹਦੀਆਂ ਜ਼ਿੰਮੇਵਾਰੀਆਂ ਏਦਾਂ ਹੀ ਵਧੀਆ ਰਹਿਣ ਤੇ ਉਹਨਾਂ ਰਿਸ਼ਤੇ ਨੂੰ ਜਵਾਬ ਦੇ ਦੇਣ ਵੀ ਅਸੀਂ ਤਾਂ ਪੁਲਿਸ ਵਾਲੇ ਦਾ ਰਿਸ਼ਤਾ ਲੈਣਾ ਹੀ ਨਹੀਂ। ਹੈ ਕਮਲੀ ਕੁੜੀ, ਮੈਂ ਰੱਬ ਅੱਗੇ ਅਰਦਾਸਾ ਕਰਦਾ ਕਿ ਤੇਰਾ ਰਿਸ਼ਤਾ ਉੱਥੇ ਹੋ ਜਾਵੇ ਤੇ ਤੂੰ ਕਮਲ ਮਾਰ ਰਹੀ ਹੈ। ਚਲ ਛੱਡੋ ਡੈਡੀ, ਮੁੰਡੇ ਨੂੰ ਇਹ ਪੁੱਛ ਲੈਣਾ ਸੀ ਵੀ ਉਹਦੀ ਮੰਮੀ ਹੈਗੀ ਹੈ। ਮੈਂ ਤੁਹਾਨੂੰ ਕਿਹਾ ਸੀ ਨਾ ਵੀ ਮੈਨੂੰ ਤਾਂ ਜਵਾਨ ਜੀ ਸੱਸ ਚਾਹੀਦੀ ਹੈ। ਮਾਂ ਤਾਂ ਉਹਦੀ ਹੈਗੀ ਹੈ ਬੇਟੇ, ਮੈਂ ਫੋਨ ਤੇ ਉਹਦੀ ਸਕਰੀਨ ਤੇ ਫੋਟੋ ਲੱਗੀ ਦੇਖੀ ਹੈ। ਪਾਪਾ ਜੇ ਉਹਦੇ ਫੋਨ ਦੀ ਸਕਰੀਨ ਤੇ ਉਹਦੀ ਮੰਮੀ ਦੀ ਫੋਟੋ ਲੱਗੀ ਹੈ ਨਾ, ਫਿਰ ਪੱਕਾ ਉਹਦੀ ਮਾਂ ਮਰੀ ਹੋਊਗੀ, ਜਿਉਂਦੀ ਨਹੀਂ ਹੋਣੀ। ਲੈ ਹੈ ਕਮਲੀ, ਫੋਨ ਤੇ ਫੋਟੋ ਲਾਲ ਲਾਲ ਕੀ ਹੋ ਜਾਂਦਾ? ਫੋਨਾਂ ਤੇ ਫੋਟੋਆਂ ਨਾ ਮਾਂ ਪਿਓ ਦੀਆਂ ਉਦੋਂ ਹੀ ਲਾਉਂਦੇ ਨੇ ਜਦੋਂ ਉਹਨਾਂ ਦੇ ਮਾਂ ਪਿਓ ਮਰ ਜਾਂਦੇ ਨੇ, ਜਾਂਦੇ ਜਿਹਨੂੰ ਤਾਂ ਕੋਈ ਪੁੱਛਦਾ ਨਹੀਂ। ਲੈ ਹੈ ਕਮਲੀ, ਜਿਹਨਾਂ ਦਾ ਮਾਂ ਬਾਪ ਨਾਲ ਲਗਾ ਹੁੰਦਾ ਫੋਟੋ ਉਹੀ ਲਾਉਂਦੇ ਆ ਫੋਨ ਤੇ। ਲੈ ਪਾਪਾ, ਐ ਤਾਂ ਮੈਂ ਵੀ ਤੁਹਾਨੂੰ ਬਹੁਤ ਪਿਆਰ ਕਰਦੀ ਆ, ਫਿਰ ਮੈਂ ਕਿਹੜਾ ਤੁਹਾਡੀ ਫੋਟੋ ਆਪਣੇ ਫੋਨ ਤੇ ਲਾਈ ਆ? ਤੂੰ ਤਾਂ ਕਮਲੀ ਆ। ਰਮਨੇ। ਹਾਂ ਬੇਬੇ। ਉਹ ਪੁੱਤ ਕੁੜੀ ਬਾਰੇ ਪਤਾ ਕੀਤਾ? ਕੁੜੀ ਬਾਰੇ ਕਿਹੜਾ ਪਤਾ ਕਰਨਾ ਸੀ? ਤੈਨੂੰ ਕਿਹਾ ਤਾਂ ਸੀ ਵੀ ਕਿਹੜੇ ਡਿਪਾਰਟਮੈਂਟ ਵਿੱਚ ਨੌਕਰੀ ਕਰਦੀ ਪਤਾ ਕਰੀ। ਕੋਈ ਗੱਲ ਨਹੀਂ, ਹੌਲੀ ਹੌਲੀ ਕਰ ਲਾਂਗੇ, ਫਿਰ ਐਡੀ ਵੀ ਕੀਤੀ ਜੀ ਆਪਾਂ ਨੂੰ। ਪੁੱਤ ਨੌਕਰੀ ਦਾ ਪਤਾ ਕਰ ਫਿਰ ਅੱਗੇ ਗੱਲ ਤੋਰੀਏ, ਜੇ ਕੁੜੀ ਨਾ ਫਿੱਟ ਹੋਈ ਫਿਰ ਕੋਈ ਹੋਰ ਕੁੜੀ ਭਾਲ ਲਵਾਂਗੇ। ਤੁਸੀਂ ਐਵੇਂ ਕਰੋ, ਕੋਈ ਹੋਰ ਕੁੜੀ ਉਹ ਭਾਲ ਲਓ ਜਿਹੜੀ ਤੁਹਾਨੂੰ ਠੀਕ ਲੱਗਦੀ ਆ। ਲੈ ਦੱਸ ਪੁੱਤ, ਹੋਰ ਕਿਵੇਂ ਭਾਲ ਲਈਏ? ਡੀਐਸਪੀ ਸਾਹਿਬ ਨਾਲ ਤੇਰਾ ਫਰਕ ਪਊਗਾ, ਅਗਲਾ ਕਹੂਗਾ ਵੀ ਸਾਨੂੰ ਕੋਈ ਹਾਂ ਨਾ ਨਹੀਂ ਦਿੱਤੀ। ਫਰਕ ਤਾਂ ਮੇਰਾ ਉਹ ਵੀ ਪੈਣਾ ਹੀ ਆ, ਜੇ ਤੁਸੀਂ ਕੁੜੀ ਦੇਖ ਕੇ ਛੱਡੋਗੇ ਜਾਂ ਉਹਦੀ ਨੌਕਰੀ ਪਤਾ ਕਰਕੇ ਛੱਡੋਗੇ। ਤੂੰ ਐਂ ਕਰੀ ਪੁੱਤ, ਫਿਰ ਤੂੰ ਬਹਾਨਾ ਮਾਰ ਦੇਈਂ ਵੀ ਭਾਈ ਸਾਡੇ ਰਿਸ਼ਤੇਦਾਰਾਂ ਨੇ ਜ਼ੋਰ ਪਾ ਲਿਆ, ਆਪਦੀ ਰਿਸ਼ਤੇਦਾਰੀ 'ਚ ਮੇਰਾ ਰਿਸ਼ਤਾ ਕਰਾਤਾ। ਮੈਂ ਐਵੇਂ ਗਲਤੀ ਕਰ ਲਈ, ਮੈਂ ਉਦੋਂ ਹੀ ਜਵਾਬ ਦੇ ਆਉਂਦਾ, ਉਹਨਾਂ ਨੂੰ ਕਹਿੰਦਾ ਮੇਰਾ ਤਾਂ ਹੋਇਆ ਹੋਇਆ। ਲੈ ਝੂਠ ਕਾਹਨੂੰ ਬੋਲਣਾ ਸੀ ਪੁੱਤ, ਆਪਾਂ ਇੰਨਾ ਵਧੀਆ ਰਿਸ਼ਤਾ ਹੱਥੋਂ ਨਹੀਂ ਕੱਢਣਾ, ਕੀ ਪਤਾ ਡੀਐਸਪੀ ਨੇ ਕਿਸੇ ਵਧੀਆ ਜੋਬ ਜੂਬ ਤੇ ਲਵਾਈ ਹੋਵੇ ਆਪਣੀ ਕੁੜੀ। ਉਹ ਆਪਾਂ ਨੂੰ ਕਿਹੜਾ ਕੋਈ ਰਿਸ਼ਤਿਆਂ ਦਾ ਘੱਟ ਹੈ, ਹੋਰ ਕੁੜੀ ਦੇਖ ਲਾਂਗੇ। ਨਹੀਂ ਨਹੀਂ ਪੁੱਤ, ਪਹਿਲਾਂ ਤਾਂ ਆਹੀ ਰਿਸ਼ਤਾ ਦੇਖਾਂਗੇ, ਬਾਕੀ ਗੱਲ ਤਾਂ ਬਾਅਦ 'ਚ ਦੇਖਣ ਤੇ ਆ। ਮੈਨੂੰ ਐਂ ਲੱਗਦਾ ਵੀ ਰਿਸ਼ਤਾ ਆਪਣੀ ਜੋਤ ਦਾ ਵੀ ਔਖਾ ਹੀ ਹੋਊਗਾ। ਕਿਉਂ, ਜੋਤ ਦਾ ਕਿਉਂ ਔਖਾ ਹੋਊਗਾ? ਪੜ੍ਹੀ ਲਿਖੀ ਆ, ਸੋਹਣੀ ਸੁਨੱਖੀ ਆ, ਪੁਲਿਸ 'ਚ ਨੌਕਰੀ ਕਰਦੀ ਆ। ਫਿਰ ਇਹੀ ਤਾਂ ਪੰਗਾ ਵੀ ਪੁਲਿਸ 'ਚ ਨੌਕਰੀ ਕਰਦੀ ਆ, ਪੁਲਿਸ ਵਾਲੀਆਂ ਕੁੜੀਆਂ ਨੇ ਕਿਹੜਾ ਰਿਸ਼ਤਾ ਲੈਂਦਾ ਅੱਜ ਕੱਲ੍ਹ? ਜਿਹੜੇ ਮੁੰਡੇ ਨਹੀਂ ਨੌਕਰੀ ਕਰਦੇ ਨਾ, ਜ਼ਮੀਨ ਜਾਇਦਾਦਾਂ ਵਾਲੇ ਆ, ਉਹ ਤਾਂ ਭੱਜ ਕੇ ਲੈਣਗੇ ਜੋਤ ਦਾ ਰਿਸ਼ਤਾ ਆ ਨੌਕਰੀ ਦੇ ਲਾਲਚ ਨੂੰ। ਅੱਛਾ, ਫਿਰ ਤਾਂ ਜੋਤ ਨੂੰ ਬਿਨਾਂ ਨੌਕਰੀ ਵਾਲੇ ਮੁੰਡੇ ਨਾਲ ਵਿਆਹ ਕਰਾਉਣਾ ਪਊਗਾ, ਨੌਕਰੀ ਵਾਲਾ ਤਾਂ ਕਿਹੜਾ ਲਊਗਾ? ਲੈ, ਨੌਕਰੀਆਂ ਵਾਲੇ ਕਿਉਂ ਨਹੀਂ ਰਿਸ਼ਤਾ ਲੈਣਗੇ ਜੋਤ ਦਾ? ਅਗਲੇ ਕਹਿਣਗੇ ਮੁਲਾਜ਼ਮ ਕੁੜੀ ਆ।
ਚੜੇ ਮਹੀਨੇ ਲੱਖ ਰੁਪਇਆ ਤਨਖਾਹ ਦਾ ਡਿਗਿਆ ਕਰੂ ਦੋਹਾਂ ਜਾਣਿਆਂ ਦਾ, ਮੁਲਾਜ਼ਮ ਵੀ ਕਰਾਉਣਗੇ ਰਿਸ਼ਤਾ ਦੇਖੀ ਤੂੰ ਭੱਜ ਕੇ। ਨਹੀਂ ਕਰਾਉਂਦੇ, ਉਹ ਵੀ ਆਪਣੇ ਵਾਂਗੂ ਡਰੇ ਜਾਣਗੇ ਵੀ ਕੁੜੀ ਦੇ ਕੀ ਪਤਾ ਪੁਲਿਸ 'ਚ ਹੱਥ ਤੇ ਮੂੰਹ ਦੋਨੇ ਖੁੱਲੇ ਹੋਏ ਹੋਣ। ਮੈਨੂੰ ਨੀ ਲੱਗਦਾ ਵੀ ਉਹਦਾ ਕੋਈ ਰਿਸ਼ਤਾ ਲਊਗਾ, ਜੋਤ ਨੇ ਗਲਤੀ ਹੋ ਗਈ ਆ ਪੁਲਿਸ 'ਚ ਭਰਤੀ ਹੋ ਕੇ। ਤੂੰ ਉਹਦਾ ਨਾ ਫਿਕਰ ਕਰ ਪੁੱਤ, ਉਹਨੂੰ ਤਾਂ ਬਥੇਰੇ ਭੱਜ ਭੱਜ ਕੇ ਰਿਸ਼ਤੇ ਆਉਣਗੇ, ਤੂੰ ਆਪਣਾ ਫਿਕਰ ਕਰ ਪੁੱਤ, ਤੈਨੂੰ ਕੋਈ ਚੱਜ ਦੀ ਕੁੜੀ ਮਿਲ ਜਾਵੇ। ਨੌਕਰੀ ਵਾਲੀ ਕੁੜੀ ਦਾ ਰਿਸ਼ਤਾ ਤਾਂ ਮੈਨੂੰ ਵੀ ਨਹੀਂ ਹੋਣਾ, ਲੈਣੀ ਤਾਂ ਆਪਾਂ ਨੂੰ ਕੋਈ ਘਰੇਲੂ ਕੰਮ ਕਾਰ ਵਾਲੀ ਕੁੜੀ ਹੋ ਪਊ। ਲੈ ਤੈਨੂੰ ਨੌਕਰੀ ਵਾਲੀ ਕੁੜੀ ਕਿਉਂ ਨਹੀਂ ਮਿਲਣੀ, ਇਹ ਐਸਆਈ ਲੱਗਿਆ ਹੋਇਆ ਤੂੰ। ਇਹੀ ਤਾਂ ਫਿਰ ਪੰਗਾ ਵੀ ਐਸਆਈ ਲੱਗਿਆ ਹੋਇਆ, ਕਿਉਂਕਿ ਇਹ ਪੁਲਿਸ ਦਾ ਮਹਿਕਮਾ, ਪੁਲਿਸ ਦੇ ਮਹਿਕਮੇ ਤੋਂ ਜਿਵੇਂ ਆਪਾਂ ਡਰਦੇ ਹਾਂ ਆਪਾਂ ਨੀ ਕੁੜੀ ਦਾ ਰਿਸ਼ਤਾ ਲੈ ਰਹੇ, ਐਵੇਂ ਹੀ ਅਗਲਾ ਵੀ ਡਰੂਗਾ ਨਾ ਵੀ ਮੁੰਡਾ ਪੁਲਿਸ ਵਾਲਾ, ਪੁਲਿਸ ਵਾਲੇ ਨੂੰ ਕਿਉਂ ਕਰੀਏ। ਨਾਲੇ ਲੋਕਾਂ ਦੀ ਥਿੰਕਿੰਗ ਬਣੀ ਹੁੰਦੀ ਆ ਵੀ ਪੁਲਿਸ ਵਾਲਾ ਸ਼ਰਾਬ ਵੀ ਪੀਂਦਾ ਹੋਊਗਾ ਤੇ ਇਹਨਾਂ ਨੂੰ ਛੁੱਟੀਆਂ ਵੀ ਘੱਟ ਹੁੰਦੀਆਂ ਨੇ। ਪੁੱਤ ਤੂੰ ਕਿਹੜਾ ਦਾਰੂ ਪੀਂਦਾ ਹੈ, ਤੂੰ ਤਾਂ ਸੋਫੀ ਆ। ਆਪਾਂ ਨੂੰ ਪਤਾ ਨਾ ਮੈਂ ਸੋਫੀ ਆ, ਪਰ ਅਗਲਾ ਤਾਂ ਨੀ ਇਹ ਗੱਲ ਪਤਾ ਕਰਦਾ, ਅਗਲੇ ਦੀ ਤਾਂ ਥਿੰਕਿੰਗ ਬਣੀ ਹੁੰਦੀ ਆ ਵੀ ਪੁਲਿਸ ਵਾਲਾ ਸ਼ਰਾਬ ਤਾਂ ਡੱਕਦਾ ਹੀ ਹੋਊ। ਚੱਲ ਜੇ ਨੌਕਰੀ ਵਾਲੀ ਨਾ ਮਿਲੂਗੀ ਕੁੜੀ ਤੈਨੂੰ, ਘਰੇਲੂ ਕੰਮ ਕਾਰ ਵਾਲੀ ਮਿਲ ਜੂਗੀ, ਨਾਲੇ ਅਗਲਾ ਦਾਜ ਦਹੇਜ ਵਾਧੂ ਦੇਊਗਾ। ਜੇ ਦਾਜ ਦਹੇਜ ਵਾਲਾ ਰਿਸ਼ਤਾ ਲੈਣਾ ਫਿਰ ਤਾਂ ਤੁਸੀਂ ਐਵੇਂ ਕਰੋ, ਮੈਰਿਜ ਬਿਊਰੋ ਨਾਲ ਗੱਲ ਕਰ ਲਓ, ਉਹਦੇ ਨਾਲ ਕਰੋ ਸਿੱਧਾ ਸੌਦਾ ਵੀ ਇੰਨੇ ਪੈਸੇ ਅਸੀਂ ਲਵਾਂਗੇ ਤੇ ਇੰਨੇ ਤੂੰ ਰੱਖ ਲਈ। ਨਾ ਮੈਰਿਜ ਬਿਊਰੋ ਵਾਲਿਆਂ ਕੋਲ ਅਸੀਂ ਕਿਉਂ ਜਾਈਏ, ਉਹ ਤਾਂ ਥਾਂ ਥਾਂ ਦਫ਼ਤਰ ਖੋਲ ਕੇ ਠੱਗੀਆਂ ਮਾਰਦੇ ਫਿਰਦੇ ਨੇ। ਮੈਂ ਤਾਂ ਰਿਸ਼ਤਾ ਕਰਾਉਂਗੇ ਕਿਸੇ ਰਿਸ਼ਤੇਦਾਰ ਕੋਲੋਂ, ਪਰ ਪਹਿਲਾਂ ਪੁੱਤ ਆਪਾਂ DSP ਦੀ ਧੀ ਦਾ ਰਿਸ਼ਤਾ ਦੇਖ ਲਈਏ। ਇਹ ਰਿਸ਼ਤੇ ਵਾਸਤੇ ਤੁਸੀਂ ਛੱਡੇ ਦਿਓ, ਮੈਨੂੰ ਨੀ ਲੱਗਦਾ ਵੀ ਇਹ ਕੁੜੀ ਆਪਣੇ ਫਿੱਟ ਹੋਊਗੀ। ਮੈਨੂੰ ਤਾਂ ਐਂ ਲੱਗਦਾ ਵੀ ਇਹ ਕੁੜੀ ਵੀ ਪੁਲਿਸ 'ਚ ਹੋਊਗੀ, ਜਦੋਂ ਬਾਪ ਪੁਲਿਸ 'ਚ ਆ ਉਹਨੇ ਆਪਦੀ ਧੀ ਵੀ ਤਾਂ ਪੁਲਿਸ 'ਚ ਭਰਤੀ ਕਰਾਈ ਹੋਊਗੀ। ਜ਼ਰੂਰੀ ਥੋੜ੍ਹੀ ਹੁੰਦਾ ਵੀ ਜੇ ਪਿਓ ਪੁਲਿਸ ਵਿੱਚ ਰਿਟਾਇਰ ਹੋਇਆ ਤਾਂ ਧੀ ਵੀ ਪੁਲਿਸ ਵਿੱਚ ਹੀ ਹੋਊਗੀ। ਆ ਜਿੰਨੇ ਵੀ ਅਫਸਰ ਹੋ ਨਾ ਇਹ ਆਪਣੇ ਜਵਾਕਾਂ ਨੂੰ ਵਧੀਆ ਕੋਰਸ ਕਰਾਉਂਦੇ ਨੇ, DSP ਦੀ ਧੀ ਵੀ ਕਿਸੇ ਵੱਡੀ ਨੌਕਰੀ 'ਤੇ ਹੋਣੀ ਆ। ਚਲੋ ਕੋਈ ਨਹੀਂ ਦੇਖ ਲਾਂਗੇ, ਮੈਂ ਹੁਣ ਥਾਣੇ 'ਚ ਆਇਆ ਵਾਂ ਵਰਦੀ ਪਾ ਕੇ, ਕਿਸੇ ਨੇ ਸਮਝੌਤੇ ਵਾਸਤੇ ਆਉਣਾ। ਪੁੱਤ ਮੈਂ ਰੋਟੀ ਬਣਾਉਣ ਲੱਗੀ ਸੀ, ਰੋਟੀ ਖਾ ਜਾ। ਨਹੀਂ ਨਹੀਂ ਰੋਟੀ ਹੁਣ ਮੈਨੂੰ ਭੁੱਖ ਨਹੀਂ ਨੀ, ਰੋਟੀ ਤਾਂ ਮੈਂ ਆ ਕੇ ਖਾਊਂਗਾ। ਚਲੋ ਚੱਲਦਾ ਮੈਂ। ਸਰ ਨੇ ਅੱਜ ਫੀਲਡ 'ਚ ਡਿਊਟੀ ਲਈ ਸੀ ਤੇਰੀ, ਫਿਰ ਗਿਆ ਕਿਉਂ ਨਹੀਂ? ਮੈਂ ਤਾਂ ਜਾਣ ਲੱਗਿਆ ਸੀ, ਉਹ ਸਰ ਦਾ ਫੋਨ ਆ ਗਿਆ ਵੀ ਚੌਂਕੀ ਚਲਾ ਜਾ। ਪਿੰਕੀ ਤੂੰ ਅਟੈਂਡੈਂਸ ਲਾਤੀ ਸੀ? ਹਾਂ ਹਾਂ ਲਾਤੀ ਸੀ। ਇਹ ਮੈਡਮ ਨਵੇਂ ਆ ਨਹੀਂ? ਹਾਂ ਹਾਂ ਇਹ ਮੇਰੀ ਫਰੈਂਡ ਹੀ ਹੈ, ਮੇਰੇ ਕਰਕੇ ਬਦਲੀ ਕਰਾਈ ਇਹਨੇ। ਅੱਛਾ ਲੱਗਦਾ ਨਵੇਂ ਭਰਤੀ ਹੋਏ ਹੋਣੇ। ਉਹ ਨਹੀਂ ਨਹੀਂ ਸਰ, ਭਰਤੀ ਤਾਂ ਮੈਂ ਜੋਤ ਦੇ ਨਾਲ ਹੀ ਹੋਈ ਸੀ। ਅੱਛਾ ਮੈਨੂੰ ਤਾਂ ਲੱਗਦੀ ਸੀ ਨਵੇਂ ਭਰਤੀ ਹੋਏ ਹੋਣੇ। ਨਵੇਂ ਥਾਣੇ ਤਾਂ ਆਏ ਨਾ ਪਹਿਲੀ ਵਾਰ, ਉਪਰਾ ਤਾਂ ਲੱਗਦਾ ਹੀ ਹੈ, ਜੇ ਤੂੰ ਪਹਿਲੀ ਵਾਰ ਆਇਆ ਸੀ ਸਾਰਾ ਦਿਨ ਨੀਵੀਂ ਪਾ ਕੇ ਬੈਠਾ ਰਹਿੰਦਾ ਸੀ। ਕਾਨੂੰ ਮੈਨੂੰ ਤਾਂ ਬੁਖਾਰ ਹੈ ਬਹੁਤ ਸੀ ਜਦੋਂ ਮੈਂ ਪਹਿਲੇ ਦਿਨ ਜੁਆਇਨ ਕੀਤੀ ਸੀ। ਚਲੋ ਤੁਸੀਂ ਬੈਠੋ, ਮੈਂ ਟ੍ਰਾਂਸਫਾਰਮ ਚੋਰੀ ਦੀ ਰਿਪੋਰਟ ਤਿਆਰ ਕਰਿਆ ਵਾਂ। ਉਹ ਨਹੀਂ ਨਹੀਂ ਜੋਤ, ਤੂੰ ਬੈਠ ਜਾ, ਮੈਂ ਰਿਪੋਰਟ ਤਿਆਰ ਕਰ ਆਉਂਦੀ ਆ, ਵੈਸੇ ਵੀ ਮੈਂ ਵਿਹਲੀ ਬੈਠੀ ਆ, ਟਾਈਮ ਪਾਸ ਜਾਣੀ ਹੋ ਰਿਹਾ। ਉਹ ਕੋਈ ਗੱਲ ਨਹੀਂ, 10 ਮਿੰਟ ਹੀ ਲੱਗਣਗੇ, ਮੈਂ ਆਪੇ ਤਿਆਰ ਕਰ ਦਾਂਗੀ ਆ। ਵੈਸੇ ਵੀ ਤੈਨੂੰ ਪਤਾ ਹੀ ਆਪਣੀ ਮੁਨਸ਼ੀ ਦੀ ਲਿਖਾਈ ਸਮਝ ਨਹੀਂ ਆਉਣੀ, ਕੱਚਾ ਉਤਾਰ ਕੇ ਲਿਖੇ ਗਏ ਸੀ, ਮੇਰੇ 10 ਮਿੰਟ ਹੀ ਲੱਗਣੇ ਆ, ਚੱਲ ਮੈਂ ਆਉਂਦੀ ਆ। ਚਲੋ ਬਹਿ ਜਾਓ ਮੈਡਮ, ਆਪਾਂ ਜਾਣ ਪਛਾਣ ਕਰ ਲਾਂਗੇ। ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਜੁਆਇਨਿੰਗ ਕੀਤੇ ਨੂੰ? ਮੈਨੂੰ ਤਾਂ ਇਹ 2 ਸਾਲ ਹੋਏ ਨੇ। ਟੋਟਲ 2 ਸਾਲ ਹੀ ਹੋਏ ਆ ਕਿ ਪਹਿਲਾਂ ਕਿਤੇ ਪੋਸਟਿੰਗ ਹੋਰ ਸੀ? ਉਹ ਨਹੀਂ ਨਹੀਂ ਜੀ, ਮੈਂ ਤਾਂ ਸ਼ੁਰੂ ਤੋਂ ਇੱਥੇ ਹਾਂ ਜੀ। ਮੇਰੀ ਡਿਊਟੀ ਪਹਿਲਾਂ ਪਟਿਆਲੇ ਸੀ, ਫਿਰ ਪਟਿਆਲੇ ਤੇ ਨਾਭੇ ਦੇ ਵਿਚਾਲੇ ਸੀ, ਹੁਣ ਮੈਂ ਇੱਥੇ ਕਰਵਾਈ ਆ। ਮੈਡਮ ਵਿਆਹ ਤਾਂ ਤੁਹਾਡਾ ਹੋ ਗਿਆ ਹੋਣਾ? ਉਹ ਨਹੀਂ ਨਹੀਂ ਸਰ, ਤੁਹਾਨੂੰ ਮੈਂ ਮੈਰਿਡ ਲੱਗਦੀ ਆ? ਉਹ ਨਾ ਨਾ ਜੀ, ਲੱਗਦੇ ਰਹਿਣਗੇ ਤਾਂ ਹੀ ਪੁੱਛਿਆ ਸੀ। ਤੁਸੀਂ ਤਾਂ ਮੈਰਿਡ ਹੋਵੋਗੇ ਸਰ? ਉਹ ਹੱਦ ਆ ਮੈਡਮ, ਤੁਹਾਨੂੰ ਵਿਆਹ ਲੱਗਦਾ? ਹਾਂਜੀ ਤੁਸੀਂ ਤਾਂ ਲੱਗਦੇ ਹੋ। ਉਹ ਕਮਾਲ ਆ ਮੈਡਮ, ਤੁਸੀਂ ਮੇਰੇ ਮੂੰਹ ਤੇ ਬੇਇੱਜ਼ਤੀ ਕਰੀ ਜਾਂਦੇ ਹੋ। ਲੈ ਇਹਦੇ ਚ ਬੇਇੱਜ਼ਤੀ ਵਾਲੀ ਕੀ ਗੱਲ, ਵਿਆਹ ਕਰਵਾਉਣਾ ਕੋਈ ਮਾੜੀ ਗੱਲ ਆ ਸਰ? ਮੈਂ ਤਾਂ ਮੈਡਮ ਅਜੇ ਕੁਮਾਰਾ ਮੁੰਡਾ, ਤੁਸੀਂ ਮੈਨੂੰ ਵਿਆਹੀ ਬਣਾਈ ਜਾਂਦੇ ਹੋ। ਤੁਸੀਂ ਹਜੇ ਵਿਆਹ ਕਰਵਾਉਣਾ? ਸਲਾਹ ਜੀ ਦੇ ਗਏ ਮੈਡਮ ਅਜੇ, ਬਸ ਜੀ ਤੁਹਾਡੇ ਵਰਗੀ ਕੋਈ ਸੋਹਣੀ ਸੁਨੱਖੀ ਕੁੜੀ ਮਿਲ ਜੇ ਵਿਆਹ ਕਰਵਾ ਲਾਂਗੇ, ਨਹੀਂ ਤਾਂ ਫਿਰ ਛੱਡੀ ਠੀਕ ਆ। ਜੋਤ ਆਈ ਨਹੀਂ ਹੈਗੀ, 10 ਮਿੰਟ ਕਹਿ ਕੇ ਗਈ ਸੀ, ਕਾਫੀ ਟਾਈਮ ਲਾਤਾ ਉਹਨੇ ਤਾਂ। ਚਲੋ ਉਹ ਤਾਂ ਆਪਾਂ ਨੇ ਕੀ ਕਰਾਉਣਾ, ਉਹਨੂੰ ਕਰੀ ਜਾਣ ਦੋ ਕੰਮ, ਤੁਸੀਂ ਦੱਸੋ ਵਿਆਹ ਕਦੋਂ ਕਰਵਾਉਣਾ? ਨਹੀਂ ਸਰ, ਮੇਰਾ ਤਾਂ ਹਜੇ ਕੋਈ ਪਲਾਨ ਨਹੀਂ ਵਿਆਹ ਕਰਵਾਉਣ ਦਾ, ਮੈਂ ਤਾਂ ਨਹੀਂ ਕਰਵਾਉਣਾ।
ਮੈਡਮ ਵਿਆਹ ਕਰਾ ਕੇ ਪਰੇ ਕਰੋ, ਹੁਣ ਤਾਂ ਤੁਹਾਡੀ ਉਮਰ ਆ ਵਿਆਹ ਕਰਾਉਣ ਦੀ, ਨਾਲੇ ਮੇਰੇ ਵਰਗਾ ਤਾਂ ਘਰ ਵੱਜ ਜੂਗਾ। ਉਹ ਮੈਡਮ ਤਾਂ ਲੈਣ ਤੇ ਨਹੀਂ, ਉੱਠ ਕੇ ਭੱਜ ਗਈ। ਜੋਤ ਕੀ ਕਰੀ ਜਾਂਦੀ ਆ, ਮੁੱਕਿਆ ਨੀ ਹਜੇ ਤੇਰਾ ਕੰਮ? ਉਹ ਬਸ ਹੋ ਹੀ ਗਿਆ ਸੀ, ਆਈ ਰਹੀ ਸੀ ਮੈਂ। ਮੈਂ ਤੈਨੂੰ ਕਦੋਂ ਦੀ ਉਡੀਕੀ ਜਾਂਦੀ ਆ ਬਾਹਰ ਬੈਠੀ। ਵੈਸੇ ਆ ਸਰ ਕਿੱਥੋਂ ਆਉਂਦੇ ਨੇ? ਕਿਉਂ ਕੀ ਗੱਲ, ਮੁੰਡਾ ਤਾਂ ਨੀ ਪਸੰਦ ਆ ਗਿਆ ਤੈਨੂੰ? ਉਹ ਪਸੰਦ ਕਾਹਨੂੰ, ਮੈਨੂੰ ਤਾਂ ਉਹ ਠਰਕੀ ਟਾਈਪ ਜਿਹਾ ਲੱਗਿਆ, ਤਾਂ ਹੀ ਤਾਂ ਉਹਦੇ ਲਈ ਉੱਠ ਕੇ ਆ ਗਈ ਮੈਂ। ਓਹੋ, ਇਹੋ ਜਿਹਾ ਨੀ ਹੈਗਾ ਉਹ, ਉਹਦਾ ਸੁਭਾਅ ਹੀ ਮਜ਼ਾਕੀ ਹੈ। ਵੈਸੇ ਨਾ ਮੇਰੇ ਭੂਆ ਦਾ ਮੁੰਡਾ ਉਹ। ਅੱਛਾ ਯਾਰ, ਤੁਹਾਡੇ ਸਾਰੇ ਰਿਸ਼ਤੇਦਾਰੀ ਪੁਲਿਸ 'ਚ ਨੇ? ਹੋਏ ਯਾਰ, ਤੈਨੂੰ ਮੈਂ ਦੱਸਿਆ ਤਾਂ ਸੀ, ਮੇਰੇ ਮਾਸੀ ਦਾ ਮੁੰਡਾ ਵੀ ਪੁਲਿਸ 'ਚ ਹੈ, ਭੂਆ ਦਾ ਮੁੰਡਾ ਵੀ ਪੁਲਿਸ 'ਚ ਹੈ, ਜਿਹਨੇ ਸਕੂਟੀ 'ਤੇ ਮੋਟਰਸਾਈਕਲ ਮਾਰਿਆ ਸੀ ਨਾ ਉਹ ਜੀਜਾ ਵੀ ਪੁਲਿਸ 'ਚ ਹੈ। ਯਾਰ ਫਿਰ ਤਾਂ ਤੁਹਾਡਾ ਸਾਰਾ ਟੱਬਰ ਹੀ ਪੁਲਿਸ 'ਚ ਹੈ ਹਨਾ। ਖੜੀ ਇੱਕ ਮਿੰਟ, ਮੇਰਾ ਫੋਨ ਆ ਗਿਆ। ਕੋਈ ਨਾ। ਹੈਲੋ, ਪੈਣੇ ਕੁੜੀ ਕਿਨਾਂ ਦੀ ਹੈ? ਜਿੰਨਾ ਮਰਜ਼ੀ ਦੀ ਹੋਵੇ, ਤੈਂ ਕੀ ਲੈਣਾ, ਚੁੱਪ ਕਰਕੇ ਨਾ ਡਿਊਟੀ ਕਰ ਲੈ। ਉਹ ਮੈਂ ਤਾਂ ਵੈਸੇ ਹੀ ਪੁੱਛ ਲਿਆ, ਮੈਂ ਤਾਂ ਕੀ ਲੈਣਾ। ਆਪਣੇ ਨਾ ਕੰਮ ਵੱਲ ਧਿਆਨ ਰੱਖਿਆ ਕਰ, ਆਸੇ ਪਾਸੇ ਦੀ ਖਬਰਾਂ ਰੱਖਣੀਆਂ ਛੱਡ ਦੇ। ਕੁੜੀ ਸਾਊਗਾ, ਇਹੋ ਜਿਹੀ ਕੁੜੀ ਦਾ ਰਿਸ਼ਤਾ ਲਵਾਂਗਾ ਆਪਾਂ ਮੇਰੇ ਵਾਸਤੇ। ਤੂੰ ਕਾਹਨੂੰ ਗੱਲਾਂ ਘੁਮਾਈ ਜਾਂਦਾ, ਤੂੰ ਸਿੱਧਾ ਹੀ ਕਹਿ ਦੇ ਵੀ ਮੈਨੂੰ ਕੁੜੀ ਪਸੰਦ ਹੈ, ਮੈਨੂੰ ਇਹਦਾ ਰਿਸ਼ਤਾ ਕਰਾ ਦੇ। ਹਾਂ ਹਾਂ, ਕੁੜੀ ਤਾਂ ਸੋਹਣੀ ਆ, ਜੇ ਹੋ ਜਾ ਰਿਸ਼ਤਾ ਵਧੀਆ। ਵੈਸੇ ਨਾ ਇਹਨੇ ਪੁਲਿਸ ਵਾਲੇ ਨਾਲ ਰਿਸ਼ਤਾ ਕਰਾਉਣਾ ਨੀ, ਇਹਨੂੰ ਤਾਂ ASI ਦਾ ਰਿਸ਼ਤਾ ਆ ਰਿਹਾ ਸੀ, ਇਹਨੇ ਤਾਂ ਉਹ ਵੀ ਮੋੜਤਾ। ਮੈਨੂੰ ਲੱਗਦਾ ਮੇਰੇ ਨਾਲ ਤਾਂ ਕਰਵਾਏ ਲਓਗੇ। ਕੋਈ ਨਾ, ਮੈਂ ਗੱਲ ਕਰਕੇ ਦੇਖ ਲੂੰਗੀ। ਵੈਸੇ ਤੈਨੂੰ ਕਿਉਂ ਲੱਗਦਾ ਵੀ ਤੇਰੇ ਨਾਲ ਕਰਾ ਲੂਗੀ ਵਿਆਹ? ਬਸ ਅਸੀਂ ਵੀ ਲੋਕਾਂ ਦੇ ਚਿਹਰੇ ਪੜਦੇ ਆ, ਪੁਲਿਸ ਵਾਲੇ ਆ। ਪੁਲਿਸ ਵਾਲੇ ਤਾਂ ਮੈਂ ਵੀ ਆ, ਵੱਡਾ ਆ ਪੁਲਿਸ ਵਾਲਾ। ਚੱਲ ਤੂੰ ਗੱਲ ਕਰਕੇ ਦੇਖੀ ਇੱਕ ਵਾਰ। ਮੈਨੂੰ ਨਾ ਗੱਲ ਤੋਰਨ ਤੋਂ ਪਹਿਲਾਂ ਹੀ ਪਤਾ ਉਹਦੀ ਨਾ ਹੀ ਹੋਊਗੀ, ਕਿਉਂਕਿ ਉਹਨੂੰ ਪੁਲਿਸ ਵਾਲੇ ਮੁੰਡੇ ਪਸੰਦ ਹੀ ਨਹੀਂ, ਉਹ ਤਾਂ ਕਿਸੇ ਹੋਰ ਡਿਪਾਰਟਮੈਂਟ 'ਚ ਕਰਾਉਣਾ ਚਾਹੁੰਦੀ ਆ। ਕੀ ਗੱਲ, ਪੁਲਿਸ ਵਾਲੇ ਮੁੰਡੇ ਨਹੀਂ ਪਸੰਦ ਕਿ ਨੌਕਰੀ ਨਹੀਂ ਪਸੰਦ? ਨੌਕਰੀ ਨਹੀਂ ਪਸੰਦ ਉਹਨੂੰ ਪੁਲਿਸ ਦੀ। ਫਿਰ ਕੀ ਆ, ਮੈਂ ਨੌਕਰੀ ਛੱਡ ਦੂੰਗੀ ਜੇ ਉਹ ਕਹੂਗੀ। ਬਸ ਕਰ ਰਾਂਝਿਆ, ਤੂੰ ਨੌਕਰੀ ਨਾ ਗਵਾ ਲਈ, ਤੈਨੂੰ ਤਾਂ ਮਿਲੀ ਵੀ ਫੁੱਫੜ ਵਾਲੀ ਹੈ, ਹੋਰ ਕੋਈ ਤੈਨੂੰ ਮਿਲਣੀ ਵੀ ਨਹੀਂ। ਹਾਂਜੀ, ਬਹਿ ਜਾਓ ਮੈਡਮ। ਨਹੀਂ ਨਹੀਂ ਸਰ, ਕੋਈ ਨਹੀਂ, ਤੁਸੀਂ ਬੈਠ ਜਾਓ, ਹੋਰ ਕੁਰਸੀ। ਨਹੀਂ ਨਹੀਂ ਬੈਠੋ, ਮੈਂ ਤਾਂ ਕੰਮ ਚੱਲਿਆ ਜੀ। ਲੱਗਦਾ ਮੇਰੀਆਂ ਚੁਗਲੀਆਂ ਕਰੀ ਜਾਂਦੇ ਸੀ, ਤਾਂ ਹੀ ਤਾਂ ਮੈਨੂੰ ਵੇਖ ਕੇ ਚੁੱਪ ਕਰ ਗਏ। ਓ ਯਾਰ, ਕਾਹਨੂੰ ਤੇਰੀਆਂ ਚੁਗਲੀਆਂ ਕਰਦੇ ਸੀ, ਇਹ ਤਾਂ ਤੇਰਾ ਦੀਵਾਨਾ ਹੋਇਆ ਪਿਆ, ਕਹਿੰਦਾ ਮੇਰਾ ਰਿਸ਼ਤਾ ਕਰਾ ਫਿਰ ਚੋਲਣ ਬਣ ਕੇ। ਓ ਯਾਰ, ਤੈਨੂੰ ਪਤਾ ਤਾਂ ਹੈ ਵੀ ਪੁਲਿਸ ਵਾਲੇ ਨਾਲ ਤਾਂ ਮੈਂ ਵਿਆਹ ਕਰਵਾਉਣਾ ਹੀ ਨਹੀਂ। ਓ ਹਾਂ ਸੱਚ, ਮੇਰੇ ਪਾਪਾ ਨੇ ਨਾ ਮੈਨੂੰ ਫੋਟੋ ਸੈਂਡ ਕਰਤੀ ਸੀ ਉਹ ਮੁੰਡੇ ਦੀ, ਦਿਖਾਵਾਂ ਤੈਨੂੰ? ਕਿਹੜਾ ਮੁੰਡਾ ਭਲਾ? ਓਹੀ ASI, ਆ ਦੇਖ। ਓਹੋ, ਇਹ ਤਾਂ ਕਿਸੇ ਕੁੜੀ ਦੀ ਫੋਟੋ ਆ, ਜੇ ਤੇਰੇ ਨਹੀਂ ਪਸੰਦ ਆਉਂਦਾ ਤੇ ਮੈਂ ਕਰਾ ਲਾਂਗੀ ਵਿਆਹ, ਆ ਦੇਖ। ਓਹੋ, ਤੂੰ ਤਾਂ ਸਾਡੇ ਘਰੇ ਜਾਏ ਬੜੀ। ਕਿਉਂ, ਇਹ ਕੌਣ ਆ? ਇਹ ਤਾਂ ਮੇਰੇ ਮਾਸੀ ਦਾ ਮੁੰਡਾ ਹੈ ਰਮਨਾ, ਜਿਨ੍ਹਾਂ ਦੇ ਆਪਾਂ ਘਰੇ ਗਏ ਸੀ। ਅੱਛਾ, ਤੇਰੀ ਮਾਸੀ ਦਾ ਮੁੰਡਾ ਹੈ ASI, ਇਹ ਤਾਂ ਹੁਣੀ ਬਣਿਆ ASI। ਇਹ ਤਾਂ ਸਾਡੇ ਘਰੇ ਮਠਿਆਈ ਦਾ ਡੱਬਾ ਵੀ ਦੇ ਕੇ ਗਿਆ ਸੀ। ਫਿਰ ਕਰਾ ਲੈ, ਤੈਨੂੰ ਹੋਰ ਕੀ ਚਾਹੀਦਾ, ਘਰ ਵੀ ਦੇਖ ਲਿਆ, ਮਾਸੀ ਵੀ ਦੇਖ ਲਈ ਤੇ ਮੁੰਡਾ ਵੀ ਦੇਖ ਲਿਆ, ਵਧੀਆ ਪਰਿਵਾਰ ਹੈ, ਮੌਜਾ ਕਰੇਂਗੀ। ਹਾਂ ਯਾਰ, ਲੱਗਦਾ ਤਾਂ ਮੈਨੂੰ ਵੀ ਸਾਰਾ ਕੁਛ ਠੀਕ ਹੈ, ਪਰ ਤੇਰੀ ਮਾਸੀ ਤਾਂ ਕਹਿੰਦੀ ਸੀ ਵੀ ਅਸੀਂ ਪੁਲਿਸ ਵਾਲੀ ਕੁੜੀ ਦਾ ਰਿਸ਼ਤਾ ਨਹੀਂ ਲੈਣਾ। ਮਾਸੀ ਨੂੰ ਕੀ ਪਤਾ, ਚੱਲਦੀ ਤਾਂ ਰਮਨੇ ਤੇ ਭੈਣ ਦੀ ਹੈ, ਜਿਵੇਂ ਉਹ ਕਹਿਣਗੇ ਉਵੇਂ ਹੋਊਗਾ। ਓਹੋ, ਇੱਕ ਮਿੰਟ ਯਾਰ, ਅੱਜ ਤਾਂ ਮੈਨੂੰ ਫੋਨ ਹੀ ਵਾਲੇ ਆਈ ਜਾਂਦੇ ਆ। ਚੱਲ ਕੋਈ ਗੱਲ ਨੀ। ਹੈਲੋ, ਮੈਂ ਨਾ ਤੇਰੇ ਰਿਸ਼ਤੇ ਦੇ ਬਾਰੇ ਗੱਲ ਕੀਤੀ ਸੀ, ਇਹਨੇ ਤਾਂ ਮਾਸੀ ਦੇ ਮੁੰਡੇ ਦੀ ਫੋਟੋ ਦਿਖਾਤੀ ਰਮਨੇ ਬਾਰੇ, ਕਹਿੰਦੀ ਇਹਦਾ ਰਿਸ਼ਤਾ ਆ ਰਿਹਾ। ਉਹ ਅੱਛਾ, ਜਿਹੜਾ ਹੁਣ ਨਵਾਂ ASI ਬਣਿਆ? ਹਾਂ, ਪਰ ਉਹ ਮਨ ਤਾਂ ਉਹਦੇ ਨਾਲ ਵੀ ਨਹੀਂ ਰਹੀ।
ਮੁੰਡਾ ਵੀ ਠੀਕ ਆ, ਘਰ ਬਾਰ ਵੀ ਠੀਕ ਆ, ਤੇ ਸੱਸ ਵੀ ਜਵਾਨ, ਵਧੀਆ ਕੰਮ ਕਾਰ ਕਰਿਆ ਕਰੂਗੀ। ਉਹ ਤਾਂ ਚਾਹ ਵੀ ਬਹੁਤ ਸਵਾਦ ਬਣਾਉਂਦੀ ਹੈ, ਦਾਲ ਰੋਟੀ ਵੀ ਸਵਾਦ ਹੀ ਬਣਾਉਂਦੀ ਹੋਊਗੀ। ਜੇ ਪਿੰਕੀ ਇਹ ਮੌਜਾਂ ਲੈਣੀਆਂ ਨਾ, ਫਿਰ ਤਾਂ ਤੇਰੇ ਲਈ ਇਹੀ ਰਿਸ਼ਤਾ ਠੀਕ ਹੈ। ਪਾਪਾ, ਪਾਪਾ, ਮੈਂ ਤੁਹਾਨੂੰ ਅੰਦਰ ਦੇਖ ਕੇ ਆਈ ਹਾਂ ਤੇ ਤੁਸੀਂ ਇੱਥੇ ਖੜੇ ਹੋ। ਮੈਂ ਇੱਥੇ ਵੈਸੇ ਟਹਿਲ ਰਿਹਾ ਸੀ ਬੇਟਾ। ਅੱਛਾ ਪਾਪਾ, ਮੈਂ ਤੁਹਾਨੂੰ ਆਏ ਕਹਿੰਦੀ ਸੀ, ਜੋਤ ਨੇ ਨਾ ਮੈਨੂੰ ਚੰਗੀ ਤਰ੍ਹਾਂ ਸਕੂਟਰੀ ਸਿਖਾਤੀ ਸਾਰੀ, ਹੁਣ ਤੁਸੀਂ ਮੈਨੂੰ ਵੀ ਮੇਰੀ ਨਵੀਂ ਸਕੂਟਰੀ ਲੈ ਦਿਓ। ਕੋਈ ਗੱਲ ਨਹੀਂ ਪੁੱਤ, ਤੈਨੂੰ ਨਵੀਂ ਸਕੂਟਰੀ ਲੈ ਦਿੰਦਾ, ਤੂੰ ਉਹਨੂੰ ਚਲਾਈ ਜਾਈ, ਜਦੋਂ ਤੇਰਾ ਵਿਆਹ ਹੋ ਜਾਊਗਾ ਉਦੋਂ ਸਹੁਰੇ ਨਾਲ ਲੈ ਜਾਈ। ਲੈ ਪਾਪਾ, ਸਹੁਰੇ ਮੈਂ ਆਪਦੀ ਇਹੀ ਸਕੂਟਰੀ ਲੈ ਕੇ ਜਾਊਂਗੀ, ਸਹੁਰਿਆਂ ਤੋਂ ਤਾਂ ਨਵੀਂ ਸਕੂਟਰੀ ਲਊਂਗੀ। ਇਹ ਸਕੂਟਰੀ ਤਾਂ ਨਾ ਮੈਂ ਆਪਣੇ ਰਾਮੂ ਨੂੰ ਦੇ ਜੂੰਗੀ, ਉਹ ਸਬਜ਼ੀ ਭਾਜੀ ਲੈ ਆਇਆ ਕਰੂਗਾ ਉਹਦੇ 'ਤੇ ਜਾ ਕੇ। ਹੁਣ ਤੁਹਾਡੀ ਡਿਊਟੀ ਇਕੱਠਿਆਂ ਦੀ ਹੋ ਗਈ, ਤੁਸੀਂ ਇੱਕੋ ਸਕੂਟਰੀ 'ਤੇ ਡਿਊਟੀ 'ਤੇ ਜਾ ਸਕਦੇ ਹੋ। ਹਾਂ ਇਹ ਵੀ ਸਹੀ ਆ। ਨਹੀਂ ਪਾਪਾ, ਅਸੀਂ ਨਾ ਇੱਕ ਇੱਕ ਦਿਨ ਕਰਕੇ ਆਪਣੀ ਆਪਣੀ ਸਕੂਟਰੀ ਲੈ ਕੇ ਜਾਇਆ ਕਰਾਂਗੇ। ਇੱਕ ਦਿਨ ਉਹ ਆਪਦੀ ਸਕੂਟਰੀ ਲੈ ਜਾ ਕਰੂ, ਇੱਕ ਦਿਨ ਮੈਂ। ਕੋਈ ਗੱਲ ਨਹੀਂ ਪੁੱਤ, ਸਕੂਟਰੀ ਮੈਂ ਲਿਆ ਦੂੰਗਾ, ਹੁਣ ਤਾਂ ਮੇਰੇ ਪੁੱਤ ਦਾ ਡਿਊਟੀ 'ਤੇ ਜੀ ਵਧੀਆ ਲੱਗਦਾ ਹੋਊਗਾ। ਹਾਂ ਹਾਂ ਪਾਪਾ, ਅੱਜ ਤਾਂ ਸਾਰੇ ਦਿਨ ਦਾ ਨਾ ਪਤਾ ਹੀ ਨਹੀਂ ਲੱਗਿਆ ਵੀ ਦਿਨ ਕਿਵੇਂ ਲੰਘ ਗਿਆ, ਅਸੀਂ ਤਾਂ ਦੋਵੇਂ ਬੈਠੀਆਂ ਗੱਲਾਂ ਕਰੀ ਗਈਆਂ। ਉਹ ਸੱਚ ਪਾਪਾ, ਜੋਤ ਦੀ ਭੂਆ ਦਾ ਮੁੰਡਾ ਵੀ ਉਸੇ ਥਾਣੇ 'ਚ ਹੀ ਹੈ। ਚਲੋ ਠੀਕ ਹੈ, ਫਿਰ ਤੁਹਾਡਾ ਚਿੱਤ ਵਧੀਆ ਲੱਗ ਜਾਇਆ ਕਰੂਗਾ ਥਾਣੇ 'ਚ। ਪਾਪਾ ਨਾਲ ਹੁਣ ਰਿਸ਼ਤੇ ਦੀ ਗੱਲ ਕਿਵੇਂ ਕਰਾਂ ਵੀ ਉਹ ਵੀ ਜੋਤ ਦਾ ਹੀ ਰਿਸ਼ਤੇਦਾਰ ਆ, ASI। ਪੁੱਤਰ, ਇੱਕ ਹੋਰ ਬੜਾ ਵਧੀਆ ਰਿਸ਼ਤਾ ਆਇਆ, ਮੈਂ ਤੈਨੂੰ ਦੱਸਣਾ ਹੀ ਭੁੱਲ ਗਿਆ। ਕੀ ਕਰਦਾ ਪਾਪਾ ਮੁੰਡਾ? ਮੁੰਡਾ ਵੈਟਰਨਰੀ ਡਾਕਟਰ ਹੈ। ਲੈ ਪਾਪਾ, ਹੁਣ ਮੈਂ ਉਹਦੇ ਗੋਹੇ ਦੇ ਲਿਬੜੇ ਕੱਪੜੇ ਧੋਇਆ ਕਰੂੰਗੀ। ਹੈਂ, ਮੈਨੂੰ ਨਹੀਂ ਵੈਟਰਨਰੀ ਡਾਕਟਰ ਦੀ ਨੌਕਰੀ ਨੁਕਰੀ ਜੀ ਪਸੰਦ, ਐਵੇਂ ਹੀ ਬਸ ਸਾਰਾ ਦਿਨ ਮੱਝਾਂ ਦੀਆਂ ਪੁੱਛਾਂ ਮਰੋੜ 'ਤੇ ਫਿਰੀ ਜਾਂਦੇ ਨੇ। ਮੈਨੂੰ ਤਾਂ ਲੱਗਦਾ ਵੈਟਰਨਰੀ ਡਾਕਟਰ 'ਚੋਂ ਨਾ ਬਸ ਗੋਹੇ ਦੀ ਸਮੈਲ ਹੀ ਆਉਂਦੀ ਹੋਣੀ ਆ। ਮੈਂ ਨਹੀਂ ਕਰਾਉਣਾ ਵਿਆਹ ਵੀ ਵੈਟਰਨਰੀ ਡਾਕਟਰ ਨਾਲ। ਲੈ, ਪਹਿਲਾਂ ਤੂੰ ਮੈਨੂੰ ਕਹਿੰਦੀ ਸੀ ਮੈਨੂੰ ਪੁਲਿਸ ਵਾਲਾ ਨਹੀਂ ਪਸੰਦ, ਹੁਣ ਤੂੰ ਕਹਿੰਦੂ ਮੈਨੂੰ ਵੈਟਰਨਰੀ ਡਾਕਟਰ ਨਹੀਂ ਪਸੰਦ। ਲੈ ਹੁਣ ਤੂੰ ਹੀ ਦੱਸ ਦੇ ਕਿਹੜੀ ਜੌਬ ਵਾਲੇ ਮੁੰਡੇ ਨਾਲ ਵਿਆਹ ਕਰਾਉਣਾ। ਬੇਟਾ ਨੌਕਰੀ ਕੋਈ ਵੀ ਹੋਵੇ, ਐਡਜਸਟਮੈਂਟ ਤਾਂ ਕਰਨੀ ਪੈਂਦੀ ਹੈ ਬੇਟਾ, ਹਰੇਕ ਜੌਬ ਵਿੱਚ ਕੋਈ ਨਾ ਕੋਈ ਪ੍ਰੋਬਲਮ ਤਾਂ ਹੁੰਦੀ ਹੈ। ਓ ਹਾਂ ਸੱਚ ਪਾਪਾ, ਮੈਂ ਤਾਂ ਤੁਹਾਨੂੰ ਦੱਸਣਾ ਹੀ ਭੁੱਲ ਗਈ, ਜਿਹੜਾ ASI ਆਪਣੇ ਘਰ ਆਇਆ ਸੀ ਜਿਹਦਾ ਤੁਸੀਂ ਰਿਸ਼ਤਾ ਕਹਿੰਦੇ ਹੋ ਮੇਰੇ ਲਈ, ਉਹ ਤਾਂ ਜੋਤ ਦੀ ਮਾਸੀ ਦਾ ਮੁੰਡਾ। ਅੱਛਾ, ਕੋਈ ਨਹੀਂ ਪੁੱਤ, ਆਪਾਂ ਨੂੰ ਕੀ ਜਦੋਂ ਆਪਾਂ ਨੂੰ ਉਹਦਾ ਰਿਸ਼ਤਾ ਹੀ ਨਹੀਂ ਪਸੰਦ। ਪਾਪਾ ਮੈਂ ਤੇ ਜੋਤ ਤਾਂ ਉਹਦੀ ਮਾਸੀ ਦੇ ਘਰ ਵੀ ਜਾਇਆ ਹੈਗਾ, ਉਹਨੇ ਆਪਦੀ ਮਾਸੀ ਦੀ ਕੋਟੀ ਫੜਾਉਣੀ ਸੀਗੀ, ਤੇ ਉਹਨਾਂ ਦਾ ਤਾਂ ਘਰ ਬਾਰ ਵੀ ਬਹੁਤ ਸੋਹਣਾ, ਤੇ ਜੋਤ ਦੀ ਮਾਸੀ ਵੀ ਜਵਾਨ ਪਈ ਹੈ, ਤੇ ਚਾਹ ਤਾਂ ਪਾਪਾ ਪੁੱਛੋ ਹੀ ਨਾ, ਇੰਨੀ ਸਵਾਦ ਬਣਾਉਂਦੀ ਆ। ਫਿਰ ਤੂੰ ਕਿਹੜਾ ਮੰਨਦੀ ਹੈ ਪੁੱਤਰ, ਇੰਨਾ ਵਧੀਆ ਰਿਸ਼ਤਾ ਤੂੰ ਠੁਕਰਾਈ ਜਾਨੀ। ਮੁੰਡੇ ਦੀ ਮਾਂ ਦਾ ਸੁਭਾਅ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਪਾਪਾ,
ਪਰ ਮੁੰਡੇ ਦਾ ਸੁਭਾਅ ਪਤਾ ਨਹੀਂ ਕਿਹੋ ਜਾਊਗਾ। ਪੁੱਤਰ ਮੁੰਡੇ ਦੇ ਸੁਭਾਅ ਦੀ ਤਾਂ ਮੈਂ ਗਰੰਟੀ ਲੈਣਾ, ਮੁੰਡਾ ਬਹੁਤ ਸਾਊ ਆ। ਪਰ ਪਾਪਾ ਇੱਕ ਪ੍ਰੋਬਲਮ ਹੈ, ਜਿਵੇਂ ਮੈਨੂੰ ਨਹੀਂ ਨਾ ਪੁਲਿਸ ਵਾਲਾ ਮੁੰਡਾ ਪਸੰਦ, ਉਵੇਂ ਜੋਧੀ ਮਾਸੀ ਨੂੰ ਵੀ ਪੁਲਿਸ ਵਾਲੀ ਕੁੜੀ ਨਹੀਂ ਪਸੰਦ। ਮੈਨੂੰ ਤਾਂ ਹੀ ਨਹੀਂ, ਮੁੰਡੇ ਨੇ ਹਾਂ ਨਾ ਦੱਸੀ, ਉਹਦੀ ਮਾਂ ਨਹੀਂ ਮੰਨੀ ਹੋਣੀ। ਫਿਰ ਪੁੱਤਰ ਆਪਾਂ ਇਹੀ ਡਾਕਟਰ ਵਾਲਾ, ਵੈਟਰਨਰੀ ਡਾਕਟਰ ਵਾਲਾ ਮੁੰਡਾ ਦੇਖ ਲੈਂਦੇ ਹਾਂ, ਮੁੰਡਾ ਇਹ ਵੀ ਵਧੀਆ। ਪਾਪਾ ਤੁਸੀਂ ਵੀ ਨਾ ਮੇਰੇ ਉਲਟੀ ਚੱਲਦੇ ਹੋ। ਪਹਿਲਾਂ ਮੈਂ ਕਹਿੰਦੀ ਸੀ ਮੈਂ ਪੁਲਿਸ ਵਾਲੇ ਨਾਲ ਵਿਆਹ ਨਹੀਂ ਕਰਵਾਉਣਾ, ਤੁਸੀਂ ਪੁਲਿਸ ਵਾਲੇ ਦੇ ਮਗਰ ਪਏ ਸੀ। ਹੁਣ ਮੈਂ ਕਹਿੰਦੀ ਹਾਂ ਵੀ ਮੈਂ ਡਾਕਟਰ ਦੇ ਨਾਲ ਵਿਆਹ ਨਹੀਂ ਕਰਵਾਉਣਾ, ਤੁਸੀਂ ਡਾਕਟਰ ਦੇ ਮਗਰ ਪੈ ਗਏ। ਉਹ ਪੁੱਤਰ ਤੇਰਾ ਵਿਆਹ ਤਾਂ ਕਰਨਾ ਹੀ ਹੈ, ਨੌਕਰੀ ਵਾਲਾ ਮੁੰਡਾ ਹੀ ਲੱਭ ਰਿਹਾ, ਕੋਈ ਵਿਹਲੜ ਤਾਂ ਨਹੀਂ ਲੱਭ ਰਿਹਾ ਮੁੰਡਾ। ਪਾਪਾ ਜੋਤ ਕਹਿੰਦੀ ਸੀ ਵੀ ਉਹ ਘਰੇ ਉਹਦੀ ਮਾਸੀ ਦੀ ਨਹੀਂ ਚੱਲਦੀ ਹੈਗੀ, ਚੱਲਦੀ ਤਾਂ ਮੁੰਡੇ ਦੀ ਅਤੇ ਕੁੜੀ ਦੀ ਹੋਈ ਹੈ। ਅੱਛਾ, ਕੁੜੀ ਵੀ ਹੈ ਉਹਨਾਂ ਦੇ ਘਰੇ? ਹਾਂ ਪਾਪਾ, ਕੁੜੀ ਤਾਂ ਵਿਆਹੀ ਹੋਈ ਹੈ, ਹੋਰ ਤਾਂ ਹੋਰ ਕੁੜੀ ਵੀ ਪੁਲਿਸ ਵਾਲੇ ਨੂੰ ਵਿਆਹੀ ਹੈ, ਜੋਤ ਕੇ ਤਾਂ ਸਾਰੇ ਰਿਸ਼ਤੇਦਾਰ ਹੀ ਪੁਲਿਸ 'ਚ ਨੇ। ਅੱਛਾ, ਦੇਖ ਪੁੱਤਰ ਤੂੰ ਪਹਿਲਾਂ ਮਨ ਬਣਾ ਤੂੰ ਕਿਹੜੇ ਡਿਪਾਰਟਮੈਂਟ ਵਾਲੇ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। ਮੈਂ ਰਿਸ਼ਤੇ ਦੇਖੀ ਜਾਂਦਾ, ਤੂੰ ਨਾ ਕਰੀ ਜਾਂਦੀ ਹੈ, ਫਿਰ ਇਹਦੇ 'ਚ ਬੇਟਾ ਮੇਰੀ ਵੀ ਬੇਇੱਜ਼ਤੀ ਹੁੰਦੀ ਹੈ। ਪਾਪਾ ਰਿਸ਼ਤਾ ਤਾਂ ਮੈਨੂੰ ASI ਵਾਲੇ ਵਧੀਆ ਲੱਗਿਆ, ਬਾਕੀ ਤੁਸੀਂ ਦੇਖ ਲਓ ਤੁਹਾਨੂੰ ਕਿਵੇਂ ਠੀਕ ਲੱਗਦਾ। ਮੈਂ ਤੈਨੂੰ 20 ਵਾਰੀ ਤਾਂ ਕਿਹਾ ਪੁੱਤਰ, ASI ਮੇਰਾ ਕੁਲੀਕ ਰਿਹਾ, ਬਹੁਤ ਵਧੀਆ ਮੁੰਡਾ, ਸਾਊ ਮੁੰਡਾ। ਫਿਰ ਪਾਪਾ ਤੁਸੀਂ ਗੱਲ ਕਰ ਲਿਓ ਰਿਸ਼ਤੇ ਦੀ ASI ਨਾਲ, ਮੈਂ ਉਹਦੇ ਨਾਲ ਹੀ ਕਰਵਾ ਲੂੰਗੀ, ਵੈਟਰਨਰੀ ਡਾਕਟਰ ਨਾਲ ਤਾਂ ਠੀਕ ਹੀ ਆ। ਪੁੱਤ ਮੈਂ ਗੱਲ ਕਰਾਂ ਕਿਵੇਂ, ਮੈਨੂੰ ASI ਨੇ ਤਾਂ ਕੋਈ ਹਾਂ ਨਾ ਦੱਸੀ ਨਹੀਂ। ਚੱਲ ਆਪਾਂ ਐਂ ਕਰਦੇ ਹਾਂ, ਜੋਤ ਨੂੰ ਫੋਨ ਮਾਰ ਤੂੰ, ਉਹਨੂੰ ਆਪਾਂ ਵਿੱਚ ਵਿਚੋਲਾ ਪਾ ਲੈਂਦੇ ਹਾਂ, ਨਹੀਂ ਤਾਂ ਫਿਰ ਮੈਂ ਗੱਲ ਕਰ ਲਾਂਗਾ। ਨਹੀਂ ਨਹੀਂ ਪਾਪਾ, ਜੋਤ ਦੀ ਮਾਸੀ ਨੇ ਤਾਂ ਜੋਤ ਨਾਲ ਕੋਈ ਰਿਸ਼ਤੇ ਦੀ ਗੱਲ ਹੀ ਨਹੀਂ ਕੀਤੀ, ਨਾਲੇ ਵੈਸੇ ਵੀ ਰਿਸ਼ਤੇਦਾਰ ਨੂੰ ਨਾ ਅਗਲਾ ਵਿਚੋਲਾ ਬਣਾ ਕੇ ਘੱਟ ਹੀ ਖੁਸ਼ ਹੁੰਦਾ ਵਿੱਚ, ਕਿਉਂਕਿ ਫਿਰ ਰਿਸ਼ਤੇਦਾਰਾਂ ਦੇ ਸਾਹਮਣੇ ਦਾਜ ਨਹੀਂ ਨਾ ਮੰਗਿਆ ਜਾਂਦਾ। ਚੱਲ ਕੋਈ ਨਹੀਂ ਪੁੱਤ, ਮੈਂ ASI ਨਾਲ ਗੱਲ ਕਰਕੇ ਦੇਖਦਾ। ਹਾਂ ਤੁਸੀਂ ਪੁੱਛ ਲਓ ਵੀ ਕੀ ਕਹਿੰਦਾ। ਸੋਚੀ ਬੰਦ ਆ ਰਿਹਾ। ਓਹੋ ਚਲੋ ਕੋਈ ਨਾ ਪਾਪਾ, ਤੁਸੀਂ ਗੱਲ ਤਾਂ ਫੋਨ ਤੇ ਫੇਰ ਕਰ ਲਿਓ। ਵੈਸੇ ਪਾਪਾ ਜੋਤ ਦੀ ਮਾਸੀ ਨਾ ਕੰਮਾਂ ਕਾਰਾਂ ਨੂੰ ਬਹੁਤ ਤੇਜ਼ ਆ, ਫਟਾਫਟ ਹੀ ਚਾਹ ਬਣਾ ਲਿਆ ਹੀ ਸੀ। ਪੁੱਤਰ ਮੁੰਡੇ ਦੇ ਵਿਆਹ ਤੋਂ ਪਹਿਲਾਂ ਸੱਸਾਂ ਤੇਜ਼ ਹੀ ਹੁੰਦੀਆਂ ਨੇ, ਇਹ ਬਾਅਦ 'ਚ ਤੰਗ ਕਰਦੀਆਂ ਨੇ, ਤਾਂ ਹੀ ਮੈਂ ਤੈਨੂੰ ਕਿਹਾ ਕੋਈ ਕੰਮ ਕਾਰ ਕਰਦਾ ਸਿੱਖ ਲੈ। ਪਾਪਾ ਚੀਜ਼ ਤਾਂ ਫਿਰ ਇੱਕੋ ਹੀ ਮਿਲਦੀ ਹੁੰਦੀ ਆ, ਜਾਂ ਤਾਂ ਕੰਮ ਕਾਰ ਵਾਲੀ ਨੂੰ ਮਿਲੂਗੀ ਜਾਂ ਫਿਰ ਨੌਕਰੀ ਵਾਲੀ ਨੂੰ ਮਿਲੂਗੀ। ਨਾਲੇ ਜਦੋਂ ਮੈਂ ਚੜੇ ਮਹੀਨੇ ਖੜਕਦੇ ਨੋਟ ਰੱਖੇ ਨਾ ਉਹਦੀ ਸੱਸ ਦੇ ਹੱਥ 'ਤੇ, ਸੱਸ ਤਾਂ ਮੇਰੀ ਫਿਰੂਗੀ ਭੱਜੀ। ਜਦੋਂ ਪੁੱਤਰ ਤੁਸੀਂ ਉਹਨਾਂ ਦੇ ਘਰੇ ਗਈਆਂ ਸੀ, ASI ਨੇ ਤੈਨੂੰ ਪਛਾਣਿਆ ਨਹੀਂ? ਨਹੀਂ ਪਾਪਾ, ਉਹ ਕਿਹੜਾ ਘਰੇ ਸੀ, ਉਹ ਤਾਂ ਡਿਊਟੀ 'ਤੇ ਗਿਆ ਹੋਣਾ ਨਾ, ਨਾਲੇ ਜੇ ਘਰੇ ਹੁੰਦਾ ਵੀ ਮੈਨੂੰ ਨਹੀਂ ਲੱਗਦਾ ਵੀ ਉਹ ਮੈਨੂੰ ਪਹਿਚਾਣ ਲੈਂਦਾ। ਪੁੱਤਰ ਜੇ ਤੇਰਾ ਸੰਯੋਗ ਉੱਥੇ ਲੱਗਿਆ ਹੋਇਆ ਨਾ ਤਾਂ ਤੇਰਾ ਰਿਸ਼ਤਾ ਉੱਥੇ ਹੋਜੂਗਾ, ਨਹੀਂ ਤਾਂ ਫਿਰ ਕੋਈ ਹੋਰ ਸਹੀ। ਪਾਪਾ ਜੇ ਮੇਰਾ ਰਿਸ਼ਤਾ ਉਸ ਘਰੇ ਹੋ ਗਿਆ ਨਾ, ਫਿਰ ਮੈਂ ਜੋਤ ਨੂੰ ਵੀ ਕਹੂੰਗੀ ਤੂੰ ਵੀ ਉੱਥੇ ਹੀ ਕਰਾ ਲਾ। ਲੈ ਪੁੱਤਰ ਉਹਦਾ ਰਿਸ਼ਤਾ ਉੱਥੇ ਕਿਵੇਂ ਹੋਜੂਗਾ? ਲੈ ਪਾਪਾ ਉਹਦਾ ਰਿਸ਼ਤਾ ਕਿਉਂ ਨਹੀਂ ਹੋ ਸਕਦਾ, ਮਾਸੀ ਦੇ ਪਿੰਡ ਭਾਣਜੀ ਦਾ ਹੋ ਹੀ ਜਾਂਦਾ ਹੁੰਦਾ ਰਿਸ਼ਤਾ। ਹਾਂ ਇਹ ਤਾਂ ਮੈਂ ਸੋਚਿਆ ਹੀ ਨਹੀਂ। ਚੱਲ ਪੁੱਤਰ ਪਹਿਲਾਂ ਤੇਰਾ ਰਿਸ਼ਤਾ ਉੱਥੇ ਹੋ ਜਾਵੇ, ਜੋਤ ਦਾ ਆਪਾਂ ਮਗਰੋਂ ਸੋਚਾਂਗੇ। ਜਿਵੇਂ ਰਿਸ਼ਤੇ 'ਚ ਨੰਨੇ ਵੱਜ ਰਹੇ ਨੇ ਪਾਪਾ, ਮੈਨੂੰ ਨਹੀਂ ਲੱਗਦਾ ਵੀ ਰਿਸ਼ਤਾ ਨੇਪਰੇ ਚੜੂਗਾ। ਉਹ ਚੱਲ ਤੂੰ ਪੋਜ਼ੀਟਿਵ ਸੋਚਿਆ ਕਰ, ਹਰ ਗੱਲ ਤੂੰ ਨੈਗੇਟਿਵ ਨਾ ਸੋਚਿਆ ਕਰ। ਠੀਕ ਆ ਚਲੋ ਪਾਪਾ, ਫਿਰ ਚਾਹ ਪਾਣੀ ਪੀਏ, ਰੋਟੀ ਛਕੀਏ। ਦੇਖ ਲਾ ਕੰਮ ਜਿਹੜਾ ਤੇਰੇ ਭਾਈ ਤੈਨੂੰ ਹੋਇਆ ਨਾ, ਮੈਂ ਕਰਾਇਆ। ਮੇਰੀ ਮਾਂ ਨੂੰ ਤੁਹਾਡੇ ਤੇ ਮਾਣ ਸੀ,
ਤਾਂ ਹੀ ਉਹਨੇ ਆਪਣੇ ਜਵਾਈ ਨੂੰ ਕਿਹਾ ਸੀ, ਨਹੀਂ ਉਹ ਕਿਸੇ ਹੋਰ ਨੂੰ ਨਾ ਕਹਿ ਦਿੰਦੀ ਪਤਾ ਕਰਨ ਬਾਰੇ। ਜੇ ਮਾਨਤੀ ਤਾਂ ਹੀ ਪਤਾ ਕਰਕੇ ਆ, ਕੁੜੀ ਨਰਸ ਲੱਗੀ ਹੋਈ ਆ। ਹੈਂ, ਨਰਸ ਆ ਗਈ? ਨਾ ਨਾ, ਮੇਰੇ ਭਾਈ ਨੇ ਨਹੀਂ ਮੰਨਣਾ, ਨਾ ਨਰਸ ਦੇ ਰਿਸ਼ਤੇ ਨੂੰ ਮੇਰੀ ਮਾਂ ਮੰਨੇ। ਉਹ ਲੈ ਯਾਰ, ਨਰਸਾਂ ਦਾ ਫਾਇਦਾ, ਜੇ ਕੋਈ ਬਿਮਾਰ ਬਿਮੂਰ ਹੋਇਆ ਕਰੂ ਸਾਰੇ ਟੱਬਰ ਦਾ ਘਰੀ ਚੈੱਕਅਪ ਕਰ ਲਿਆ ਕਰੂਗੀ। ਨਾ ਨਾ, ਨਰਸਾਂ ਦੀ ਡਿਊਟੀ ਤਾਂ ਪੁਲਿਸ ਵਾਲੀਆਂ ਦੀ ਡਿਊਟੀ ਨਾਲੋਂ ਵੀ ਸਖਤ ਹੁੰਦੀ ਆ। ਪੁਲਿਸ ਵਾਲਿਆਂ ਦੀ ਡਿਊਟੀ ਤਾਂ ਇਕੱਲੀ ਦਿਨ ਦੀ ਹੁੰਦੀ ਆ, ਨਰਸਾਂ ਦੀ ਤਾਂ ਰਾਤ ਦੀ ਡਿਊਟੀ ਵੀ ਲੱਗਦੀ ਆ। ਉਹ ਵਧੀਆ ਗੱਲ ਆ, ਤੇਰੀ ਮਾਂ ਨਾਲ ਜੀ ਲੱਗ ਰਿਹਾ ਕਰੂਗਾ, ਨੂੰ ਦੇਣੇ ਘਰੇ, ਮੁੰਡਾ ਰਾਤ ਨੂੰ ਘਰੇ। ਅੱਛਾ ਜੀ, ਅਸੀਂ ਮਾਂ ਦੀ ਚੌਂਕੀਦਾਰੀ ਕਰਨ ਵਾਸਤੇ ਮੁੰਡੇ ਦਾ ਵਿਆਹ ਨਹੀਂ ਕਰਨਾ ਹੈਗਾ, ਵੀ ਰਾਤ ਨੂੰ ਮੁੰਡਾ ਘਰੇ, ਦਿਨੇ ਨੂੰਹ ਘਰੇ। ਮੁੰਡੇ ਨੂੰ ਤਾਂ ਐਤਵਾਰ ਦੀ ਛੁੱਟੀ ਵੀ ਨਹੀਂ ਹੁੰਦੀ, ਉਹ ਕਦੋਂ ਇਕੱਠੇ ਹੋਇਆ ਕਰਨਗੇ ਫਿਰ? ਇੱਕ ਮਿੰਟ, ਸਰ ਦਾ ਫੋਨ ਆ ਗਿਆ ਮੈਨੂੰ। ਆਓ ਸੁਣ ਲਓ। ਹੈਲੋ। ਚੱਲ, ਇੰਨੇ ਨੂੰ ਮੈਂ ਮਾਂ ਨੂੰ ਦੱਸ ਦਿੰਦੀ ਹਾਂ ਵੀ ਕੁੜੀ ਤਾਂ ਨਰਸ ਲੱਗੀ ਆ। ਹਾਂ ਪੁੱਤ ਕੁਲਵਿੰਦਰ, ਠੀਕ ਹੈ? ਹਾਂਜੀ ਮੰਮੀ, ਠੀਕ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੋਰ ਕਿਵੇਂ, ਕਰ ਲਿਆ ਕੰਮ ਕਾਰ? ਕੰਮ ਕਾਰ ਤਾਂ ਕਰ ਲਏ ਮੰਮੀ, ਮੈਂ ਤਾਂ ਤੈਨੂੰ ਐਂ ਦੱਸਣ ਵਾਸਤੇ ਫੋਨ ਕੀਤਾ ਸੀਗਾ ਵੀ ਤੇਰੇ ਜਵਾਈ ਨੇ ਪਤਾ ਕਰ ਲਿਆ ਕੁੜੀ ਨਰਸ ਲੱਗੀ ਆ। ਰਮ ਨੇ ਨਾਲ ਸਲਾਹ ਕਰਕੇ ਦੇਖ ਲਓ। ਪੁੱਤ ਫਿਰ ਤੈਨੂੰ ਕਿਵੇਂ ਲੱਗੀ ਨਰਸ ਦੀ ਨੌਕਰੀ? ਆਪਾਂ ਨੂੰ ਤਾਂ ਕੀ ਪਤਾ, ਇਹ ਸਲਾਹ ਤਾਂ ਰਮਨੇ ਦੀ ਓ ਲੈਣੀ ਪਊ। ਮੈਨੂੰ ਤਾਂ ਨਹੀਂ ਪੁੱਤੇ ਰਿਸ਼ਤਾ ਠੀਕ ਲੱਗਦਾ, ਕਿਉਂਕਿ ਨਰਸਾਂ ਦੀਆਂ ਤਾਂ ਰਾਤ ਦੀਆਂ ਵੀ ਡਿਊਟੀਆਂ ਹੁੰਦੀਆਂ ਨੇ। ਮੈਂ ਵੀ ਤੇਰੇ ਜਵਾਈ ਨਾਲ ਸਲਾਹ ਕਰਕੇ ਹਟੀ ਸੀ, ਲੱਗਿਆ ਤਾਂ ਮੈਨੂੰ ਵੀ ਸਹੀ ਨਹੀਂ, ਪਰ ਮੈਂ ਸੋਚਿਆ ਕੀ ਪਤਾ ਤੁਹਾਨੂੰ ਸਹੀ ਲੱਗੇ। ਚੱਲ ਰਮਨੇ ਨਾਲ ਸਲਾਹ ਕਰਕੇ ਦੇਖ ਲਈ ਫਿਰ ਵੀ ਇੱਕ ਵਾਰੀ। ਜੇ ਰਮਨੇ ਨੇ ਹਾਂ ਕਰ ਦਿੱਤੀ ਫਿਰ ਕੀ ਕਰਾਂਗੇ, ਨਾਲੇ ਉਹ ਤਾਂ DSP ਦੇ ਦਬਾਅ ਹੇਠ ਆ ਕੇ ਹਾਂ ਕਰੂੰਗਾ ਹੀ, ਔਰ ਬਾਅਦ ਵਿੱਚ ਪਛਤਾਊਗਾ। ਚੱਲ ਆਪਾਂ ਨੂੰ ਕੀ ਆ, ਕੁੜੀ ਤਾਂ ਉਹਨੇ ਪਸੰਦ ਕੀਤੀ ਆ, ਦੇਖ ਕੇ ਵੀ ਉਹੀ ਆਇਆ ਗਾ, ਕੱਲ ਨੂੰ ਆਪਾਂ ਨੂੰ ਦੋਸ਼ ਨਹੀਂ ਦਊਗਾ ਕੋਈ। ਲੈ ਰਮਨਾ ਵੀ ਆ ਗਿਆ, ਉਹਦੇ ਨਾਲ ਗੱਲ ਕਰਕੇ ਫਿਰ ਗੱਲ ਕਰਦੀ ਆ। ਚੰਗਾ ਚੰਗਾ। ਮੇਰਾ ਹਜੇ ਤੋਂ ਕੱਟ ਦਿੱਤਾ ਫੋਨ, ਮੈਂ ਤਾਂ ਪੱਕਾ ਤਾਂ ਕੁਲਵਿੰਦਰ ਭੈਣ ਨੂੰ ਫੋਨ ਲਾ ਰੱਖਿਆ ਹੋਣਾ। ਤੈਨੂੰ ਪਤਾ ਹੀ ਆ ਪੁੱਤ, ਸਾਡੀਆਂ ਮਾਮਾ ਧੀਆਂ ਦੀਆਂ ਗੱਲਾਂ ਕਿਤੇ ਮੁੱਕ ਸਕਦੀਆਂ? ਉਹ ਗੱਲਾਂ ਤੁਹਾਡੀਆਂ ਮੁੱਕਣੀਆਂ ਵੀ ਕਿੱਥੋਂ ਨੇ, ਸਾਰਾ ਦਿਨ ਤੁਸੀਂ ਚੁਗਲੀਆਂ ਕਰੀ ਵਾਲੀਆਂ ਨੇ, ਕਦੇ ਰਿਸ਼ਤੇਦਾਰਾਂ ਦੀਆਂ, ਕਦੇ ਕੁਲਵਿੰਦਰ ਭੈਣ ਦੀ ਸੱਸ ਦੀਆਂ। ਚੁਗਲੀਆਂ ਨਹੀਂ ਸੀ ਕਰਦੀਆਂ, ਗੱਲ ਤਾਂ ਸੀ ਕਬੀਲਦਾਰੀ ਦੀ ਕਰਦੀਆਂ ਸੀ, ਤੈਨੂੰ ਦੱਸ ਤਾਂ ਦੇਵਾਂ ਪਰ ਤੂੰ ਗੁੱਸਾ ਕਰ ਲੈਣਾ। ਕਮਾਲ ਆ, ਇਹ ਜੀ ਕਿਹੜੀ ਕਬੀਲਦਾਰੀ ਦੀ ਗੱਲ ਆ ਜਿਹੜੀ ਸੁਣ ਕੇ ਮੈਂ ਗੁੱਸਾ ਕਰੂੰਗਾ? ਨਹੀਂ ਕਰਦਾ ਗੁੱਸਾ? ਨਹੀਂ ਕਰਦਾ, ਤੂੰ ਦੱਸ ਮਾਤਾ। ਸਹੁੰ ਖਾ ਫੇ ਮੇਰੀ, ਨਹੀਂ ਕਰਦਾ ਗੁੱਸਾ। ਲੈ ਮਾਤਾ ਤੇਰੀ ਸਹੁੰ ਲੱਗੇ, ਨਹੀਂ ਕਰਦਾ, ਦੱਸ ਕੀ ਗੱਲ ਆ। ਪੁੱਤ ਮੈਂ ਤੈਨੂੰ ਗੱਲ ਦੱਸਦੀ ਹਾਂ ਵੀ ਅਸੀਂ ਉਹ ਕੁੜੀ ਬਾਰੇ ਪਤਾ ਕਰ ਲਿਆ। ਕਿਹੜੀ ਕੁੜੀ ਬਾਰੇ ਪਤਾ ਕਰ ਲਿਆ? ਪੁੱਤ ਉਹੀ DSP ਸਾਹਿਬ ਦੀ ਕੁੜੀ ਬਾਰੇ, ਮੈਂ ਆਪਣੇ ਪਰਾਉਣੇ ਨੂੰ ਭੇਜਿਆ ਸੀ ਪੁੱਛਣ, ਬਸ ਉਹਨੇ ਪਤਾ ਕਰਕੇ ਦੱਸਿਆ ਵੀ ਕੁੜੀ ਨਰਸ ਲੱਗੀ ਹੋਈ ਹੈ। ਅੱਛਾ, ਚਲੋ ਫਿਰ ਤਾਂ ਵਧੀਆ, ਜੇ ਕੁੜੀ ਨਰਸ ਹੈ ਆਪਣੇ ਸਾਰੇ ਟੱਬਰ ਦੇ ਟੀਕੇ ਲਾ ਦਿਆ ਕਰੂਗੀ। ਚਲ ਉਹ ਤਾਂ ਪੁੱਤ ਠੀਕ ਹੈ, ਪਰ ਮੈਨੂੰ ਰਿਸ਼ਤਾ ਜਮ੍ਹਾਂ ਹੀ ਪਸੰਦ ਨਹੀਂ ਆਇਆ। ਤੈਨੂੰ ਸੱਚੀਓ ਰਿਸ਼ਤਾ ਪਸੰਦ ਹੈ ਉਹ? ਹਾਂ ਮੈਨੂੰ ਤਾਂ ਪਸੰਦ ਹੈ। ਡਿਪਾਰਟਮੈਂਟ ਦੀ ਕੀ ਗੱਲ ਹੁੰਦੀ ਆ, ਡਿਪਾਰਟਮੈਂਟ ਤਾਂ ਜਿਹੜਾ ਮਰਜ਼ੀ ਹੋਵੇ, ਕੁੜੀ ਤਾਂ ਗੌਰਮੈਂਟ ਜੋਬ 'ਤੇ ਆ। ਪਰ ਪੁੱਤ ਅਸੀਂ ਇਹ ਤਾਂ ਪੁੱਛਿਆ ਹੀ ਨਹੀਂ ਵੀ ਕੁੜੀ ਸਰਕਾਰੀ ਨਰਸ ਲੱਗੀ ਹੋਈ ਹੈ ਜਾਂ ਪ੍ਰਾਈਵੇਟ ਜੋਬ ਕਰਦੀ ਹੈ। ਕਮਾਲ ਕਰਦੀ ਆ ਬੇਬੇ, ਉਹ DSP ਹੈਗਾ, ਉਹਨੇ ਆਪਦੀ ਕੁੜੀ ਸਰਕਾਰੀ ਓ ਲਗਵਾਈ ਹੋਣੀ ਆ। ਰਮਨੇ ਪੁੱਤ ਚਾਹੇ ਸਰਕਾਰੀ ਹੋਵੇ ਚਾਹੇ ਹੋਵੇ ਪ੍ਰਾਈਵੇਟ, ਬਈ ਮੈਨੂੰ ਤਾਂ ਜਮ੍ਹਾਂ ਹੀ ਪਸੰਦ ਨਹੀਂ ਬਸ। ਲੈ ਨਾ ਤਾਂ ਬੇਬੇ ਤੇਰੇ ਪੁਲਿਸ ਵਾਲੀ ਪਸੰਦ ਆ, ਨਾ ਤੇਰੇ ਨਰਸ ਪਸੰਦ ਆਈ ਆ, ਤੇਰੇ ਨਹੀਂ ਕੋਈ ਕੁੜੀ ਪਸੰਦ ਆ ਸਕਦੀ। ਆਪਾਂ ਐਵੇਂ ਕਰਦੇ ਹਾਂ ਫਿਰ, ਘਰੇਲੂ ਕੁੜੀ ਦਾ ਹੀ ਲੈ ਲੈਂਦੇ ਹਾਂ। ਪੁੱਤ ਇਹਨਾਂ ਨਾਲੋਂ ਤਾਂ ਘਰੇਲੂ ਕੁੜੀ ਦਾ ਰਿਸ਼ਤਾ ਲੈਂਦੇ ਹਾਂ, ਉਹੀ ਵਧੀਆ ਰਹੂਗੀ। ਨਾ ਤਾਂ ਸਰਕਾਰੀ ਆਹ ਜਿਹੜੀ ਨਰਸ ਲੱਗੀ ਹੋਆ ਉਹਨਾਂ ਨੂੰ ਛੁੱਟੀ ਹੁੰਦੀ ਆ, ਨਾ ਪੁਲਿਸ ਵਾਲੀਆਂ ਨੂੰ। ਪਸੰਦ ਤੇਰੇ ਘਰੇਲੂ ਕੁੜੀ ਬਣਾਉਣੀ, ਕੱਢਣੀਆਂ ਤਾਂ ਉਹ 'ਚ ਵੀ ਨਕੋਚਾ ਹੀ ਨੇ।
ਕੁੜੀ ਲਵਾਂਗੇ ਵੀ ਸਰਕਾਰੀ ਨੌਕਰੀ ਵਾਲੀ, ਵਧੀਆ ਡਿਪਾਰਟਮੈਂਟ ਵਾਲੀ, ਜਿਹੜੀ ਕਲਰਕ ਹੋਵੇ ਜਾਂ ਹੋਵੇ ਮਾਸਟਰ ਨਹੀਂ ਲੱਗੀ। ਉਹ ਮੇਰੇ ਫੋਨ ਆ ਗਿਆ ਸੀ, ਮੇਰੀ ਗੱਲ ਤਾਂ ਬਚਾਲੀ ਰਹਿ ਗਈ, ਕਿਵੇਂ ਲੱਗਿਆ ਫਿਰ ਰਿਸ਼ਤਾ? ਲੈ ਵਧੀਆ ਗਾ, ਕੁੜੀ ਸਰਕਾਰੀ ਲੱਗੀ ਆ, ਆਪਾਂ ਨੂੰ ਹੋਰ ਕੀ ਚਾਹੀਦਾ? ਉਹ ਇਹ ਨਹੀਂ ਮੈਂ ਪਤਾ ਕਰਿਆ ਕੁੜੀ ਸਰਕਾਰੀ ਲੱਗੀ ਹੋਈ ਆ ਜਾਂ ਪ੍ਰਾਈਵੇਟ, ਮੈਂ ਇੰਨਾ ਪਤਾ ਕਰਿਆ ਵੀ ਕੁੜੀ ਨਰਸ ਲੱਗੀ ਹੋਈ ਆ। ਉਹ ਚੱਲ ਕੋਈ ਨਾ, ਜਿਹਦੇ ਨਾਲ ਸੰਜੋਗ ਹੋਣਗੇ ਆਪੇ ਹੀ ਰਿਸ਼ਤਾ ਹੋ ਜੂਗਾ, ਚਾਹੇ ਸਰਕਾਰੀ ਹੋਵੇ ਚਾਹੇ ਪ੍ਰਾਈਵੇਟ। ਪਰ ਕਾਹਨੂੰ ਦਿਲ ਛੋਟਾ ਕਰਦੀ ਆ, ਮੈਂ ਤਾਂ ਤੈਨੂੰ ਮਜ਼ਾਕ ਕਰਦਾ ਸੀ, ਕੁੜੀ ਦਾ ਕਲਰਕ ਲੱਗੀ ਹੋਈ ਆ ਉਹ ਵੀ ਸਰਕਾਰੀ। ਨਾ ਮੈਨੂੰ ਤਾਂ ਲੱਗਦਾ ਤੁਸੀਂ ਹੁਣ ਮਜ਼ਾਕ ਕਰਦੇ ਹੋ। ਉਹ ਨਹੀਂ ਨਹੀਂ, ਪਹਿਲਾਂ ਮਜ਼ਾਕ ਕੀਤਾ ਸੀ, ਹੁਣ ਨਹੀਂ, ਕੁੜੀ ਸੱਚੀ ਕਲਰਕ ਲੱਗੀ ਆ, ਨਰਸ ਨਹੀਂ, ਦਾਦਿਆਂ ਦੀ ਮੰਮੀ ਨੂੰ ਫੋਨ ਕਰਕੇ। ਲੈ ਮੈਂ ਤਾਂ ਮੰਮੀ ਨੂੰ ਫੋਨ ਕਰਕੇ ਕਹਿ ਵੀ ਦਿੱਤਾ ਕਿ ਕੁੜੀ ਨਰਸ ਲੱਗੀ ਆ, ਗਾਂ ਉਹਨੇ ਮੇਰੇ ਭਾਈ ਨਾਲ ਵੀ ਗੱਲ ਕਰ ਲਈ ਹੋਊਗੀ, ਤੁਸੀਂ ਵੀ ਕਮਾਲ ਹੀ ਕਰਦੇ ਹੋ। ਉਹ ਮੈਨੂੰ ਕੀ ਪਤਾ ਸੀ ਤ੍ਰੇਨੀ ਛੇਤੀ ਗੋਲਾ ਬਣ ਜੂਗਾ, ਪੂਰੀ ਗੱਲ ਤਾਂ ਸੁਣ ਲੈਣੀ, ਮੈਂ ਤੇਰੇ ਨਾਲ ਮਜ਼ਾਕ ਕਰ ਰਿਹਾ ਸੀਗਾ, ਮੈਨੂੰ ਵਿੱਚ ਫੋਨ ਆ ਗਿਆ ਤਾਂ ਚੱਕ ਕੇ ਉਹਦੀ ਮਾਂ ਨੂੰ ਫੋਨ ਠੋਕਤਾ। ਮੈਨੂੰ ਤਾਂ ਐਂ ਸੀਗਾ ਵੀ ਤੁਸੀਂ ਸੱਚੀ ਪਤਾ ਕਰਕੇ ਆਏ ਹੋ, ਤਾਂ ਹੀ ਮੈਂ ਮੰਮੀ ਨੂੰ ਫੋਨ ਕਰਤਾ ਸੀ। ਉਹ ਇੰਨੀ ਤੇਜ਼ੀ ਨਹੀਂ ਕਰੀ ਹੁੰਦੀ ਫੋਨ ਕਰਨ ਦੀ, ਹੌਲੀ ਹੌਲੀ ਦੱਸ ਦਿੰਦੀ, ਹੁਣ ਕਿਹੜਾ ਤੁਹਾਨੂੰ ਸ਼ਗਨ ਪਾਉਣ ਜਾਣਾ ਸੀਗਾ। ਚੱਲ ਕੋਈ ਨਾ, ਮੈਂ ਨਾ ਹੁਣ ਮੇਰੀ ਮਾਂ ਨੂੰ ਫੋਨ ਕਰਕੇ ਦੱਸ ਦਿੰਦੀ ਹਾਂ ਵੀ ਤੇਰਾ ਜਵਾਈ ਤਾਂ ਮੇਰੇ ਨਾਲ ਮਜ਼ਾਕ ਕਰਦਾ ਸੀ, ਮੈਂ ਐਵੇਂ ਹੀ ਵਿਚਾਰੀ ਮੇਰੀ ਮਾਂ ਡਰਾਤੀ ਫੋਨ ਕਰਕੇ। ਯਾਰ ਤੁਸੀਂ ਹੱਦ ਕਰਦੇ ਹੋ, ਜੇ ਵਿਚਾਰੀ ਨਰਸ ਵੀ ਹੁੰਦੀ ਫਿਰ ਕਿੱਡੀ ਗਲਤੀ। ਚੱਲ ਮੈਂ ਫੋਨ ਕਰਦਾ ਫਿਰ ਮਾਤਾ ਸ਼੍ਰੀ ਨੂੰ। ਯਾਰ ਤੂੰ ਫੋਨ ਕਰ ਨੂੰ ਰਹਿਣ ਦੇ, ਆਪਾਂ ਜਾ ਕੇ ਸਰਪ੍ਰਾਈਜ਼ ਦਿੰਦੇ ਹਾਂ ਉਹਨਾਂ ਨੂੰ। ਨਾ ਨਾ ਫੋਨ ਹੀ ਕਰ ਦਿੰਦੀ ਹਾਂ ਮੈਂ। ਉਹ ਜੇ ਫੋਨ ਕਰਾਂਗੇ ਨਾ ਮੰਮੀ ਨੇ ਫਿਰ ਨਹੀਂ ਯਕੀਨ ਕਰਨਾ ਵੀ ਮਜ਼ਾਕ ਕਰ ਦੇਣਗੇ, ਆਪਾਂ ਚੱਲਦੇ ਹਾਂ ਤੂੰ ਤਿਆਰ ਹੋ। ਚੱਲ ਬਹਾਨੇ ਨਾਲ ਨਾਲੇ ਮੈਂ ਮੰਮੀ ਨੂੰ ਮਿਲ ਆਊਂਗੀ, ਨਾਲੇ ਕੋਈ ਸਲਾਹ ਕਰ ਲਾਂਗੇ ਕੁੜੀ ਦੇਖਣ ਜਾਣ ਦੀ, ਹੁੰਦੀ ਹਾਂ ਤਿਆਰ ਫਿਰ ਮੈਂ। ਚਲੋ ਲੈ ਮੇਰੀ ਧੀ ਆ ਗਈ। ਸਤਿ ਸ਼੍ਰੀ ਅਕਾਲ ਮੰਮੀ। ਸਤਿ ਸ਼੍ਰੀ ਅਕਾਲ, ਹੋਰ ਕਿਵੇਂ ਆ? ਠੀਕ ਆ, ਕਿਵੇਂ ਆ ਪੁੱਤ? ਰਾਜੀ ਰਹਿ, ਆ ਜਾਓ ਬੈਠੋ
ਬੈਠ ਪੁੱਤ। ਹੋਰ ਠੀਕ ਆ? ਤੇਰੇ ਸੱਸ ਸਹੁਰਾ ਠੀਕ ਹੈ? ਸਾਰੇ ਠੀਕ ਨੇ, ਵਧੀਆ। ਹੋਰ ਕੰਮ ਕਾਰ ਪੁੱਤ ਠੀਕ ਹੈ? ਹਾਂਜੀ ਹਾਂਜੀ, ਚੱਲ ਵਧੀਆ, ਠੀਕ ਹੈ ਚਾਹੀਦਾ। ਚਲੋ ਪੁੱਤ ਤੁਸੀਂ ਬੈਠੋ, ਮੈਂ ਤੁਹਾਡੇ ਵਾਸਤੇ ਚਾਹ ਪਾਣੀ ਬਣਾ ਕੇ ਲਿਆਉਂਦੀ ਹਾਂ। ਨਹੀਂ ਨਹੀਂ ਮੰਮੀ, ਕੋਈ ਨਾ, ਚਾਹ ਠਹਿਰ ਕੇ ਪੀ ਲਾਂਗੇ, ਪਹਿਲਾਂ ਨਾ ਆਪਾਂ ਰਾਇ ਸਲਾਹ ਕਰ ਲਈਏ। ਪੁੱਤ ਰਮਨਾ ਤਾਂ ਕਹਿੰਦਾ ਨਰਸ ਹੀ ਠੀਕ ਹੈ, ਪਤਾ ਨਹੀਂ ਹੁਣ ਉਹਨੂੰ ਸੱਚੀ ਪਸੰਦ ਹੈ, ਖੌਰੇ ਮਜ਼ਾਕ ਕਰਦਾ ਸੀ। ਮੈਂ ਤਾਂ ਕੁਲਵਿੰਦਰ ਨੂੰ ਮਜ਼ਾਕ ਕਰਦਾ ਸੀਗਾ ਵੀ ਕੁੜੀ ਨਰਸ ਲੱਗੀ ਹੋਈ ਆ, ਇਹਨੇ ਚੱਕ ਕੇ ਤੁਹਾਨੂੰ ਫੋਨ ਕਰਤਾ, ਕੁੜੀ ਨਰਸ ਨਹੀਂ, ਕੁੜੀ ਤਾਂ ਕਲਰਕ ਲੱਗੀ ਹੋਈ ਆ। ਲੈ ਮੈਂ ਤਾਂ ਰਮਨੇ ਨੂੰ ਨਰਸ ਕਹਿਤਾ। ਕੋਈ ਨਹੀਂ ਪੁੱਤ, ਜੇ ਕਲਰਕ ਲੱਗੀ ਹੋਈ ਆ ਫੇਰ ਤਾਂ ਆਪਣੀ ਗੱਲ ਬਣੀ ਲੈ। ਹੋਰ ਕੀ ਮੰਮੀ, ਸਵੇਰੇ ਡਿਊਟੀ ਜਾਇਆ ਕਰੂਗੀ ਤੇ 1-2 ਵਜੇ ਘਰੇ ਆ ਜਾਇਆ ਕਰੂ। ਚੱਲ ਪੁੱਤ ਫੇਰ ਤਾਂ ਆਪਾਂ ਛੇਤੀ ਛੇਤੀ ਸ਼ਗਨ ਕਰ ਦਿੰਦੇ ਆ। ਨਾ ਨਾ ਮੰਮੀ, ਸ਼ਗਨ ਕਰਨ ਤੋਂ ਪਹਿਲਾਂ ਨਾ ਆਪਾਂ ਉਹਨੂੰ ਕੁੜੀ ਨੂੰ ਦੇਖ ਲਈਏ ਇੱਕ ਵਾਰੀ, ਨਾਲੇ ਤੋਰ ਫੇਰ ਕੇ ਦੇਖ ਲਾਂਗੇ, ਨਾਲੇ ਬੁਲਾ ਕੇ ਦੇਖਾਂਗੇ, ਕੀ ਪਤਾ ਅਗਲੀ ਹੱਕ ਪਾਉਂਦੀ ਹੋਵੇ। ਓਏ ਹੱਕ ਪੈਣੀ ਨਹੀਂ, ਸੋਨੇ ਕਿਹੜਾ ਤੂੰ ਗੀਤ ਗਵਾਉਣੇ ਨੇ, ਵਧੀਆ ਅਗਲੀ ਲੜਾ ਘੱਟ ਕਰੂ, ਉਹਦਾ ਗੇਰੇ ਡਿਆ ਰਹਿ ਕਰੂਗਾ। ਤੁਸੀਂ ਵੀ ਕਮਾਲ ਕਰੀ ਜਾਂਦੇ ਹੋ, ਸ਼ਗਨ ਪਾਉਣ ਤੋਂ ਪਹਿਲਾਂ ਕੁੜੀ ਦੇਖਣੀ ਤਾਂ ਇੱਕ ਵਾਰੀ ਬਣਦੀ ਹੋਈ ਆ। ਕੁੜੀ ਦੇਖ ਕੇ ਸੋਨੇ ਕਰਨਾ, ਜਿਹਦੇ ਵਿਆਹ ਕਰਾਉਣਾ ਉਹਨੇ ਕੁੜੀ ਦੇਖ ਲਈ, ਮੁੰਡੇ ਨੂੰ ਕੁੜੀ ਪਸੰਦ ਆ ਬਸ, ਗੱਲ ਠੀਕ ਆ। ਮੰਮੀ ਮੇਰੀ ਗੱਲ ਸੁਣ, ਵਿੱਚ ਵਿਚੋਲਾ ਤਾਂ ਕੋਈ ਹੈ ਨਹੀਂ, ਪਰ ਦੇਣ ਲੈਣ ਦੀ ਗੱਲ ਕੌਣ ਕਰੂ? ਉਹ ਰੱਬ ਦਾ ਤਾਂ ਤੁਹਾਡੇ ਬਥੇਰਾ ਗਾ, ਕਿਸੇ ਦੇ ਤਾਂ ਕੋਈ ਰੱਜਦਾ ਹੁੰਦਾ ਗਾ। ਇਹ ਤਾਂ ਗੱਲ ਤੇਰੀ ਪੁੱਤ ਠੀਕ ਹੈ, ਸਾਨੂੰ ਤਾਂ ਕੁੜੀ ਵਧੀਆ ਚਾਹੀਦੀ ਹੈ, ਬਾਕੀ ਖੈਰ DSP ਦਾ ਪਰਿਵਾਰ ਤਾਂ ਵਧੀਆ ਪਰਿਵਾਰ ਹੈ। ਦੇਣ ਲੈਣ ਦੀ ਗੱਲ ਮੈਂ ਦਾਜ ਦਹੇਜ ਨਹੀਂ ਕਹਿੰਦੀ, 100 ਰਸਮਾਂ ਹੁੰਦੀਆਂ ਨੇ ਹੋਰ ਵੀ, ਮੈਂ ਤਾਂ ਉਹਨਾਂ ਦੀ ਗੱਲ ਕਰਦੀ ਹਾਂ। ਉਹ ਤਾਂ ਫਿਰ ਰਮਨ ਆਪੇ ਗੱਲ ਕਰੂਗਾ, ਜਦੋਂ ਲਵ ਮੈਰਿਜ ਆ। ਲਵ ਮੈਰਿਜ ਥੋੜ੍ਹੀ ਆ, ਮੁੰਡਾ ਕੁੜੀ ਦਾ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਹੈਗੇ, ਮੁੰਡੇ ਨੂੰ ਵਿਚਾਰੇ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਕੁੜੀ ਨੌਕਰੀ ਕੀ ਕਰਦੀ ਆ। ਚੱਲ ਜੇ ਇੱਕ ਦੂਜੇ ਨੂੰ ਨਹੀਂ ਜਾਣਦੇ, ਪਰ ਰਿਸ਼ਤਾ ਤਾਂ ਲਵ ਮੈਰਿਜ ਵਾਲੀ ਆ, ਬਿਨਾਂ ਵਿਚੋਲੇ ਤੋਂ। ਗੱਲ ਤਾਂ ਤੇਰੀ ਠੀਕ ਹੈ ਪੁੱਤ, ਗੱਲ ਤਾਂ ਸਾਰੀ ਰਮਨੇ ਨੂੰ ਕਰਨੀ ਪੈਣੀ ਆ। ਚੱਲ ਕੋਈ ਨਹੀਂ, ਦੇਖਾਂਗੇ। ਤੁਸੀਂ ਬੈਠੋ, ਮੈਂ ਚਾਹ ਬਣਾ ਕੇ ਲਿਆਉਂਦੀ ਹਾਂ। ਲੈ ਮੰਮੀ ਐਂ ਕਰ, ਆਪਾਂ ਦੋਨੇ ਹੀ ਚੱਲਦੇ ਹਾਂ, ਦੋਨੇ ਚਾਹ ਬਣਾ ਕੇ ਲਿਆਉਂਦੇ ਹਾਂ। ਚੱਲ ਆ ਜਾ ਪੁੱਤ, ਬੈਠ ਤੂੰ ਪੁੱਤ। ਮੰਮੀ ਮੈਂ ਕਹਿੰਦੀ ਹਾਂ, ਅਗਲਾ DSP ਆ, ਥੋੜ੍ਹਾ ਬਹੁਤ ਦਾਜ ਦਹੇਜ ਮੰਗਣਾ ਤਾਂ ਬਣਦਾ ਹੀ ਆ, ਨਾਲੇ ਜੇ ਕੋਈ ਹੋਰ ਰਿਸ਼ਤਾ ਲੈਂਦੇ ਆਪਾਂ, ਉਹ ਵੀ ਤਾਂ ਅਗਲਾ ਆਪਦੀ ਕੁੜੀ ਨੂੰ ਦਾਜ ਦਿੰਦਾ। ਗੱਲ ਤਾਂ ਤੇਰੀ ਠੀਕ ਹੈ ਕੁਲਵਿੰਦਰ, ਐਂ ਤਾਂ ਮੈਂ ਰਮਨੇ ਨਾਲ ਗੱਲ ਕਰੂੰਗੀ ਵੀ ਲੈਣ ਦੇਣ ਦੀ ਗੱਲ ਗੱਲਾਂ ਗੱਲਾਂ 'ਚ ਖੋਲ ਲਵੇ, ਇਹ ਲੈਣ ਦੇਣ ਦੀ ਹੈ ਨਾ ਗੱਲ ਪਹਿਲਾਂ ਹੀ ਖੋਲ੍ਹੀ ਜਾਵੇ ਤਾਂ ਚੰਗਾ ਆ। ਹੋਰ ਮੰਮੀ, ਜੇ ਨਾ ਆਪਾਂ ਕਿਸੇ ਤੋਂ ਕੁਛ ਨਾ ਮੰਗੀਏ, ਅਗਲਾ ਵੀ ਅੱਗਿਓਂ ਚੁੱਪ ਹੀ ਕਰ ਜਾਂਦਾ ਗਾ, ਲੋਕ ਬਾਹਲੇ ਕੰਜੂਸ ਨੇ ਅੱਜ ਕੱਲ੍ਹ। ਲੈ ਹੋਰ ਭਾਈ, ਅੱਜ ਕੱਲ੍ਹ ਤਾਂ ਸਾਰੇ ਆਪਣੇ ਘਰਾਂ ਨੂੰ ਸਿਆਣੇ ਨੇ, ਨਾਲੇ 100 ਸੁੱਖਾਂ ਦਾ ਮੇਰਾ ਇਕੱਲਾ ਇਕੱਲਾ ਜਵਾਈ, ਇਹਦਾ ਵੀ ਮਾਣ ਤਾਣ ਕਰਵਾਉਣਾ ਸੀ। ਮੰਮੀ ਮਾਣ ਤਾਣ ਤਾਂ ਕਰਵਾਉਣਾ ਪਊਗਾ, ਜੇ ਨਾ ਇਹਨਾਂ ਨੂੰ ਕੁਛ ਪਾਇਆ ਨਾ, ਮੇਰੀ ਸੱਸ ਤਾਂ ਤਾਨੇ ਦੇ ਕੇ ਮਾਰ ਦੂ ਮੈਨੂੰ। ਲੈ ਐਂ ਤਾਂ ਤੈਨੂੰ ਵੀ ਗਹਿਣਾ ਗੱਟਾ ਕੋ ਪਵਾਉਂਗੀ, ਨਾਲੇ ਜਾਂ ਤੇਰੇ ਵਿਆਹ 'ਚ ਅਸੀਂ ਕਸਰ ਨਹੀਂ ਛੱਡੀ, ਅਸੀਂ ਉਹਨਾਂ ਤੋਂ ਕੋ ਕਸਰ ਛਡਾਉਣ ਲੱਗੇ ਹਾਂ। ਮੇਰਾ ਪੁੱਤ ASI ਲੱਗਾ ਹੋਇਆ ਆ, ਵਿਆਹ ਤਾਂ ਚੰਗਾ ਕਰਨਗੇ ਹੀ ਉਹ। ਮੰਮੀ ਮੇਰੀ ਗੱਲ ਸੁਣ, ਆ ਮੇਰੀ ਸੱਸ ਨੇ ਦੇਖ ਲਾ ਇਕੱਲੀ ਇਕੱਲੀ ਚੀਜ਼ ਕਿਵੇਂ ਮੰਗ ਕੇ ਲਈ ਸੀਗੀ, ਨਾਲੇ ਆਪਾਂ ਸਲਾਹਾਂ ਤਾਂ ਕਰੀ ਜਾਂਦੇ ਹਾਂ, ਆਪਣਾ ਰਮਨਾ ਮੰਨ ਜੂਗਾ ਦੇਣ ਲੈਣ ਨੂੰ? ਲੈ ਭਾਈ, ਮੇਰਾ 100 ਸੁੱਖਾਂ ਦਾ ਇਕੱਲਾ ਇਕੱਲਾ ਜਵਾਈ, ਹੁਣ ਉਹਦਾ ਤਾਂ ਮਾਣ ਤਾਣ ਕਰਵਾਊਗਾ ਹੀ ਰਮਨਾ, ਉਹਨੂੰ ਤਾਂ ਨਹੀਂ ਐਂ ਸੁੱਕਾ ਛੱਡਣ ਲੱਗਾ। ਚਾਹੀਦਾ ਤਾਂ ਤੇਰੇ ਵਾਸਤੇ ਵੀ ਆ ਮੰਮੀ ਗਹਿਣਾ ਗੱਟਾ, ਅੱਜ ਕੱਲ੍ਹ ਤਾਂ ਲੋਕ ਬਰਾਬਰ ਪਾਉਂਦੇ ਆ ਮੁੰਡੇ ਦੀ ਮਾਂ ਨੂੰ ਵੀ। ਲੈ ਅੱਜ ਕੱਲ੍ਹ ਲੋਕ ਬਹੁਤ ਕੁਛ ਮੰਗਦੇ ਨੇ, ਪਰ ਆਪਾਂ ਪੈਲਸ ਦੀ ਫਜ਼ੂਲ ਖਰਚੀ ਨਹੀਂ ਕਰਵਾਉਣੀ ਕੁਲਵਿੰਦਰ, ਊਂ ਵਿਆਹ ਵਧੀਆ ਕਰਵਾ ਲਵਾਂਗੇ। ਚੱਲ ਮੰਮੀ ਚਾਹ ਉਬਲ ਜਾਣੀ ਹੈ ਇੱਧਰ। ਓਹੋ ਲੈ ਚੱਲ ਪੁੱਤ ਕੁਲਵਿੰਦਰ, ਪ੍ਰਾਹੁਣਾ ਇਕੱਲਾ ਬੈਠਾ ਹੈ, ਕਹੂਗਾ ਵੀ ਮਾਵਾਂ ਧੀਆਂ ਅੰਦਰੇ ਗੱਲਾਂ ਕਰੀ ਜਾਂਦੇ ਆ। ਚਲੋ ਕੋਈ ਨਾ, ਉਹਨਾਂ ਨੂੰ ਵੀ ਪਤਾ ਹੀ ਆ ਵੀ ਮਾਵਾਂ ਧੀਆਂ ਦੀਆਂ ਗੱਲਾਂ ਕਿਤੇ ਮੁੱਕਦੀਆਂ ਹੁੰਦੀਆਂ ਨੇ।
ਆ ਲੈ ਪੁੱਤ ਚਾਹ ਪੀ ਲੈ। ਤੂੰ ਵੀ ਪੀ ਲੈ ਪੁੱਤ। ਮੰਮੀ ਤੁਸੀਂ ਨਹੀਂ ਪੀਣੀ ਸੀ ਚਾਹ? ਨਾ ਮੈਂ ਤਾਂ ਤੁਹਾਡੇ ਆਉਣ ਤੋਂ ਪਹਿਲਾਂ ਪਹਿਲਾਂ ਪੀ ਕੇ ਹਟੀ ਸੀ। ਮੈਂ ਫੇਰ ਕੀ ਆ ਘੁੱਟ ਪੀ ਲੈਣੀ ਸੀ। ਮਾਤਾ ਮੇਰੀ ਗੱਲ ਸੁਣੋ, ਤੁਸੀਂ ਵਿੱਚ ਵਿਚੋਲਾ ਪਾ ਲਓ, ਆਪਾਂ ਨੂੰ ਗੱਲ ਕਰਨੀ ਸੌਖੀ ਰਹੂਗੀ। ਕੋਈ ਨਹੀਂ ਪੁੱਤ, ਮੈਂ ਕਰਦੀ ਆ ਫੇਰ ਰਮਨੇ ਨਾਲ ਗੱਲ। ਹੋਰ ਜੇ ਕੋਈ ਵਿੱਚ ਵਿਚੋਲਾ ਹੋਵੇ ਨਾ, ਉਹ ਸਾਰੀ ਗੱਲ ਖੋਲ ਲੈਂਦਾ, ਨਾਲੇ ਤੁਹਾਨੂੰ ਵੀ ਤਾਂ ਕੜਾ ਪਵਾਉਣਾ ਹੀ ਆ। ਉਹ ਮੈਨੂੰ ਨਹੀਂ ਲੋੜ ਕੜੇ ਦੀ, ਤੁਸੀਂ ਮੁੰਡੇ ਦਾ ਘਰ ਵਸਾਉਣ ਦੀ ਗੱਲ ਕਰੋ। ਲੈ ਫੇਰ ਮੇਰੀ ਸਾਸੂ ਮਾਂ ਮੇਣੇ ਮਾਰੂਗੀ ਕਿ ਮੇਰੇ ਮੁੰਡੇ ਨੂੰ ਕੁਛ ਪਵਾਇਆ ਨਹੀਂ। ਉਹ ਯਾਰ ਕੋਈ ਕੰਮ ਦੀ ਗੱਲ ਕਰ ਲਿਆ ਕਰ, ਸਾਰਾ ਦਿਨ ਭਕਾਈ ਮਾਰੀ ਜਾਂਦੀ ਹੋਈ। ਪੁੱਤ ਫੇਰ ਆਪਾਂ ਸ਼ਗਨ ਦਾ ਹੋਰ ਦਿਨ ਰੱਖੀਏ, ਕੁੜੀ ਦੇਖਣ ਸਾਰ ਨਾਲ ਹੀ ਪਾ ਦਈਏ ਸ਼ਗਨ ਵੀ। ਸ਼ਗਨ ਤਾਂ ਮਾਤਾ ਨਾਲੇ ਪਾ ਆਵਾਂਗੇ, ਉਹਦਾ ਵਿਆਹ ਰੱਖਾਂਗੇ ਸਿੱਧਾ ਆਪਾਂ। ਹੋਰ ਕੀ ਮੰਮੀ, ਦੇਖਣ ਜਾਵਾਂਗੇ ਜੇ ਕੁੜੀ ਪਸੰਦ ਆ ਗਈ, ਨਾਲ ਹੀ ਸ਼ਗਨ ਦਾ ਕੰਮ ਨਿਬੇੜੇ ਆਵਾਂਗੇ। ਪੁੱਤ ਫੇਰ ਤਾਂ ਸ਼ਗਨ ਦਾ ਸਮਾਨ ਵੀ ਨਾਲੇ ਲਿਜਾਣਾ ਪੈਣਾ। ਹਾਂ ਲੈ ਜਾਵਾਂਗੇ, ਵੈਸੇ ਕੁੜੀ ਸੋਹਣੀ ਹੋਣੀ ਆ, ਐਵੇਂ ਤਾਂ ਨਹੀਂ ਰਮਨਾ ਹਾਂ ਕਰਦਾ ਸੀਗਾ, ਉਹਨੂੰ ਕੁੜੀ ਪਸੰਦ ਹੋਊਗੀ ਤਾਂ ਹੀ ਉਹਨੇ ਹਾਂ ਕੀਤੀ ਆ। ਉਹ ਸਮਾਨ ਤਾਂ ਟਾਈਮ 'ਤੇ ਵੀ ਲਿਆ ਜਾਊਗਾ, ਪਹਿਲੇ ਕਾਹਨੂੰ ਲੈ ਕੇ ਰੱਖਣਾ। ਲੈ ਟਾਈਮ 'ਤੇ ਕਿੱਥੇ ਸਮਾਨ ਲੈਂਦੇ ਫਿਰਾਂਗੇ, ਮੈਂ ਕਰਦੀ ਹਾਂ, ਅੱਜ ਰਹਿ ਜਾਂਦੀ ਹਾਂ, ਸ਼ਾਮ ਨੂੰ ਜਾ ਕੇ ਰਮਨੇ ਨਾਲ ਸਮਾਨ ਲੈ ਆਊਂਗੀ ਅਤੇ ਕੱਲ੍ਹ ਨੂੰ ਤੁਸੀਂ ਮੈਨੂੰ ਲੈ ਜਿਓ, ਪਰਸੋਂ ਨੂੰ ਆਪਾਂ ਕੁੜੀ ਦੇਖ ਆਵਾਂਗੇ। ਚੱਲ ਤੁਹਾਡੀ ਮਰਜ਼ੀ ਆ, ਫਿਰ ਰਹਿ ਪਾ ਦਵਾ ਲਈ ਸਮਾਨ। ਹੋਰ ਕੁੜੀਆਂ ਦੇ ਮੇਕਅਪ ਦਾ ਨਾ ਕਾਫੀ ਬਰੀਕ ਬਰੀਕ ਸਮਾਨ ਹੁੰਦਾ, ਮੰਮੀ ਨੂੰ ਕੀ ਪਤਾ ਕੀ ਲੈ ਕੇ ਆਉਣਾ। ਚਲੋ ਠੀਕ ਆ ਮਾਤਾ, ਮੈਂ ਚੱਲਦਾ, ਮੈਨੂੰ ਡਿਊਟੀ ਤੋਂ ਆਉਂਦਾ, ਮੈਂ ਆ ਕੇ ਲੈ ਜੂੰਗਾ ਫਿਰ। ਮੰਮੀ ਮੇਰੀ ਸੱਸ ਕਹੂਗੀ ਗਈ ਤਾਂ ਰੈ ਸਲਾਹ ਕਰਨ ਸੀਗੀ, ਉੱਥੇ ਹੀ ਜਾ ਕੇ ਬੈਠ ਗਈ। ਚੱਲ ਕੋਈ ਨਹੀਂ ਪੁੱਤ, ਉਹਨੂੰ ਪਤਾ ਹੀ ਆ ਵੀ ਤੇਰੇ ਭਾਈ ਦਾ ਰਿਸ਼ਤਾ ਕਰਦੇ ਫਿਰਦੇ ਆ, ਹੁਣ ਘਰ ਦਾ ਕੰਮ ਕਾਰ ਤਾਂ ਕੁੜੀਆਂ ਨੇ ਮੋਹਰੇ ਹੋ ਕੇ ਕਰਨਾ ਹੁੰਦਾ। ਲੈ ਤੇਰਾ ਭਾਈ ਵੀ ਆ ਗਿਆ। ਲੈ ਭੈਣ ਵੀ ਆ ਗਈ ਹੈ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਵੀਰੇ। ਹੋਰ ਠੀਕ ਆ? ਹਾਂ ਵਧੀਆ, ਹੋਰ ਕਿਵੇਂ ਹੋ? ਵਧੀਆ ਠੀਕ ਠਾਕ। ਪੁੱਤ ਆ ਗੱਡੀ ਬਾਹਰ ਖੜਾਤੀ, ਹਜੇ ਵੀ ਕਿਤੇ ਕੰਮ ਜਾਣਾ? ਲੈ ਮਾਤਾ ਤੈਨੂੰ ਪਤਾ ਤਾਂ ਹੈਗਾ ਪੁਲਿਸ ਵਾਲੇ ਦੇ ਕੰਮਾਂ ਦਾ, ਇਹ ਕੰਮ ਕਿੱਥੇ ਮੁੱਕਦੇ ਹੁੰਦੇ ਨੇ। ਕੰਮ ਤਾਂ ਪੁੱਤ ਐਂ ਹੀ ਰਹਿਣੇ ਨੇ, ਕੰਮ ਵੀ ਕਦੀ ਮੁੱਕਦੇ ਹੁੰਦੇ ਆ। ਅਸੀਂ ਤੇਰਾ ਸ਼ਗਨ ਕਰਨ ਜਾਣਾ, ਤੂੰ ਕੁੜੀ ਵਾਲਿਆਂ ਨਾਲ ਗੱਲ ਕਰ ਲਾ। ਮਾਤਾ ਹੁਣ ਕਿਹੜੀ ਕੁੜੀ ਲੱਭ ਲਈ? ਮੈਨੂੰ ਲੱਗਦਾ ਭੈਣ ਵੀ ਤਾਂ ਹੀ ਆਈ ਹੋਣੀ, ਇਹੀ ਲਿਆਈ ਹੋਣੀ ਕੋਈ ਕੁੜੀ ਲੱਭ ਕੇ। ਨਾ ਨਾ ਵੀਰੇ, ਮੈਂ ਕਾਹਨੂੰ ਲੱਭਿਆ ਕੋਈ ਰਿਸ਼ਤਾ, ਰਿਸ਼ਤਾ ਤਾਂ ਤੇਰਾ ਹੀ ਲੱਭਿਆ ਹੋਇਆ, ਉਹ DSP ਦੀ ਕੁੜੀ ਵਾਲਾ। ਉਹ ਤਾਂ ਨਰਸ ਲੱਗੀ ਹੋਈ ਆ ਕੁੜੀ, ਮਾਤਾ ਕਹਿੰਦੀ ਆਪਣੀ, ਕਹਿੰਦੀ ਉਹਦਾ ਰਿਸ਼ਤਾ ਲੈਣਾ ਨਹੀਂ ਆਪਾਂ ਨੇ। ਨਾ ਨਾ ਵੀਰੇ, ਨਰਸ ਕਾਹਨੂੰ ਲੱਗੀ ਹੋਈ ਆ, ਉਹਦਾ ਮੈਨੂੰ ਤੇਰੇ ਜੀਜੇ ਨੇ ਉਈ ਮਜ਼ਾਕ ਕਰਤਾ, ਅੱਗੋਂ ਮੈਂ ਵੀ ਮੰਮੀ ਨੂੰ ਫੋਨ ਕਰਕੇ ਕਹਿਤਾ ਵੀ ਭਾਈ ਕੁੜੀ ਨਰਸ ਲੱਗੀ ਹੋਈ ਆਗੀ। ਹੋਰ ਪੁੱਤ, ਉਵੇਂ ਹੀ ਤੈਨੂੰ ਮੈਂ ਦੱਸਤਾ ਵੀ ਕੁੜੀ ਭਾਈ ਨਰਸ ਲੱਗੀ ਹੋਈ ਆ। ਫਿਰ ਪਤਾ ਤਾਂ ਕਰ ਲੈਂਦੇ ਵੀ ਕੁੜੀ ਕਰਦੀ ਕੀ ਆ? ਪਤਾ ਤਾਂ ਉਦੋਂ ਹੀ ਕਰ ਲਿਆ ਸੀਗਾ ਉਹਨਾਂ ਨੇ ਵੀ ਕੁੜੀ ਨਰਸ ਨਹੀਂ ਕਲਰਕ ਲੱਗੀ ਹੋਈ ਆ। ਅਜੇ ਵੀ ਦੇਖ ਲਓ ਕਿਤੇ ਪ੍ਰਾਹੁਣਾ ਅਜੇ ਵੀ ਮਜ਼ਾਕ ਹੀ ਨਾ ਕਰਦਾ ਹੋਵੇ। ਨਾ ਨਾ ਹੁਣ ਤਾਂ ਇਹਨਾਂ ਨੇ ਹੀ ਕਿਹਾ ਗਾ ਕਿ ਤਿਆਰੀ ਕਰ ਲਓ ਸ਼ਗਨ ਦੀ, ਕੁੜੀ ਕਲਰਕ ਲੱਗੀ ਹੋਈ ਆ, ਤਾਂ ਹੀ ਤਾਂ ਮੈਂ ਰਹਿ ਗਈ ਵੀ ਆਪਾਂ ਸਮਾਨ ਸਮੂਨ ਲੈ ਆਵਾਂਗੇ ਜਾ ਕੇ। ਓਏ ਅਜੇ ਤਾਂ ਆਪਾਂ ਕੁੜੀ ਵੀ ਨਹੀਂ ਦੇਖੀ, ਪਹਿਲਾਂ ਕੁੜੀ ਤਾਂ ਦੇਖ ਲਓ, ਤੁਹਾਨੂੰ ਤਾਂ ਸ਼ਗਨ ਦੀ ਗਾਲੀ ਪੈ ਜਾਂਦੀ ਆ। ਲੈ ਤਾਂ ਪੁੱਤ, ਨਾਲੇ ਤਾਂ ਤੂੰ ਕੁੜੀ ਪਸੰਦ ਕਰੀ ਫਿਰਦਾ, ਹੁਣ ਸਾਡੀ ਦੇਖਣ ਦੀ ਬਾਕੀ ਹੈ। ਮੈਂ ਕਦੋਂ ਕਿਹਾ ਤੁਹਾਨੂੰ ਵੀ ਮੈਂ ਕੁੜੀ ਪਸੰਦ ਕਰ ਲਈ? ਮੈਂ ਤਾਂ ਕੁੜੀ ਦੇਖੀ ਵੀ ਨਹੀਂ ਚੰਗੀ ਤਰ੍ਹਾਂ, ਮੈਂ ਉਦੋਂ ਨਾਲੇ ਉਹਨਾਂ ਦੇ ਘਰੇ ਡੱਬਾ ਦੇਣ ਗਿਆ ਸੀ, ਕੁੜੀ ਥੋੜ੍ਹਾ ਪਸੰਦ ਕਰਨ ਗਿਆ ਸੀ। ਨਾਲੇ ਰਮਨੇ ਤੂੰ ਕਹਿੰਦਾ ਸੀ ਡੱਬਾ ਕੁੜੀ ਨਹੀਂ ਫੜਿਆ ਸੀ, ਫਿਰ ਕੁੜੀ ਦੇਖੀ ਨਹੀਂ ਤੂੰ ਉਦੋਂ? ਮੈਂ ਤਾਂ ਕੁੜੀ ਕਿ ਨਹੀਂ ਚੰਗੀ ਤਰ੍ਹਾਂ ਚੱਕਿਆ ਹੀ ਨਹੀਂ, ਨਾਲੇ ਮੈਨੂੰ ਕਿਹੜਾ ਪਤਾ ਸੀ ਵੀ ਇਹ DSP ਦੀ ਕੁੜੀ ਆ ਅਤੇ ਇਹਦਾ ਹੈ ਮੈਨੂੰ ਰਿਸ਼ਤਾ ਕਰਨ ਨੂੰ ਕਹੂਗਾ। ਚੱਲ ਕੋਈ ਨਹੀਂ ਪੁੱਤ, ਹੁਣ ਦੇਖ ਲਈ, ਤਾਂ ਹੀ ਤਾਂ ਅਸੀਂ ਤੈਨੂੰ ਕਿਹਾ ਵੀ ਭਾਈ ਉਹਨਾਂ ਨੂੰ ਫੋਨ ਕਰ ਦੇ, ਅਸੀਂ ਕੁੜੀ ਦੇਖਣ ਆਉਣਾ। ਜੇ ਮੈਂ ਉਹਨਾਂ ਨੂੰ ਫੋਨ ਕਰੂੰਗਾ ਵੀ ਕੁੜੀ ਦੇਖਣ ਆਉਣਾ, DSP ਕੋਲ ਕੁੜੀ ਤੇਰੀ ਦੇਖੀ ਤਾਂ ਹੋਈ ਆ? ਨਾ ਜੇ ਤੈਂ ਕੁੜੀ ਦੇਖ ਲਈ, ਅਸੀਂ ਤਾਂ ਦੇਖਣੀ ਹੋਈ ਆ, ਨਾਲੇ ਉਦੋਂ ਦੇਖਣ ਅਤੇ ਹੁਣ ਦੇਖਣ 'ਚ ਫਰਕ ਆ, ਹੁਣ ਰਿਸ਼ਤੇ ਵਾਸਤੇ ਦੇਖਣੀ ਆ।
ਚਲੋ ਫਿਰ ਮੈਂ ਕਰਦਾ ਉਹਨਾਂ ਨੂੰ ਫੋਨ, ਠੀਕ ਆ? ਤੁਸੀਂ ਮੈਨੂੰ ਦਿਨ ਦੱਸ ਦਿਓ ਵੀ ਕਿਹੜਾ ਕਹਾਣਾ ਉਹਨੂੰ ਮੈਂ। ਪੁੱਤ ਦਿਨ ਦਾ ਕੀ ਆ, ਕੱਲ੍ਹ ਨੂੰ ਆਪਾਂ ਚੱਲਦੇ ਹਾਂ, ਉਹਨਾਂ ਨੂੰ ਫੋਨ ਕਰਦੇ, ਨਾਲੇ ਤਾਂ ਕੁੜੀ ਛੁੱਟੀ ਲੈ ਲੂੰਗੀ, ਤੂੰ ਵੀ ਛੁੱਟੀ ਕਰ ਲਈ, ਕੁਲਵਿੰਦਰ ਆਈ ਹੋਈ ਆ, ਪ੍ਰਾਹੁਣੇ ਨੂੰ ਫੋਨ ਕਰ ਦੇਵਾਂਗੇ, ਉਹ ਵੀ ਆ ਜੂਗਾ। ਮੇਰੇ ਪ੍ਰਾਹੁਣੇ ਨੂੰ ਛੁੱਟੀ ਲੈਣ ਦੀ ਲੋੜ ਨਹੀਂ ਹੈਗੀ, ਉਹ ਤਾਂ ਘਰੇ ਜਾਣਗੇ, ਵਰਦੀ ਚੇਂਜ ਕਰਕੇ ਕੱਪੜੇ ਪਾਏ ਹੋਣਗੇ, ਦੂਜੇ ਜਾ ਕੇ ਘਰੇ ਫਿਰ ਵਰਦੀ ਪਾ ਕੇ ਡਿਊਟੀ ਚਲੇ ਜਾਣਗੇ, ਤੁਰਦੇ ਫਿਰਦੇ ਹੀ ਰਹਿੰਦੇ ਨੇ ਉਹ ਤਾਂ। ਚਲੋ ਠੀਕ ਆ, ਫਿਰ ਮੈਂ ਕਰਦਾ ਉਹਨਾਂ ਨੂੰ ਫੋਨ। ਪੁੱਤ ਐਂ ਕਰੀ, ਗੱਲਾਂ ਗੱਲਾਂ ਵਿੱਚ ਲੈਣ ਦੇਣ ਦੀ ਗੱਲ ਖੋਲ੍ਹ ਲਈ, ਆਪਣੇ ਰਿਸ਼ਤੇ ਵਿੱਚ ਕਿਹੜਾ ਕੋਈ ਵਿਚੋਲਾ ਆ, ਗੱਲ ਤਾਂ ਤੈਨੂੰ ਹੀ ਖੋਲ੍ਹਣੀ ਪੈਣੀ ਆ। ਕੀ ਚਾਹੀਦਾ ਤੁਹਾਨੂੰ, ਮੈਨੂੰ ਦੱਸ ਦਿਓ, ਮੈਂ ਲਿਆ ਦਿੰਦਾ, ਗੱਡੀ, ਟੀਵੀ, ਫਰਿੱਜ। ਪੁੱਤ ਇਹ ਸਭ ਆਪਾਂ ਕੀ ਕਰਨਾ, ਇਹਦੇ ਤੋਂ ਇਲਾਵਾ ਹੋਰ ਵੀ ਬਹੁਤ ਕਾਰ ਵਿਹਾਰ ਹੁੰਦੇ ਆ ਕਰਨ ਵਾਲੇ। ਹੋਰ ਕਿਹੜੇ ਕਾਰ ਵਿਹਾਰ ਹੁੰਦੇ ਨੇ, ਕੈਸ਼ ਚਾਹੀਦਾ ਉਹ ਦੱਸ ਦਿਓ ਕਿੰਨਾ ਚਾਹੀਦਾ, 5 ਲੱਖ 10 ਲੱਖ? ਓਹੋ ਨਹੀਂ ਨਹੀਂ, ਜਿਵੇਂ ਆਪਣਾ ਹੁਣ ਜਵਾਈ ਭਾਈ ਆ, ਇਕੱਲਾ ਇਕੱਲਾ ਪੁੱਤ ਆ ਮਾਪਿਆਂ ਦਾ, ਆਪਣਾ ਵੀ ਸੁੱਖ ਨਾਲ ਇਕੱਲਾ ਇਕੱਲਾ ਜਵਾਈ ਆ, ਕੁੜੀ ਆਪਣੀ, ਇਹਨਾਂ ਦਾ ਵੀ ਮਾਣ ਤਾਣ ਕਰਨਾ ਬਣਦਾ। ਜੇ ਅਗਲਾ ਨਹੀਂ ਵੀ ਕੁਛ ਪਾਊਗਾ ਫਿਰ ਕੀ ਹੋਣ ਲੱਗਿਆ, ਨਾਲੇ ਆਪਣੇ ਪ੍ਰਾਹੁਣੇ ਕੋਲ ਕੀ ਘਾਟ ਆ, ਸਰਕਾਰੀ ਮੁਲਾਜ਼ਮ ਲੱਗਿਆ ਹੋਇਆ ਪੁਲਿਸ 'ਚ, ਵਧੀਆ ਜ਼ਮੀਨ ਆ ਉਹਦੇ ਕੋਲ। ਪੁੱਤ ਤੂੰ ਸਮਝਦਾ ਨਹੀਂ, ਇਹ ਵਿਹਾਰ ਹੁੰਦੇ ਆ ਜਿਹੜੇ ਕਰਨੇ ਪੈਂਦੇ ਆ, ਨਾਲੇ ਜੇ ਕੁਲਵਿੰਦਰ ਨੂੰ ਤੇ ਪ੍ਰਾਹੁਣੇ ਨੂੰ ਕੁਛ ਨਾ ਪਵਾਇਆ ਉਹਨਾਂ ਤੋਂ ਨਾ, ਬਗਾਨੀ ਮਾਂ ਇਹਨਾਂ ਨੂੰ ਤਾਨੇ ਮਿਣੇ ਮਾਰੂਗੀ। ਕੋਈ ਨਹੀਂ, ਜੇ ਉਹ ਕੁਛ ਨਹੀਂ ਪਾਉਣਗੇ ਆਪਾਂ ਐਵੇਂ ਕਰਾਂਗੇ, ਆਪਣੇ ਘਰੋਂ ਪਾ ਦਾਂਗੇ, ਜੋ ਵੀ ਪ੍ਰਾਹੁਣਾ ਕਹੂ ਉਹਨੂੰ ਦੇ ਦਾਂਗੇ। ਨਾ ਮੇਰੀ ਗੱਲ ਸੁਣ ਵੀਰੇ, ਪ੍ਰਾਹੁਣੇ ਨੇ ਕਿਹੜਾ ਮੰਗ ਕੇ ਰਹਿਣਾ, ਉਹ ਤਾਂ ਤੁਸੀਂ ਦੇਖਣਾ ਵੀ ਕੀ ਮਾਣ ਤਾਣ ਕਰਨਾ ਤੁਸੀਂ ਪ੍ਰਾਹੁਣੇ ਦਾ, ਨਾਲੇ ਸੁੱਖ ਨਾਲ ਇੱਕ ਇੱਕ ਤਾਂ ਪ੍ਰਾਹੁਣਾ ਤੁਹਾਡੇ। ਨਾਲੇ ਪੁੱਤ ਰਮਨੇ ਮੇਰੀ ਗੱਲ ਸੁਣ, ਹਜੇ ਤਾਂ ਆਪਾਂ ਤੇਰੀ ਭੂਆ ਨਾਲ ਨਹੀਂ ਵਰਤਦੇ, ਜੇ ਤੇਰੀ ਭੂਆ ਨਾਲ ਵਰਤਦੇ ਹੁੰਦੇ ਤੇਰੇ ਫੁੱਫੜ ਨੂੰ ਵੀ ਛਾਪ ਪਾਉਣੀ ਪੈਂਦੀ। ਮਾਮਿਆਂ ਨਾਲ ਕਿਹੜਾ ਵਰਤਦੇ ਆ, ਜੇ ਮਾਮਿਆਂ ਨਾਲ ਵਰਤ ਦਿੰਦੇ ਤਾਂ ਤੈਨੂੰ ਛਾਪਾਂ ਮਾਮਿਆਂ ਦੀਆਂ ਬਣਦੀਆਂ ਸੀ। ਲੈ ਹੋਰ ਪੁੱਤ, ਫਿਰ ਉਹਨਾਂ ਨੂੰ ਵੀ ਛਾਪਾਂ ਪਾਉਣੀਆਂ ਪੈਂਦੀਆਂ ਜੇ ਆਉਂਦੇ ਜਾਂਦੇ ਹੁੰਦੇ। ਉਹ ਮਾਮੇ ਦਾ ਮਾਤਾ ਵਰਤਨ ਉਹ ਤਾਂ ਹੀ ਹਟਾਏ ਨੇ, ਉਹ ਤਾਂ ਵਰਤੀ ਹੋ ਜਾਂਦੇ ਜੇ ਤੂੰ ਨਾ ਜ਼ਮੀਨ ਲਿਆਉਂਦੀ ਉਹਨਾਂ ਤੋਂ। ਲੈ ਦੱਸ, ਜਦੋਂ ਮੇਰੇ ਮਾਂ ਪਿਓ ਦੀ ਸਾਂਭ ਸੰਭਾਲ ਨਹੀਂ ਕੀਤੀ, ਮੇਰੇ ਮਾਂ ਪਿਓ ਨਹੀਂ ਸਾਂਭੇ, ਰੋਟੀ ਤੋਂ ਤਾਂ ਬਿਲਕਦੇ ਮਰਦੇ, ਮੈਂ ਕਿਉਂ ਉਹਨਾਂ ਨੂੰ ਬੁਲਾਉਂਦੀ ਇੱਥੇ ਨਾਲੇ ਵਰਤਦੀ। ਤੁਸੀਂ ਛੱਡੋ ਪੁਰਾਣੀਆਂ ਗੱਲਾਂ, ਹੁਣ ਇਹ ਗੱਲਾਂ ਨੂੰ ਲੈ ਕੇ ਹੀ ਨਾ ਕਿਤੇ ਲੜਾਈ ਕਰ ਲਿਓ। ਵੀਰੇ ਮੇਰੀ ਗੱਲ ਸੁਣ, ਤੂੰ ਉਹਨਾਂ ਨੂੰ ਫੋਨ ਕਰ, ਜੇ ਨਹੀਂ ਕੁਛ ਦੇਣ ਲੈਣਗੇ ਨਾ ਦੇਣ, ਤੂੰ ਆਪਦਾ ਵਿਆਹ ਕਰਾ। ਉਹ ਨਾਲੇ ਮਾਤਾ ਜਿੰਨਾ ਕੁ ਕਹਿੰਦੀ ਆ ਨਾ, ਇੰਨਾ ਕੁਛ ਤਾਂ ਅਗਲਾ ਆਪੇ ਕਰ ਦਿੰਦਾ ਹੁੰਦਾ, ਉਹ ਕਿਹੜਾ ਨਿਆਣੇ ਨੇ। ਚੱਲ ਮੈਂ ਕਰਦਾ ਉਹਨਾਂ ਨੂੰ ਫੋਨ। ਚੱਲ ਕਰ ਦੇ। ਹੈਲੋ, ਹਾਂਜੀ ਅੰਕਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੁੱਤਰ। ਹੋਰ ਅੰਕਲ ਜੀ, ਸਿਹਤਾਂ ਠੀਕ ਨੇ ਜੀ? ਹਾਂ ਹਾਂ ਪੁੱਤਰ, ਰੱਬ ਦੀ ਕਿਰਪਾ ਦੇ ਨਾਲ ਵਧੀਆ ਤੁਰੇ ਫਿਰਦੇ ਹਾਂ। ਉਹ ਅੰਕਲ ਨਾ, ਮੈਂ ਘਰੇ ਗੱਲ ਕਰ ਲਈ ਸੀ, ਬਸ ਮੈਂ ਥੋੜ੍ਹਾ ਬਿਜ਼ੀ ਰਿਹਾ, ਬਿਜ਼ੀ ਹੋਣ ਕਰਕੇ ਮੈਨੂੰ ਤੁਹਾਡੇ ਨਾਲ ਗੱਲ ਕਰਨ ਦਾ ਟਾਈਮ ਹੀ ਨਹੀਂ ਲੱਗ ਗਿਆ। ਮੈਨੂੰ ਪਤਾ ਪੁੱਤਰ, ਜਦੋਂ ਉਹਦਾ ਵੱਧਦਾ ਤਾਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ। ਹਾਂਜੀ ਹਾਂਜੀ ਅੰਕਲ, ਇਹ ਤਾਂ ਹੈ ਜੀ। ਅੰਕਲ ਤੁਸੀਂ ਕੱਲ੍ਹ ਘਰੇ ਹੋ? ਮੇਰੇ ਮੰਮੀ ਹੁਣੀ ਤੁਹਾਡੇ ਘਰੇ ਆਉਣ ਨੂੰ ਕਹਿੰਦੇ ਸੀ ਜੀ ਕੱਲ੍ਹ ਨੂੰ। ਹਾਂ ਹਾਂ ਬੇਟਾ, ਮੈਂ ਘਰੇ ਹੀ ਹਾਂ, ਪਿੰਕੀ ਨੂੰ ਵੀ ਕਹਿ ਦਾਂਗਾ ਛੁੱਟੀ ਲੈ ਕੇ ਆਜੂਗੀ। ਹਾਂਜੀ ਠੀਕ ਅੰਕਲ, ਫਿਰ ਕੱਲ੍ਹ ਨੂੰ ਆਵਾਂਗੇ ਜੀ ਅਸੀਂ। ਕਿੰਨੇ ਕੁ ਬੰਦੇ ਹੋ ਜਾਣਗੇ ਬੇਟਾ, ਫਿਰ ਉੱਦਾਂ ਦਾ ਆਪਾਂ ਅਰੇਂਜਮੈਂਟ ਕਰ ਦਿਆਂਗੇ। ਰਿਸ਼ਤੇਦਾਰ ਤਾਂ ਨਹੀਂ ਲਾਉਂਦੇ ਅੰਕਲ ਅਸੀਂ ਕੋਈ ਵੀ, ਬਸ ਅਸੀਂ ਘਰ ਕਰਦੇ ਹੀ ਬੰਦੇ ਆਵਾਂਗੇ, ਇੱਕ ਭੈਣ ਹੋ ਮੇਰੀ ਅਤੇ ਨਾਲ ਪ੍ਰਾਹੁਣਾ ਹੋਊਗਾ, ਬਾਕੀ ਮੰਮੀ ਹੋਊਗੀ ਜੀ। ਨਹੀਂ ਨਹੀਂ ਬੇਟਾ, ਆਪਾਂ ਨੂੰ ਕੋਈ ਚੱਕਰ ਨਹੀਂ, ਜਿੰਨੇ ਮਰਜ਼ੀ ਰਿਸ਼ਤੇਦਾਰ ਨਾਲ ਲਾਇਓ। ਨਹੀਂ ਅੰਕਲ, ਬਸ ਘਰ ਦੇ ਹੀ ਠੀਕ ਨੇ, ਜ਼ਿਆਦਾ ਇਕੱਠ ਕਰਨ ਦਾ ਕੀ ਫਾਇਦਾ। ਪੁੱਤਰ ਕੋਈ ਵੀ ਗੱਲ ਕਰਨੀ ਹੋਵੇ ਬੇਝਿਜਕ ਕਰ ਲਿਓ, ਆਪਾਂ ਕਿਹੜਾ ਕੋਈ ਵਿੱਚ ਵਿਚੋਲਾ ਪਾਇਆ ਹੋਇਆ। ਹਾਂਜੀ ਅੰਕਲ, ਕੋਈ ਗੱਲ ਨਹੀਂ ਜੀ। ਅੱਛਾ ਪੁੱਤਰ, ਟਾਈਮ ਕੀ ਰੱਖਣਾ ਕੱਲ੍ਹ ਦਾ? ਆਹੀ ਬਸ 11 ਵਜੇ ਆ ਜਾਵਾਂਗੇ ਜੀ ਅਸੀਂ। ਕੋਈ ਨਹੀਂ ਪੁੱਤਰ, ਮਿਲਦੇ ਹਾਂ ਫਿਰ ਕੱਲ੍ਹ ਨੂੰ, ਲੇਟ ਨਾ ਹੋ ਜਾਓ। ਚਲੋ ਠੀਕ ਆ ਅੰਕਲ, ਮਿਲਦੇ ਹਾਂ ਜੀ ਫਿਰ ਕੱਲ੍ਹ ਨੂੰ। ਓਕੇ ਜੀ। ਕੀ ਕਹਿੰਦੇ ਪੁੱਤ? ਉਹ ਕਹਿੰਦੇ ਕੋਈ ਗੱਲ ਨਹੀਂ, ਕੱਲ੍ਹ ਨੂੰ ਆ ਜਾਓ, ਘਰੇ ਹੀ ਨੇ ਉਹ ਕੱਲ੍ਹ ਨੂੰ, ਅਤੇ ਬੰਦੇ ਪੁੱਛਦੇ ਸੀ ਉਹ ਵੀ ਕਿੰਨੇ ਕਹਾਉਣਗੇ। ਲੈ ਪੁੱਤ, ਉਹਨਾਂ ਨੂੰ ਤਾਂ ਦੇਖ ਦਿਖਾਈਏ, ਤੇ ਬੰਦਿਆਂ ਦਾ ਫਿਕਰ ਪੈ ਗਿਆ, ਵਿਆਹ ਵੇਲੇ ਕੀ ਕਰਨਗੇ। ਮੰਮੀ ਇਹ ਗੱਲ ਤਾਂ ਹਰ ਇੱਕ ਹੀ ਪੁੱਛਦਾ ਹੁੰਦਾ ਗਾ, ਉਹਨਾਂ ਨੇ ਚਾਹ ਪਾਣੀ ਦਾ ਅਰੇਂਜਮੈਂਟ ਨਹੀਂ ਕਰਨਾ ਹੈਗਾ।
ਚਲੋ ਇਹ ਤਾਂ ਹੈ। ਚਲੋ ਪੁੱਤ ਕੋਈ ਨਹੀਂ, ਪ੍ਰਾਹੁਣੇ ਨੂੰ ਵੀ ਕਰ ਦਿਓ ਫੋਨ, ਫਿਰ ਚੱਲਦੇ ਹਾਂ ਆਪਾਂ ਕੱਲ੍ਹ ਨੂੰ। ਹਾਂ ਮੈਂ ਕਰਦਾ ਉਹਨਾਂ ਨੂੰ ਫੋਨ, ਫਿਰ ਆਪਾਂ ਤਿਆਰੀ ਕਰੀਏ, ਹੈ ਨਾ। ਹੋਰ ਜਾਣ ਦੀ ਠੀਕ ਹੈ। ਕੀ ਪੁੱਤ ਕੀ ਕਰ ਰਹੀ ਹੈ? ਕੁਛ ਨਹੀਂ ਪਾਪਾ, ਬਸ ਧੁੱਪੇ ਬੈਠੀ ਸੀ। ਅੱਛਾ ਪੁੱਤ, ਮੈਨੂੰ ASI ਦਾ ਫੋਨ ਆਇਆ ਸੀ। ਅੱਛਾ ਪਾਪਾ, ਕੀ ਕਹਿੰਦਾ? ਉਹ ਕਹਿੰਦਾ ਸੀ ਪੁਲਿਸ ਵਾਲੀ ਕੁੜੀ ਦਾ ਰਿਸ਼ਤਾ ਨਹੀਂ ਲੈਣਾ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਪਾਪਾ ਵੀ ਉਹਦੀ ਮੰਮੀ ਕਹਿੰਦੀ ਸੀ ਅਸੀਂ ਨਹੀਂ ਪੁਲਿਸ ਵਾਲੀ ਕੁੜੀ ਦਾ ਰਿਸ਼ਤਾ ਲੈਂਦੇ। ਕੋਈ ਨਹੀਂ ਪੁੱਤਰ, ਫਿਰ ਆਪਣੇ ਕੋਲੋਂ ਵੈਟਰਨਰੀ ਡਾਕਟਰ ਤਾਂ ਹੈਗਾ ਹੀ ਆ, ਫਿਰ ਉਹ ਸਹੀ। ਕੋਈ ਨਹੀਂ ਪਾਪਾ, ਰਹਿਣ ਹੀ ਦਿਓ ਤੁਸੀਂ, ਮੈਂ ਤਾਂ ਵਿਆਹ ਹੀ ਨਹੀਂ ਕਰਵਾਉਂਦੀ। ਉਹ ਨਹੀਂ ਪੁੱਤਰ, ਮੈਂ ਤਾਂ ਮਜ਼ਾਕ ਕਰ ਰਿਹਾ ਸੀ, ਉਹਦੇ ਕੱਲ੍ਹ ਆਉਣ ਆਇਆ ਤੈਨੂੰ ਦੇਖਣ ਵਾਸਤੇ। ਲੈ ਪਾਪਾ, ਮੁੰਡੇ ਨੇ ਵੀ ਮੈਨੂੰ ਦੇਖਿਆ ਹੋਇਆ ਅਤੇ ਉਹਦੀ ਮੰਮੀ ਨੇ ਵੀ ਦੇਖਿਆ ਜਿੱਦਾਂ ਮੈਂ ਜੋਤ ਨਾਲ ਉਹਨਾਂ ਦੇ ਘਰੇ ਗਈ ਸੀ, ਫਿਰ ਹੁਣ ਕੀ ਦੇਖਣ ਆਉਣਗੇ ਉਹ? ਲੈ ਮੁੰਡੇ ਨੇ ਆਪਣੀ ਭੈਣ ਨੂੰ ਵੀ ਤਾਂ ਦਿਖਾਉਣਾ, ਉਹਨੇ ਤਾਂ ਨਹੀਂ ਦੇਖਿਆ ਹੋਇਆ ਤੈਨੂੰ, ਕੀ ਪਤਾ ਉਹ ਸ਼ਗਨ ਹੀ ਕਰਨ ਆ ਰਹੇ ਹੋਣ। ਲੈ ਪਾਪਾ, ਫਿਰ ਤੁਸੀਂ ਫੋਨ 'ਤੇ ਪੁੱਛ ਲੈਣਾ ਸੀਗਾ ਵੀ ਤੁਸੀਂ ਕੁੜੀ ਦੇਖਣ ਆਉਂਗੇ ਕਿ ਸ਼ਗਨ ਪਾਉਣ ਆਉਣਾ। ਪੁੱਤਰ ਦੇਖ ਕੇ ਸ਼ਗਨ ਕਰਕੇ ਜਾਣਗੇ, ਇਹ 'ਚ ਪੁੱਛਣ ਵਾਲੀ ਕਿਹੜੀ ਗੱਲ ਹੈ? ਪਾਪਾ ਫਿਰ ਤੁਸੀਂ ਕੱਲ੍ਹ ਦਾ ਹੀ ਦਿਨ ਕਿਉਂ ਰੱਖਤਾ? ਪਹਿਲਾਂ ਮੈਨੂੰ ਮੇਰੀ ਤਿਆਰੀ ਤਾਂ ਕਰ ਲੈਣ ਦਿੰਦੇ, ਮੈਂ ਆਪਦੇ ਵਾਲ ਵਗੈਰਾ ਸੈੱਟ ਕਰਾਇਆ ਆਉਂਦੀ। ਵਾਲਾਂ ਨੂੰ ਦੱਸ ਤੇਰੇ ਕੀ ਹੋਇਆ, ਉਹਨਾਂ ਦੇ ਸਾਹਮਣੇ ਤੂੰ ਚੁੰਨੀ ਸਿਰ 'ਤੇ ਲੈ ਕੇ ਬੈਠਣਾ, ਤਾਂ ਹੀ ਕੁੜੀ ਸਿਆਣੀ ਲੱਗਦੀ ਹੈ। ਉਹਨਾਂ ਨੂੰ ਪਤਾ ਹੀ ਆ ਵੀ ਪੁਲਿਸ ਵਾਲੀਆਂ ਕਿਹੜਾ ਸਿਰ ਢੱਕਦੀਆਂ ਨੇ, ਸਾਡੇ ਜਲੇਬੀ ਜੂੜੇ ਤਾਂ ਨੰਗੇ ਹੀ ਹੁੰਦੇ ਆ, ਨਾਲੇ ਉਹਨਾਂ ਨੇ ਕਿਹੜਾ ਮੈਨੂੰ ਪਹਿਲੀ ਵਾਰੀ ਦੇਖਣਾ ਪਾਪਾ। ਉਦੋਂ ਤੂੰ ਉਹਨਾਂ ਦੇ ਘਰੇ ਜੋਤ ਦੀ ਫਰੈਂਡ ਬਣ ਕੇ ਗਈ ਸੀ, ਅੱਜ ਉਹਨਾਂ ਨੇ ਤੈਨੂੰ ਰਿਸ਼ਤੇ ਵਾਸਤੇ ਪਸੰਦ ਕਰਨ ਆਉਣਾ। ਚਲੋ ਕੋਈ ਨਹੀਂ ਪਾਪਾ, ਜੇ ਤੁਸੀਂ ਕਹਿੰਦੇ ਹੋ ਨਾ ਮੈਂ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਸਿਰ ਢੱਕ ਕੇ ਬੈਠ ਜੂੰਗੀ, ਫਿਰ ਤਾਂ ਖੁਸ਼ ਹੋਣਾ ਤੁਸੀਂ। ਹਾਂ ਜਿੰਨਾ ਤੈਨੂੰ ਕਹਿਣਗੇ ਉਨਾ ਹੀ ਬੋਲਣਾ, ਅਤੇ ਸਿਆਣੀ ਬਣ ਕੇ ਰਹੀ ਪੁੱਤ, ਐਵੇਂ ਨਾ ਉਹਨਾਂ ਦੇ ਸਾਹਮਣੇ ਕੋਈ ਕਮਲ ਮਾਰੀ ਜਾਈ, ਉਹਨਾਂ ਨੂੰ ਪੂਰੀ ਰਿਸਪੈਕਟ ਦੇਣੀ ਹੈ। ਹਾਂ ਹਾਂ, ਮੈਂ ਤਾਂ ਕਮਲੀ ਹਾਂ, ਉਹਨਾਂ ਦੇ ਸਾਹਮਣੇ ਬੈਠ ਕੇ ਨਾ ਇਕੱਲੀ ਬੋਲੀ ਜਾਊਂਗੀ, ਹੈ ਨਾ। ਪਾਪਾ ਤੁਸੀਂ ਵੀ ਹੱਦ ਕਰ ਦਿਓ, ਮੈਂ ਕੋਈ ਜਵਾਕੜੀ ਥੋੜ੍ਹੀ ਹਾਂ। ਉਹ ਤੂੰ ਜਵਾਕੜੀ ਨਹੀਂ ਪੁੱਤਰ, ਤੂੰ ਸਿੱਧਰੀ ਹੈ, ਅਤੇ ਉਹਨਾਂ ਦੇ ਸਾਹਮਣੇ ਹਿਸਾਬ ਨਾਲ ਬੋਲਣਾ। ਅੱਛਾ ਬੇਟਾ ਤੁਸੀਂ ਵੀ ਜੋਬ ਕਰਦੇ ਹੋ? ਚਲੋ ਵਧੀਆ ਗੱਲ ਹੈ, ਅਹੁਦੇ ਤਾਂ ਵੱਧਦੇ ਰਹਿੰਦੇ ਆ ਪੁੱਤਰ। ਪਿੰਕੀ ਪੁੱਤਰ ਚਾਹ ਲੈ ਕੇ ਆ। ਬਹਿ ਜਾਓ ਬੇਟੇ। ਇਹ ਤਾਂ ਉਹੀ ਕੁੜੀ ਆ ਜਿਹੜੀ ਜੋਤ ਦੀ ਫਰੈਂਡ ਸੀ। ਪ੍ਰਾਹੁਣਾ ਤਾਂ ਕਹਿੰਦਾ ਸੀ ਕਲਰਕ ਲੱਗੀ ਆ, ਪਰ ਇਹਦੇ ਤਾਂ ਪੁਲਿਸ ਦੀ ਵਰਦੀ ਪਾਈ ਹੋਈ ਸੀ। ਕਿਤੇ ਪੁਲਿਸ ਦੀ ਨੌਕਰੀ ਛੱਡ ਕੇ ਕਲਰਕ ਤਾਂ ਨਹੀਂ ਭਰਤੀ ਹੋ ਗਈ? ਪੁੱਛਾਂ ਕਿ ਨਾ ਪੁੱਛਾਂ? ਜੇ ਪੁੱਛਿਆ ਕਿਤੇ ਰਮਨਾ ਨਾ ਗੁੱਸੇ ਹੋ ਜਾਵੇ। ਪੁੱਛ ਲਓ, ਇੱਕ ਦੋ ਦਿਨ ਕੁਛ ਪੁੱਛ ਲਓ, ਸਾਈਡ 'ਤੇ ਚਲੇ ਜਾਓ, ਅਸੀਂ ਪੀ ਲੈ ਚਾਹ ਪਾਣੀ। ਕੋਈ ਗੱਲ ਨਹੀਂ ਜੀ।
ਕੋਈ ਗੱਲ ਨਹੀਂ ਪੁੱਤ, ਤੁਸੀਂ ਸੰਗਤ ਕਿਉਂ ਹੋ? ਜਾਓ ਤੁਸੀਂ ਸਾਈਡ 'ਤੇ ਹੋ ਕੇ ਗੱਲ ਕਰ ਲਓ। ਠੀਕ ਹੈ ਜੀ, ਪੀਓ ਚਾਹ। ਲਓ ਜੀ ਚਾਹ ਪੀਓ। ਤੁਹਾਡੀ ਡਿਊਟੀ ਪਟਿਆਲੇ ਹੀ ਆ? ਨਹੀਂ ਜੀ, ਮੇਰੀ ਡਿਊਟੀ ਤਾਂ ਜੋਤ ਦੇ ਨਾਲ ਹੈ। ਮੈਂ ਤੇ ਜੋਤ ਇਕੱਠੀਆਂ ਡਿਊਟੀ ਜਾਂਦੀਆਂ, ਨਾਲੇ ਤੁਸੀਂ ਜੋਤ ਨੂੰ ਵੀ ਨਾਲ ਲਿਆਉਂਦੇ। ਜੋਤ ਕਿਹੜੀ ਜੋਤ? ਜੋਤ ਤੁਹਾਡੀ ਮਾਸੀ ਦੀ ਕੁੜੀ ਨਹੀਂ ਹੈਗੀ? ਅੱਛਾ, ਤੁਸੀਂ ਜਾਣਦੇ ਹੋ ਜੋਤ ਨੂੰ? ਹਾਂਜੀ, ਬਹੁਤ ਚੰਗੀ ਤਰ੍ਹਾਂ। ਮੈਂ ਤੇ ਜੋਤ ਦਾ ਫਰੈਂਡ ਆ, ਤੇ ਮੈਂ ਤਾਂ ਆਪਣੀ ਬਦਲੀ ਕਰਵਾ ਕੇ ਵੀ ਡਿਊਟੀ ਜੋਤ ਨਾਲ ਕਰਵਾ ਲਈ। ਤੁਹਾਡੀ ਡਿਊਟੀ ਜੋਤ ਨਾਲ ਕਿਵੇਂ ਹੋ ਗਈ? ਜੋਤ ਤਾਂ ਪੁਲਿਸ 'ਚ ਆ। ਫਿਰ ਮੈਂ ਵੀ ਤਾਂ ਪੁਲਿਸ 'ਚ ਹੀ ਹਾਂ। ਅੱਛਾ, ਤੁਸੀਂ ਪੁਲਿਸ 'ਚੋਂ, ਤੁਸੀਂ ਕਲਰਕ ਨਹੀਂ ਹੈਗੇ? ਨਹੀਂ, ਤੁਹਾਨੂੰ ਕਿਹਨੇ ਕਿਹਾ ਮੈਂ ਕਲਰਕ ਹਾਂ? ਕਲਰਕ ਤਾਂ ਮੈਂ ਪਹਿਲਾਂ ਲੱਗੀ ਹੁੰਦੀ ਸੀ ਪ੍ਰਾਈਵੇਟ ਕਾਲਜ 'ਚ, ਫਿਰ ਮੈਨੂੰ ਪੁਲਿਸ ਦੀ ਨੌਕਰੀ ਮਿਲ ਗਈ, ਹੁਣ ਮੈਂ ਪੁਲਿਸ 'ਚ ਹਾਂ। ਅੱਛਾ, ਸਾਨੂੰ ਤਾਂ ਇਸ ਵੀ ਤੁਸੀਂ ਕਲਰਕ ਲੱਗੇ ਹੋਏ ਹੋ। ਤੁਹਾਨੂੰ ਪਾਪਾ ਨੇ ਦੱਸਿਆ ਵੀ ਮੈਂ ਕਲਰਕ ਲੱਗੀ ਹੋਈ ਹਾਂ? ਨਹੀਂ ਨਹੀਂ, ਉਹ ਅੰਕਲ ਨਾਲ ਸਾਡੀ ਗੱਲ ਹੀ ਨਹੀਂ ਹੋਈ। ਅੰਕਲ ਨੂੰ ਤਾਂ ਅਸੀਂ ਪੁੱਛੇ ਨਹੀਂ ਵੀ ਤੁਸੀਂ ਜੋਬ ਕੀ ਕਰਦੇ ਹੋ। ਪਰ ਤੁਹਾਨੂੰ ਕਿਹਨੇ ਕਹਿਤਾ ਕਲਰਕ? ਉਹ ਤਾਂ ਐਵੇਂ ਸੀ, ਸਾਡੇ ਪ੍ਰਾਹੁਣੇ ਨੇ ਕਿਸੇ ਕੋਲ ਗੱਲ ਕਰਤੀ ਹੋਣੀ ਵੀ ਮੇਰੇ ਸਾਲੇ ਨੂੰ DSP ਸਾਹਿਬ ਦੀ ਕੁੜੀ ਦਾ ਰਿਸ਼ਤਾ ਆ ਰਿਹਾ। ਉਹ ਕਹਿੰਦੇ ਉਹ ਕੁੜੀ ਤਾਂ ਕਲਰਕ ਲੱਗੀ ਆ। ਉਦੋਂ ਸੁਣ ਕੇ ਪ੍ਰਾਹੁਣੇ ਨੇ ਆ ਕੇ ਸਾਨੂੰ ਕਹਿਤਾ ਵੀ ਕਲਰਕ ਆ, ਤਾਂ ਹੀ ਸਾਨੂੰ ਲੱਗਿਆ ਵੀ ਤੁਸੀਂ ਕਲਰਕ ਲੱਗੇ ਹੋਏ ਹੋ। ਹੁਣ ਕੀ ਬਣੂ, ਤੁਹਾਡੀ ਮੰਮੀ ਨੂੰ ਤਾਂ ਪੁਲਿਸ ਵਾਲੀ ਕੁੜੀ ਨਹੀਂ ਪਸੰਦ। ਤੁਹਾਨੂੰ ਕਿਵੇਂ ਪਤਾ ਹੈ ਵੀ ਮੇਰੀ ਮੰਮੀ ਨੂੰ ਪੁਲਿਸ ਵਾਲੀ ਕੁੜੀ ਨਹੀਂ ਪਸੰਦ? ਉਹ ਇੱਕ ਦਿਨ ਮੈਂ ਤੇ ਜੋਤ ਨਾਲ ਤੁਹਾਡੇ ਘਰੇ ਗਈਆਂ ਸੀ, ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਵੀ ਉਹ ਤੁਹਾਡਾ ਘਰ ਆ। ਮੈਨੂੰ ਤਾਂ ਜੋਤ ਨੇ ਹੀ ਦੱਸਿਆ ਸੀ ਵੀ ਇਹ SI ਤਾਂ ਮੇਰੀ ਮਾਸੀ ਦਾ ਮੁੰਡਾ ਹੈ। ਉਹਨੂੰ ਮੈਂ ਤੁਹਾਡੀ ਫੋਟੋ ਦਿਖਾਈ ਸੀ ਤੇ ਉਹਦੇ ਗੱਲਾਂ ਗੱਲਾਂ 'ਚ ਗੱਲ ਚੱਲ ਪਈ। ਤੁਹਾਡੀ ਮੰਮੀ ਕਹਿ ਰਹੇ ਸੀ ਵੀ ਅਸੀਂ ਪੁਲਿਸ ਵਾਲੀ ਕੁੜੀ ਦਾ ਰਿਸ਼ਤਾ ਨਹੀਂ ਲੈਣਾ। ਅੱਛਾ, ਇਹ ਗੱਲ ਆ। ਭਾਈ ਸਾਹਿਬ, ਆਪਣੇ ਵਾਸ਼ਰੂਮ ਕਿਹੜੀ ਸਾਈਡ ਆ? ਆ ਨਾਲ ਹੀ ਜਾਓ, ਰੂਮ 'ਚ ਅਟੈਚ ਹੈ ਬੰਦੇ। ਅੱਛਾ, ਆ ਜਾ ਕੁਲਵਿੰਦਰ। ਕੁਲਵਿੰਦਰ, ਮੈਂ ਵਾਸ਼ਰੂਮ ਨਹੀਂ ਜਾਣਾ, ਮੈਂ ਤਾਂ ਵਾਸ਼ਰੂਮ ਕਰਨ ਦੇ ਭੁਲੇਖੇ ਪਾ ਕੇ ਇੱਧਰ ਆਈ ਹਾਂ। ਇਹ ਕੁੜੀ ਨੂੰ ਤਾਂ ਮੈਂ ਜਾਣਦੀ ਹਾਂ, ਇਹ ਤਾਂ ਜੋਤ ਨਾਲ ਆਪਣੇ ਘਰ ਆਈ ਸੀ। ਅੱਛਾ ਅੱਛਾ, ਕੋਈ ਨਾ ਮੰਮੀ, ਫਿਰ ਜੋਤ ਦੀ ਫਰੈਂਡ ਹੋਣੀ ਆ। ਫਰੈਂਡ ਤਾਂ ਜੋਤ ਦੀ ਹੈਗੀ ਆ, ਪਰ ਇਹ ਕੁੜੀ ਕਲਰਕ ਨਹੀਂ, ਇਹ ਤਾਂ ਪੁਲਿਸ ਵਿੱਚ ਵਾ। ਹੈਂ? ਇਹਦੀ ਡਿਊਟੀ ਵੀ ਜੋਤ ਨਾਲ ਆ। ਪ੍ਰਾਹੁਣੇ ਨੂੰ ਪਤਾ ਨਹੀਂ ਕਿਹਨੇ ਦੱਸਤਾ ਵੀ ਇਹ ਕਲਰਕ ਆ ਕੁੜੀ, ਕੀ ਚੱਕਰ ਹੈ? ਇਹ 'ਚ ਕਿੱਡੀ ਕੁ ਗੱਲ ਆ ਮੰਮੀ, ਪੁਲਿਸ ਦੀ ਨੌਕਰੀ ਉਹਨੂੰ ਵਧੀਆ ਨਹੀਂ ਲੱਗੀ ਹੋਣੀ, ਉਹ ਛੱਡ ਕੇ ਕਲਰਕ ਭਰਤੀ ਹੋ ਗਈ ਹੋਊ। ਇਹਦੇ ਬਾਪ ਨਾਲ ਗੱਲ ਕਰਕੇ ਦੇਖੀਏ ਗੱਲਾਂ ਗੱਲਾਂ 'ਚ। ਮੰਮੀ, ਜੇ ਕੁੜੀ ਪੁਲਿਸ ਦੇ ਵਿੱਚ ਹੋਈ ਫਿਰ ਕੀ ਕਰਾਂਗੇ, ਇਹ ਤਾਂ ਪੰਗਾ ਹੀ ਹੋ ਗਿਆ। ਫਿਰ ਆਪਾਂ ਸ਼ਗਨ ਨਾ ਪਾਉਂਦੇ ਹਾਂ, ਕਹਿ ਦੇਵਾਂਗੇ ਵੀ ਅਸੀਂ ਤਾਂ ਕੁੜੀ ਦੇਖਣੇ ਆਏ ਸੀ। ਫਿਰ ਅਮਨਾ ਔਖਾ ਹੋਊਗਾ, ਮੰਮੀ ਕਹੂਗਾ ਮੇਰੀ ਬੇਇੱਜ਼ਤੀ ਕਰਾਤੀ। ਲੈ, ਅਸੀਂ ਕਿਹੜਾ ਘਰੋਂ ਕਹਿ ਕੇ ਤੁਰੇ ਸੀ ਵੀ ਅਸੀਂ ਸ਼ਗਨ ਪਾ ਕੇ ਜਾਣਾ, ਅਸੀਂ ਤਾਂ ਦੇਖਣੇ ਹੀ ਆਏ ਹਾਂ। ਚੱਲ ਐਂ ਕਰਦੇ ਹਾਂ, ਕੁੜੀ ਦੇ ਪਾਪ ਨਾਲ ਗੱਲ ਕਰਕੇ ਦੇਖਦੇ ਹਾਂ। ਚੱਲ ਠੀਕ ਹੈ, ਚੱਲ ਆ ਜਾ। ਭਾਈ ਸਾਹਿਬ, ਆਪਣੀ ਬੇਟੀ ਦੀ ਡਿਊਟੀ ਕਿੱਥੇ ਆ ਭਲਾ? ਤੁਹਾਡੀ ਭਾਣਜੀ ਨਾਲ ਜੋਤ ਨਾਲ ਹੀ ਇਹਨਾਂ ਦੀ ਡਿਊਟੀ ਹੈ ਜੀ। ਜੋਤ ਕਰਕੇ ਤਾਂ ਇਹਨਾਂ ਬਦਲੀ ਕਰਾਈ ਸੀ, ਪਹਿਲਾਂ ਇਹ ਪਟਿਆਲੇ ਸੀ ਡਿਊਟੀ ਇਹਨਾਂ ਦੀ। ਜੋਤ ਤਾਂ ਜੀ ਪੁਲਿਸ 'ਚ ਆ, ਇਹ ਕਲਰਕ ਆ, ਇਹਦੀ ਡਿਊਟੀ ਜੋਤ ਨਾਲ ਕਿਵੇਂ ਹੋਈ? ਨਹੀਂ ਨਹੀਂ ਪੁੱਤਰ, ਪਹਿਲਾਂ ਇੱਕ ਕਲਰਕ ਲੱਗੀ ਹੋਈ ਸੀ ਪ੍ਰਾਈਵੇਟ, ਫਿਰ ਇਹਨੂੰ ਪੁਲਿਸ ਦੀ ਨੌਕਰੀ ਮਿਲ ਗਈ, ਹੁਣ ਜੋਤ ਅਤੇ ਪਿੰਕੀ ਪੁਲਿਸ 'ਚ ਇਕੱਠੀਆਂ ਹੀ ਨੇ। ਮੈਨੂੰ ਤਾਂ ਮੇਰਾ ਦੋਸਤ ਕਹਿੰਦਾ ਸੀ ਵੀ ਕਲਰਕ ਆ, ਇਹ ਤਾਂ ਪੁਲਿਸ ਨਾਲ ਟੱਕਰ ਗਈ, ਹੁਣ ਕੀ ਬਣੋ? ਮੈਂ ਤਾਂ ਪੁੱਤ ਆਉਂਦੇ ਸਾਰੀ ਕੁੜੀ ਪਛਾਣ ਲਈ ਵੀ ਇਹ ਜੋਤ ਦੀ ਫਰੈਂਡ ਆ, ਘਰ ਆਈ ਸੀ ਆਪਣੇ ਇਹ ਜੋਤ ਨਾਲ। ਹਾਂ ਜੀ ਹਾਂ, ਮੈਨੂੰ ਵੀ ਪਿੰਕੀ ਦੱਸਦੀ ਸੀ
ਕਿ ਜੋਤ ਦੀ ਮਾਸੀ ਚਾਹ ਹੀ ਬਹੁਤ ਸਵਾਦ ਬਣਾਉਂਦੀ ਹੈ। ਚਲੋ ਮੰਮੀ ਹੋਰਾਂ ਨੂੰ ਤਾਂ ਮੈਂ ਮਨਾ ਹੀ ਲੈਣਾ ਕਿਵੇਂ ਨਾ ਕਿਵੇਂ ਕਰਕੇ, ਨਾਲੇ ਕਹਿੰਦੇ ਨਹੀਂ ਹੁੰਦੇ ਵੀ ਜਦੋਂ ਮੀਆਂ ਬੀਵੀ ਰਾਜ਼ੀ ਫਿਰ ਕਿਆ ਕਰੇਗਾ ਕਾਜ਼ੀ। ਹਾਂਜੀ ਇਹ ਤਾਂ ਹੈ, ਪਰ ਜੋਤ ਨੇ ਤੁਹਾਡੇ ਕੋਲ ਜਮੀ ਨਹੀਂ ਗੱਲ ਕੀਤੀ। ਨਹੀਂ ਜੋਤ ਨੇ ਕੀ ਗੱਲ ਕਰਨੀ ਸੀ, ਉਹਨੂੰ ਤਾਂ ਪਤਾ ਹੀ ਨਹੀਂ ਹੈਗਾ। ਪਤਾ ਕਿਉਂ ਨਹੀਂ ਹੈਗਾ? ਪਤਾ ਤਾਂ ਹੈਗਾ ਜੋਤ ਨੂੰ, ਕਿਉਂਕਿ ਮੈਂ ਤੁਹਾਡੀ ਫੋਟੋ ਦਿਖਾਈ ਸੀ ਉਹਨੂੰ। ਅੱਛਾ, ਫਿਰ ਹੋ ਸਕਦਾ ਉਹਨੂੰ ਇਹ ਹੋਣਾ ਵੀ ਚਲੋ ਰਿਸ਼ਤੇ ਦੇ ਦੱਸਾਂ ਤਾਂ ਪੈਂਦੀਆਂ ਰਹਿੰਦੀਆਂ ਨੇ, ਉਹਨੂੰ ਪੱਕਾ ਨਹੀਂ ਨਾ ਹੈਗਾ ਵੀ ਆਪਣਾ ਰਿਸ਼ਤਾ ਹੋ ਰਿਹਾ। ਤੁਸੀਂ ਮੇਰਾ ਨੰਬਰ ਸੇਵ ਕਰ ਲਓ। ਹਾਂ ਮੈਨੂੰ ਨੰਬਰ ਦੇ ਦਿਓ, ਫਿਰ ਅੱਗੇ ਆਪਣਾ ਜਿਵੇਂ ਵੀ ਗੱਲਬਾਤ ਹੋ ਗਈ ਨਾ ਦੱਸ ਦਾਂਗੇ। ਹਾਂ ਮੈਨੂੰ ਕਾਲ 'ਤੇ ਦੱਸ ਦਿਓ। ਬੋਲਿਓ। 9888। ਹਾਂਜੀ। 56। ਹਾਂਜੀ। 785। ਹਾਂਜੀ ਠੀਕ ਹੈ। ਲਓ ਮੈਂ ਮਿਸ ਕਾਲ ਕਰਤੀ ਤੁਹਾਡੇ ਨੰਬਰ 'ਤੇ, ਠੀਕ ਆ, ਸੇਵ ਕਰ ਲਿਓ ਤੁਸੀਂ ਵੀ। ਆਪਾਂ ਚੱਲੀਏ, ਘਰਦੇ ਵੀ ਕਹਿਣਗੇ ਕਦੋਂ ਦੇ ਗਏ ਆ। ਹਾਂ ਹਾਂ ਚਲੋ ਆ ਜਾਓ। ਪੀ ਲਏ ਪੁੱਤ ਚਾਹ? ਹਾਂਜੀ ਹਾਂ ਮੰਮੀ ਪੀ ਲਓ। ਚਲੋ ਚੱਲੀਏ ਫਿਰ, ਕਾਫੀ ਟਾਈਮ ਹੋ ਗਿਆ ਆਇਆਂ ਨੂੰ। ਹਾਂ ਮੰਮੀ ਟਾਈਮ ਤਾਂ ਹੋ ਗਿਆ ਕਾਫੀ। ਚਲੋ ਚੰਗਾ ਜੀ, ਅਸੀਂ ਚੱਲਦੇ ਹਾਂ। ਚੰਗਾ ਜੀ। ਪਾਪਾ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਮੈਂ ਪੁਲਿਸ 'ਚ ਹਾਂ, ਇਹ ਤਾਂ ਮੈਨੂੰ ਕਲਰਕ ਹੀ ਸਮਝ ਹੀ ਗਏ। ਹਾਂ ਇਹ ਗੱਲ ਤਾਂ ਇਹਨਾਂ ਦਾ ਪ੍ਰਾਹੁਣਾ ਵੀ ਕਹਿੰਦਾ ਸੀ। ਪਾਪਾ ਫਿਰ ਮੁੰਡੇ ਦੀ ਮਾਂ ਨੂੰ ਤਾਂ ਪੁਲਿਸ ਵਾਲੀ ਕੁੜੀ ਪਸੰਦ ਨਹੀਂ ਹੈਗੀ, ਹੁਣ ਕੀ ਬਣੂ ਫਿਰ? ਇਹਨਾਂ ਨੂੰ ਪਹਿਲਾਂ ਪੁੱਛਣਾ ਚਾਹੀਦਾ ਸੀ ਤੇਰੀ ਨੌਕਰੀ ਬਾਰੇ, ਮੈਨੂੰ ਤਾਂ ਐਂ ਲੱਗਦਾ ਸੀ ਇਹਨਾਂ ਨੂੰ ਪਤਾ ਹੋਊ। ਪਾਪਾ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਮੈਨੂੰ ਨਹੀਂ ਲੱਗਦਾ ਮੇਰਾ ਇੱਥੇ ਰਿਸ਼ਤਾ ਹੋਊਗਾ। ਅਤੇ ਕੀ ਪੁੱਤਰ ਤੂੰ ਘਬਰਾ ਨਾ, ਉਹ ਕਿਹੜਾ ਨਾਂਹ ਕਰਕੇ ਗਏ ਨੇ, ਕੀ ਪਤਾ ਮੰਨ ਹੀ ਜਾਣ। ਪਾਪਾ ਮੁੰਡੇ ਦੀ ਮਾਂ ਅਤੇ ਭੈਣ ਤਾਂ ਮੈਨੂੰ ਜਾਂਦੀਆਂ ਹੋਈਆਂ ਚੱਜ ਨਾਲ ਬੁਲਾ ਕੇ ਵੀ ਨਹੀਂ ਗਈਆਂ, ਮੈਨੂੰ ਤਾਂ ਨਹੀਂ ਲੱਗਦਾ ਵੀ ਉਹ ਹਾਂ ਕਰਨਗੀਆਂ। ਚੱਲ ਪੁੱਤਰ ਗੱਲ ਤਾਂ ਫਿਰ ਉੱਥੇ ਆ ਜਾਂਦੀ ਸੰਯੋਗਾਂ 'ਤੇ। ਮੈਂ ਤਾਂ ਦੇਖ ਕੇ ਕੁੜੀ ਸੁੰਨ ਹੋ ਗਈ। ਮੈਂ ਕਿਹਾ ਤੂੰ ਕੀ ਆ, ਜੋਤ ਦੀ ਫਰੈਂਡ ਪੁਲਿਸ ਵਾਲੀ, ਨਾ ਮੈਂ ਉੱਥੇ ਕੁਛ ਬੋਲ ਸਕਾਂ, ਨਾ ਉੱਗੂ ਨਾ ਸੁੱਗੂ। ਜਿਹਨੂੰ ਆਪਾਂ ਪੁੱਛਿਆ ਸੀ ਨੇ ਉਹਨੂੰ ਐਂ ਦੀ ਕੁੜੀ ਕਲਰਕ ਲੱਗੀ ਹੋਈ ਆ, ਉਹਨੂੰ ਐਂ ਨਹੀਂ ਪਤਾ ਸੀ ਵੀ ਕੁੜੀ ਹੁਣ ਪੁਲਿਸ 'ਚ ਭਰਤੀ ਹੋ ਗਈ। ਤੁਸੀਂ ਚੰਗੀ ਤਰ੍ਹਾਂ ਪੁੱਛ ਪੜਤਾਲ ਕਰਨੀ ਸੀ, ਉਹੀ ਕੰਮ ਕਰਕੇ ਰੱਖਤਾ ਜਿਹਦਾ ਪਹਿਲਾਂ ਹੀ ਡਰ ਸੀਗਾ। ਮੈਂ ਤਾਂ ਤੁਹਾਡੇ ਨਾਲ ਨਰਸ ਵਾਲਾ ਮਜ਼ਾਕ ਕੀਤਾ ਸੀ, ਇਹ ਤਾਂ ਮੇਰੇ ਨਾਲੇ ਮਜ਼ਾਕ ਹੋ ਗਿਆ। ਲੈ ਹੋਰ, ਮੈਂ ਵੀ ਜਦੋਂ ਕੁੜੀ ਨੂੰ ਪੁੱਛਿਆ ਵੀ ਤੁਹਾਡੀ ਡਿਊਟੀ ਕਿੱਥੇ ਆ, ਕਹਿੰਦੀ ਮੈਂ ਤਾਂ ਤੁਹਾਡੀ ਜੋਤ ਨਾਲ ਹੀ ਲੱਗੀ ਹੋਈ ਹਾਂ ਪੁਲਿਸ 'ਚ। ਮੈਂ ਹੈਰਾਨ ਰਹਿ ਗਿਆ ਵੀ ਤੁਸੀਂ ਤਾਂ ਕਲਰਕ ਕਹਿੰਦੇ ਸੀ। ਜੀ ਤੋਂ ਮੈਂ ਪਤਾ ਕੀਤਾ ਸੀ ਯਾਰ, ਉਹਨੇ ਤਾਂ ਮੈਨੂੰ ਭੁਲੇਖੇ 'ਚ ਰੱਖਤਾ, ਮੇਰੇ ਤੋਂ ਗਲਤੀ ਐਂ ਹੋ ਗਈ, ਮੈਂ ਉਹਦੇ ਵਾਸਤੇ ਰਹਿ ਗਿਆ, ਕਿਸੇ ਹੋਰ ਤੁਹਾਨੂੰ ਪੁੱਛਿਆ। ਹੁਣ ਦੱਸੋ ਕੀ ਜਵਾਬ ਦੇਵਾਂਗੇ, ਨਾਲੇ ਅਗਲਾ ਕੀ ਸੋਚੂਗਾ। ਹੁਣ ਤਾਂ ਅਗਲੇ ਜਵਾਬ ਦਊਂਗੇ, ਅਗਲੇ ਨੂੰ ਐਂ ਲੱਗੂਗਾ ਵੀ ਸਾਡੀ ਕੁੜੀ ਨਹੀਂ ਪਸੰਦ ਆਈ, ਨਾਲੇ ਕੁੜੀ ਨੂੰ ਬੁਰਾ ਲੱਗੂਗਾ। ਆਪਾਂ ਐਂ ਕਰਾਂਗੇ ਪੁੱਤ, ਆਪਾਂ ਐਂ ਕਹਿ ਦੇਵਾਂਗੇ ਕਿ ਸਾਡੀ ਭਾਈ ਦੋ ਪਾਸੇ ਗੱਲ ਚੱਲਦੀ ਸੀ, ਸਾਡੀ ਦੂਜੇ ਪਾਸੇ ਗੱਲ ਬਣ ਗਈ। ਫਿਰ ਅਗਲਾ ਕਹੂਗਾ ਵੀ ਫਿਰ ਤੁਸੀਂ ਸਾਡੀ ਕੁੜੀ ਕਿਉਂ ਦੇਖਣਾ ਸੀ, ਪਹਿਲਾਂ ਉਹੀ ਰਿਸ਼ਤਾ ਦੇਖ ਲੈਂਦੇ। ਲੈ ਐਂ ਕਿਵੇਂ ਕਹਿਣਗੇ ਉਹ,
ਕੁੜੀ ਵਾਲੇ 20-20 ਰਿਸ਼ਤੇ ਦੇਖਦੇ ਫਿਰਦੇ ਨੇ, ਜਿਹੜਾ ਲੋਟ ਆਉਂਦਾ ਅਗਲਾ ਉੱਥੇ ਹੀ ਕਰਦਾ। ਚਲੋ ਜੇ ਕੁੜੀ ਦੇਖ ਆਏ ਫਿਰ ਉਹੀ ਲੈ ਲਓ, ਦਿਨ ਰੱਖ ਕੇ ਸ਼ਗਨ ਕਰ ਦਿਓ। ਨਾ ਨਾ ਪੁੱਤ, ਮੈਨੂੰ ਨਹੀਂ ਇਹ ਰਿਸ਼ਤਾ ਪਸੰਦ, ਨਾ ਮੈਨੂੰ ਕੁੜੀ ਸੋਹਣੀ ਲੱਗੀ। ਤੈਨੂੰ ਕਿਵੇਂ ਲੱਗੀ ਕੁਲਵਿੰਦਰ? ਮੈਨੂੰ ਵੀ ਮੰਮੀ ਕੋਈ ਬਾਹਲੀ ਵਧੀਆ ਨਹੀਂ ਲੱਗੀ ਹੈਗੀ। ਆਪਾਂ ਐਂ ਕਰਦੇ ਹਾਂ, 1-2 ਰਿਸ਼ਤੇ ਹੋਰ ਦੇਖ ਲੈਂਦੇ ਹਾਂ, ਜੇ ਕਿਤੇ ਗੱਲ ਬਣ ਗਈ ਵਧੀਆ, ਨਹੀਂ ਫਿਰ ਇਹਦਾ ਹੀ ਰਿਸ਼ਤਾ ਲੈ ਲਾਂਗੇ। ਨਾ ਇੰਨੇ ਦਿਨ ਆਪਾਂ ਚੁੱਪ ਕਰਕੇ ਸਰਾਂਗੇ, ਅਗਲੇ ਨੂੰ ਵੀ ਤਾਂ ਹਾਂ ਨਾ ਦੱਸਣੀ ਪਊਗੀ। ਜੇ ਆਪਾਂ ਉਹਨਾਂ ਦੀ ਕੁੜੀ ਦਾ ਰਿਸ਼ਤਾ ਨਹੀਂ ਲਵਾਂਗੇ ਫਿਰ ਅਗਲੇ ਨੇ ਵੀ ਤਾਂ ਹੋਰ ਰਿਸ਼ਤਾ ਦੇਖਣਾ ਹੋਊਗਾ। ਫਿਰ ਪੁੱਤ ਆਪਾਂ ਨਾ ਕਰ ਦਿੰਦੇ ਹਾਂ, ਕਿਉਂ ਮਜਬੂਰੀ 'ਚ ਰਿਸ਼ਤਾ ਲੈਣਾ ਆਪਾਂ? ਕੋਈ ਗੱਲ ਨਹੀਂ, ਪਰ ਤੁਸੀਂ ਕਰ ਦਿਓ ਨਾ, ਮੈਥੋਂ ਤਾਂ ਨਹੀਂ ਹੋਣੀ, ਮੈਂ ਤਾਂ ਚੱਲਿਆ ਡਿਊਟੀ। ਲੈ ਆਹ ਤਾਂ ਪੰਗਾ ਹੀ ਪੈ ਗਿਆ, ਹੁਣ ਇਹਨੇ ਨਹੀਂ ਮੰਨਣਾ, ਕਹੂਗਾ ਮੇਰੀ ਬੇਇੱਜ਼ਤੀ ਹੁੰਦੀ ਆ। ਤਾਂ ਹੀ ਕਹਿੰਦੀ ਸੀ ਮੈਂ ਵੀ ਪਹਿਲਾਂ ਚੰਗੀ ਤਰ੍ਹਾਂ ਪਤਾ ਕਰ ਲਓ ਵੀ ਕੁੜੀ ਨੌਕਰੀ ਕੀ ਕਰਦੀ ਆ। ਭਾਈ ਗਲਤੀ ਤਾਂ ਇਹਦੀ ਆ, ਜਦ ਉਹਦਾ ਬਾਪ ਇਹਦੇ ਨਾਲ ਰਿਸ਼ਤੇ ਦੀ ਗੱਲ ਕਰਦਾ ਸੀ, ਇਹ ਸਿੱਧਾ ਉਹਨੂੰ ਪੁੱਛਦਾ ਵੀ ਸਰ ਤੁਹਾਡੀ ਕੁੜੀ ਕੀ ਕੰਮ ਕਰਦੀ ਆ, ਕਿਹੜੇ ਡਿਪਾਰਟਮੈਂਟ ਵਿੱਚ ਜੌਬ ਕਰਦੀ ਆ। ਪੁੱਛਿਆ ਆਪ ਨਹੀਂ, ਹੁਣ ਵਕਤ ਸਾਨੂੰ ਪਾ ਦਿੱਤਾ। ਉਹਨੂੰ ਤਾਂ ਪੁੱਛਣਾ ਸੌਖਾ ਸੀਗਾ, ਉਦੋਂ ਮੌਕਾ ਵੀ ਸੀ ਇਹਦੇ ਕੋਲ ਪੁੱਛਣ ਦਾ। ਨਾ ਬਾਅਦ 'ਚ ਵੀ ਤਾਂ ਪੁੱਛ ਹੀ ਸਕਦਾ ਸੀਗਾ, ਇਹ ਤਾਂ ਉਹੀ ਡਰੀ ਗਿਆ ਡੀ ਐਸ ਪੀ ਜੇ ਤੋਂ। ਤੁਸੀਂ ਤਾਂ ਪਤਾ ਕਰ ਸਕਦੇ ਫੋਨ ਕਰਕੇ, ਸੋਨੇ ਵੀ ਨਹੀਂ ਪਤਾ ਕਰਿਆ ਫੋਨ ਕਰਕੇ ਉਹਨਾਂ ਤੋਂ। ਪੁੱਤ ਅਸੀਂ ਤਾਂ ਰਮਨੇ ਤੋਂ ਡਰਦਿਆਂ ਨੇ ਫੋਨ ਨਹੀਂ ਕੀਤਾ, ਆਖੇ ਜੇ ਫੋਨ ਕਰਦੀਆਂ ਰਮਨਾ ਖੋਰੇ ਕੀ ਕਹਿੰਦਾ ਕੀ ਨਹੀਂ, ਗੁੱਸਾ ਕਰਦਾ ਸਾਡੀ ਗੱਲ ਦਾ। ਤਾਂ ਹੀ ਤਾਂ ਤੁਹਾਨੂੰ ਕਿਹਾ ਸੀਗਾ ਵੀ ਬਾਰੋ ਬਾਰ ਪਤਾ ਕਰ ਆਉਂਗੇ, ਕੀ ਪਤਾ ਸੀਗਾ ਹੋਰ ਹੀ ਲੱਲਰ ਲਾ ਕੇ ਤੁਰੇ ਆਉਣਾ। ਤੁਸੀਂ ਹੁਣ ਆਪ ਨਾ ਜਵਾਬ ਦਿਓ, ਤੁਸੀਂ ਜੋਤ ਨੂੰ ਬੁਲਾ ਕੇ ਨਾ ਜੋਤ ਤੋਂ ਕਹਾ ਦਿਓ, ਜੋਤ ਆਪੇ ਕਹਿ ਦਿਓ, ਜੋਤ ਦੀ ਸਹੇਲੀ ਤਾਂ ਹੈਗੀ ਆ, ਉਹ ਜਵਾਬ ਦੇ ਦੂ। ਹਾਂ ਪੁੱਤ ਆਪਾਂ ਜੋਤ ਨੂੰ ਕਹਿ ਦਿੰਦੇ ਹਾਂ ਵੀ ਭਾਈ ਸਾਡੇ ਟੱਬਰ ਬਾਰੇ ਵਧਾ ਚੜ੍ਹਾ ਕੇ ਦੱਸ ਦੇਵੇ, ਕਹਿ ਦੂਗੀ ਵੀ ਮੇਰੀ ਮਾਸੀ ਦਾ ਸੁਭਾਅ ਬਹੁਤ ਰੁੱਖਾ ਆ, ਟੱਬਰ ਸਾਰਾ ਬਹੁਤ ਲੜਾਕਾ ਆ। ਲੈ ਜੋਤ ਕਿਵੇਂ ਕਹਿ ਦੂਗੀ ਮੰਮੀ, ਉਹ ਕਹੂਗੀ ਰਿਸ਼ਤਾ ਕਰਨ ਬਾਰੇ ਤਾਂ ਮੇਰੀ ਬਾਤ ਨਹੀਂ ਪੁੱਛੀ, ਹੁਣ ਜਵਾਬ ਦੇਣ ਨੂੰ ਮੈਨੂੰ ਮੂਹਰੇ ਕਰਦੇ ਨੇ। ਪੁੱਤ ਆਪਾਂ ਕਹਿ ਦਾਂਗੇ ਵੀ ਸਾਨੂੰ ਕੀ ਪਤਾ ਤੇਰੀ ਸਹੇਲੀ ਆ, ਉੱਥੇ ਤਾਂ ਜਾ ਕੇ ਅਸੀਂ ਜਦੋਂ ਦੇਖੀ ਉਦੋਂ ਪਤਾ ਲੱਗਾ ਵੀ ਇਹ ਤਾਂ ਜੋਤ ਦੀ ਸਹੇਲੀ ਆ। ਹੋਰ ਜੋ ਤਰੀਕੇ ਨਾਲ ਜਵਾਬ ਦੇ ਦੂਗੀ, ਜੇ ਆਪਾਂ ਕਹਾਂਗੇ ਤਾਂ ਗੁੱਸਾ ਕਰਨਗੇ। ਲੈ ਕਰਦੇ ਤਾਂ ਗੁੱਸਾ ਕਰੀ ਜਾਣ, ਹੁਣ ਧੱਕੇ ਨਾਲ ਥੋੜ੍ਹੀ ਇੱਥੇ ਬਿਠਾ ਲਿਆਣੀ ਆ, ਮੇਰਾ ਪੁੱਤ ASI ਉਹ ਨੋਰਮਲ ਜਿਹੀ ਹੌਲਦਾਰ ਨਹੀਂ, ਕੀ ਮੇਲ ਹੈ, ਨਾਲੇ ਪੁੱਤ ਆਪਾਂ ਤਾਂ ਕੋਈ ਵੱਡੇ ਉਹਦੇ ਵਾਲੀ ਕੁੜੀ ਦੇਖਾਂਗੇ। ਕੋਈ ਨਹੀਂ ਬਾਕੀ ਜੋਤ ਨਾਲ ਗੱਲ ਕਰਦੇ ਹਾਂ, ਉਹਦੇ ਤੋਂ ਜਵਾਬ ਦਵਾਵਾਂਗੇ। ਹੈਲੋ ਹੈਲੋ, ਕਿਵੇਂ ਆ ਜੋਤ? ਮੈਂ ਤਾਂ ਠੀਕ ਹਾਂ, ਤੂੰ ਦੱਸ? ਬਸ ਠੀਕ ਆ, ਮੈਨੂੰ ਤਾਂ ਐਂ ਸੀ ਵੀ ਤੂੰ ਡਿਊਟੀ ਨਹੀਂ ਆਉਣਾ ਅੱਜ। ਯਾਰ ਸੋਚਿਆ ਤਾਂ ਮੈਂ ਵੀ ਇਹੀ ਸੀ ਵੀ ਨਹੀਂ ਜਾਂਦੀ ਡਿਊਟੀ, ਸਲਾਹ ਤਾਂ ਇਹੀ ਸੀ ਵੀ ਘਰੇ ਰਹਿ ਜਾਂ ਛੁੱਟੀ ਮਾਰ ਲਾਂ। ਇੱਕ ਮੇਰੀ ਤਬੀਅਤ ਜੀ ਵੀ ਠੀਕ ਨਹੀਂ ਸੀ, ਫਿਰ ਮੈਂ ਸੋਚਿਆ ਵੀ ਘਰੇ ਕਿਹੜਾ ਟਾਈਮ ਪਾਸ ਹੋਣਾ। ਲੈ ਜੇ ਬਿਮਾਰ ਸੀ ਫਿਰ ਛੁੱਟੀ ਲੈ ਲੈਣੀ ਸੀ, ਫਿਰ ਕਿਉਂ ਆਈ ਹੈ? ਟਾਈਮ ਪਾਸ ਕਰਾਉਣ ਨੂੰ ਤਾਂ ਫੋਨ ਹੈਗਾ। ਫੋਨ ਤਾਂ ਮੈਂ ਬਹੁਤ ਘੱਟ ਯੂਜ਼ ਕਰਦੀ ਹਾਂ। ਉਹ ਸੱਚ ਜੋਤ, ਮੈਂ ਤਾਂ ਤੈਨੂੰ ਦੱਸਣਾ ਹੀ ਭੁੱਲ ਗਈ, ਕੱਲ੍ਹ ਤੇਰੀ ਮਾਸੀ ਹੁਣੀ ਮੈਨੂੰ ਦੇਖਣ ਆਈ ਸੀ। ਹਾਂ ਹੋਈ ਸੀ ਮੇਰੀ ਮਾਸੀ ਨਾਲ ਗੱਲ, ਕਹਿੰਦੇ ਕੁੜੀ ਨਹੀਂ ਪਸੰਦ ਆਈ। ਹਾਏ ਸੱਚੀ ਤੇਰੀ ਮਾਸੀ ਐਂ ਕਹਿੰਦੀ ਸੀ? ਕਮਲੀਏ ਮੈਂ ਤਾਂ ਮਜ਼ਾਕ ਕਰਦੀ ਸੀ, ਮੈਨੂੰ ਤਾਂ ਪਤਾ ਹੀ ਨਹੀਂ ਹੈਗਾ ਤੈਨੂੰ ਕਦੋਂ ਦੇਖਣਾ ਹੈ, ਨਾਲੇ ਮੇਰੀ ਕਿਹੜਾ ਗੱਲ ਹੋਈ ਹੈ ਮਾਸੀ ਨਾਲ? ਨਾਲ ਤੇਰੀ ਮਾਸੀਕਾ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਵੀ ਮੈਂ ਪੁਲਿਸ 'ਚ ਹਾਂ। ਕਿਉਂ, ਤੁਸੀਂ ਦੱਸਿਆ ਨਹੀਂ ਸੀ ਉਹਨਾਂ ਨੂੰ? ਸਾਨੂੰ ਤਾਂ ਇਹ ਸੀ ਵੀ ਪਤਾ ਹੋਊਗਾ ਉਹਨਾਂ ਨੂੰ, ਉਹ ਤਾਂ ਮੈਨੂੰ ਕਲਰਕ ਸਮਝੀ ਜਾਂਦੇ ਸੀ। ਫਿਰ ਉਹਨਾਂ ਨੂੰ ਕਿਵੇਂ ਪਤਾ ਲੱਗਾ ਵੀ ਤੂੰ ਪੁਲਿਸ 'ਚ ਹੈ? ਤੇਰੀ ਮਾਸੀ ਨੇ ਮੈਨੂੰ ਦੇਖਿਆ ਤਾਂ ਹੈ, ਜਿੱਦਾਂ ਆਪਾਂ ਦੋਵੇਂ ਇਕੱਠੀਆਂ ਗਈਆਂ ਸੀ ਉਹਨਾਂ ਨੂੰ ਕੋਟੀ ਫੜਾਉਣ ਤੇਰੀ ਮਾਸੀ ਕੇ ਘਰੇ, ਫਿਰ ਤੇਰੀ ਮਾਸੀ ਦਾ ਮੁੰਡਾ ਪੁੱਛਣ ਲੱਗ ਗਿਆ ਡਿਊਟੀ ਬਾਰੇ, ਮੈਂ ਕਿਹਾ ਵੀ ਜੋਤ ਦੇ ਨਾਲ ਹੀ ਆ, ਉਹਨੂੰ ਵੀ ਫਿਰ ਪਤਾ ਲੱਗਿਆ ਵੀ ਮੈਂ ਪੁਲਿਸ 'ਚ ਹਾਂ। ਲੈ ਮਾਸੀ ਤਾਂ ਉਹਨੂੰ ਕਹਿੰਦੀ ਸੀ ਵੀ ਪੁਲਿਸ ਵਾਲੀ ਕੁੜੀ ਦਾ ਰਿਸ਼ਤਾ ਨਹੀਂ ਲੈਣਾ। ਹਾਂ ਯਾਰ ਇਹੀ ਡਰ ਤਾਂ ਮੈਨੂੰ ਆ ਵੀ ਕਿਤੇ ਤੇਰੀ ਮਾਸੀ ਨਾ ਨਾ ਕਰਦੇ ਰਿਸ਼ਤੇ ਨੂੰ। ਫਿਰ ਤੈਨੂੰ ਦੇਖ ਕੇ ਕੁਛ ਬੋਲੇ ਨੇ ਮਾਸੀ ਹੋਰੀ? ਨਾ ਉਹਨਾਂ ਨੇ ਤਾਂ ਕੀ ਬੋਲਣਾ ਸੀ, ਕੁਛ ਨਹੀਂ ਬੋਲੇ, ਪਰ ਤੇਰੀ ਮਾਸੀ ਦਾ ਬਿਹੇਵ ਨਾ ਉਪਰਾ ਉਪਰਾ ਜਿਹਾ ਸੀ। ਮਾਸੀ ਦਾ ਮੁੰਡਾ ਕਿਵੇਂ ਸੀ, ਖੁਸ਼ ਸੀ ਕਿ ਉਹਦਾ ਬਿਹੇਵ ਵੀ ਚੇਂਜ ਸੀ?
ਉਹ ਤਾਂ ਖੁਸ਼ ਸੀਗਾ। ਮੈਨੂੰ ਲੱਗਦਾ ਉਹਨੂੰ ਤਾਂ ਮੈਂ ਬਹੁਤ ਪਸੰਦ ਆ, ਪਰ ਤੇਰੀ ਮਾਸੀ ਹੋਰਾਂ ਦਾ ਨਹੀਂ ਪਤਾ, ਕਿਤੇ ਉਹ ਨਾ ਕਰ ਦੇਣ। ਜੇ ਮੁੰਡੇ ਨੂੰ ਪਸੰਦ ਹੈ ਫਿਰ ਤਾਂ ਤੇਰਾ ਰਿਸ਼ਤਾ ਹੋ ਹੀ ਜਾਊਗਾ, ਉਹਨਾਂ ਦੀ ਬਹੁਤੀ ਨਹੀਂ ਚੱਲਦੀ ਘਰੇ। ਨਹੀਂ ਯਾਰ, ਰਿਸ਼ਤਾ ਤਾਂ ਸਾਰਾ ਟੱਬਰ ਸਲਾਹ ਕਰਕੇ ਲੈਂਦਾ ਹੁੰਦਾ। ਮਾਸੀ ਨੇ ਤਾਂ ਮੈਨੂੰ ਵੀ ਨਹੀਂ ਦੱਸਿਆ ਗਿਆ ਵੀ ਤੇਰੀ ਸਹੇਲੀ ਨੂੰ ਦੇਖਿਆ ਹੈ, ਊਂ ਤਾਂ ਉਹਦੇ ਕੋਈ ਗੱਲ ਪੱਚਦੀ ਨਹੀਂ ਹੁੰਦੀ, ਪਤਾ ਨਹੀਂ ਇਹ ਕਿਵੇਂ ਪੱਚ ਗਈ। ਤੈਨੂੰ ਤਾਂ ਦੱਸਦੇ ਜੇ ਉਹ ਖੁਸ਼ ਹੁੰਦੇ ਉਹਨਾਂ ਨੂੰ ਰਿਸ਼ਤਾ ਹੀ ਨਹੀਂ ਪਸੰਦ ਆਇਆ ਹੋਣਾ। ਨਹੀਂ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ, ਮੇਰੀ ਮਾਸੀ ਨਾ ਕੁੱਕਰੀ ਟਾਈਪ ਹੈ, ਉਹਨੂੰ ਸਰਪ੍ਰਾਈਜ਼ ਦੇਣ ਦੀ ਆਦਤ, ਤਾਂ ਹੀ ਦੱਸਿਆ ਹੋਣਾ। ਜੋਤ ਤੂੰ ਆਈ ਕਰ, ਬਹਾਨੇ ਨਾਲ ਆਪਦੀ ਮਾਸੀ ਨੂੰ ਫੋਨ ਕਰ ਤੇ ਨਾਲੇ ਪੁੱਛ ਵੀ ਕਿਵੇਂ ਲੱਗੀ ਮੇਰੀ ਸਹੇਲੀ। ਲੈ ਮੈਂ ਕਿਉਂ ਫੋਨ ਕਰਾਂ ਉਹਨਾਂ ਨੂੰ, ਉਹਨਾਂ ਨੇ ਜਦ ਮੈਨੂੰ ਦੱਸਿਆ ਹੀ ਨਹੀਂ ਹੈਗਾ, ਰੱਖ ਹੀ ਲੈਣ ਦੇ ਪਰਦਾ ਉਹਨਾਂ ਨੂੰ। ਲੈ ਤੂੰ ਉਹਨਾਂ ਕਰਕੇ ਥੋੜ੍ਹੀ ਕਰਨਾ ਫੋਨ, ਮੇਰੇ ਕਰਕੇ ਕਰਨਾ। ਇੱਕ ਵਾਰੀ ਲਾ ਲੈਣਾ, ਨਾਲੇ ਮੈਨੂੰ ਵੀ ਪਤਾ ਲੱਗ ਜੂਗਾ ਵੀ ਹਾਂ ਕਰਦੇ ਆ ਕਿ ਨਾ ਕਰਦੇ ਆ, ਮੇਰੀ ਵੀ ਟੈਨਸ਼ਨ ਮੁੱਕ ਜੂ। ਲੈ ਫਿਰ ਕੀ ਹੋ ਗਿਆ ਜੇ ਉਹ ਨਾ ਕਰਨਗੇ, ਤੂੰ ਨਾ ਮੇਰੀ ਭੂਆ ਦੇ ਮੁੰਡੇ ਨਾਲ ਵਿਆਹ ਕਰਾ ਲਈ, ਨਾਲੇ ਪਸੰਦ ਵੀ ਕਰਦਾ ਤੈਨੂੰ। ਪਸੰਦ ਤਾਂ ਤੇਰੀ ਮਾਸੀ ਦਾ ਮੁੰਡਾ ਵੀ ਕਰਨ ਲੱਗ ਗਿਆ, ਉਸ ਦਿਨ ਗੱਲਾਂ ਕਰਨੋਂ ਹੀ ਨਹੀਂ ਹਟ ਰਿਹਾ ਸੀ। ਫਿਰ ਮੈਂ ਹੀ ਕਿਹਾ, ਮੈਂ ਕਿਹਾ ਵੀ ਘਰਦੇ ਕਹਿਣਗੇ ਬਹੁਤ ਟਾਈਮ ਹੋ ਗਿਆ ਉਹਨਾਂ ਨੂੰ ਗੱਲਾਂ ਕਰਦੇ ਨੂੰ, ਗੂੜੀਆਂ ਗੱਲਾਂ 'ਚ ਹੀ ਪੈ ਗਏ, ਆਏ ਨਹੀਂ ਹੈਗੇ ਮੁੜ ਕੇ। ਅੱਛਾ, ਫਿਰ ਤੁਸੀਂ ਸਾਈਡ 'ਤੇ ਹੋ ਕੇ ਰੋਮਾਂਟਿਕ ਗੱਲਾਂ ਕੀਤੀਆਂ ਹੈ? ਲੈ ਕਮਲੀ, ਰੋਮਾਂਟਿਕ ਗੱਲਾਂ ਕੀ ਕਰਨੀਆਂ ਸੀ, ਉਂਝ ਹੀ ਇੱਕ ਦੂਜੇ ਬਾਰੇ ਪੁੱਛ ਰਹੇ ਸੀ। ਉਸ ਤਾਂ ਮੈਂ ਉਹਨੂੰ ਆਪਣਾ ਨੰਬਰ ਵੀ ਦੇ ਤਾ ਸੀ, ਪਰ ਕਾਲ ਉਹਦੀ ਮੈਨੂੰ ਕੋਈ ਵੀ ਨਹੀਂ ਆਈ। ਲੈ ਉਹ ਤਾਂ ਬਿਜ਼ੀ ਪਰਸਨ ਹੈ, ਸਾਰਾ ਦਿਨ ਕੰਮ ਕੰਮ ਕੰਮ, ਅਤੇ ਤਾਂ ਕਰਕੇ ਨਹੀਂ ਕਰਿਆ ਹੁਣੇ ਤੈਨੂੰ ਫੋਨ। ਜਿਹਦੇ ਕੋਲ ਹੁਣੇ ਨਹੀਂ ਮੇਰੇ ਲਈ ਟਾਈਮ, ਫਿਰ ਉਹ ਵਿਆਹ ਤੋਂ ਬਾਅਦ ਮੇਰੇ ਕੀ ਸ਼ੌਂਕ ਪੂਰੇ ਕਰੂਗਾ। ਤਾਂ ਹੀ ਤਾਂ ਤੈਨੂੰ ਮੈਂ ਕਹਿੰਦੀ ਹਾਂ ਮੇਰੀ ਮਾਸੀ ਦੇ ਮੁੰਡੇ ਨੂੰ ਛੱਡ ਕੇ ਭੂਆ ਦੇ ਮੁੰਡੇ ਨਾਲ ਵਿਆਹ ਕਰਾ ਲੈ, ਇਹ ਤਾਂ ਤੈਨੂੰ ਪੂਰੀ ਲਾਡਲੀ ਰੱਖੂਗਾ। ਉਹ ਤਾਂ ਮੈਨੂੰ ਖੁਦ ਕਹਿੰਦਾ ਵੀ ਮੇਰਾ ਰਿਸ਼ਤਾ ਕਰਾ ਦੇ ਇਹਦੇ ਨਾਲ ਵਿਚੋਲਣ ਬਣ ਕੇ। ਯਾਰ ਸਹੀ ਗੱਲ ਦੱਸਾਂ ਤੈਨੂੰ ਮੈਂ, ਜਿੱਦਾਂ ਮੈਂ ਤੇਰੇ ਨਾਲ ਤੇਰੀ ਮਾਸੀ ਕੇ ਘਰੇ ਗਈ ਸੀ ਨਾ, ਮੈਨੂੰ ਤੇਰੀ ਮਾਸੀ ਦਾ ਸੁਭਾਅ ਵੀ ਬਹੁਤ ਵਧੀਆ ਲੱਗਿਆ ਅਤੇ ਮੁੰਡੇ ਦਾ ਸੁਭਾਅ ਤਾਂ ਇਦੂ ਵੀ ਜ਼ਿਆਦਾ ਵਧੀਆ ਲੱਗਿਆ, ਤਾਂ ਮੈਨੂੰ ਆਏ ਹਾਂ ਵੀ ਮੇਰਾ ਰਿਸ਼ਤਾ ਉੱਥੇ ਹੀ ਹੋ ਜੇ। ਤੂੰ ਐਵੇਂ ਕਰ, ਸਿੱਧਾ ਮਾਸੀ ਦੇ ਮੁੰਡੇ ਨੂੰ ਫੋਨ ਲਾ ਕਿਸੇ ਬਹਾਨੇ ਸਿਰ। ਉਹ ਨਹੀਂ ਨਹੀਂ, ਐਂ ਚੰਗਾ ਜਿਹਾ ਥੋੜ੍ਹੀ ਲੱਗਦਾ ਹੈਗਾ, ਨਾਲੇ ਉਹ ਕੀ ਸੋਚੂਗਾ ਵੀ ਕੁੜੀ ਜੀ ਲੋਫਰ ਹੀ ਆ, ਆਪਣੇ ਆਪ ਹੀ ਇਹਨੇ ਫੋਨ ਕਰ ਲਿਆ, ਨਾਲੇ ਮੈਂ ਤਾਂ ਉਹਨੂੰ ਨੰਬਰ ਵੀ ਆਪ ਦੇ ਕੇ ਆਈ ਹਾਂ ਵੀ ਸੇਵ ਕਰ ਲਓ ਮੇਰਾ ਨੰਬਰ। ਚੱਲ ਦੇਖ ਲੈ ਅੱਜ ਕੱਲ੍ਹ 'ਚ ਤੈਨੂੰ ਹਾਂ ਜਾਂ ਨਾ ਦੱਸਣਗੇ। ਦਾ ਫੋਨ ਆ ਗਿਆ, ਲੈ ਆ ਗਿਆ ਤੇਰੇ ਸਾਸੂ ਮਾਂ ਦਾ ਫੋਨ। ਹੈਲੋ, ਸਤਿ ਸ਼੍ਰੀ ਅਕਾਲ ਮਾਸੀ ਜੀ। ਸਤਿ ਸ਼੍ਰੀ ਅਕਾਲ ਜੋਤ ਪੁੱਤ, ਕਿਵੇਂ ਆਈ ਅੱਜ ਡਿਊਟੀ? ਹਾਂ ਆਈ ਹਾਂ, ਨਾਲੇ ਡਿਊਟੀ ਤਾਂ ਮੈਂ ਰੋਜ਼ ਹੀ ਆਉਂਦੀ ਹਾਂ। ਐਂ ਕਰੀ ਜੋਤ ਪੁੱਤ, ਡਿਊਟੀਓਂ ਘਰ ਜਾਂਦੀ ਹੋਈ ਇੱਥੋਂ ਘਰੋਂ ਹੋ ਕੇ ਜਾਈ, ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ ਪੁੱਤ। ਚੱਲ ਚੰਗਾ ਮਾਸੀ, ਫਿਰ ਮੈਂ ਡਿਊਟੀ ਤੋਂ ਬਾਅਦ ਹੀ ਆ ਜਾਂਗੀ। ਓਕੇ ਬਾਏ। ਜੋਤ, ਮੈਨੂੰ ਲੱਗਦਾ ਨਾ ਤੇਰੀ ਮਾਸੀ ਨੇ ਤੇਰੇ ਨਾਲ ਮੇਰੇ ਬਾਰੇ ਗੱਲ ਕਰਨੀ ਹੋਣੀ ਆ ਕੋਈ, ਮੇਰੇ ਤਾਂ ਦਿਲ ਦੀ ਧੜਕਣ ਤੇਜ਼ ਹੋ ਗਈ। ਲੱਗ ਵੀ ਮੈਨੂੰ ਇਹੀ ਰਿਹਾ, ਜੇ ਕੋਈ ਹੋਰ ਕੰਮ ਹੁੰਦਾ ਫਿਰ ਮੈਨੂੰ ਫੋਨ 'ਤੇ ਹੀ ਦੱਸ ਦਿੰਦੀ। ਤੂੰ ਐਵੇਂ ਕਰ, ਹੁਣੇ ਹੀ ਜਾ, ਪਤਾ ਤਾਂ ਲੱਗ ਜੂਗਾ ਵੀ ਕੀ ਕਹਿੰਦੇ ਨੇ। ਨਹੀਂ ਨਹੀਂ, ਮੈਂ ਨਾ ਡਿਊਟੀ ਤੋਂ ਬਾਅਦ ਹੀ ਜਾਵਾਂਗੀ, ਨਾਲੇ ਐਂ ਕਰ ਤੂੰ ਵੀ ਮੇਰੇ ਨਾਲ ਚੱਲ ਪਈ, ਦੁਬਾਰਾ ਮਿਲਿਆ ਹੀ ਆਪਣੀ ਸੱਸ ਨੂੰ। ਹੈ ਲੈ ਪਾਗਲ ਆ ਤੂੰ, ਹੁਣ ਥੋੜ੍ਹੀ ਮੈਂ ਉੱਥੇ ਜਾਊਂਗੀ, ਐਂ ਥੋੜ੍ਹੀ ਮੈਂ ਤੁਹਾਨੂੰ ਚੰਗੀ ਲੱਗਦੀ ਹਾਂ, ਪਹਿਲਾਂ ਤਾਂ ਮੈਨੂੰ ਪਤਾ ਨਹੀਂ ਸੀਗਾ, ਤਾਂ ਵਗ ਗਈ ਮੈਂ ਤੇਰੇ ਨਾਲ। ਨਾਲ ਤੂੰ ਕੀ ਡਿਊਟੀ ਡਿਊਟੀ ਕਰੀ ਜਾਂਦੀ ਆ, ਜਾ ਵਗ ਜਾਣਾ ਹੁਣ, ਸਰ ਨੂੰ ਮੈਂ ਆਪੇ ਕਹਿ ਦੂੰਗੀ ਵੀ ਜੋਤ ਨੂੰ ਕੋਈ ਜ਼ਰੂਰੀ ਕੰਮ ਸੀ ਉਹ ਆਉਂਦੀ ਹੈ। ਜੇ ਤਾਂ ਉਹਨਾਂ ਨੇ ਹਾਂ ਕਰਤੀ ਫਿਰ ਤਾਂ ਮੈਂ ਮਾਸੀ ਦੇ ਪਿੰਡੀ ਵਿਆਹ ਕਰਾ ਲੂੰਗੀ, ਮਾਸੀ ਭਾਂਤੀ ਦਾ ਹੋ ਹੀ ਜਾਂਦਾ। ਜੇ ਉਹ ਨਾ ਮੰਨੇ ਤੇਰੇ ਰਿਸ਼ਤੇ ਨੂੰ ਫਿਰ ਮੈਂ ਆਪਣੇ ਭੂਆ ਦੇ ਮੁੰਡੇ ਨਾਲ ਵਿਆਹ ਕਰਾ ਦੂੰਗੀ ਤੇਰਾ, ਫਿਰ ਮੈਂ ਵੀ ਭੂਆ ਦੇ ਪਿੰਡੀ ਕਰਾ ਲੂੰਗੀ, ਭੂਆ ਭਤੀਜੀ ਦਾ ਵੀ ਹੋ ਜਾਂਦਾ। ਨਹੀਂ ਜੋਤ, ਜੇ ਤਾਂ ਮੇਰੇ ਉਹ ਰਿਸ਼ਤੇ ਨੂੰ ਮੰਨ ਗਏ ਫਿਰ ਤਾਂ ਮੈਂ ਉੱਥੇ ਹੀ ਕਰਵਾਉਂਗੀ, ਜੇ ਮੇਰਾ ਰਿਸ਼ਤਾ ਉੱਥੇ ਨਹੀਂ ਹੁੰਦਾ ਫਿਰ ਨਹੀਂ ਮੈਂ ਵਿਆਹ ਕਰਵਾਉਂਦੀ, ਫਿਰ ਤਾਂ ਮੈਂ ਆਈ ਠੀਕ ਹਾਂ। ਹਾਏ ਹਾਏ, ਪਹਿਲੇ ਤਾਂ ਪਹਿਲਾਂ ਤਾਂ ਕਹਿੰਦੀ ਸੀ ਮੈਨੂੰ ਪੁਲਿਸ ਵਾਲਾ ਮੁੰਡਾ ਪਸੰਦ ਨਹੀਂ, ਹੁਣ ਮੇਰੇ ਭਾਈ ਏ ਐੱਸ ਆਈ ਨੂੰ ਦੇਖ ਕੇ ਡੁੱਲ ਗਈ,
ਨਾ ਹੁਣ ਕਹਿੰਦੀ ਹੈ ਵੀ ਕਰਾਉਣਾ ਤਾਂ ਉਹਦੇ ਨਾਲ ਹੀ ਵਿਆਹ ਕਰਾਉਣਾ, ਨਹੀਂ ਫਿਰ ਮੈਂ ਕੁਆਰੀ ਰਵਾਂਗੀ। ਨਹੀਂ ਜੋਤ, ਉਹ ਗੱਲ ਨਹੀਂ ਹੈਗੀ। ਪਤਾ ਗੱਲ ਕੀ ਆ, ਇੱਕ ਤਾਂ ਮੈਨੂੰ ਤੇਰੇ ਕਰਕੇ ਉਹ ਪਰਿਵਾਰ ਠੀਕ ਲੱਗਿਆ, ਬਾਕੀ ਮੈਂ ਘਰੇ ਵੀ ਜਾਇਆ ਅਤੇ ਉਹ ਮੁੰਡੇ ਨੂੰ ਵੀ ਮਿਲੀ। ਮਿਲਦੀ ਤਾਂ ਭੂਆ ਦੇ ਮੁੰਡੇ ਨੂੰ, ਤੂੰ ਰੋਜ਼ ਇੱਥੇ ਹੈ। ਰਹੀ ਗੱਲ ਘਰ ਬਾਰ ਦੀ, ਉਹ ਵੀ ਤੈਨੂੰ ਮੈਂ ਦਿਖਾ ਲਿਆਵਾਂਗੀ, ਨਾਲੇ ਭੂਆ ਨੂੰ ਵੀ ਮਿਲਾ ਲਿਆਵਾਂਗੀ। ਉਹ ਨਹੀਂ ਜੋਤ, ਉਹ ਤਾਂ ਜਿੱਦਾਂ ਮੈਂ ਪਹਿਲੀ ਅੱਧੇ ਨੇ ਇੱਥੇ ਆਈ ਸੀ ਨਾ, ਉਦੇ ਨਹੀਂ ਮੈਨੂੰ ਸਹੀ ਲੱਗਿਆ। ਠਰਕੀ ਜਾ, ਉਹਦਾ ਘਰ ਬਾਰ ਦੇਖ ਕੇ ਮੈਂ ਕੀ ਕਰਨਾ? ਤੈਨੂੰ ਜਿਹੜਾ ਮੈਂ ਕੰਮ ਕਿਹਾ ਨਾ, ਜਾ ਕੇ ਉਹ ਕਰਕੇ ਆ, ਐਵੇਂ ਨਾ ਇੱਥੇ ਬੈਠੀ ਗੱਲਾਂ ਮਾਰੀ ਚੱਲ। ਹਾਏ ਹਾਏ, ਕੁੜੀ ਨੂੰ ਤਾਂ ਕਾਲ ਪਈ ਵੀ ਹੈ ਵਿਆਹ ਕਰਾਉਣ ਦੀ। ਜੋਤ, ਤੈਨੂੰ ਤਾਂ ਨਾ ਬਸ ਮਜ਼ਾਕ ਸੁੱਝਦੇ ਆ। ਤੈਨੂੰ ਨਹੀਂ ਪਤਾ ਯਾਰ, ਜਦੋਂ ਇੱਕ ਕੁੜੀ ਨੂੰ ਕੋਈ ਰਿਸ਼ਤੇ ਵਾਲਾ ਦੇਖ ਕੇ ਮੁੜ ਜਾਂਦਾ ਨਾ, ਅਤੇ ਜਾ ਕੇ ਹਾਂ ਨਾ ਉਹਦਾ ਜਵਾਬ ਹੀ ਨਾ ਦੇਵੇ, ਉਸ ਕੁੜੀ ਦੇ ਦਿਲ 'ਤੇ ਕੀ ਬੀਤਦੀ ਆ ਉਹ ਤਾਂ ਸਿਰਫ ਉਹ ਕੁੜੀ ਨੂੰ ਹੀ ਪਤਾ ਹੁੰਦਾ। ਚੱਲ ਕੋਈ ਨਾ, ਮੈਂ ਕਰਦੀ ਹਾਂ ਤੇਰਾ ਵਿਚੋਲੇ ਵਾਲਾ ਕੰਮ, ਪਰ ਗੱਲ ਸੁਣ ਲੈ, ਮੈਨੂੰ ਇੱਕ ਵਧੀਆ ਜਿਹੀ ਛਾਪ ਪਾਈ। ਛਾਪ ਨਾ ਇੱਕ ਛੱਡ, ਤੈਨੂੰ ਦੋ ਪਾ ਦੂੰਗੀ। ਜਾ ਕੇ ਪਹਿਲਾਂ ਕੰਮ ਕਰਕੇ ਆ ਜਿਹੜਾ ਤੈਨੂੰ ਕਿਹਾ, ਬਗ ਜਾ। ਚੱਲ ਤੂੰ ਫਿਰ ਬੈਠ, ਮੈਂ ਤੇਰਾ ਕੰਮ ਕਰਕੇ ਹੀ ਆਉਂਦੀ ਹਾਂ ਹੁਣ। ਜਾ ਜਾ। ਆ ਗਈ ਮੇਰੀ ਧੀ ਜੋਤ। ਸਤਿ ਸ਼੍ਰੀ ਅਕਾਲ। ਠੀਕ ਆ? ਹਾਂ ਠੀਕ, ਤੁਸੀਂ ਦੱਸੋ? ਹਾਂ ਠੀਕ ਹੈ। ਹਾਏ ਹਾਏ, ਪਾਣੀ ਲਿਆਵਾ ਪਹਿਲਾਂ? ਨਾ ਨਾ ਮਾਸੀ। ਹਾਂ ਕੋਈ ਗੱਲ ਨਹੀਂ। ਮਾਸੀ ਤੂੰ ਬਹੁਤ ਖਰਾਬ ਹੈ, ਵੀਰੇ ਦਾ ਰਿਸ਼ਤਾ ਕਰ ਲਿਆ, ਉਹ ਵੀ ਮੇਰੀ ਸਹੇਲੀ ਨਾਲ, ਮੈਨੂੰ ਤਾਂ ਦੱਸਿਆ ਵੀ ਨਹੀਂ। ਨਾ ਤੂੰ ਕਿਹੜਾ ਘੱਟ ਖਰਾਬ ਹੈ, ਜਦ ਤੈਨੂੰ ਪਤਾ ਤੇਰੇ ਵੀਰੇ ਦਾ ਰਿਸ਼ਤਾ ਤੇਰੀ ਫਰੈਂਡ ਨਾਲ ਹੁੰਦਾ, ਨਾ ਤੂੰ ਦੱਸ ਦਿੰਦੀ ਸਾਨੂੰ, ਨਾ ਤੂੰ ਪੁੱਛਿਆ, ਨਾ ਅਸੀਂ ਦੱਸਿਆ। ਲੈ ਮੈਂ ਕੀ ਗੱਲ ਕਰਦੀ ਤੁਹਾਡੇ ਨਾਲ, ਤੁਸੀਂ ਤਾਂ ਮੇਰੇ ਤੋਂ ਚੋਰੀ ਰੱਖ ਕੇ ਕੁੜੀ ਵੀ ਦੇਖ ਆਏ, ਮੈਨੂੰ ਤਾਂ ਲੈ ਕੇ ਵੀ ਨਹੀਂ ਗਏ ਨਾਲ। ਨਹੀਂ ਕੀ ਦੱਸਾਂ, ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਉਹ ਤੇਰੀ ਸਹੇਲੀ ਆ, ਨਾ ਸਾਨੂੰ ਇਹ ਪਤਾ ਸੀ ਵੀ ਉਹ ਨੌਕਰੀ ਕਿਹੜੀ ਕਰਦੀ ਹੈ। ਮੈਂ ਤਾਂ ਕੁੜੀ ਦੇਖ ਕੇ ਹੱਕੀ ਬੱਕੀ ਰਹਿ ਗਈ। ਪਤਾ ਤਾਂ ਉਹਨੂੰ ਵੀ ਨਹੀਂ ਸੀ ਜਦੋਂ ਮੇਰੇ ਨਾਲ ਆਈ ਸੀ ਤੇਰੀ ਕੋਟੀ ਦੇਣ। ਨਹੀਂ ਹੋਰ ਪੁੱਤ, ਅਸੀਂ ਤਾਂ ਭੁਲੇਖੇ ਭੁਲੇਖੇ 'ਚ ਕੁੜੀ ਦੇਖਣ ਚਲੇ ਗਏ, ਸਾਨੂੰ ਕੀ ਪਤਾ ਸੀ ਵੀ ਉਹਨੇ ਤੇਰੀ ਸਹੇਲੀ ਨਿਕਲਣਾ। ਚੱਲ ਹੁਣ ਤਾਂ ਪਤਾ ਲੱਗ ਗਿਆ ਮਾਸੀ ਤੈਨੂੰ, ਤੂੰ ਐਵੇਂ ਕਰੀ ਇਸੇ ਪਿੰਡ ਦਾ ਮੁੰਡਾ ਦੇਖ ਲਈ ਮੇਰੇ ਵਾਸਤੇ, ਨਾਲੇ ਅਸੀਂ ਦੋਨੋਂ ਜਾਣੀਆਂ ਇਕੱਠੀਆਂ ਹੋ ਜਾਵਾਂਗੇ। ਨਹੀਂ ਅਸੀਂ ਕਿਹੜਾ ਜੋਤ ਸ਼ਗਨ ਕਰਕੇ ਆਏ ਹਾਂ, ਅਸੀਂ ਤਾਂ ਕੁੜੀ ਦੇਖ ਕੇ ਆਏ ਹਾਂ, ਪਰ ਮੈਨੂੰ ਠੀਕ ਜਿਹਾ ਨਹੀਂ ਲੱਗਦਾ ਇਹ ਰਿਸ਼ਤਾ। ਲੈ ਮਾਸੀ, ਐਵੇਂ ਕਿਉਂ ਨਹੀਂ ਠੀਕ ਲੱਗਦਾ ਤੈਨੂੰ ਰਿਸ਼ਤਾ? ਕੁੜੀ ਵੀ ਸਾਊ ਹੈ, ਇੰਨਾ ਵਧੀਆ ਪਰਿਵਾਰ ਹੈ ਉਹਦਾ, ਤੂੰ ਦੇਖੀ ਤਾਂ ਹੋਈ ਹੈ ਕੁੜੀ। ਲੈ ਪੁੱਤ, ਇੱਕ ਅੱਧੀ ਵਾਰ ਮਿਲ ਕੇ ਸੁਭਾਅ ਦਾ ਕੀ ਪਤਾ ਲੱਗਦਾ, ਸਿਆਣੇ ਕਹਿੰਦੇ ਨਹੀਂ ਵੀ ਜਾਂ ਰਾਹ ਪਿਆ ਜਾਣੀ ਹੈ ਜਾਂ ਵਾਹ ਪਿਆ ਜਾਣੀ ਹੈ। ਮਾਸੀ ਕੁੜੀ ਦੀ ਤਾਂ ਮੈਂ ਗਰੰਟੀ ਲੈਂਦੀ ਹਾਂ, ਬਹੁਤ ਹੀ ਸਾਊ ਕੁੜੀ ਆ ਉਹ। ਉਹ ਤਾਂ ਗੱਲ ਠੀਕ ਆ ਰਜੋਤ ਤੇਰੀ, ਪਰ ਕੀ ਦੱਸਾਂ, ਮੈਨੂੰ ਆ ਕੁੜੀ ਦੀ ਪੁਲਿਸ ਵਾਲੀ ਨੌਕਰੀ ਨਹੀਂ ਪਸੰਦ, ਜੇ ਮੈਨੂੰ ਪਤਾ ਹੁੰਦਾ ਨਾ ਵੀ ਕੁੜੀ ਪੁਲਿਸ 'ਚ ਨੌਕਰੀ ਕਰਦੀ ਹੈ, ਅਸੀਂ ਕਾਹਨੂੰ ਦੇਖਣ ਜਾਂਦੇ। ਮਾਸੀ ਫਿਰ ਤੁਸੀਂ ਕਿਸੇ ਤੋਂ ਪੁੱਛ ਲੈਂਦੇ ਵੀ ਕੁੜੀ ਕੀ ਕੰਮ ਕਰਦੀ ਆ। ਨਹੀਂ ਜੋਤ, ਕੁਲਵਿੰਦਰ ਦਾ ਪ੍ਰਾਹੁਣਾ ਪਤਾ ਤਾਂ ਕਰਕੇ ਆਇਆ ਸੀ, ਉਹ ਜਿਹਦੇ ਤੋਂ ਪਤਾ ਕੀਤਾ ਉਹ ਕਹਿੰਦਾ ਕੁੜੀ ਕਲਰਕ ਲੱਗੀ ਹੋਈ ਹੈ। ਹਾਂ ਕਲਰਕ ਤਾਂ ਲੱਗੀ ਹੋਈ ਸੀ, ਪ੍ਰਾਈਵੇਟ ਕਾਲਜ 'ਚ ਲੱਗੀ ਹੋਈ ਸੀ ਪਹਿਲਾਂ। ਨਹੀਂ ਬਸ ਉਹੀ ਕਲਰਕ ਦੀ ਨੌਕਰੀ ਦਾ ਪਤਾ ਲੱਗਾ, ਉਹੀ ਸੁਣ ਕੇ ਅਸੀਂ ਦੇਖਣ ਚਲੇ ਗਏ, ਸਾਨੂੰ ਤਾਂ ਇਹ ਵੀ ਨਹੀਂ ਸੀ ਪਤਾ ਵੀ ਉਹ DSP ਦੀ ਕੁੜੀ ਤੇਰੀ ਸਹੇਲੀ ਆ। ਫਿਰ ਹੁਣ ਕੀ ਬਣੂ ਮਾਸੀ, ਹੁਣ ਤਾਂ ਤੁਸੀਂ ਕੁੜੀ ਦੇਖ ਵੀ ਆਏ। ਨਹੀਂ ਕੁੜੀ ਦੇਖ ਕੇ ਕਿਹੜਾ ਨਾਂ ਨਹੀਂ ਹੁੰਦੀ, ਅਸੀਂ ਕਿਹੜਾ ਸ਼ਗਨ ਕਰਕੇ ਆਏ ਹਾਂ, ਸ਼ਗਨ ਕਰਕੇ ਆਉਂਦੇ ਫੇਰ ਗਲਤ ਸੀ। ਮਾਸੀ ਤੂੰ ਤਾਂ ਐਵੇਂ ਵਹਿਮ ਕਰੀ ਜਾਂਦੀ ਹੈ, ਕੁੜੀ ਬਹੁਤ ਸਾਊ ਹੈ, ਮੇਰੀ ਗੱਲ ਮੰਨ ਕੇ ਨਾ ਰਿਸ਼ਤਾ ਲੈ ਲਓ। ਨਾ ਜੋਤ ਮੇਰੀ ਗੱਲ ਸੁਣ, ਉਹ ਹੌਲਦਾਰ ਰਮਨਾ ਸਾਡਾ ASI ਕੋਈ ਵੱਡੇ ਅਹੁਦੇ ਵਾਲੀ ਮੈਂ ਆਪਣੀ ਬਹੂ ਲਿਆਉਂਗੀ, ਜੇ ਜ਼ਿਆਦਾ ਤੈਨੂੰ ਕੁੜੀ ਸਾਊ ਲੱਗਦੀ ਆ ਤੂੰ ਆਪਣੀ ਭੂਆ ਦਾ ਮੁੰਡੇ ਨਾਲ ਉਹਨਾਂ ਕਰਵਾ ਦੇ ਰਿਸ਼ਤਾ।
ਮੈਂ ਤਾਂ ਰਮਨੇ ਦੀ ਗੱਲ ਚੱਲਣ ਤੋਂ ਪਹਿਲਾਂ ਹੀ ਉਹਨੂੰ ਕਿਹਾ ਸੀ ਵੀ ਮੇਰੀ ਭੂਆ ਦੇ ਮੁੰਡੇ ਨਾਲ ਰਿਸ਼ਤਾ ਕਰਾ ਲਾ, ਪਰ ਉਹ ਕਹਿੰਦੀ ਮੈਂ ਪੁਲਿਸ ਵਾਲੇ ਮੁੰਡੇ ਦਾ ਰਿਸ਼ਤਾ ਨਹੀਂ ਲੈਣਾ। ਫਿਰ ਆਪਣਾ ਰਮਨਾ ਵੀ ਤਾਂ ਪੁਲਿਸ ਵਿੱਚ ਹੀ ਆ, ਇਹਨੂੰ ਕਿਉਂ ਮੰਨ ਗਈ ਫਿਰ? ਪਤਾ ਨਹੀਂ, ਪਹਿਲਾਂ ਤਾਂ ਕਹਿੰਦੀ ਸੀ ਕਿਸੇ ਹੋਰ ਡਿਪਾਰਟਮੈਂਟ 'ਚ ਕਰਾਵਾਂਗੀ, ਮੈਨੂੰ ਲੱਗਦਾ ਉਹਦੇ ਪਾਪਾ ਨੇ ਮਨਾ ਲਈ ਹੋਊਗੀ, ਕਹਿੰਦੇ ਹੋਣੇ ਮੁੰਡਾ ਬਹੁਤ ਵਧੀਆ ਅਤੇ ਵਧੀਆ ਨੌਕਰੀ 'ਚ ਲੱਗਿਆ ਹੋਇਆ। ਨਿੱਕਾ ਨੂੰ ਜੋਤ, ਇਹਨੂੰ ਕੁੜੀ ਨੂੰ ਲਾਲਚ ਹੋ ਗਿਆ ਹੋਣਾ ਵੀ ਵੱਡੇ ਅਹੁਦੇ 'ਤੇ ਆ, ਇਹ SI ਆ ਤਾਂ ਮੰਨ ਗਈ। ਨਹੀਂ ਨਹੀਂ ਮਾਸੀ, ਉਹਦੇ ਵਾਲੀ ਤਾਂ ਕੋਈ ਗੱਲ ਨਹੀਂ, ਕੀ ਪਤਾ ਇਹਦਾ ਵੀ ਉਹਦਾ ਕਦੋਂ ਵੱਧ ਜੇ, ਪੜ੍ਹਨ 'ਚ ਬਹੁਤ ਹੁਸ਼ਿਆਰ ਹੈ, ਬਹੁਤ ਪੇਪਰ ਦਿੰਦੀ ਰਹਿੰਦੀ ਹੈ। ਮੈਂ ਤਾਂ ਪੁੱਤ ਤੈਨੂੰ ਤਾਂ ਬੁਲਾਇਆ, ਜੇ ਸਾਨੂੰ ਜਵਾਬ ਦੇਣਾ ਥੋੜ੍ਹਾ ਜਿਹਾ ਔਖਾ ਲੱਗਦਾ, ਤੇਰੀ ਉਹ ਭੈਣਾਂ ਵਰਗੀ ਫਰੈਂਡ ਆ, ਤੂੰ ਗੱਲਾਂ ਗੱਲਾਂ 'ਚ ਆਪੇ ਜਵਾਬ ਦੇ ਦੇਈ ਧੀਏ। ਲੈ ਮਾਸੀ, ਮੈਂ ਕਿਵੇਂ ਜਵਾਬ ਦੇਵਾਂਗੀ, ਮੇਰਾ ਤਾਂ ਉਹਦੇ ਨਾਲ ਘਰ ਵਾਲਾ ਕੰਮ ਆ। ਤੂੰ ਉਹ ਕੁੜੀ ਜਿਹੀ ਨੂੰ ਕਹਿ ਦੇਈ ਵੀ ਉਹਨਾਂ ਨੂੰ ਠੀਕ ਜਿਹਾ ਨਹੀਂ ਲੱਗਿਆ, ਜਾਂ ਸਾਡੇ ਬਾਰੇ ਵਧਾ ਚੜ੍ਹਾ ਕੇ ਦੱਸ ਦੀ, ਉਹ ਆਪੇ ਆਪਣੇ ਬਾਪ ਨੂੰ ਦੱਸ ਦੂਗੀ। ਜੇਤ ਮਾਸੀ, ਤੁਸੀਂ ਉਹਦਾ ਰਿਸ਼ਤਾ ਨਹੀਂ ਲਓਗੇ, ਮੈਨੂੰ ਉਹਦੇ ਪਾਪਾ ਦੇ ਮੱਥੇ ਲੱਗਣਾ ਬਹੁਤ ਔਖਾ ਹੋਊਗਾ, ਉਹ ਤਾਂ ਵਿਚਾਰਾ ਮੈਨੂੰ ਆਪਣੀ ਧੀਆਂ ਵਾਂਗੂ ਹੀ ਰੱਖਦਾ। ਉਹ ਤਾਂ ਗੱਲ ਤੇਰੀ ਠੀਕ ਹੈ, ਪਰ ਇੱਥੇ ਵੀ ਰਮਨੇ ਦੀ ਜ਼ਿੰਦਗੀ ਦਾ ਸਵਾਲ ਹੈ, ਦੇਖ ਲੈ ਹੁਣ ਰਿਸ਼ਤੇ ਤਾਂ ਦੇਖ ਸੋਚ ਕੇ ਕਰਾਂਗੇ ਆਪਾਂ, ਐਵੇਂ ਥੋੜ੍ਹੀ ਠਾਹ ਸੋਟਾ ਮਾਰ ਦੇਣਾ। ਜੇ ਮਾਸੀ, ਮੈਨੂੰ ਇਹ ਪਤਾ ਹੁੰਦਾ ਨਾ ਵੀ ਤੁਹਾਨੂੰ ਇਹ ਰਿਸ਼ਤਾ ਪਸੰਦ ਨਹੀਂ ਆਉਣਾ, ਮੈਂ ਤਾਂ ਉਹਨੂੰ ਦੱਸਦੀ ਨਹੀਂ ਵੀ ਤੁਸੀਂ ਸਾਡੇ ਰਿਸ਼ਤੇਦਾਰ ਹੋ, ਹੁਣ ਤਾਂ ਬੇਇੱਜ਼ਤੀ ਵਾਲੇ ਕੰਮ ਹੋ ਗਏ। ਲੈ ਪੁੱਤ, ਤੂੰ ਤਾਂ ਕਮਲੀ ਆ, ਇਹਦੇ ਵਿੱਚ ਬੇਇੱਜ਼ਤੀ ਵਾਲਾ ਕਿਹੜਾ ਸੌਦਾ ਹੈ? ਹੁਣ ਜਦੋਂ ਆਪਾਂ ਧੀਆਂ ਪੁੱਤਾਂ ਦੇ ਰਿਸ਼ਤੇ ਕਰੀਦੇ 100 ਥਾਂ ਦੇਖੀਦੇ ਆ, ਹੁਣ ਜਦੋਂ ਸੁੱਖ ਨਾਲ ਅਸੀਂ 13 ਰਿਸ਼ਤਾ ਕਰਨਾ, ਅਸੀਂ 100 ਮੁੰਡਾ ਦੇਖਣਾ, 100 ਚੋਂ ਜਿਹੜਾ ਪਸੰਦ ਆਊਗਾ ਉੱਥੇ ਤੋਰਾਂਗੇ। ਐਂ ਥੋੜ੍ਹੀ ਵੀ ਇੱਕ ਵਾਰੀ ਮੁੰਡਾ ਦੇਖ ਲਿਆ ਤਾਂ ਤੈਨੂੰ ਤੋਰਤਾ, ਐਂ ਪੁੱਤ ਰਮਨਾ ਆ, ਦੇਖ ਲੈ ਥਾਣੇਦਾਰ ਲੱਗਿਆ ਹੋਇਆ ਹੈ, ASI ਆ, ਦੇਖਭਾਲ ਕੇ ਕਰਾਂਗੇ, ਤੂੰ ਵਜ੍ਹਾ ਜਿਹੀ ਨਾ ਜਵਾਬ ਦੇ ਦੇ। ਚੱਲ ਠੀਕ ਆ ਮਾਸੀ, ਜੇ ਤੈਨੇ ਰਿਸ਼ਤਾ ਨਹੀਂ ਲੈਣਾ, ਪਰ ਰਿਸ਼ਤਾ ਹੈ ਬਹੁਤ ਵਧੀਆ ਸੀ, ਮੈਂ ਤਾਂ ਪਿੰਕੀ ਨੂੰ ਕਹਿ ਦਿੰਦੀ ਹਾਂ ਵੀ ਸੈਟਿੰਗ 'ਚ ਨਹੀਂ ਆਈ ਪੁਲਿਸ ਦੀ ਨੌਕਰੀ ਕਰਕੇ। ਚੱਲ ਕੋਈ ਨਹੀਂ ਪੁੱਤ, ਤੂੰ ਵਜ੍ਹਾ ਜਿਹੀ ਨਾਲ ਕਹਿ ਦੇ ਹੈ, ਸਿਆਣੀ ਤੀ। ਚੱਲ ਤੂੰ ਬੈਠ, ਮੈਂ ਤੇਰੇ ਵਾਸਤੇ ਚਾਹ ਦਾ ਕੱਪ ਬਣਾ ਕੇ ਲਿਆਉਣੀ ਆ। ਨਾ ਨਾ ਮਾਸੀ, ਬਹਿ ਜਾ, ਕੋਈ ਨਾ, ਚਾਹ ਮੈਂ ਫੇਰ ਪੀ ਕੇ ਜਾਵਾਂਗੀ। ਉਹ ਫੇਰ ਦੀ ਫੇਰ ਸਹੀ, ਚੱਲ ਫੇਰ ਨਾ ਮਿਲੂਗੀ ਤੈਨੂੰ ਚਾਹ, ਬਹਿ ਜਾ। ਰਹਿਣ ਦੇ, ਕੋਈ ਗੱਲ ਨਹੀਂ, ਹੁਣ ਮੈਂ ਜਾਂਦੀ ਆ, ਟਾਈਮ ਹੋਈ ਜਾਂਦਾ ਆ। ਨਹੀਂ ਬਹਿ ਜਾ, ਗੁੜ ਸੌਂਫ ਵਾਲੀ ਬਣਾ ਦਿੰਨੀ ਆ। ਚੰਗਾ, ਕੋਈ ਨਾ ਮਾਸੀ, ਮੈਂ ਉਹਨੂੰ ਕਹਿ ਕੇ ਵੀ ਆਈ ਸੀ। ਚੰਗਾ ਚੰਗਾ ਮਾਸੀ, ਮੈਂ ਚੱਲਦੀ। ਚੰਗਾ, ਪਤਾ ਨਹੀਂ ਜੋਤ ਦੀ ਮਾਸੀ ਹਾਂ ਕਰੂਗੀ ਕਿ ਨਾ ਕਰੂਗੀ। ਜੇ ਉਹਨਾਂ ਨੇ ਨਾ ਕਰਤੀ ਫੇਰ ਕੀ ਬਣੂਗਾ? ਮੈਂ ਵੀ ਨੈਗੇਟਿਵ ਸੋਚੀ ਜਾਂਦੀ ਹਾਂ, ਜਿੰਨੀਆਂ ਨੈਗੇਟਿਵ ਵਾਈਬਸ ਲੈ ਕੇ ਆਊਂਗੀ ਉਨਾ ਹੀ ਨੈਗੇਟਿਵ ਹੋਊਗਾ, ਕੀ ਪਤਾ ਉਹਨਾਂ ਦੀ ਹਾਂ ਹੀ ਹੋਵੇ। ਮੈਂ ਵੀ ਸੋਚ ਸੋਚ ਕੇ ਮਾਈਗ੍ਰੇਨ ਖੜਾ ਕਰ ਲਾਂ, ਅੱਧਾ ਸਿਰ ਤਾਂ ਮੇਰਾ ਪਹਿਲਾਂ ਹੀ ਦੁਖਦਾ। ਹੈਲੋ, ਫੜੋ ਚਾਹ। ਇੱਕ ਕੰਮ ਕਿਹਾ ਸੀ ਤੁਹਾਡੇ ਤੋਂ, ਉਹ ਨਹੀਂ ਪੂਰ ਚੜਿਆ, ਬੇਇੱਜ਼ਤੀ ਵਾਲਾ ਕੰਮ ਕਰਾ ਕੇ ਰੱਖਤਾ। ਯਾਰ ਮੈਂ ਤਾਂ ਪਤਾ ਹੀ ਕਰਕੇ ਆਇਆ ਸੀਗਾ, ਦੱਸ ਮੇਰੇ ਇਹਦੇ 'ਚ ਕੀ ਕਸੂਰ ਆ, ਦੁਆਲਿਆਂ ਨੇ ਗਲਤ ਦੱਸਤਾ। ਨਾ ਹੁਣ ਨਾ ਕਰਨ ਜੋਗੇ ਆ, ਨਾ ਰਿਸ਼ਤਾ ਲੈਣ ਜੋਗੇ ਆ। ਯਾਰ ਕਈ ਦਿਨ ਚੁੱਪੇ ਰਹੋ, ਅਗਲਾ ਆਪੇ ਸਮਝੂਗਾ ਵੀ ਨਾ ਇਹ ਹੋਣੀ ਆ। ਮੇਰੇ ਭਾਈ ਦਾ ਤਾਂ DSP ਨਾਲ ਫਰਕ ਪਊਗਾ ਨਾ? ਉਹ ਫਰਕ ਪਏ ਇਹਨੂੰ, ਤੇਰੇ ਭਾਈ ਨੇ DSP ਦਾ ਦਾਅਵਾ ਲੈਣ ਜਾਣਾ, ਰਿਟਾਇਰ ਤਾਂ ਹੈਗਾ, ਉਹ ਤੋਂ ਕੀ ਲੈਣਾ ਉਹਨੇ ਹੁਣ? ਫਿਰ ਵੀ ਪੁਰਾਣੀ ਲਿਹਾਜ਼ਾ, ਫਰਕ ਤਾਂ ਪੈ ਹੀ ਜਾਂਦਾ ਹੁੰਦਾ। ਉਹ ਯਾਰ ਆਪਾਂ ਉਹਨੂੰ ਥੋੜ੍ਹਾ ਕਿਹਾ ਸੀ, ਹੁਣੇ ਆਪ ਕਹਿ ਦੀ ਆਪਦੀ ਕੁੜੀ ਦਾ ਰਿਸ਼ਤਾ ਕਰਨ ਨੂੰ, ਜਾਂ ਆਪੋ ਨਹੀਂ ਪਸੰਦ ਆਈ, ਆਪਣੇ ਨਾਂ ਤਾਂ ਕਰਨੀ ਹੁੰਦੀ। ਨਾਲੇ ਉਹ ਕੁੜੀ ਆਪਣੀ ਜੋਤ ਦੀ ਸਹੇਲੀ ਆ, ਜੋਤ ਦਾ ਵੀ ਫਰਕ ਪਊ ਉਹਦੇ ਨਾਲ। ਉਹ ਯਾਰ ਜੋਤ ਕਿਹੜਾ ਰਿਸ਼ਤੇ ਦੇ ਵਿੱਚ ਆਈ ਆ, ਵੀ ਜੋਤ ਨਾਲ ਫਰਕ ਪਊ ਉਹਦਾ? ਚਾਹੇ ਨਾ ਵਿੱਚ ਆਈ ਹੋਵੇ, ਫਿਰ ਵੀ ਅਗਲੇ ਨੂੰ ਗੁੱਸਾ ਤਾਂ ਹੁੰਦਾ ਹੀ ਆ ਵੀ ਤੁਹਾਡੇ ਰਿਸ਼ਤੇਦਾਰਾਂ ਨੇ ਮੈਨੂੰ ਦੇਖ ਕੇ ਛੱਡਤਾ। ਉਹ ਯਾਰ ਹੋਰ ਤਾਂ ਕੋਈ ਹੱਲ ਹੈ ਨਹੀਂ, ਤੁਸੀਂ ਐਂ ਕਰੋ ਉਹਦਾ ਰਿਸ਼ਤਾ ਲੈ ਲਓ, ਹੁਣ ਹੌਲਦਾਰ ਆ, ਹੌਲੀ ਹੌਲੀ ਰੈਂਕ ਵੱਧਦਾ ਜਾਊਗਾ। ਰਮਨਾ ਤਾਂ ਪਹਿਲਾਂ ਹੀ ਤਿਆਰ ਆ ਰਿਸ਼ਤਾ ਲੈਣ ਨੂੰ, ਉਹ ਤਾਂ DSP ਤੋਂ ਡਰਦਾ ਹੀ ਹਾਂ ਕਰੀ ਜਾਂਦਾ। ਯਾਰ ਖਬਰ ਆ ਉਹਨੂੰ ਕੁੜੀ ਪਸੰਦ ਆ ਗਈ ਹੋਵੇ, ਨਾਲੇ ਮੁੰਡਾ ਰਾਜੀ ਆ ਵਿਆਹ ਕਰਾਉਣ ਨੂੰ। ਯਾਰ ਤੁਸੀਂ ਕਦੋਂ ਟੰਗ ਡਾਈਏ ਨਾ, ਕਰਾ ਲਾਂ ਦੋ ਉਹਨੂੰ। ਹੁਣ ਤਾਂ ਹੋਰ ਵੀ ਰਿਸ਼ਤਾ ਹੋ ਜਾਊਗਾ ਵਧੀਆ, ਪਰ ਜੇ ਪੁਲਿਸ ਵਾਲੀ ਨੇ ਨਾ ਸੈਟਿੰਗ ਆਈ ਫਿਰ ਸਾਰੇ ਜਣੇ ਪਛਤਾਈ ਜਾਵਾਂਗੇ। ਯਾਰ ਇੱਕ ਕੁੜੀ ਤਾਂ ਹੋਰ ਵਿੰਗਿਆ ਮੇਰੀ ਨਿਗਾਹ 'ਚ, ਮੇਰਾ ਦੋਸਤ ਆ, ਉਹਦੀ ਭੈਣ ਆ, ਟੀਚਰ ਲੱਗੀ ਹੋਈ ਸਰਕਾਰੀ, ਪਰ ਉਹ ਇਹਨਾਂ ਲੈਣ ਦੇਣ ਨਹੀਂ ਦੇ ਸਕਦੇ ਯਾਰ।
ਬਸ ਰਹਿਣੇ ਦਿਓ, ਤੁਹਾਡੀਆਂ ਤਾਂ ਗੱਲਾਂ ਨਾ ਕੱਚੀਆਂ ਹੀ ਹੁੰਦੀਆਂ ਨੇਗੀਆਂ। ਹੁਣ ਟੀਚਰ ਕਹਿ ਰਹੇ ਹੋਗੇ, ਜਦੋਂ ਦੇਖਣ ਜਾਵਾਂਗੇ ਐ ਨਹੀਂ ਪਤਾ। ਅਗਲਾ ਕਹਿੰਦੇ ਪਹਿਲਾਂ ਟੀਚਰ ਲੱਗੀ ਸੀ, ਹੁਣ ਤਾਂ ਕੁੜੀ ਨਰਸ ਲੱਗੀ ਆ। ਚੱਲ ਜੇ ਮੇਰੇ 'ਤੇ ਨਹੀਂ ਯਕੀਨ ਨਾ, ਕਰ ਲਓ ਜਿੱਥੇ ਕਰਨਾ, ਮੈਂ ਕੀ ਲੈਣਾ। ਬਸ ਇੱਕ ਵਾਰੀ ਨਾ ਆਹ ਕੁੜੀ ਤੋਂ ਖਹਿੜਾ ਸੁੱਟ ਜਾਵੇ, ਫਿਰ ਹੋਰ ਕੁੜੀ ਦੇਖਾਂਗੇ ਵਧੀਆ ਜੀ। ਨਾਲੇ ਰਿਸ਼ਤਾ ਕਰਨ ਤੋਂ ਪਹਿਲਾਂ ਦੇਖਾਂਗੇ ਕੁੜੀ ਕਰਦੀ ਕੀ ਆ, ਨਾਲੇ ਡਿਊਟੀ ਕਿੱਥੇ ਆ। ਉਹ ਯਾਰ ਉਹਨਾਂ ਤੋਂ ਖਹਿੜਾ ਛਡਾਉਣ ਨੂੰ ਕੀ ਆ, ਉਹ ਕੀ ਧੱਕੇ ਨਾ ਤੋਰ ਰਹੇ ਨੇ ਆਪਦੀ ਕੁੜੀ, ਕਰ ਲਓ ਜਿੱਥੇ ਕਰਨਾ। ਮੈਂ ਤਾਂ ਇਹ ਕਹਿੰਦੀ ਹਾਂ, ਸਰਕਾਰ ਨੂੰ ਨਾ ਪੁਲਿਸ ਦੇ ਵਿੱਚ ਕੁੜੀਆਂ ਨੂੰ ਭਰਤੀ ਕਰਨਾ ਹੀ ਨਹੀਂ ਚਾਹੀਦਾ, ਇਹ ਨੌਕਰੀ ਤਾਂ ਮੁੰਡਿਆਂ ਦੇ ਕਰਨ ਵਾਲੀ ਹੋਈ ਆ। ਉਹ ਯਾਰ ਆਪਣੀ ਜੋਤ ਵੀ ਪੁਲਿਸ ਦੇ ਵਿੱਚ ਭਰਤੀ ਹੋਆ, ਪਰ ਉਹ ਤੁਹਾਨੂੰ ਕਿੱਥੇ ਬੁਰੀ ਲੱਗੂਗੀ, ਉਹ ਤਾਂ ਤੁਹਾਡੀ ਆਪਦੀ ਆ। ਮੈਂ ਤਾਂ ਮਾਸੀ ਨੂੰ ਵੀ ਬਥੇਰਾ ਜ਼ੋਰ ਲਾਇਆ ਸੀਗਾ ਵੀ ਨਾ ਇਹਨੂੰ ਪੁਲਿਸ ਦੇ ਵਿੱਚ ਭਰਤੀ ਕਰਾ, ਪਰ ਉਹਨਾਂ ਨੇ ਮੇਰੀ ਮੰਨੀ ਹੋਈ ਨਹੀਂ। ਉਹ ਰਿਸ਼ਤਾ ਤਾਂ ਹੁਣ ਤੁਹਾਡੀ ਜੋਤ ਦਾ ਵੀ ਔਖਾ ਹੀ ਹੋਊਗਾ, ਕਿਉਂਕਿ ਉਹ ਵੀ ਪੁਲਿਸ ਦੇ ਵਿੱਚ ਆ ਨਾ, ਤੁਹਾਡੇ ਵਾਂਗੂ ਨਾ ਹਰੇਕ ਕਲੱਕ ਜਾਂ ਮਾਸਟਰ ਨਹੀਂ ਭਾਲੂਗਾ। ਨਹੀਂ ਨਹੀਂ, ਜਿਨ੍ਹਾਂ ਦਾ ਮੁੰਡਾ ਨੌਕਰੀ ਨਹੀਂ ਨਾ ਕਰਦਾ ਹੁੰਦਾ, ਉਹ ਤਾਂ ਪੁਲਿਸ ਵਾਲੀ ਨੂੰ ਵੀ ਭੱਜ ਕੇ ਲੈ ਲੈਂਦਾ ਤਨਖਾਹ ਦੇ ਲਾਲਚ ਵਿੱਚ। ਲੈ ਫਿਰ ਤਾਂ ਸੁਣੀ, ਮੇਰਾ ਰਿਸ਼ਤਾ ਲਾਲਚ ਨੂੰ ਲਿਆਊਗਾ ਵੀ ਮੁੰਡਾ ਪੁਲਿਸ 'ਚ ਆ, ਤੂੰ ਵਿਹਲੀ ਤੀ। ਅਸੀਂ ਤਾਂ ਕੋਈ ਨਹੀਂ ਤੁਹਾਡੀ ਨੌਕਰੀ ਦੇਖ ਕੇ ਰਿਸ਼ਤਾ ਕੀਤਾ, ਅਸੀਂ ਤਾਂ ਜ਼ਮੀਨ ਦੇਖ ਕੇ ਰਿਸ਼ਤਾ ਕੀਤਾ ਵੀ ਜ਼ਮੀਨ ਜਾਇਦਾਦ ਵਧੀਆ ਆਉਂਦੀ ਆ। ਉਹ ਕੀਤਾ ਸੋਨੇ ਵੀ ਲਾਲਚ ਨੂੰ ਆ, ਹੁਣ ਜ਼ਮੀਨ ਦੇ ਲਾਲਚ ਨੂੰ ਕਰਤਾ। ਨਾ ਲਾਲਚ ਤਾਂ ਤੁਸੀਂ ਵੀ ਕੀਤਾ ਸੀਗਾ, ਫਿਰ ਮੰਗ ਮੰਗ ਦਾਜ ਲਿਆ ਸੀਗਾ ਤੇਰੀ ਮਾਂ ਨੇ, ਹਜੇ ਵੀ ਮਿਹਣੇ ਮਾਰੀ ਜਾਂਦੀ ਆ, ਹੋਰ ਪਤਾ ਨਹੀਂ ਕੀ ਭਾਲਦੀ ਆ। ਤੁਸੀਂ ਕਿਹੜਾ ਕਰ ਨਹੀਂ ਰਹੇ ਲਾਲਚ, ਤੁਸੀਂ ਵੀ ਤਾਂ ਕਰੇ ਰਹੋਗੇ, ਨਾਲ ਤਾਂ ਕੁੜੀ ਕੰਮ ਕਰਨ ਵਾਲੀ ਹੋਵੇ, ਨਾਲੇ ਦਾਜ ਲੈ ਕੇ ਆਵੇ, ਨਾਲੇ ਉਹਦਾ ਬੜਾ ਹੋਵੇ। ਮੇਰਾ ਭਾਈ ਤਾਂ ਫਿਰ ASI ਲੱਗਿਆ ਹੋਇਆ, ਅਸੀਂ ਤਾਂ ਉਹਦਾ ਦੇਖਣਾ ਹੀ ਆ। ਓਏ ਹੁਣੇ ਬਣਿਆ ASI, ਉਹ ਪਹਿਲਾਂ ਸਫਾਈ ਭਰਤੀ ਹੋਇਆ ਸੀ, ਨਾਲੇ ਹੁਣ ਕਿਹੜਾ DGP ਬਣ ਗਿਆ, ASI ਉਹ ਆ, ASI ਦਾ ਐਡਾ ਬੜਾ ਉਹਦਾ ਨਹੀਂ ਹੁੰਦਾ ਜਿੱਦਾਂ ਤੁਸੀਂ ਹਵਾ ਚੱਕੀ ਫਿਰਦੇ ਹੋ। ਨਾ ਤੁਸੀਂ ਕਿਉਂ ਨਾ ਬਣ ਗਏ ਫਿਰ ASI ਹੁਣ ਤੱਕ, ਨਾਲੇ ਉਹਦੇ ਤੋਂ ਪਹਿਲਾਂ ਦੇ ਭਰਤੀ ਹੋਏ ਹੋਏ ਹੋ। ਮੈਂ ਤੇਰੇ ਭਾਈ ਵਾਂਗੂ ਨਾ ਬੜੇ ਅਫਸਰ ਨੇ ਚਾਪਲੂਸੇ ਨਹੀਂ ਕਰਦਾ, ਆਪਾਂ ਤਾਂ ਯਾਦ ਰਹਿ ਕੇ ਨੌਕਰੀ ਕਰਦੇ ਹਾਂ, ਤੇਰਾ ਭਾਈ ਤਾਂ ਹੁਣ ਤੱਕ ਰਿਟਾਇਰਡ ਐਸਪੀ ਤੋਂ ਡਰੀ ਜਾਂਦਾ ਗਾ। ਚਾਪਲੂਸੀਆਂ ਕਰਕੇ ਅਗਲੇ ਦਾ ਉਹਦਾ ਨਹੀਂ ਵਧਿਆ, ਟੈਲੈਂਟਡ ਅਗਲਾ ਵਧੀਆ ਤਰੀਕੇ ਨਾਲ ਨੌਕਰੀ ਕਰਦਾ ਗਾ। ਤੁਹਾਡੇ ਤੋਂ ਤਾਂ ਇੱਕ ਕੁੜੀ ਦਾ ਨਹੀਂ ਸਹੀ ਤਰੀਕੇ ਨਾਲ ਪਤਾ ਕਰਿਆ ਗਿਆ, ਇਹੋ ਜਿਹੀ ਸਵਾਹ ਨੌਕਰੀ ਤੇ ਡਾਉਂਦੇ ਹੋਵੋਗੇ। ਲੱਗੀ ਆ ਉਹਦੇ ਭਾਈ ਦੀ ਸਾਈਡ ਲੈਣਾ, ਸਰਵਿਸ ਨਗਰ ਵਾਲੀ ਮੇਰੇ ਤੋਂ ਕਿਤੇ ਕੁੱਤੇ ਵਾਂਗੂ ਭੌਂਕੀ ਜਾਂਦੀ ਆ। ਲੈ ਸਰਵਿਸ ਕਰਨਾ ਤਾਂ ਦੂਰ ਦੀ ਗੱਲ ਆ, ਤੁਸੀਂ ਉਂਗਲੀ ਲਾ ਕੇ ਦਿਖਾ ਦਿਓ, ਮੇਰਾ ਭਾਈ ASI ਲੱਗਿਆ ਹੋਇਆ, ਜੇ ਨਾ ਪੁੱਠਾ ਡੰਗਾਤਾ ਨਾ ਫੇਰ ਕਿਹੋ। ਆ ਜਿਹੜੀ ਔਜਲੀ ਧੌਂਸਾ ਨਾ, ਆ ਰਿਸ਼ਤੇ ਮੂਹਰੇ ਦਿਖਾਇਆ ਕਰੋ, ਮੇਰੇ ਮੂਹਰੇ ਨਹੀਂ ਚੱਲਣੀ ਇਹ। ਤੈਨੂੰ ਪਤਾ ਹੀ ਹੈ ਮਾਸੀ ਦੇ ਸੁਭਾਅ ਦਾ, ਉਹ ਗੱਲਾਂ ਹੀ ਬਾਹਲੀ ਲੈ ਕੇ ਪੈ ਜਾਂਦੀ ਹੈ, ਮੱਲੋ ਮੱਲੀ ਟਾਈਮ ਲਾ ਤਾ ਉਹਨੇ ਤਾਂ। ਤੂੰ ਉਹ ਛੱਡ, ਮੈਨੂੰ ਇਹ ਦੱਸ ਵੀ ਕੀ ਬਣਿਆ। ਮੇਰੇ ਤਾਂ ਦਿਲ ਦੀ ਧੜਕਣ ਪਤਾ ਕਿੰਨੀ ਤੇਜ਼ ਹੋਈ ਪਈ ਆ, ਮੈਂ ਤਾਂ ਤੈਨੂੰ ਉਡੀਕੀ ਗਈ ਵੀ ਕਦੋਂ ਆਵੇ, ਕਦੋਂ ਮੈਨੂੰ ਦੱਸੇ ਕੋਈ ਗੱਲ। ਖੜ ਜਾ, ਇੰਨੀ ਬੇਸਬਰੀ ਕਾਹਨੂੰ ਹੋਈ ਪਈ ਹੈ, ਨਾਲੇ ਮੇਰੀ ਗੱਲ ਸੁਣ, ਇਹ ਗੱਲ ਕਰਨ ਦੀ ਨਹੀਂ ਮਾਸੀ ਨੇ ਬੁਲਾਇਆ ਸੀ, ਉਹਨੂੰ ਤਾਂ ਹੋਰ ਹੀ ਕੰਮ ਸੀ। ਅੱਛਾ, ਫਿਰ ਤੇਰੀ ਮਾਸੀ ਨੇ ਮੇਰੇ ਜਾਂ ਰਿਸ਼ਤੇ ਬਾਰੇ ਕੋਈ ਗੱਲ ਨਹੀਂ ਤੋਰੀ ਤੇਰੇ ਕੋਲੇ? ਨਾ ਨਾ, ਰਿਸ਼ਤੇ ਬਾਰੇ ਤਾਂ ਕੋਈ ਗੱਲ ਨਹੀਂ ਹੋਈ। ਨਾ ਜੇ ਤੇਰੀ ਮਾਸੀ ਨੇ ਗੱਲ ਨਹੀਂ ਤੋਰੀ ਤੇਰੇ ਕੋਲੇ ਤਾਂ ਤੂੰ ਤੋਰ ਲੈਂਦੀ ਆਪ, ਤੈਨੂੰ ਮੈਂ ਭੇਜਿਆ ਕਿਹੜੇ ਕੰਮ ਨੂੰ ਸੀ, ਇਸੇ ਕਰਕੇ ਭੇਜਿਆ ਸੀ ਨਾ ਵੀ ਜਾ ਕੇ ਗੱਲ ਕਰਿਆ। ਮੈਨੂੰ ਇੱਕ ਗੱਲ ਦੱਸ, ਤੇਰੇ ਵਿੱਚ ਕੋਈ ਘਾਟ ਹੈ, ਤੂੰ ਇੰਨੀ ਟੈਨਸ਼ਨ ਲੈ ਰਹੀ ਹੈ, ਜੇ ਉਹ ਤੇਰਾ ਰਿਸ਼ਤਾ ਨਹੀਂ ਲੈਣਗੇ ਤਾਂ ਤੈਨੂੰ ਹੋਰ ਰਿਸ਼ਤੇ ਬਥੇਰੇ ਮਿਲ ਜਾਣਗੇ, ਨਾਲੇ ਤੁਹਾਡੀ ਕਿਹੜਾ ਲਵ ਮੈਰਿਜ ਹੈ ਵੀ ਤੂੰ ਉੱਥੇ ਹੀ ਕਰਾਉਣਾ ਪਿਆ, ਤੁਸੀਂ ਤਾਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਵੀ ਨਹੀਂ, ਨਾ ਤੁਹਾਡੀ ਕਦੇ ਗੱਲ ਹੋਈ ਆ ਫੋਨ 'ਤੇ ਇੱਕ ਦੂਜੇ ਨਾਲ। ਜੋਤ, ਜਦੋਂ ਮੈਂ ਉਹਨੂੰ ਪਹਿਲੀ ਵਾਰੀ ਮਿਲੀ ਸੀ ਤਾਂ ਮੈਨੂੰ ਕੋਈ ਖਾਸ ਖਿੱਚ ਨਹੀਂ ਸੀਗੀ, ਅਤੇ ਨਾ ਹੀ ਮੈਨੂੰ ਇਹ ਪਤਾ ਸੀ ਵੀ ਮੇਰਾ ਰਿਸ਼ਤਾ ਹੋਊਗਾ ਉਹਦੇ ਨਾਲ, ਪਰ ਹੁਣ ਤਾਂ ਬਸ ਮੈਨੂੰ ਇਹ ਲੱਗਦਾ ਵੀ ਮੇਰਾ ਵਿਆਹ ਬਸ ਉਸੇ ਨਾਲ ਹੀ ਹੋਵੇ। ਤੈਨੂੰ ਉਹਦੇ ਨਾਲ ਪਿਆਰ ਥੋੜ੍ਹਾ ਨਾ ਹੋਇਆ, ਇੱਕ ਆਪਣਾਪਣ ਲੱਗਿਆ ਤੈਨੂੰ ਉਹਦੇ ਨਾਲ, ਇਹ ਤਾਂ ਇਹ ਚੀਜ਼ ਉਹਦੇ ਨਾਲ ਵੀ ਹੋਊਗੀ ਜਿਹਦੇ ਨਾਲ ਤੇਰਾ ਰਿਸ਼ਤਾ ਹੋਊਗਾ। ਦੇਖ, ਤੂੰ ਮੇਰੀ ਫਰੈਂਡ ਆ, ਤੇਰੇ ਤੋਂ ਕਾਹਦਾ ਭਰਦਾ। ਅਸਲ 'ਚ ਨਾ ਮੈਂ ਉਹਦੀ ਫੋਟੋ ਵਾਰ ਵਾਰ ਦੇਖੀ ਗਈ ਅਤੇ ਦੇਖ ਦੇਖ ਕੇ ਇਹੀ ਸੋਚੀ ਗਈ ਵੀ ਸਾਡਾ ਵਿਆਹ ਐਵੇਂ ਹੋਊਗਾ, ਸਾਡਾ ਵਿਆਹ ਐਵੇਂ ਹੋਊਗਾ, ਬਸ ਖਿਆਲਾਂ ਖਿਆਲਾਂ 'ਚ ਨਾ ਮੈਨੂੰ ਪਿਆਰ ਹੋ ਗਿਆ ਉਹਦੇ ਨਾਲ। ਜਿਹੜਾ ਮੁੰਡਾ ਤੈਨੂੰ ਪਸੰਦ ਕਰਦਾ ਉਹ ਤੇਰੇ ਨਖਰੇ ਹੇਠ ਨਹੀਂ ਆਉਂਦਾ, ਤੂੰ ਤਾਂ ਐਵੇਂ ਹੀ ਰਮਣੇ 'ਤੇ ਪਿੱਛੇ ਪਈ ਹੈ, ਕੀ ਪਤਾ ਭੂਆ ਦਾ ਮੁੰਡਾ ASI ਬਣ ਜੇ। ਨਹੀਂ ਯਾਰ, ਤੂੰ ਗਲਤ ਸਮਝ ਗਈ,
ਮੈਂ ਉਹਦੇ ਅਹੁਦੇ ਕਰਕੇ ਥੋੜੀ ਕਹਿ ਰਹੀ ਹਾਂ, ਪਤਾ ਨਹੀਂ ਕਿਉਂ ਮੈਨੂੰ ਉਹਨਾਂ ਦਾ ਸਾਰਾ ਪਰਿਵਾਰ ਹੀ ਵਧੀਆ ਲੱਗਿਆ। ਇੰਨਾ ਵੀ ਵਧੀਆ ਪਰਿਵਾਰ ਨਹੀਂ ਹੈਗਾ, ਤੂੰ ਮੇਰੇ ਮਾਸੀ ਦੇ ਸੁਭਾਅ ਨੂੰ ਨਹੀਂ ਜਾਣਦੀ ਹੈਗੀ, ਬਹੁਤ ਗੁੱਸੇਖੋਰ ਆ ਉਹ, ਤੂੰ ਮਾਸੀ ਦਾ ਪਿਆਰ ਹੀ ਦੇਖਿਆ, ਗੁੱਸਾ ਨਹੀਂ ਦੇਖਿਆ। ਮੇਰੀ ਨਾ ਮਾਸੀ ਦੀ ਕੁੜੀ ਵੀ ਬਹੁਤ ਲੜਾਕੀ ਆ, ਤੂੰ ਇੰਨੀਆਂ ਨੈਗੇਟਿਵ ਗੱਲਾਂ ਕਿਉਂ ਕਰ ਰਹੀ ਹੈ ਉਹਨਾਂ ਬਾਰੇ? ਤੈਨੂੰ ਤੇਰੀ ਮਾਸੀ ਨਾਲੋਂ ਜ਼ਿਆਦਾ ਭੂਆ ਪਿਆਰੀ ਆ, ਇਸੇ ਕਰਕੇ ਤੂੰ ਆਪਦੀ ਭੂਆ ਦੇ ਮੁੰਡੇ ਨਾਲ ਮੇਰਾ ਰਿਸ਼ਤਾ ਕਰਾਉਣ ਨੂੰ ਫਿਰਦੀ ਆ। ਮੈਨੂੰ ਨਾ ਮਾਸੀ ਨਾਲ ਭੂਆ ਪਿਆਰੀ ਨਹੀਂ ਹੈਗੀ, ਮੈਂ ਤਾਂ ਕਹਿ ਰਹੀ ਸੀ ਵੀ ਉਹਨਾਂ ਦਾ ਟੱਬਰ ਮਾਸੀ ਨਾਲ ਬਹੁਤ ਵਧੀਆ ਆ, ਉਹਨਾਂ ਦਾ ਖੁੱਲ੍ਹਾ ਸੁਭਾਅ ਆ, ਉਹਨਾਂ ਦਾ ਲਾਲਚੀ ਖੋਰ ਆ। ਪਰ ਮੇਰੇ ਪਾਪਾ ਨੂੰ ਤਾਂ ਇਹੀ ਰਿਸ਼ਤਾ ਪਸੰਦ ਆਇਆ, ਉਹ ਤਾਂ ਜਾਣਦੇ ਨਹੀਂ ਇਹਨਾਂ ਨੂੰ। ਯਾਰ ਜਾਣ ਪਛਾਣ ਤਾਂ ਮੈਂ ਕਰਾ ਦੂੰਗੀ, ਹੋਰ ਦੱਸ ਮੈਂ ਵਿਚੋਲਣ ਬਣ ਜਾਂਦੀ ਹਾਂ? ਅੱਛਾ, ਇੱਧਰ ਵੀ ਤਾਂ ਵਿਚੋਲਣ ਬਣਨ ਨੂੰ ਫਿਰਦੀ ਹੈ, ਫਿਰ ਉੱਧਰ ਬਣ ਜਾ ਜਿੱਧਰ ਮੈਂ ਕਹਿੰਦੀ ਹਾਂ। ਜਦੋਂ ਯਾਰ ਅਗਲਾ ਮੰਨ ਨਹੀਂ ਰਿਹਾ, ਆਪਾਂ ਮਿੰਤਾ ਕਰੀਏ ਉਹਨਾਂ ਦੀ। ਕੀ ਤੇਰੀ ਮਾਸੀ ਕਿ ਮੰਨ ਨਹੀਂ ਰਹੇ ਮੇਰਾ ਰਿਸ਼ਤਾ ਲੈਣ ਨੂੰ? ਫਿਰ ਯਾਰ ਮੈਨੂੰ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ? ਮੈਂ ਵਾਰ ਵਾਰ ਤੈਨੂੰ ਇੱਕੋ ਗੱਲ ਤਾਂ ਪੁੱਛੀ ਜਾਂਦੀ ਹਾਂ। ਨਹੀਂ ਨਹੀਂ ਯਾਰ, ਤੂੰ ਬਹੁਤ ਗਲਤ ਸਮਝ ਗਈ, ਮੇਰੀ ਗੱਲ ਤਾਂ ਐਂ ਆ ਵੀ ਜੇ ਉਹ ਤੈਨੂੰ ਹਾਂ ਕਰਨਗੇ ਉਹ ਆਪੇ ਹੀ ਦੱਸ ਦੇਣਗੇ, ਆਪਾਂ ਮਿੰਤਾ ਕਾਹਨੂੰ ਕਰਨੀ ਹੈ? ਨਾਲੇ ਤੇਰੇ 'ਚ ਕੋਈ ਘਾਟ ਹੈ, ਵਧੀਆ ਨੌਕਰੀ ਲੱਗੀ ਹੋਈ ਹੈ। ਨੌਕਰੀ ਤਾਂ ਵਧੀਆ ਨਹੀਂ, ਜੇ ਨੌਕਰੀ ਵਧੀਆ ਹੁੰਦੀ ਨਾ ਜਦੋਂ ਵੇਖਣ ਆਏ ਸੀ ਉਦੋਂ ਹੀ ਸਗਨ ਪਾ ਕੇ ਜਾਂਦੇ, ਫਿਰ ਸੋਚਣ ਨੂੰ ਇੰਨਾ ਟਾਈਮ ਨਹੀਂ ਲੈਂਦੇ ਸੀ ਤੇਰੀ ਮਾਸੀ ਕੇ। ਲੈ ਮਾਸੀ ਨੂੰ ਕੀ ਪਤਾ ਨੌਕਰੀਆਂ ਦਾ, ਉਹ ਤਾਂ ਮੋਟੀ ਮੱਤ ਦੀ ਹੈ, ਨਾਲੇ ਉਹ ਤਾਂ ਜਨਾਨੀਆਂ ਵਾਲੀ ਗੱਲਾਂ ਕਰੀ ਜਾਂਦੀ ਹੈ। ਜੇ ਕਿਤੇ ਤੇਰੀ ਮਾਸੀ ਨੇ ਨਾ ਕਰਤੀ ਨਾ, ਸਾਡੀ ਤਾਂ ਸਾਰੇ ਰਿਸ਼ਤੇਦਾਰਾਂ 'ਚ ਬੇਇੱਜ਼ਤੀ ਹੋ ਜੂਗੀ, ਕਹਿਣਗੇ ਦੇਖਣ ਆਏ ਬੇਪਸੰਦ ਕਰਕੇ ਨਾ ਕਰ ਗਏ। ਤੁਸੀਂ ਰਿਸ਼ਤੇਦਾਰਾਂ 'ਚ ਪਹਿਲਾਂ ਰੌਲਾ ਕਿਉਂ ਪਾਇਆ, ਪਹਿਲਾਂ ਪੱਖ ਠੱਕ ਤਾਂ ਕਰ ਲੈਂਦੇ। ਸਾਨੂੰ ਕੀ ਪਤਾ ਸੀ, ਸਾਨੂੰ ਤਾਂ ਹੁਣ ਇਹੀ ਸੀ ਵੀ ਉਹਨਾਂ ਨੂੰ ਰਿਸ਼ਤਾ ਪਸੰਦ ਆ ਤਾਂ ਹੀ ਦੇਖਣ ਆਏ ਆ। ਲੈ ਯਾਰ ਐਵੇਂ ਥੋੜ੍ਹਾ ਨਾ ਹੁੰਦਾ, ਰਿਸ਼ਤੇ ਕਰਨ ਲੱਗੇ ਕਿੰਨੇ ਰਿਸ਼ਤੇ ਦੇਖਣੇ ਪੈਂਦੇ ਆ, ਨਾਲੇ ਮੈਨੂੰ ਨਹੀਂ ਲੱਗਦਾ ਹੈਗਾ ਮੇਰੀ ਮਾਸੀ ਹੁਣ ਹਾਂ ਕਰਨਗੇ। ਜੇ ਉਹਨਾਂ ਦੀ ਹਾਂ ਹੁੰਦੀ ਫਿਰ ਉਹ ਫੋਨ ਵਗੈਰਾ ਕਰਦੇ ਸ਼ਗਨ ਕਰਨ ਵਾਸਤੇ। ਹਾਂ ਯਾਰ ਇਹ ਵੀ ਤੇਰੀ ਗੱਲ ਸੋਚਣ ਵਾਲੀ ਆ, ਉਹਨਾਂ ਦੀ ਨਾ ਹੀ ਹੋਊਗੀ ਤਾਂ ਹੀ ਤਾਂ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ, ਨਾਲੇ ਤਾਂ ਹੀ ਉਹਦੇ ਉਹ ਜਾਂਦੇ ਵਕਤ ਨਾ ਮੈਨੂੰ ਚੱਜ ਨਾਲ ਮਿਲ ਕੇ ਨਹੀਂ ਗਈਆਂ ਦੋਨੇ ਮਾਵਾਂ ਦੀਆਂ। ਬਾਕੀ ਯਾਰ ਸੰਯੋਗਾਂ ਦੀ ਗੱਲ ਹੁੰਦੀ ਹੈ, ਜਿੱਥੇ ਹੋਣਾ ਹੁੰਦਾ ਉੱਥੇ ਹੋ ਹੀ ਜਾਂਦਾ। ਬਾਕੀ ਯਾਰ ਮੇਰਾ ਵੀ ਤਾਂ ਰਿਸ਼ਤਾ ਹੋਣਾ, ਪਤਾ ਨਹੀਂ ਕਿੰਨੇ ਕੁ ਦੇਖੇ ਜਾਣਗੇ। ਮੈਨੂੰ ਤਾਂ ਨਾ ਇਹ ਲੱਗਦਾ ਵੀ ਪੁਲਿਸ 'ਚ ਭਰਤੀ ਹੋ ਕੇ ਆਪਾਂ ਪੰਗਾ ਹੀ ਲਿਆ, ਐਂ ਤਾਂ ਯਾਰ ਆਪਣੇ ਰਿਸ਼ਤੇ 'ਚ ਬਹੁਤ ਪ੍ਰੋਬਲਮ ਆਊਗੀ। ਲੈ ਯਾਰ ਲੋਕਾਂ ਦੀ ਪਰਵਾਹ ਕਰਕੇ ਆਪਾਂ ਨੌਕਰੀ ਥੋੜ੍ਹਾ ਨਾ ਛੱਡਣੀ ਹੈ, ਅੱਜ ਕੱਲ੍ਹ ਦੇ ਟਾਈਮ ਵਿੱਚ ਸਰਕਾਰੀ ਨੌਕਰੀ ਲੱਭਣੀ ਬਹੁਤ ਔਖੀ ਆ। ਨੌਕਰੀ ਚਾਹੇ ਔਖੀ ਹੀ ਮਿਲਦੀ ਆ ਪਰ ਆਪਣੀ ਨੌਕਰੀ ਦੀ ਉਨੀ ਵੈਲਿਊ ਤਾਂ ਹੈ ਨਹੀਂ। ਚੱਲ ਯਾਰ ਇੰਨੀ ਟੈਨਸ਼ਨ ਲੈ ਕੇ ਜ਼ਿੰਦਗੀ ਨਹੀਂ ਚੱਲਦੀ ਹੁੰਦੀ, ਜਿੱਥੇ ਹੋਣਾ ਹੋਊਗਾ ਹੋ ਜੂਗਾ, ਫਿਕਰ ਕਰਕੇ ਕੀ ਬਣਦਾ। ਕੁਲਵਿੰਦਰ ਨੂੰ ਦੱਸਦੇ ਹਾਂ ਵੀ ਜੋਤ ਨਾਲ ਹੋ ਗਈ ਗੱਲ, ਉਹਨੂੰ ਕਰਾਂ ਫੋਨ। ਚੱਲ ਹੈਲੋ, ਸਤਿ ਸ਼੍ਰੀ ਅਕਾਲ ਮੰਮੀ। ਸਤਿ ਸ਼੍ਰੀ ਅਕਾਲ ਕੁਲਵਿੰਦਰ ਪੁੱਤ, ਜੋਤ ਨੂੰ ਬੁਲਾਇਆ ਸੀ ਮੈਂ ਆਪਣੇ ਘਰੇ। ਅੱਛਾ ਫਿਰ ਕੀ ਬਣਿਆ? ਮੈਂ ਕਹਿਤਾ ਵੀ ਤੇਰੀ ਸਹੇਲੀ ਦਾ ਸਾਡੇ ਰਮਨੇ ਨੂੰ ਰਿਸ਼ਤਾ ਆਉਂਦਾ, ਭਾਈ ਸਾਡੇ ਤਾਂ ਪਸੰਦ ਨਹੀਂ, ਤੂੰ ਵਜ੍ਹਾ ਜਿਹੀ ਨਾਲ ਜਵਾਬ ਦੇ ਦੇ, ਸਾਨੂੰ ਜਵਾਬ ਦੇਣਾ ਔਖਾ ਲੱਗਦਾ। ਹੋਰ ਮੰਮੀ ਉਹਦੀ ਤਾਂ ਸਹੇਲੀ ਆ, ਉਹ ਤਾਂ ਗੱਲਾਂ ਗੱਲਾਂ 'ਚ ਕਹਿ ਵੀ ਦਊਗੀ, ਆਪਾਂ ਨੂੰ ਸਿੱਧਾ ਜਵਾਬ ਦੇਣਾ ਔਖਾ ਸੀ। ਪਹਿਲਾਂ ਤਾਂ ਜੋਤ ਮੰਨਦੀ ਨਹੀਂ ਸੀ, ਫਿਰ ਕਹਿੰਦੀ ਮੈਂ ਕੋਈ ਨਹੀਂ ਘੁਮਾ ਫਰਾ ਕੇ ਕਹਿ ਦਊਂਗੀ, ਹੁਣ ਪਤਾ ਨਹੀਂ ਭਾਈ ਕਿਵੇਂ ਕਹੂੰਗੀ, ਕਹੂੰਗੀ ਵੀ ਕਿ ਨਹੀਂ। ਕਹਿ ਹੀ ਦਊਗੀ ਕੋਈ ਨਾ, ਨਾਲੇ ਆਪਾਂ ਵੀ ਹੋਰ ਰਿਸ਼ਤਾ ਦੇਖਣ ਜੋਗੇ ਹੋ ਜਾਂਗੇ, ਫਿਰ ਅਗਲਾ ਵੀ ਆਪਦੀ ਕੁੜੀ ਦਾ ਰਿਸ਼ਤਾ ਜਿੱਥੇ ਮਰਜ਼ੀ ਕਰੇ। ਪੁੱਤ ਕੁਲਵਿੰਦਰ ਮੈਂ ਤੈਨੂੰ ਐਂ ਕਹਿੰਦੀ ਸੀ ਵੀ ਪ੍ਰਾਹੁਣਾ ਤਾਂ ਘੁੰਮਦਾ ਫਿਰਦਾ ਰਹਿੰਦਾ ਹੈ, ਤੁਰਦਾ ਫਿਰਦਾ ਰਹਿੰਦਾ ਹੈ, ਉਹਨੂੰ ਕਹਿ ਕਿ ਕੁੜੀ ਦੇਖ ਲਵੇ ਹੋਰ। ਬਸ ਰਹਿਣ ਹੀ ਦੇ ਮੰਮੀ ਉਹਨੂੰ ਤਾਂ, ਉਹਨੇ ਤਾਂ ਜਿਹੋ ਜਿਹੀ ਸਵਾਹ ਪਹਿਲਾਂ ਉਡਾਈ ਆ ਉਹ ਜਿਹੀ ਹੁਣ ਉਡਾਊਗਾ। ਉਹ ਤਾਂ ਪੁੱਤ ਅਗਲੇ ਨੇ ਗਲਤ ਦੱਸਤਾ,
ਇਹਦੇ ਵਿੱਚ ਪ੍ਰਾਹੁਣੇ ਦਾ ਕੀ ਕਸੂਰ ਭਲਾ? ਰਿਸ਼ਤਾ ਤਾਂ ਮੰਮੀ ਇੱਕ ਕਹਿ ਵੀ ਰਿਹਾ ਸੀ ਤੇਰਾ ਜਵਾਈ, ਕੁੜੀ ਮਾਸਟਰ ਨਹੀਂ ਲੱਗੀ ਆ, ਪਰ ਕਹਿੰਦਾ ਦਾਜ ਦਹੇਜ ਨਹੀਂ ਬਾਹਲਾ ਦੇ ਸਕਦੇ। ਲੈ ਪੁੱਤ ਕਰ ਲਾ ਫੇ ਪਤਾ, ਆਪਾਂ ਲੈਣ ਦੇਣ ਤੋਂ ਕੀ ਕਰਾਉਣਾ, ਨਾਲੇ ਕੁੜੀ ਸਰਕਾਰੀ ਨੌਕਰੀ ਵਾਲੀ ਆ, ਟਾਈਮ ਨਾਲ ਘਰ ਆ ਜਾਇਆ ਕਰੂੰ। ਚਲੋ ਕਹਿਣੀ ਆ ਮੰਮੀ ਮੈਂ ਫਿਰ ਜਦੋਂ ਘਰੇ ਆਏ ਵੀ ਪਹਿਲਾਂ ਕੁੜੀ ਬਾਰੇ ਪਤਾ ਕਰੋ ਚੰਗੀ ਤਰ੍ਹਾਂ, ਕਿਤੇ ਫਿਰ ਪੁਲਿਸ ਵਾਲੀ ਟਕਰਾ ਦੂੰ। ਲੈ ਫਿਰ ਪਤਾ ਕਰਕੇ ਦੇਖ ਦਿਖਾਈਆ ਕਰਾ ਦੇਵੇ, ਪਹਿਲਾਂ ਕੁੜੀ ਵਾਲੇ ਰਮਨੇ ਨੂੰ ਦੇਖ ਜਾਉਂਗੇ, ਨਾਲੇ ਘਰ ਵਾਰ ਦੇਖ ਜਾਣਗੇ, ਫਿਰ ਆਪਾਂ ਕੁੜੀ ਦੇਖ ਲਾਂਗੇ। ਹੋਰ ਮੰਮੀ ਜੇ ਕੁੜੀ ਪਸੰਦ ਹੋਈ ਨਾਲ ਦੀ ਨਾਲ ਸ਼ਗਨ ਕਰੇ ਆਵਾਂਗੇ। ਚੱਲ ਚੰਗਾ ਫਿਰ ਮੈਂ ਕਰ ਲਵਾਂ ਕੰਮ। ਚੱਲ ਠੀਕ ਆ ਪੁੱਤ, ਕਰ ਲਾ ਕੰਮ ਤੂੰ। ਚੰਗਾ ਮੈਂ ਤੁਹਾਨੂੰ ਨੀਚੇ ਲੱਭੀ ਗਈ, ਤੁਸੀਂ ਉੱਪਰ ਬੈਠੇ ਹੋ। ਸਤਿ ਸ਼੍ਰੀ ਅਕਾਲ ਜੀਜਾ ਜੀ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ, ਹੋਰ ਕਿਵੇਂ ਜੋਤ? ਮੈਂ ਠੀਕ ਆ, ਤੁਸੀਂ ਦੱਸੋ? ਪੁਲਿਸ ਦੀ ਨੌਕਰੀ ਤੇ ਆ ਮੈਂ, ਇੰਨਾ ਸੌਖਾ ਨਹੀਂ ਹੁੰਦਾ ਮੇਰਾ ਰਿਸ਼ਤਾ। ਲੈ ਤੂੰ ਹਾਂ ਤਾਂ ਕਰ, ਰਿਸ਼ਤੇ ਵਾਲਿਆਂ ਦੀ ਤਾਂ ਮੈਂ ਲਾਈਨ ਲਾ ਦੂੰਗੀ। ਚੱਲ ਤੂੰ ਐਂ ਕਰ ਯਾਰ, ਚਾਹ ਬਣਾ ਕੇ ਲੈ ਗਿਆ, ਮੈਂ ਤੇ ਮੇਰੀ ਸਾਲੀ ਮਾਰਦੇ ਗੱਲਾਂ ਸੀ ਬੈਠ ਕੇ। ਪਰ ਅਸੀਂ ਉਸ ਦਿਨ ਤੁਹਾਨੂੰ ਮਿਲੇ ਤਾਂ ਸੀ ਜਿਸ ਦਿਨ ਤੁਸੀਂ ਸਕੂਟੀ 'ਚ ਮੋਟਰਸਾਈਕਲ ਮਾਰਿਆ ਸੀ। ਤੁਹਾਨੂੰ ਕਿਹੜਾ ਪਹਿਲਾਂ ਪਤਾ ਸੀ ਵੀ ਉਹੀ ਕੁੜੀ ਆ? ਇਹ ਤਾਂ ਦੇਖਣ ਗਿਆ ਨੂੰ ਪਤਾ ਲੱਗਿਆ ਵੀ ਇਹ ਤਾਂ ਉਹ ਕੁੜੀ ਆ। ਆ ਲਓ ਚਾਹ ਪੀ ਲਓ ਪਹਿਲਾਂ, ਤੁਹਾਡੀਆਂ ਤਾਂ ਗੱਲਾਂ ਹੀ ਨਹੀਂ ਮੁੱਕਣੀਆਂ, ਦੋਵੇਂ ਪੁਲਿਸ ਵਾਲੇ ਜੋ ਇਕੱਠੇ ਹੋ ਗਏ। ਭੈਣੇ ਅਸੀਂ ਤਾਂ ਮੇਰੀ ਸਹੇਲੀ ਦੀਆਂ ਗੱਲਾਂ ਕਰ ਰਹੇ ਸੀ, ਵੈਸੇ ਨਾ ਕੁੜੀ ਬਹੁਤ ਵਧੀਆ ਹੈ, ਮੇਰੇ ਨਾਲ ਤਾਂ ਬਹੁਤ ਪਿਆਰ ਆ ਉਹਦਾ। ਉਹ ਕੁੜੀ ਬੋਲਦੀ ਬਹੁਤ ਆ, ਮੈਂ ਤਾਂ ਦੇਖੀ ਵੀ ਆ, ਮੈਂ ਸਕੂਟੀ 'ਚ ਮੋਟਰਸਾਈਕਲ ਲੱਗਿਆ ਸੀ ਨਾ, ਗਾਲਾਂ ਦਾ ਝੜੀ ਲਾਤੀ ਸੀ ਉਹਨੇ। ਐ ਤਾਂ ਪਤਾ ਹੀ ਆ ਤੁਹਾਨੂੰ ਜੀਜਾ ਜੀ, ਪੁਲਿਸ ਵਾਲਿਆਂ ਨੂੰ ਆਦਤ ਹੁੰਦੀ ਹੈ ਰੋਬ ਮਾਰਨ ਦੀ। ਐਸੇ ਗੱਲੋਂ ਡਰਦੇ ਮਾਰੇ ਤਾਂ ਨਾ ਅਸੀਂ ਪੁਲਿਸ ਵਾਲੀ ਕੁੜੀ ਦਾ ਰਿਸ਼ਤਾ ਨਹੀਂ ਲੈਂਦੇ ਹੈਗੇ, ਵੀ ਸਾਡੀ ਰੇਲ ਬਣਾਈ ਰੱਖਿਆ ਕਰੂਗੀ, ਨਾਲੇ ਮੁੰਡੇ ਤੇ ਰੋਬ ਮਾਰਿਆ ਕਰੂ। ਮੁੰਡੇ ਤੇ ਕਾਹਦਾ ਰੋਬ ਮਾਰਿਆ ਕਰੂਗੀ, ਉਹ ਤਾਂ ਆ ਪੁਲਿਸ ਵਾਲਾ, ਉਹਦਾ ਤਾਂ ਉਹਦਾ ਉਹਦੇ ਤੋਂ ਵੱਡਾ ਆ, ਉਹ ਤਾਂ ਸਗੋਂ ਉਸ ਤੋਂ ਡਰਦੀ ਰਹੂਗੀ। ਨਹੀਂ ਨਹੀਂ, ਅਸੀਂ ਤਾਂ ਨਾ ਕੋਈ ਰਿਸ਼ਤਾ ਹੋਰ ਦੇਖਾਂਗੇ, ਇਹ ਦੱਸ ਰਹੇ ਨੇਗੇ ਨਾਲੇ ਕੁੜੀ ਮਾਸਟਰ ਨਹੀਂ ਲੱਗੀ ਹੋਈ ਆ। ਉਹਦਾ ਤਾਂ ਮੈਂ ਪਤਾ ਕਰ ਲਿਆ, ਉਹ ਤਾਂ ਕੱਲੇ ਸਗਨ ਹੋਇਆ ਜੀ। ਆਏ ਹਾਏ, ਆ ਪੁਲਿਸ ਵਾਲੀ ਦੇ ਚੱਕਰ ਦੇ ਵਿੱਚ ਨਾ ਅਸੀਂ ਤਾਂ ਇੰਨਾ ਵਧੀਆ ਰਿਸ਼ਤਾ ਹੱਥੋਂ ਕੱਢ ਲਿਆ। ਲੈ ਭੈਣੇ ਤੁਸੀਂ ਕਿਹੜਾ ਕੁੜੀ ਦੇਖੀ ਸੀ, ਕੀ ਪਤਾ ਕੁੜੀ ਇੰਨਾ ਵਧੀਆ ਹੋਵੇ, ਫਿਰ ਮਾਸਟਰਨੀ ਨੂੰ ਵੀ ਕੀ ਕਰਦੇ ਜੇ ਮੁੰਡੇ ਨਾਲ ਮੇਲ ਹੀ ਨਾ ਹੁੰਦਾ। ਉਹ ਕੁੜੀ ਤਾਂ ਮੈਂ ਦੇਖੀ ਵੀ ਸੀ, ਕੁੜੀ ਦਾ ਬਹੁਤ ਸਾਊ ਸੀ, ਨਾਲੇ ਸੋਹਣੀ ਸੀ, ਮੈਨੂੰ ਤਾਂ ਯਾਦ ਹੀ ਨਹੀਂ ਆਇਆ ਵੀ ਇਹ ਰਿਸ਼ਤਾ ਕਰਾ ਦੀ। ਚਲੋ ਇਹ ਤਾਂ ਸੰਯੋਗਾਂ ਦੀ ਗੱਲ ਹੁੰਦੀ ਆ, ਜਿੱਥੇ ਹੋਣਾ ਹੁੰਦਾ ਉੱਥੇ ਹੋ ਜਾਂਦਾ। ਪਹਿਲਾਂ ਮੈਨੂੰ ਐਂ ਦੱਸੋ ਮੇਰੀ ਸਹੇਲੀ ਬਾਰੇ ਕੀ ਵਿਚਾਰ ਨੇ ਤੁਹਾਡੇ? ਸਾਡੇ ਤਾਂ ਕੀ ਵਿਚਾਰ ਨੇ, ਇਹ ਤਾਂ ਮੰਮੀ ਤੇ ਰਮਨੇ ਨੇ ਦੇਖਣਾ ਵੀ ਅੱਗੇ ਕੀ ਕਰਨਾ। ਰਮਨੇ ਨਾਲ ਤਾਂ ਮੇਰੀ ਕੋਈ ਗੱਲ ਹੋਈ ਨਹੀਂ, ਪਰ ਮਾਸੀ ਨੇ ਮੈਨੂੰ ਜ਼ਰੂਰ ਬੁਲਾਇਆ ਸੀ ਜਵਾਬ ਦੇਣ ਵਾਸਤੇ। ਹਾਂ ਹਾਂ, ਮੈਨੂੰ ਵੀ ਮੰਮੀ ਨੇ ਫੋਨ 'ਤੇ ਦੱਸਿਆ ਸੀਗਾ,
ਕਹਿੰਦੀ ਮੈਂ ਜੋਤ ਬੁਲਾਈ ਹੈਗੀ ਜਵਾਬ ਦੇਣ ਵਾਸਤੇ। ਮੈਨੂੰ ਨਾ ਇਹ ਨਹੀਂ ਸਮਝ ਆਉਂਦੀ ਤੁਸੀਂ ਇਕੱਲੀ ਨੌਕਰੀ ਕਰਕੇ ਰਿਸ਼ਤੇ ਨੂੰ ਕਿਉਂ ਜਵਾਬ ਦੇ ਰਹੇ ਹੋ, ਤੁਸੀਂ ਪਰਿਵਾਰ ਵੀ ਤਾਂ ਦੇਖੋ ਕਿੰਨਾ ਵਧੀਆ, ਨਾਲੇ ਕੁੜੀ ਵੀ ਕਿੰਨੀ ਸੋਹਣੀ ਹੈ। ਮੈਨੂੰ ਤਾਂ ਲੱਗਦਾ ਡੀਐਸਪੀ ਦੇ ਕੁੜੀ ਵੀ ਇਕੱਲੀ ਹੋਆ। ਹਾਂ ਇਕੱਲੀ ਉਹ ਕੁੜੀ ਹੈ, ਨਾ ਕੋਈ ਉਹਦਾ ਭੈਣ ਹੈ ਨਾ ਕੋਈ ਉਹਦਾ ਭਰਾ ਹੈ, ਨਾਲੇ ਪ੍ਰੋਪਰਟੀ ਵੀ ਵਧੀਆ, ਵਿਆਹ ਵੀ ਵਧੀਆ ਕਰੂਗਾ ਪਿੰਕੀ ਦਾ ਡੈਡੀ। ਫਿਰ ਹੋਰ ਸੋਨੂੰ ਕੀ ਚਾਹੀਦਾ, ਇਕੱਲੀ ਕੁੜੀ ਆ, ਵਧੀਆ ਪ੍ਰੋਪਰਟੀ ਆ, ਚਾਹੇ ਮੁੰਡਾ ਕੁੜੀ ਦੋਨੇ ਨੌਕਰੀ ਕਰਨ, ਵਿਹਲੇ ਬੈਠ ਕੇ ਖਾਣ। ਹਾਂ ਇਹ ਵੀ ਗੱਲ ਤੁਹਾਡੀ ਸਹੀ ਆ, ਇਹ ਤਾਂ ਆਪਾਂ ਨੇ ਸੋਚਿਆ ਹੀ ਨਹੀਂ ਸੀ। ਉਹਦਾ ਡੈਡੀ ਤਾਂ ਹਜੇ ਰਿਸ਼ਤਾ ਦੇਖਣ ਨਹੀਂ ਲੱਗਾ, ਉਹਨੇ ਤਾਂ ਸਿਰਫ ਰਮਨਾ ਹੀ ਦੇਖਿਆ। ਜਦੋਂ ਵਿਚੋਲਿਆਂ ਨੂੰ ਪਤਾ ਲੱਗਾ ਵੀ ਇਹ ਕੁੜੀ ਦਾ ਰਿਸ਼ਤਾ ਕਰਦੇ ਨੇ, ਵਿਚੋਲੇ ਵੱਡੇ ਵੱਡੇ ਘਰਾਂ ਦੇ ਰਿਸ਼ਤੇਦਾਰੀ ਲੈਣ ਲਾ ਦੇਣ। ਆਪਣੇ ਰਮਨੇ ਨੂੰ ਰਿਸ਼ਤਾ ਕਰਨ ਨੂੰ ਤਾਂ ਇਹ ਤਾਂ ਕਹਿੰਦਾ ਵੀ ਉਹਨੂੰ ਇਹ ਚੰਗੀ ਤਰ੍ਹਾਂ ਜਾਣਦਾ, ਉਹਦੇ ਨਾਲ ਨੌਕਰੀ ਕਰਦਾ ਰਿਹਾ। ਮੈਂ ਤਾਂ ਇਹ ਕਹਿੰਦੀ ਹਾਂ ਤੁਸੀਂ ਫਟਾਫਟ ਰਿਸ਼ਤਾ ਲੈਣ ਦੀ ਗੱਲ ਕਰੋ, ਕਿਤੇ ਹੱਥੋਂ ਨਾ ਰਿਸ਼ਤਾ ਗਵਾ ਲਿਓ। ਉਹ ਗੱਲ ਸਹੀ ਹੈ ਜੀ, ਜਿੱਡੇ ਮਰਜ਼ੀ ਆਪਾਂ ਉਹਦਾ ਲੱਭ ਲਈਏ ਪਰ ਇੰਨਾ ਵਧੀਆ ਰਿਸ਼ਤਾ ਨਹੀਂ ਮਿਲਣਾ ਆਪਾਂ ਨੂੰ। ਬਾਕੀ ਜੋਤ ਚੰਗੀ ਤਰ੍ਹਾਂ ਜਾਣਦੇ ਆ ਕੁੜੀ ਨੂੰ, ਇਹਨੂੰ ਆਪਾਂ ਵਿੱਚ ਵਿਚੋਲਣ ਪਾ ਲੈਂਦੇ ਹਾਂ। ਲੈ ਮੈਂ ਵਿਚੋਲਣ ਬਣ ਕੇ ਕੀ ਕਰਨਾ, ਕੁੜੀ ਤਾਂ ਤੁਸੀਂ ਦੇਖ ਰੱਖੀ ਹੈ, ਵਿਚੋਲਣ ਵਾਲਾ ਕੰਮ ਤਾਂ ਰਿਹਾ ਹੀ ਨਹੀਂ, ਤੁਸੀਂ ਦਿਨ ਤੈਅ ਕਰਕੇ ਬਸ ਸ਼ਗਨ ਕਰੋ ਫਿਰ ਵਿਆਹ ਕਰ ਲਿਓ। ਮੰਮੀ ਉਹ ਨਹੀਂ ਮੰਨੀ ਹੈਗੀ, ਉਹਦਨੇ ਜਦੋਂ ਗਏ ਸੀਗੇ ਮੈਂ ਤਾਂ ਉਦਨੇ ਹੀ ਕਿਹਾ ਸੀਗਾ ਵੀ ਦੇਖਣ ਗਏ ਸ਼ਗਨ ਪਾਏ ਆਉਂਦੇ ਹਾਂਗੇ, ਨਾਲੇ ਆਪਣਾ ਖਰਚਾ ਬਚ ਜਾਂਦਾ ਨਾਲੇ ਉਹਨਾਂ ਦਾ ਬਚ ਜਾਂਦਾ। ਯਾਰ ਤੂੰ ਹੁਣ ਮੰਮੀ ਦੀ ਗੱਲ ਛੱਡੀ ਯਾਰ, ਤੂੰ ਤਾਂ ਆਪ ਨਹੀਂ ਮੰਨੀ ਉਹਦੇ, ਕਹਿੰਦੀ ਕੁੜੀ ਪੁਲਿਸ ਵਾਲੀ ਆ। ਨਾ ਫਿਰ ਤੁਸੀਂ ਵੀ ਤਾਂ ਕਹਿੰਦੇ ਸੀ ਵੀ ਪੁਲਿਸ ਵਾਲੀ ਕੁੜੀ ਦਾ ਰਿਸ਼ਤਾ ਨਾ ਲਿਓ, ਇਹ ਤੇਜ਼ ਹੁੰਦੀਆਂ ਨੇ। ਚਲੋ ਤੁਸੀਂ ਆਹ ਗੱਲਾਂ ਨੂੰ ਛੱਡੋ, ਸ਼ਗਨ ਕਰਨ ਦੀ ਤਿਆਰੀ ਕਰੋ ਹੁਣ। ਚੱਲ ਤੂੰ ਐਂ ਕਰ, ਮੰਮੀ ਦੇ ਰਮਨੇ ਨੂੰ ਪੁੱਛ ਲਾ ਵੀ ਉਹ ਕੀ ਕਹਿੰਦੇ ਨੇਗੇ। ਓਹੋ ਰਮਨਾ ਤਾਂ ਪਹਿਲਾਂ ਹੀ ਤਿਆਰ ਆ ਉਹਦੇ ਨਾਲ ਵਿਆਹ ਕਰਾਉਣ ਨੂੰ, ਬਾਕੀ ਮੰਮੀ ਦੀ ਗੱਲ ਰਹੀ ਉਹਦੇ ਨਾਲ ਮੈਂ ਫੋਨ ਤੇ ਗੱਲ ਕਰ ਲੈਨੀ ਆ। ਹਾਂ ਹਾਂ ਤੂੰ ਫੋਨ ਕਰਕੇ ਕਹਿ ਦੇ ਵੀ ਰਿਸ਼ਤਾ ਵਧੀਆਗਾ, ਜੋਤ ਨੇ ਦੱਸਿਆ ਉਹਨਾਂ ਬਾਰੇ ਸਾਨੂੰ। ਨਾ ਨਾ ਤੁਸੀਂ ਮੇਰਾ ਨਾਮ ਨਾ ਲਿਓ, ਮਾਸੀ ਮੈਨੂੰ ਗਾਲਾਂ ਕੱਢੂਗੀ ਵੀ ਆਪਣੀ ਸਹੇਲੀ ਦਾ ਰਿਸ਼ਤਾ ਕਰਾਉਣ ਦੇ ਮਾਰੇ ਇਹਨਾਂ ਨੂੰ ਮਗਰ ਲਾ ਲਿਆ। ਤੁਸੀਂ ਨਾ ਫੋਨ ਤੇ ਗੱਲ ਕਰਨ ਨੂੰ ਰਹਿਣ ਹੀ ਦਿਓ, ਤੁਸੀਂ ਗੱਲ ਜਾ ਕੇ ਹੀ ਕਰਿਓ। ਅੱਜ ਤਾਂ ਆਪਾਂ ਲੇਟ ਹੋਏ ਪਿਆ, ਕੱਲ ਮੈਂ ਡਿਊਟੀ ਜਾਂਦਾ ਤੈਨੂੰ ਛੱਡ ਜੂਗਾ, ਤੂੰ ਚੰਗੀ ਤਰ੍ਹਾਂ ਸਮਝਾ ਦੀ ਮਾਤਾ ਨੂੰ। ਮਾਤਾ ਸਮਝੂਗੀ ਤਾਂ ਔਖੀ ਹੋਈ, ਮੱਥਾ ਖਾਸਾ ਮਾਰਨਾ ਪਊਗਾ। ਹੋਰ ਮਾਸੀ ਜਮਾਂ ਰਾਜ਼ੀ ਨਹੀਂ ਹੈਗੇ ਕੁੜੀ ਦਾ ਰਿਸ਼ਤਾ ਲੈਣ ਨੂੰ, ਜਿਵੇਂ ਕਿ ਪੁਰਾਣੇ ਜਨਮ ਦਾ ਕੋਈ ਵੈਰ ਹੋਵੇ। ਤੂੰ ਮਰ ਜਾਣੀ ਪਹਿਲਾਂ ਦੱਸ ਦੇਣੀ ਵੀ ਇੰਨਾ ਵਧੀਆ ਰਿਸ਼ਤਾ ਗਾ, ਹੁਣ ਤੱਕ ਤਾਂ ਆਪਾਂ ਉਹਨੂੰ ਕੁੜੀ ਨੂੰ ਵਿਆਹ ਵੀ ਲਿਆਉਂਦੇ। ਲੈ ਤੁਸੀਂ ਕਿਹੜਾ ਮੈਨੂੰ ਦੱਸਿਆ, ਚੋਰੀ ਚੋਰੀ ਲੱਡੂ ਖਾਣ ਨੂੰ ਫਿਰਦੇ ਸੀ, ਉਹ ਤਾਂ ਮੇਰੀ ਸਹੇਲੀ ਨੇ ਦੱਸਤਾ, ਨਹੀਂ ਤੁਸੀਂ ਕਿੱਥੇ ਦੱਸਣਾ ਸੀ। ਚਲੋ ਚੰਗਾ ਹੁਣ ਮੈਂ ਚੱਲਦੀ ਹਾਂ, ਤੁਸੀਂ ਕਰੋ ਮੁੰਡੇ ਦੀ ਸ਼ਗਨ ਦੀ ਤਿਆਰੀਆਂ। ਚੱਲ ਵਧੀਆ ਹੋ ਗਿਆ, ਤੂੰ ਆ ਗਈ ਨਾਲੇ ਮਿਲ ਗਈ, ਨਾਲੇ ਸਾਨੂੰ ਦੱਸ ਗਈ ਵੀ ਰਿਸ਼ਤਾ ਇੰਨਾ ਵਧੀਆ ਗਾ। ਚਲੋ ਚੰਗਾ ਚੱਲ ਗਈ, ਚੰਗਾ ਜੀਜਾ ਜੀ। ਤੂੰ ਲਾ ਲਾ ਕੱਪੜੇ ਫਿਰ, ਕਿਤੇ ਉੱਡ ਨਾ ਜਾਣ ਹਵਾ 'ਚ, ਮੈਂ ਛੱਡਿਆ ਮਸਾਲੇ ਸੇਵਨ ਗੇਟ ਤੱਕ। ਓਹੋ ਮਰ ਜਾਣੀ ਸਕੂਟੀ ਨੂੰ, ਪਤਾ ਨਹੀਂ ਕੀ ਹੋ ਗਿਆ, ਇਹਨੂੰ ਹੀ ਖਰਾਬ ਹੋਣੀ ਸੀ। ਕੀ ਹੋਇਆ, ਐਵੇਂ ਉਦਾਸ ਬੈਠੀ ਆ। ਜੋ ਤੇ ਯਾਰ ਤੈਨੂੰ ਪਤਾ ਤਾਂ ਹੈ ਮੇਰੀ ਉਦਾਸੀ ਦਾ ਕਾਰਨ। ਬੈਠ ਜਾ। ਕਿਵੇਂ ਆ? ਮੈਂ ਠੀਕ ਹਾਂ, ਮੈਂ ਤਾਂ ਇਹ ਕਹਿੰਦੀ ਸੀ ਚੱਲ ਛੱਡ ਉਦਾਸੀਆਂ ਨੂੰ, ਮੈਂ ਨਾ ਤੈਨੂੰ ਖੁਸ਼ਖਬਰੀ ਦੇਣ ਆਈ ਆ, ਮੈਂ ਨਾ ਤੇਰੇ ਰਿਸ਼ਤੇ ਦੀ ਗੱਲ ਕਰਕੇ ਆਈ ਆ। ਅੱਛਾ ਮੰਨ ਗਏ, ਉਹ ਮੰਨੇ ਤਾਂ ਪਹਿਲੇ ਪਏ ਸੀ, ਬਸ ਇੱਕ ਭੂਆ ਰਹਿੰਦੀ ਸੀ, ਹੁਣ ਵੀ ਫੋਟੋ ਦਿਖਾਤੀ ਤੇਰੀ। ਜੋਤ ਕਿਉਂ ਮਜ਼ਾਕ ਕਰਦੀ ਆ, ਤੈਨੂੰ ਪਤਾ ਤਾਂ ਹੈ ਵੀ ਮੈਂ ਉੱਥੇ ਵਿਆਹ ਨਹੀਂ ਕਰਵਾਉਣਾ। ਉੱਥੇ ਤਾਂ ਛੱਡ, ਮੈਂ ਤਾਂ ਤੁਹਾਡੀ ਰਿਸ਼ਤੇਦਾਰੀ 'ਚ ਨਹੀਂ ਵਿਆਹ ਕਰਵਾਉਣਾ, ਚਾਹੇ ਦੂਰ ਦੀ ਹੈ ਚਾਹੇ ਨੇੜੇ ਦੀ ਹੈ। ਲੈ ਯਾਰ ਐਵੇਂ ਕਿਉਂ ਕਰਦੀ ਹੈ, ਮੈਂ ਤਾਂ ਅੰਕਲ ਨਾਲ ਗੱਲ ਕਰਨ ਆਈ ਸੀ ਵੀ ਚੱਲ ਉੱਥੇ ਨਹੀਂ ਹੋਇਆ ਭੂਆ ਦੇ ਮੁੰਡੇ ਨਾਲ ਹੀ ਕਰਾਉਂਦਾ ਤੇਰਾ ਵਿਆਹ। ਚੱਲ ਛੱਡ ਇਹ ਸਭ ਗੱਲਾਂ, ਤੂੰ ਮੈਨੂੰ ਇਹ ਦੱਸ
ਵੀ ਚਾਹ ਪੀਏਂਗੀ ਕਿ ਜੂਸ? ਨਾ ਮੈਂ ਚਾਹ ਪੀਵਾਂ ਨਾ ਮੈਂ ਜੂਸ ਪੀਵਾਂ, ਮੈਂ ਤਾਂ ਹੁਣ ਲੱਡੂ ਖਾਵਾਂਗੀ, ਉਹ ਵੀ ਤੇਰੇ ਤੇ ਰਮਨੇ ਵੀਰੇ ਦੇ ਵਿਆਹ ਦੇ। ਮੈਂ ਤਾਂ ਮਾਸੀ ਹੋਣੇ ਵੀ ਮਨਾ ਲਏ। ਤੂੰ ਤਾਂ ਝੂਠੀ ਆ, ਤੇਰਾ ਕੀ ਕਹਿਣਾ, ਤੂੰ ਤਾਂ ਮੇਰਾ ਰਿਸ਼ਤਾ ਨਾ ਉਹ ਆਪਦੀ ਭੂਆ ਦੇ ਮੁੰਡੇ ਨਾਲ ਕਰਾਉਣਾ ਚਾਹੁੰਦੀ ਆ, ਠਰਕੀ ਜੇ ਨਾਲ। ਮੈਂ ਨਾ ਪਹਿਲਾਂ ਮਜ਼ਾਕ ਕਰ ਰਹੀ ਸੀ, ਮੈਂ ਸੱਚੀ ਭੈਣ ਤੇ ਜੀਜੇ ਨਾਲ ਤੇਰੇ ਵਿਆਹ ਦੀ ਗੱਲ ਕਰਕੇ ਆਈ ਆ, ਉਹ ਨਾ ਹੁਣ ਰਾਜੀ ਹੈ, ਤੂੰ ਨਾ ਛੇਤੀ ਤਿਆਰੀ ਕਰ ਲੈ ਆਪਣੇ ਸ਼ਗਨ ਦੀ। ਲੈ ਦੱਸ, ਭੈਣ ਤੇ ਜੀਜੇ ਦੇ ਮੰਨਣ ਨਾਲ ਕੀ ਹੁੰਦਾ? ਅਸਲੀ ਗਰਾਈ ਤਾਂ ਤੇਰੀ ਮਾਸੀ ਉਡਾਉਂਦੀ ਆ, ਉਹਨੂੰ ਮਨਾ ਕੇ ਆਉਂਦੀ, ਫੇਰ ਤਾਂ ਮੈਂ ਤੈਨੂੰ ਮੰਨਦੀ। ਬਸ ਭੈਣ ਮਨਾਲੀ ਤੇ ਮਾਸੀ ਮਨਾਲੀ ਤੇ ਇੱਕੋ ਹੀ ਗੱਲ ਹੈ, ਭੈਣ ਮਾਸੀ ਤੋਂ ਬਾਹਰ ਨੀ, ਮਾਸੀ ਭੈਣ ਤੋਂ ਬਾਹਰ ਨੀ। ਮੈਨੂੰ ਤਾਂ ਉਹਨਾਂ ਟਾਈਮ ਤੇਰੀ ਗੱਲ ਤੇ ਯਕੀਨ ਨਹੀਂ ਆਉਣਾ ਜਿੰਨਾ ਟਾਈਮ ਤੇਰੀ ਮਾਸੀ ਆਪਦੇ ਮੂੰਹੋਂ ਹਾਣੀ ਕਰਦੀ। ਨਾਲੇ ਤੂੰ ਤਾਂ ਪਹਿਲਾਂ ਵੀ ਕਹਿੰਦੀ ਸੀ ਵੀ ਮੇਰੀ ਮਾਸੀ ਦੀ ਨਹੀਂ ਚੱਲਦੀ ਘਰੇ, ਘਰੇ ਤਾਂ ਸਿਰਫ ਜਵਾਕਾਂ ਦੀ ਚੱਲਦੀ ਹੈ। ਪਹਿਲਾਂ ਤਾਂ ਇੱਕ ਜਵਾਕ ਹੱਕ 'ਚ ਸੀ, ਹੁਣ ਇੱਕ ਹੋਰ ਆ ਗਿਆ, ਹੁਣ ਮਾਸੀ ਉਹ ਰਹਿ ਗਈ, ਤੇਰੀ ਸਾਈਡ ਵੋਟਾਂ ਜ਼ਿਆਦਾ, ਬਸ ਤੇਰਾ ਰਿਸ਼ਤਾ ਪੱਕਾ। ਜਿੰਨਾ ਟਾਈਮ ਤੇਰੀ ਮਾਸੀ ਖੁਦ ਨਹੀਂ ਨਾ ਕਹਿੰਦੀ, ਉਨਾ ਟਾਈਮ ਮੈਂ ਤਾਂ ਨਹੀਂ ਪਾਪਾ ਨਾਲ ਗੱਲ ਕਰਦੀ, ਨਹੀਂ ਤਾਂ ਐਵੇਂ ਮੈਨੂੰ ਵੀ ਗਾਲਾਂ ਮਿਲਣਗੀਆਂ ਵੀ ਹਜੇ ਵੀ ਉਹਨਾਂ ਦਾ ਖਿਹੜਾ ਨਹੀਂ ਛੱਡਦੀ। ਅੰਕਲ ਨੂੰ ਮੈਂ ਦੱਸ ਦਿੰਦੀ ਹਾਂ ਵੀ ਉਹਨਾਂ ਦੀ ਹਾਂ ਆ। ਨਹੀਂ ਨਹੀਂ ਜੋਤ, ਪਹਿਲਾਂ ਤੂੰ ਪੱਕੀ ਗੱਲ ਕਰ ਲਾ ਆਪਦੀ ਮਾਸੀ ਕੇ ਨਾਲ, ਪਾਪਾ ਨਾਲ ਤਾਂ ਮੈਂ ਗੱਲ ਆਪੇ ਕਰ ਲੂੰਗੀ। ਗੱਲ ਤਾਂ ਪੂਰੀ ਪੱਕੀ ਆ, ਪੂਰਾ ਪੱਕਾ ਪੈਂਚਰ ਲੈ ਕੇ ਆਈ ਆ, ਹੁਣ ਨਹੀਂ ਹਿਲਦਾ ਹੈਗਾ, ਬਸ ਹੁਣ ਤੂੰ ਤਿਆਰੀ ਖਿੱਚ। ਇੰਨੇ ਦਿਨ ਹੋ ਗਏ ਦੇਖ ਕੇ ਗਿਆ ਨੂੰ, ਇਹ ਐਸਆਈ ਨੇ ਮੈਨੂੰ ਕੋਈ ਕਾਲ ਹੀ ਨਹੀਂ ਕੀਤੀ। ਉਹ ਤਾਂ ਮੈਨੂੰ ਕਹਿੰਦਾ ਸੀ ਵੀ ਤੂੰ ਮੈਨੂੰ ਪਸੰਦ ਹੀ ਬਹੁਤ ਹੈ, ਨਾ ਜੇ ਮੈਂ ਪਸੰਦ ਹੁੰਦੀ ਫਿਰ ਤਾਂ ਉਹ ਮੈਨੂੰ ਵਾਰ ਵਾਰ ਕਾਲਾਂ ਕਰਦਾ। ਕਾਲ ਕਰਨਾ ਤਾਂ ਦੂਰ ਦੀ ਗੱਲ, ਪਰ ਉਹਨੇ ਤਾਂ ਮੈਨੂੰ ਇੱਕ ਮੈਸੇਜ ਤੱਕ ਵੀ ਨਹੀਂ ਕੀਤਾ। ਮੈਂ ਨਾ ਝਿਜਕ ਕਿਉਂ ਰਿਹਾ ਉਹਨੂੰ ਕਾਲ ਕਰਨ ਤੋਂ, ਅਕਰ ਨੂੰ ਮੇਰਾ ਰਿਸ਼ਤਾ ਹੋਣਾ ਉਹਦੇ ਨਾਲ, ਮੈਨੂੰ ਕਾਲ ਤਾਂ ਕਰਨੀ ਹੋ ਚਾਹੀਦੀ ਆ, ਪਰ ਜੇ ਮੈਂ ਕਾਲ ਕਰੂੰਗਾ ਫਿਰ ਉਹ ਮੇਰੇ ਤੋਂ ਸ਼ਗਨ ਬਾਰੇ ਪੁੱਛੂਗੀ, ਤਾਂ ਮੈਂ ਕੀ ਰਿਪਲਾਈ ਕਰੂੰਗਾ? ਇੰਨਾ ਕੇਸ ਤਾਂ ਕੋਈ ਪੁਲਿਸ ਮਹਿਕਮੇ 'ਚ ਨਹੀਂ ਉਲਝਿਆ ਜਿੰਨਾ ਇਹ ਉਲਝਿਆ ਪਿਆ। ਚੱਲ ਜੇ ਉਹਨੇ ਨਹੀਂ ਕਾਲ ਕੀਤੀ ਤਾਂ ਫਿਰ ਮੈਂ ਹੀ ਕਰਕੇ ਦੇਖ ਲੈਂਦੀ ਹਾਂ, ਹੋ ਸਕਦਾ ਵਿਚਾਰਾ ਆਪਦੇ ਕੰਮਾਂ 'ਚ ਬਾਹਲੇ ਬਿਜ਼ੀ ਹੋਵੇ, ਨਹੀਂ ਵੀ ਟਾਈਮ ਲੱਗਿਆ ਹੋਣਾ ਉਹਦਾ। ਜੇ ਮੈਂ ਫੋਨ ਚੱਕੂੰਗਾ ਫਿਰ ਉਹ ਮੇਰੇ ਤੋਂ ਸ਼ਗਨ ਬਾਰੇ ਪੁੱਛੂਗੀ, ਫਿਰ ਮੈਂ ਕੀ ਕਹੂੰਗਾ? ਪਰ ਫੋਨ ਤਾਂ ਚੱਕਣਾ ਹੀ ਪੈਣਾ, ਚਲੋ ਦੇਖੀ ਜਾਊਗੀ। ਹੈਲੋ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਹੋਰ ਘਰੇ ਠੀਕ ਨੇ ਜੀ ਸਾਰੇ? ਹਾਂਜੀ ਸਾਰੇ ਵਧੀਆ, ਤੁਸੀਂ ਸੁਣਾਓ? ਬਸ ਵਧੀਆ, ਮੈਂ ਤਾਂ ਤੁਹਾਡੇ ਫੋਨ ਦੀ ਵੇਟ ਕਰ ਰਹੀ ਸੀ। ਮੈਂ ਵੀ ਬਸ ਕਰਨ ਦੀ ਸੋਚ ਰਿਹਾ ਸੀ, ਇਹਨੇ ਨੂੰ ਤੁਹਾਡਾ ਆ ਗਿਆ। ਨਹੀਂ ਨਹੀਂ ਜੀ, ਤੁਸੀਂ ਤਾਂ ਝੂਠ ਬੋਲਦੇ ਹੋ, ਜੇ ਤੁਸੀਂ ਮੈਨੂੰ ਕਾਲ ਕਰਨੀ ਹੁੰਦੀ ਨਾ ਤਾਂ ਕਿੱਦੇ ਦੀ ਕਰ ਲੈਂਦੇ, ਕਿੱਦੇ ਦਾ ਨੰਬਰ ਲੈ ਕੇ ਗਏ ਹੋ ਮੇਰਾ? ਸੋਚਦਾ ਤਾਂ ਮੈਂ ਰੋਜ਼ ਸੀ ਵੀ ਚਲ ਅੱਜ ਕਰੂੰਗਾ ਪੱਕਾ ਕਾਲ, ਪਰ ਰੋਜ਼ ਕਿਸੇ ਨਾ ਕਿਸੇ ਕੰਮ 'ਚ ਬਿਜ਼ੀ ਹੋਣ ਕਰਕੇ ਫਿਰ ਭੁੱਲ ਜਾਂਦਾ ਸੀ। ਨੰਬਰ ਵੀ ਤੁਹਾਨੂੰ ਮੈਂ ਆਪਣਾ ਆਪ ਦੇ ਕੇ ਗਈ ਅਤੇ ਫੋਨ ਵੀ ਤੁਹਾਨੂੰ ਮੈਂ ਹੀ ਕੀਤਾ। ਚਲੋ ਫਿਰ ਕੀ ਹੋ ਗਿਆ, ਤੁਸੀਂ ਕਰ ਲਿਆ ਜਾਂ ਮੈਂ ਕਰ ਲਿਆ, ਇੱਕੋ ਗੱਲ ਆ। ਹੁਣ ਤਾਂ ਚਲੋ ਮੈਂ ਕੀਤਾ ਤੁਹਾਨੂੰ ਫੋਨ, ਅਤੇ ਨੈਕਸਟ ਟਾਈਮ ਨਾ ਤੁਹਾਨੂੰ ਆਪ ਨੂੰ ਕਰਨਾ ਪੈਣਾ, ਅਤੇ ਜੇ ਤੁਸੀਂ ਮੈਨੂੰ ਨਾ ਫੋਨ ਕੀਤਾ ਨਾ ਫਿਰ ਕਰਨਾ ਮੈਂ ਵੀ ਨਹੀਂ। ਹੁਣ ਮੈਂ ਪੱਕਾ ਕਰੂੰਗਾ, ਮੈਂ ਫੋਨ 'ਚ ਰਿਮਾਈਂਡਰ ਲਾ ਲੈਣਾ, ਜਦੋਂ ਫੋਨ 'ਚ ਰਿਮਾਈਂਡਰ ਵੱਜਿਆ ਕਰੂ ਤਾਂ ਮੈਂ ਨਾਲ ਦੀ ਨਾਲ ਤੁਹਾਨੂੰ ਕਾਲ ਲਾ ਲਿਆ ਕਰਨੀ ਆ, ਫਿਰ ਤੁਸੀਂ ਉਹ ਕਿਹਾ ਕਰੋਗੇ ਵੀ ਇੰਨੇ ਫੋਨ ਕਰੀ ਜਾਂਦਾ ਹੈ, ਕੰਮ ਵੀ ਨਹੀਂ ਕਰਨ ਦਿੰਦਾ। ਮੈਨੂੰ ਪਤਾ ਹੀ ਆਪਣੇ ਡਿਪਾਰਟਮੈਂਟ ਦਾ, ਇੰਨੀ ਵੀ ਆਪਾਂ ਨੂੰ ਵਿਹਲ ਨਹੀਂ ਮਿਲਦੀ ਆਪਣੇ ਡਿਪਾਰਟਮੈਂਟ 'ਚੋਂ ਵੀ ਤੁਸੀਂ ਮੈਨੂੰ ਵਾਰ ਵਾਰ ਫੋਨ ਕਰ ਸਕੋ, ਪਰ ਸਾਰੇ ਦਿਨ 'ਚ ਇੱਕ ਫੋਨ ਵੀ ਆ ਜਾਏ ਨਾ ਤੁਹਾਡਾ, ਇਹ ਬਹੁਤ ਵੱਡੀ ਗੱਲ ਆ ਮੇਰੇ ਲਈ। ਤੁਸੀਂ ਕੰਮਾਂ ਦੀ ਟੈਨਸ਼ਨ ਨਾ ਲਓ ਮੇਰਿਆਂ ਦੀ, ਕੰਮ ਤਾਂ ਮੈਂ ਨਾਲ ਨਾਲੇ ਕਰ ਲਿਆ ਕਰਨੇ ਨੇ, ਚੱਲਦੇ ਫੋਨ 'ਚ ਹੀ। ਆ ਰਮਨਾ ਵੀ ਕੁਛ ਨਹੀਂ, ਗੱਲਾਂ ਗੱਲਾਂ 'ਚ ਫੋਨ ਇੱਥੇ ਹੀ ਭੁੱਲ ਗਿਆ, ਜੇ ਭਲਾ ਅੱਜ ਕਿਸੇ ਦਾ ਜ਼ਰੂਰੀ ਫੋਨ ਆਉਣਾ ਹੋਵੇ ਫਿਰ।
ਇਹ ਵੀ ਕੁਛ ਨਹੀਂ, ਬੋਲ ਹੀ ਆ। ਕਮਾਲ ਦੇ ਬੰਦੇ ਨਿਕਲੇ ਆ, ਕੋਈ ਹਾਂ ਨਾ ਨਹੀਂ ਦੱਸੀ, ਜਾ ਕੇ ਚੁੱਪ ਕਰਕੇ ਘਰ ਬੈਠ ਗਏ ਆ। ਮੈਨੂੰ ਤਾਂ ਐਂ ਸੀ ਬਹੁਤ ਵਧੀਆ ਪਰਿਵਾਰ ਹੈ, ਚਲੋ ਮੈਂ ਆਪ ਹੀ ਫੋਨ ਕਰਕੇ ਦੇਖ ਲੈਂਦਾ, ਚਲੋ ਜੇ ਹਾਂ ਹੋਊਗੀ ਠੀਕ ਹੈ, ਨਹੀਂ ਤਾਂ ਫਿਰ ਕੋਈ ਹੋਰ ਦੇਖ ਲਾਂਗੇ ਪਰਿਵਾਰ। ਧੀ ਤਾਂ ਮੈਂ ਆਪਦੀ ਵਿਆਹੁਣੀ ਹੈ, ਚਲੋ ਫੋਨ ਕਰਕੇ ਦੇਖਦੇ ਹਾਂ। ਹੋ ਗਈ ਉਹੀ ਗੱਲ, ਆ ਗਿਆ ਕਿਸੇ ਦਾ ਫੋਨ। ਦੱਸ ਭਲਾ ਹੁਣ ਮੈਂ ਚੱਕਾਂ ਕਿ ਨਾ ਚੱਕਾਂ, ਜੇ ਕਿਸੇ ਅਫਸਰ ਦਾ ਹੋਇਆ ਜਾਂ ਕੋਈ ਜ਼ਰੂਰੀ ਕਿਸੇ ਨੂੰ ਕੰਮ ਹੋਇਆ ਫਿਰ ਚੱਕ ਹੀ ਲੈਂਦੀ ਹਾਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਐਕਸ ਡੀ ਐਸ ਪੀ ਇੱਛਰ ਤੁਲਜੋਤ ਬੋਲ ਰਿਹਾ ਜੀ, ਤੁਹਾਡੇ ਬੇਟੇ ਨਾਲ ਗੱਲ ਕਰਨੀ ਸੀ। ਉਹ ਤਾਂ ਡਿਊਟੀ 'ਤੇ ਗਏ ਨੇ ਜੀ, ਫੋਨ ਉਹ ਘਰੇ ਭੁੱਲ ਗਿਆ, ਕੀ ਗੱਲ ਕਰਨੀ ਸੀ ਮੈਨੂੰ ਦੱਸ ਦਿਓ। ਮੈਂ ਤਾਂ ਇਹੀ ਪੁੱਛਣਾ ਸੀ ਬੱਚਿਆਂ ਦੇ ਰਿਸ਼ਤੇ ਬਾਰੇ ਤੁਹਾਡੀ ਕੀ ਸਲਾਹ ਆ। ਡੀ ਐਸ ਪੀ ਸਾਹਿਬ, ਰਿਸ਼ਤੇ ਦੀ ਗੱਲ ਪੁੱਛਦੇ ਹੋ ਤਾਂ ਤੁਹਾਡਾ ਪਰਿਵਾਰ ਬਹੁਤ ਵਧੀਆ ਆ ਅਤੇ ਸਾਨੂੰ ਰਿਸ਼ਤਾ ਪਸੰਦ ਵੀ ਆ ਗਿਆ, ਪਰ ਅਸੀਂ ਨਾ ਪੁਲਿਸ ਵਾਲੀ ਕੁੜੀ ਦਾ ਰਿਸ਼ਤਾ ਨਹੀਂ ਲੈਣਾ। ਤੁਹਾਡਾ ਮੁੰਡਾ ਵੀ ਤਾਂ ਪੁਲਿਸ 'ਚ ਆ, ਸਗੋਂ ਵਧੀਆ, ਇੱਕੋ ਡਿਪਾਰਟਮੈਂਟ ਆ ਦੋਨਾਂ ਦਾ। ਦੇਖੋ ਡੀ ਐਸ ਪੀ ਸਾਹਿਬ, ਮੁੰਡਿਆਂ ਵਾਸਤੇ ਤਾਂ ਇਹ ਨੌਕਰੀ ਠੀਕ ਹੈ ਪਰ ਕੁੜੀਆਂ ਵਾਸਤੇ ਨਹੀਂ ਠੀਕ। ਬਸ ਉਈ ਮਨ ਜਿਹਾ ਇਹਨੂੰ ਨਹੀਂ ਗੱਲ ਲੱਗੀ ਜੀ, ਬਾਕੀ ਅਸੀਂ ਤਾਂ ਜੀ ਰਿਸ਼ਤਾ ਰਮਨੇ ਦਾ ਕਲਰਕ ਜਾਂ ਮਾਸਟਰਨੀ ਦਾ ਲੈਣਾ। ਮੈਂ ਡੀ ਐਸ ਪੀ ਰਿਟਾਇਰ ਹਾਂ, ਇੰਨੇ ਸਾਲ ਨੌਕਰੀ 'ਚ ਲਾਏ ਆ, ਮੈਨੂੰ ਤਾਂ ਕੋਈ ਗਲਤ ਲੱਗੀ ਨਹੀਂ ਕੁੜੀਆਂ ਦੀ ਕੋਈ ਨੌਕਰੀ। ਤੁਸੀਂ ਪੁਲਿਸ ਵਿੱਚ ਸੀ ਇਸ ਕਰਕੇ ਤੁਹਾਨੂੰ ਸਹੀ ਲੱਗਦੀ ਹੋਣੀ ਆ, ਪਰ ਭਾਈ ਸਾਹਿਬ ਸਾਨੂੰ ਨਹੀਂ ਸਹੀ ਲੱਗਦੀ। ਦੇਖੋ ਇਕੱਲੀ ਨੌਕਰੀ ਕਰਕੇ ਕਹਿ ਰਹੇ ਹੋ ਕਿ ਤੁਹਾਡੀ ਕੋਈ ਦਾਜ ਦੀ ਡਿਮਾਂਡ ਹੈ? ਦੇਖੋ ਜੇ ਕੋਈ ਤੁਹਾਡੀ ਹੋਰ ਡਿਮਾਂਡ ਹੈ ਦਾਜ ਦੀ ਉਹ ਵੀ ਦੱਸ ਦਿਓ, ਇਕੱਲੀ ਮੇਰੀ ਬੇਟੀ ਹੈ, ਵਿਆਹ ਮੈਂ ਬਹੁਤ ਟੌਰ ਨਾਲ ਕਰਾਂਗਾ। ਨਾ ਨਾ ਜੀ, ਅਸੀਂ ਦਾਜ ਦਹੇਜ ਕੀ ਕਰਨਾ, ਵਾਹਿਗੁਰੂ ਦਾ ਦਿੱਤਾ ਸਭ ਕੁਛ ਸਾਡੇ ਘਰ ਹੈ ਜੀ, ਬਸ ਅਸੀਂ ਤਾਂ ਇਕੱਲੀ ਕੁੜੀ ਸੋਹਣੀ ਦੇਖਣੀ ਆ ਅਤੇ ਬਾਕੀ ਕੁੜੀ ਦੀ ਨੌਕਰੀ ਦੇਖਣੀ ਆ, ਹੋਰ ਸਾਡੀ ਕੋਈ ਡਿਮਾਂਡ ਨਹੀਂ। ਮੈਂ ਤਾਂ ਪਹਿਲੀ ਵਾਰੀ ਸੁਣਿਆ ਜੀ ਕਿ ਲੜਕੀਆਂ ਦੀ ਪੁਲਿਸ ਦੀ ਨੌਕਰੀ ਵਧੀਆ ਨਹੀਂ ਹੁੰਦੀ, ਮੈਂ ਤਾਂ ਬਹੁਤ ਮਿਹਨਤ ਨਾਲ ਆਪਣੀ ਲੜਕੀ ਪੁਲਿਸ 'ਚ ਭਰਤੀ ਕਰਾਈ ਹੈ। ਮਾਫ਼ ਕਰਨਾ ਡੀ ਐਸ ਪੀ ਸਾਹਿਬ, ਤੁਸੀਂ ਕੋਈ ਹੋਰ ਰਿਸ਼ਤਾ ਦੇਖ ਲਓ, ਸਾਡੇ ਫਿੱਟ ਜਿਹੀ ਨਹੀਂ ਬੈਠਦੀ ਗੱਲ ਇਹ। ਰਿਸ਼ਤਾ ਤਾਂ ਦੇਖੋ ਮੈਂ ਕਰਨਾ ਹੀ ਹੈ, ਮੈਂ ਆਪਦੀ ਧੀ ਘਰੇ ਥੋੜ੍ਹੀ ਬਿਠਾ ਕੇ ਰੱਖੂੰਗਾ, ਬਸ ਮੈਂ ਇਹੀ ਪੁੱਛਣਾ ਸੀ ਕਿ ਤੁਹਾਡੀ ਹਾਂ ਹੈ ਕਿ ਨਾ ਹੈ। ਹਾਂਜੀ ਆਪਣੀ ਤਾਂ ਨਾ ਹੀ ਹੈ ਜੀ। ਚਲੋ ਜੀ ਧੰਨਵਾਦ ਤੁਹਾਡਾ, ਤੁਸੀਂ ਗੱਲ ਇੱਕ ਪਾਸੇ ਤਾਂ ਲਾਈ, ਹੁਣ ਮੈਂ ਕਿਤੇ ਹੋਰ ਰਿਸ਼ਤਾ ਤਾਂ ਦੇ ਸਕਦਾ। ਸਤਿ ਸ਼੍ਰੀ ਅਕਾਲ। ਕਿਹੋ ਜਿਹੇ ਬੰਦੇ ਨੇ, ਮੈਨੂੰ ਕਹਿੰਦੇ ਨੌਕਰੀ ਪੁਲਿਸ ਦੀ ਪਸੰਦ ਨਹੀਂ ਹੈ, ਐਡਾ ਸੋਹਣਾ ਡਿਪਾਰਟਮੈਂਟ ਆ ਪੁਲਿਸ ਦਾ। ਚਲੋ ਆਪਣੀ ਆਪਣੀ ਸੋਚ ਹੈ। ਲੈ ਦੱਸ, ਹਜੇ ਵੀ ਆਸ ਰੱਖੀ ਬੈਠਾ ਵੀ ਮੇਰੀ ਧੀ ਨੂੰ ਸ਼ਗਨ ਕਰਨ ਆਉਣਗੇ ਨਾ, ਇਹ ਤਾਂ ਮੂਰਖ ਤੋਂ ਮੂਰਖ ਬੰਦੇ ਨੂੰ ਵੀ ਪਤਾ ਲੱਗ ਜਾਂਦਾ ਵੀ ਕੁੜੀ ਦੇਖ ਕੇ ਚਲੇ ਗਏ, ਹਾਂ ਨਾ ਕੋਈ ਦਿੱਤੀ ਨਹੀਂ। ਇਹ ਕਾਹਦਾ ਮੋਟੇ ਦਿਮਾਗ ਦਾ ਡੀ ਐਸ ਪੀ ਜਿਹੜੀ ਇੰਨੀ ਗੱਲ ਨਹੀਂ ਸਮਝ ਪਾਇਆ ਵੀ ਉਹਨਾਂ ਵੱਲੋਂ ਕੋਰੀ ਨਾ ਆ। ਲੈ ਪੁੱਤ ਤੂੰ ਫੋਨ ਘਰੇ ਭੁੱਲ ਗਿਆ ਸੀ। ਉਹੀ ਤਾਂ ਲੈਣ ਆਇਆ, ਛੇਤੀ ਛੇਤੀ ਘਰੇ ਰਹਿ ਗਿਆ। ਊਂ ਤਾਂ ਵਧੀਆ ਹੋਇਆ ਤੂੰ ਫੋਨ ਘਰੇ ਭੁੱਲ ਗਿਆ ਸੀ, ਮੈਂ ਤਾਂ ਗੱਲ ਕਲੀਅਰ ਕਰ ਦਿੱਤੀ, ਤੂੰ ਤਾਂ ਗੋਲ ਮੋਲ ਕਰਨੀ ਸੀ। ਕਿਹਦਾ ਫੋਨ ਆਇਆ ਸੀ ਤੇ ਕਿਹੜੀ ਗੱਲ ਕਲੀਅਰ ਕਰ ਲਈ? ਉਹ ਡੀ ਐਸ ਪੀ ਜਿਹੇ ਦਾ, ਉਹ ਤਾਂ ਮੈਨੂੰ ਮੋਟੇ ਦਿਮਾਗ ਦਾ ਲੱਗਦਾ, ਹਜੇ ਵੀ ਆਸ ਰੱਖੀ ਫਿਰਦਾ ਸੀ ਉਹ ਕਿ ਮੇਰੀ ਧੀ ਨੂੰ ਸ਼ਗਨ ਕਰਨ ਆਉਣਗੇ, ਮੈਂ ਤਾਂ ਭਾਈ ਜਵਾਬ ਦੇ ਦਿੱਤਾ ਪੂਰਾ। ਉਹ ਲੈ ਮਾਤਾ, ਅਗਲੇ ਨਾਲ ਤਾਂ ਆਸ ਰੱਖਣੀ ਉਹ ਆ, ਆਪਾਂ ਕਿਹੜਾ ਉਹਨਾਂ ਨੂੰ ਕੋਈ ਹਾਂ ਨਾ ਦੱਸੀ ਸੀ, ਨਾਲੇ ਫਿਰ ਹੁਣ ਤਾਂ ਕੀ ਕਿਹਾ ਉਹਨੂੰ? ਮੈਂ ਤਾਂ ਭਾਈ ਸਿੱਧਾ ਹੀ ਕਹਿਤਾ ਸਾਨੂੰ ਕੁੜੀ ਦੀ ਨੌਕਰੀ ਨਹੀਂ ਪਸੰਦ, ਅਸੀਂ ਨਹੀਂ ਲੈਣਾ ਇਹ ਰਿਸ਼ਤਾ। ਅੱਛਾ ਫਿਰ ਉਹ ਕੀ ਕਹਿੰਦਾ ਮੂਹਰੋਂ?
ਕਹਿੰਦਾ ਵਧੀਆ ਹੋਇਆ ਤੁਸੀਂ ਦੱਸਤਾ, ਮੈਂ ਕੋਈ ਹੋਰ ਰਿਸ਼ਤਾ ਦੇਖਣ ਯੋਗਾ ਤਾਂ ਹੋਇਆ। ਉਹ ਮਾਤਾ ਗੱਲ ਕਹਾਂ, ਕੁੜੀ ਹੈਗੀ ਚਾਹੇ ਪੁਲਿਸ 'ਚ ਆ, ਪਰ ਉਹ ਸੁਭਾਅ ਦੀ ਬਹੁਤ ਵਧੀਆ। ਨਾ ਤੈਨੂੰ 5 ਮਿੰਟ ਵਿੱਚ ਗੱਲ ਕਰਕੇ ਕੁੜੀ ਨਾਲ ਪਤਾ ਲੱਗ ਗਿਆ ਵੀ ਉਹਦਾ ਸੁਭਾਅ ਵਧੀਆ ਹੈ, ਮੈਨੂੰ ਤਾਂ ਕੁੜੀ ਦੇਖਣ ਨੂੰ ਤੇਜ਼ ਲੱਗੀ। ਉਹ ਮਾਤਾ ਤੈਨੂੰ ਤਾਂ ਉਹ ਕੁੜੀ ਥਾਂ ਤੇਜ਼ ਲੱਗਦੀ ਹੈ, ਤੈਨੂੰ ਇਹ ਆ ਵੀ ਉਹ ਪੁਲਿਸ 'ਚ ਹੈ, ਪੁਲਿਸ ਦੀ ਨੌਕਰੀ ਕਰਕੇ ਤੂੰ ਕਹੀ ਜਾਂਦੀ ਵੀ ਕੁੜੀ ਦਾ ਸੁਭਾਅ ਤੇਜ਼ ਆ ਜਾਂ ਕੁੜੀ ਤੇਜ਼ ਲੱਗਦੀ ਆ। ਨਾਲੇ ਜਿਹੜੀ ਤੂੰ ਗੱਲ ਕਰਦੀ ਵੀ ਤੈਨੂੰ 5 ਮਿੰਟ 'ਚ ਉਹਦੇ ਸੁਭਾਅ ਦਾ ਕਿਵੇਂ ਪਤਾ ਲੱਗ ਗਿਆ, 5 ਮਿੰਟ ਤਾਂ ਮੇਰੇ ਲਈ ਬਹੁਤ ਨੇ, ਮੈਂ ਤਾਂ 5 ਸਕਿੰਟ 'ਚ ਬੰਦਾ ਦੇਖ ਕੇ ਦੱਸ ਦੇਣਾ ਵੀ ਇਹਦਾ ਸੁਭਾਅ ਅਤੇ ਇਹ ਬੰਦਾ ਕਿਵੇਂ ਦਾ, ਐਵੇਂ ਨਹੀਂ ਮੈਂ ਇਹ ਐਸਾ ਹੀ ਬਣਿਆ। ਚੱਲ ਭਾਈ ਮੈਂ ਤਾਂ ਹੁਣ ਸਿਆਪਾ ਹੀ ਨਿਬੇੜਤਾ ਗੱਲ ਕਰਕੇ, ਮੈਂ ਤਾਂ ਕੋਰਾ ਜਵਾਬ ਦੇ ਦਿੱਤਾ, ਅੱਗੇ ਵਾਸਤੇ ਜੇ ਕੋਈ ਰਿਸ਼ਤਾ ਦੇਖਾਂਗੇ ਨਾ ਪਹਿਲਾਂ ਕੁੜੀ ਦੀ ਨੌਕਰੀ ਬਾਰੇ ਪਤਾ ਕਰਾਂਗੇ, ਫਿਰ ਕੁੜੀ ਦੇਖਣ ਜਾਵਾਂਗੇ। ਫਿਰ ਆਪਣੀ ਹੁਣ ਪੱਕੀ ਨਾ ਇਹ ਰਿਸ਼ਤੇ ਤੋਂ? ਪੱਕੀ ਨਾ ਕੀਤੀ ਯਾਰ ਅਮਨੇ, ਹੋਰ ਮੈਂ ਕੱਚੀ ਗੱਲ ਨਹੀਂ ਕੀਤੀ, ਜਦ ਅਸੀਂ ਰਿਸ਼ਤਾ ਹੀ ਨਹੀਂ ਲੈਣਾ। ਚਲੋ ਮੈਂ ਤਾਂ ਚੱਲਦਾ ਫਿਰ ਡਿਊਟੀ। ਮੈਂ ਤਾਂ ਉਹਦੇ ਨਾਲ ਵਾਅਦਾ ਕੀਤਾ ਸੀ ਵੀ ਮੈਂ ਤੈਨੂੰ ਰੋਜ਼ ਕਾਲ ਕਰਿਆ ਕਰੂੰ, ਮੈਂ ਫੋਨ 'ਚ ਰਿਮਾਈਂਡਰ ਲਗਾ ਲਿਆ, ਪਰ ਹੁਣ ਮੈਂ ਕਿਹੜੇ ਮੂੰਹ ਨਾਲ ਕਾਲ ਕਰੂੰਗਾ ਉਹਨੂੰ। ਯਾਰ ਹੁਣ ਇੱਥੇ ਕਰਦੀ ਫਿਰੀ ਜਾਣੀ ਆ, ਕਰੀਏ ਤੇਰੀ ਮਾਂ ਨਾਲ ਗੱਲ ਫਟਾਫਟ ਜਾ ਕੇ, ਪਾਈਏ ਫਿਰ ਪਚੋਲਗਿਰੀ ਸਾਫ। ਮੈਂ ਤੁਹਾਨੂੰ ਕਾਹਦੀ ਸ਼ਾਂਪ ਪਚੋਲਗਿਰੀ ਦੀ, ਗੱਲ ਤਾਂ ਰਿਸ਼ਤੇ ਦੀ ਮੁੰਡੇ ਨਾਲ ਸਿੱਧੀ ਹੋਈ ਆ। ਮੁੰਡੇ ਤਾਂ ਪਹਿਲਾਂ ਗੱਲ ਕਰ ਰਹੇ ਤੇ ਰਿਸ਼ਤੇ ਦੀ, ਹੁਣ ਤਾਂ ਗੱਲ ਆਪਾਂ ਕਰਾਂਗੇ ਦੁਬਾਰਾ। ਚੱਲ ਕੋਈ ਨਾ, ਤੁਸੀਂ ਸ਼ਾਂਪ ਦੀ ਫਿਕਰ ਨਾ ਕਰੋ, ਕੀ ਪਤਾ ਨਾਲ ਕੜਾ ਵੀ ਪਾ ਦੇਣ, ਸੁੱਖ ਨਾਲ ਕੱਲਾ ਕੱਲਾ ਜਵਾਈ ਅਗਲਿਆਂ ਦਾ। ਬਣਦਾ ਤਾਂ ਕੜਾ ਹੀ ਆ, ਪਰ ਫਿਰ ਵੀ ਸਾਫ ਹੀ ਨਹੀਂ ਮਾਰੀ। ਪਹਿਲਾਂ ਮਾਤਾ ਨੂੰ ਮਨਾ ਲਈਏ ਜਾ ਕੇ, ਜੇ ਮਾਤਾ ਮੰਨੂਗੀ ਆ ਕੜੇ ਸ਼ਾਂਪਾਂ ਵੀ ਫੇਰ ਹੀ ਪੈਣਗੇ। ਅੱਜ ਫਿਰ ਨਹੀਂ ਉਹਦਾ ਮੈਨੂੰ ਕੋਈ ਫੋਨ ਆਇਆ, ਕੱਲ ਤਾਂ ਮੈਨੂੰ ਕਹਿੰਦਾ ਸੀ ਮੈਂ ਰਿਮਾਈਂਡਰ ਲਾ ਲਿਆ, ਪੱਕਾ ਫੋਨ ਕਰੂੰਗਾ। ਜਦੋਂ ਉਹਦੇ ਦਿਲ 'ਚ ਮੇਰੇ ਲਈ ਪਿਆਰ ਹੀ ਨਹੀਂ, ਪਰ ਮੈਂ ਕਿਹਾ ਧੱਕੇ ਨਾਲ ਵਾਰ ਵਾਰ ਫੋਨ ਕਰਵਾਵਾਂ ਕਹਿ ਕਹਿ ਕੇ। ਚੱਲ ਕੋਈ ਨਹੀਂ, ਚੱਲ ਉਹਨੇ ਮੈਨੂੰ ਆਪੇ ਸਮਝਿਆ ਹੀ ਨਹੀਂ, ਫਿਰ ਫੋਨ ਵੀ ਕਿਉਂ ਕਰਨਾ। ਪਿੰਕੀ ਪੁੱਤਰ, ਡਿਊਟੀ 'ਤੇ ਆ ਕੇ ਇਕੱਲੇ ਕਿਉਂ ਬਹਿ ਗਏ ਹੋ? ਮੈਨੂੰ ਲੱਗਦਾ ਤੇਰਾ ਮਨ ਉਦਾਸ ਹੈ। ਕੁਛ ਨਹੀਂ ਪਾਪਾ, ਬਸ ਸ਼ਾਂਤੀ ਜਿਹੀ 'ਚ ਬੈਠਣ ਨੂੰ ਦਿਲ ਕਰਿਆ, ਮੈਂ ਉੱਪਰ ਆ ਗਈ। ਚਲੋ ਕੋਈ ਨਹੀਂ ਬੈਠੋ ਬੇਟੇ। ਪਿੰਕੀ ਪੁੱਤਰ, ਮੈਂ ਇੱਕ ਤੇਰੇ ਨਾਲ ਜ਼ਰੂਰੀ ਗੱਲ ਕਰਨੀ ਹੈ, ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੀ। ਕੋਈ ਨਹੀਂ ਪਾਪਾ, ਦੱਸੋ ਕੀ ਗੱਲ। ਪਿੰਕੀ ਪੁੱਤਰ, ਮੈਂ ਵੈਟਰਨਰੀ ਡਾਕਟਰ ਦੇ ਪਰਿਵਾਰ ਨਾਲ ਗੱਲ ਕਰ ਲਈ ਹੈ, ਉਹ ਤੈਨੂੰ ਦੇਖਣ ਆਉਣ ਨੂੰ ਕਹਿੰਦੇ ਨੇ। ਮੈਂ ਪੁੱਤਰ ਪਤਾ ਵੀ ਕਰ ਲਿਆ, ਪਰਿਵਾਰ ਬਹੁਤ ਵਧੀਆ। ਪਾਪਾ ਮੇਰਾ ਰਿਸ਼ਤਾ ASI ਨਾਲ ਹੋ ਤਾਂ ਰਿਹਾ, ਫਿਰ ਤੁਸੀਂ ਉਹਨਾਂ ਨਾਲ ਗੱਲ ਕਿਉਂ ਕੀਤੀ ਆ? ਪੁੱਤਰ, ਉਹ ASI ਦਾ ਪਰਿਵਾਰ ਤੇਰਾ ਰਿਸ਼ਤਾ ਲੈਣਾ ਨਹੀਂ ਚਾਹੁੰਦਾ, ਉਹਨਾਂ ਨੂੰ ਤੇਰੀ ਨੌਕਰੀ ਤੋਂ ਪ੍ਰੋਬਲਮ ਆ। ਨਹੀਂ ਨਹੀਂ ਪਾਪਾ, ਹੁਣ ਉਹਨਾਂ ਨੂੰ ਮੇਰੀ ਪੁਲਿਸ ਦੀ ਨੌਕਰੀ ਤੋਂ ਕੋਈ ਪ੍ਰੋਬਲਮ ਨਹੀਂ ਹੈਗੀ। ਜੋਤ ਖੁਦ ਜਾ ਕੇ ਆਈ ਆਪਦੀ ਮਾਸੀ ਦੀ ਕੁੜੀ ਦੇ ਘਰੇ, ਉਹਨਾਂ ਨੂੰ ਮੇਰਾ ਰਿਸ਼ਤਾ ਮਨਜ਼ੂਰ ਆ। ਪੁੱਤਰ, ਤੂੰ ਕਹਿ ਰਹੀ ਹੈ ਵੀ ਮੇਰਾ ਰਿਸ਼ਤਾ ਉਹਨਾਂ ਨੂੰ ਮਨਜ਼ੂਰ ਹੈ, ਉਹਦੀ ਮਾਂ ਨੇ ਮੈਨੂੰ ਖੁਦ ਜਵਾਬ ਦਿੱਤਾ। ਪਾਪਾ, ਜੋਤ ਮੈਨੂੰ ਸਪੈਸ਼ਲ ਦੱਸਣ ਆਈ ਸੀ ਵੀ ਮੇਰੀ ਮਾਸੀ ਹੁਣੇ ਦੀ ਤੇਰੇ ਰਿਸ਼ਤੇ ਲਈ ਹਾਂ ਏ। ਤੈਨੂੰ ਪੁੱਤਰ ਜੋਤ 'ਤੇ ਯਕੀਨ ਹੈ, ਮੇਰੇ 'ਤੇ ਯਕੀਨ ਨਹੀਂ ਹੈਗਾ। ਪਾਪਾ ਤੁਹਾਡੇ 'ਤੇ ਮੈਨੂੰ ਯਕੀਨ ਹੈਗਾ, ਪਰ ਜੋਤ ਵੀ ਝੂਠ ਨਹੀਂ ਬੋਲਦੀ। ਪੁੱਤਰ, ਤੈਨੂੰ ਇੰਝ ਯਕੀਨ ਨਹੀਂ ਆਉਣਾ, ਆਹ ਦੇਖ ASI ਦੇ ਨੰਬਰ 'ਤੇ ਮੇਰੀ ਖੁਦ 10 ਮਿੰਟ ਗੱਲ ਹੋਈ ਹੈ। ਨੰਬਰ ਤਾਂ ASI ਦਾ ਹੀ ਹੈ, ASI ਨੇ ਖੁਦ ਜਵਾਬ ਦਿੱਤਾ ਤੁਹਾਨੂੰ? ਨਹੀਂ, ਉਹਦੀ ਮਦਰ ਨੇ, ਪਰ ਨੰਬਰ ASI ਦਾ ਸੀ, ਉਹ ਕਹਿੰਦੀ ਫੋਨ ਘਰੇ ਭੁੱਲ ਗਿਆ। ਅੱਛਾ,
ਉਹਦੀ ਮਾਂ ਨੇ ਜਵਾਬ ਦਿੱਤਾ ਤੁਹਾਨੂੰ। ਹਾਂ ਪੁੱਤਰ, ਉਹ ਵੀ ਤਾਂ ਕੋਲ ਹੀ ਹੋਣਾ ASI ਵੀ, ਉਹਨੇ ਬਹਾਨੇ ਨਾਲ ਆਪਣੀ ਮਾਂ ਤੋਂ ਜਵਾਬ ਦਵਾਤਾ। ਚਲੋ ਜੇ ਉਹਨਾਂ ਨੇ ਰਿਸ਼ਤੇ ਨੂੰ ਜਵਾਬ ਹੀ ਦੇਤਾ ਫਿਰ ਆਪਾਂ ਉਹਨਾਂ ਦੀਆਂ ਮਿੰਨਤਾਂ ਥੋੜ੍ਹੀ ਨਾ ਕਰਨੀਆਂ। ਹੁਣ ਅਸਲ 'ਚ ਪਾਪਾ ਗੱਲ ਪਤਾ ਕੀ ਹੋਈ ਹੋਣੀ ਹੈ, ਜੋਤ ਦੀ ਮਾਸੀ ਦੀ ਕੁੜੀ ਨੇ ਘਰੇ ਆਪਦੀ ਮਾਂ ਨਾਲ ਗੱਲ ਕੀਤੀ ਹੋਣੀ ਹੈ, ਉਹਦੀ ਮਾਂ ਮੰਨੀ ਨਹੀਂ ਹੋਣੀ ਤਾਂ ਹੀ ਉਹਨੇ ਰਿਸ਼ਤੇ ਨੂੰ ਜਵਾਬ ਦੇਤਾ। ਚੱਲ ਪੁੱਤਰ, ਤੂੰ ਵਧੀਆ ਨੌਕਰੀ 'ਤੇ ਹੈ, ਤੈਨੂੰ ਰਿਸ਼ਤੇ ਵੀ ਵਧੀਆ ਵਧੀਆ ਆ ਰਹੇ ਨੇ। ਜਿਹੜਾ ਵੈਟਰਨਰੀ ਡਾਕਟਰ ਹੈ ਨਾ, ਉਹਨਾਂ ਕੋਲ ਜ਼ਮੀਨ ਵੀ ਜ਼ਿਆਦਾ ਅਤੇ ਫੈਮਿਲੀ ਵੀ ਬਹੁਤ ਵਧੀਆ। ਪਾਪਾ, ਮੇਰੇ ਲਈ ਜ਼ਮੀਨ ਚਾਹੇ 4 ਫੁੱਟ ਘੱਟ ਟੋਲ ਲਿਓ, ਪਰ ਡਿਪਾਰਟਮੈਂਟ ਦੇਖ ਕੇ ਲੱਭਿਓ। ਨਾ ਤਾਂ ਮੁੰਡਾ ਡੰਗਰ ਡਾਕਟਰ ਹੋਣਾ ਚਾਹੀਦਾ, ਦੂਜੇ ਨੰਬਰ 'ਤੇ ਨਾ ਮੁੰਡਾ ਫੌਜੀ ਹੋਣਾ ਚਾਹੀਦਾ ਅਤੇ ਨਾ ਹੀ ਪੁਲਿਸ ਲਾਈਨ ਦਾ ਹੋਣਾ ਚਾਹੀਦਾ। ਹੋਰ ਚਾਹੇ ਜਿਹੜਾ ਮਰਜ਼ੀ ਲੱਭ ਲਿਓ। ਪੁੱਤਰ, ਇਹੀ ਤਾਂ ਮੇਨ ਨੌਕਰੀਆਂ ਨੇ, ਇਹਨਾਂ ਤੋਂ ਤੂੰ ਮਨਾ ਕਰੀ ਜਾਂਦੀ ਹੈ। ਵੈਟਰਨਰੀ ਡਾਕਟਰ ਤਨਖਾਹ ਵੀ ਵੱਧ ਪਾਉਂਦੇ ਨੇ ਅਤੇ ਪ੍ਰਾਈਵੇਟ ਆਪਣਾ ਕੰਮ ਕਰਕੇ 4 ਪੈਸੇ ਹੋਰ ਵੀ ਵੱਧ ਬਣਾਉਂਦੇ। ਪਾਪਾ, ਪੈਸੇ ਚਾਹੇ ਨਾ ਮੁੰਡਾ ਘੱਟ ਕਮਾਉਂਦਾ ਹੋਵੇ, ਪਰ ਮੈਨੂੰ ਨੌਕਰੀ ਸਕੂਨ ਵਾਲੀ ਚਾਹੀਦੀ ਹੈ। ਪਿੰਕੀ ਪੁੱਤਰ, ਤੂੰ ਜਿੱਦ ਛੱਡ ਅਤੇ ਡਾਕਟਰ ਦਾ ਵਧੀਆ ਘਰ ਹੈ ਅਤੇ ਆਪਾਂ ਉੱਥੇ ਤੇਰਾ ਰਿਸ਼ਤਾ ਕਰ ਦਿੰਦੇ ਹਾਂ। ਉਸ ਤੋਂ ਬਾਅਦ ਫਿਰ ਤੇਰੇ ਭਰਾ ਦਾ ਵੀ ਰਿਸ਼ਤਾ ਕਰਨਾ, ਉਹਦੀ ਵੀ ਉਮਰ ਬਹੁਤ ਹੋ ਗਈ ਹੈ। ਪਾਪਾ, ਤੁਸੀਂ ਉਹਦੀ ਫਿਕਰ ਛੱਡੋ, ਉਹਨੇ ਤਾਂ ਨਾ ਕੈਨੇਡਾ ਦੀ ਕਿਸੇ ਗੋਰੀ ਨਾਲ ਆਪੇ ਵਿਆਹ ਕਰਵਾ ਲੈਣਾ, ਬਥੇਰੀਆਂ ਸੈਲਫੀਆਂ ਪਾਉਂਦਾ ਉਹ ਮੇਮਾਂ ਨਾਲ। ਉਹ ਨਹੀਂ ਪੁੱਤਰ, ਉਹ ਤੇ ਉਹਦੀਆਂ ਫਰੈਂਡਾਂ ਹੋਣੀਆਂ ਨੇ, ਵਿਆਹ ਦੇ ਆਪਾਂ ਉਹਦਾ ਕਿਸੇ ਪੰਜਾਬੀ ਕੁੜੀ ਨਾਲ ਹੀ ਕਰਾਂਗੇ। ਲੈ, ਉਹਨੇ ਕਿਹੜਾ ਪਾਪਾ ਤੁਹਾਡੇ ਤੋਂ ਪੁੱਛ ਕੇ ਕਰਵਾਉਣਾ ਹੈ, ਕਰਵਾਉਣਾ ਤਾਂ ਅਗਲੇ ਨੇ ਆਪਦੀ ਮਰਜ਼ੀ ਨਾਲ ਹੀ ਹੈ। ਨਹੀਂ ਨਹੀਂ ਪੁੱਤਰ, ਆਪਣਾ ਮੁੰਡਾ ਇੱਦਾਂ ਦਾ ਨਹੀਂ, ਉਹ ਸਾਡੀ ਸਲਾਹ ਨਾਲ ਹੀ ਵਿਆਹ ਕਰਾਊਗਾ। ਪਾਪਾ, ਮੈਂ ਤਾਂ ਨਾ ਐਵੇਂ ਤੁਹਾਡੀ ਰੀਸ ਨਾਲ ਪੁਲਿਸ 'ਚ ਭਰਤੀ ਹੋ ਗਈ, ਮੈਂ ਵੀ ਆਪਣੇ ਸਣੀ ਵਾਂਗੂ ਨਾ ਕੈਨੇਡਾ ਹੀ ਜਾਣਾ ਸੀਗਾ। ਉਹਦਾ ਤਾਂ ਸ਼ੁਰੂ ਤੋਂ ਇੰਟਰਸਟ ਸੀ ਬਾਹਰ ਜਾਣ ਦਾ, ਤਾਂ ਹੀ ਉਹਨੇ ਆਈਲੈਟਸ ਕੀਤੀ ਹੈ। ਤੂੰ ਤਾਂ ਬਾਹਰ ਜਾਣ ਤੋਂ ਡਰਦੀ ਹੁੰਦੀ ਸੀ। ਹਾਂ ਪਾਪਾ, ਮੈਂ ਤਾਂ ਘਰੇ ਰਹਿ ਕੇ ਖੁਸ਼ ਸੀ, ਪਰ ਮੈਨੂੰ ਇਹ ਥੋੜ੍ਹੀ ਨਾ ਪਤਾ ਸੀ ਵੀ ਪੁਲਿਸ ਦੀ ਨੌਕਰੀ ਇਹੋ ਜਿਹੀ ਹੁੰਦੀ ਹੈ। ਲੈ ਪੁੱਤਰ, ਤੇਰੀ ਨੌਕਰੀ ਥੋੜ੍ਹੀ ਮਾੜੀ ਹੈ, ਇਹ ਤਾਂ ਦੇਖਣ ਵਾਲਿਆਂ ਦਾ ਨਜ਼ਰੀਆ, ਪੁਲਿਸ ਦੀ ਨੌਕਰੀ ਤਾਂ ਬਹੁਤ ਵਧੀਆ। ਪਿੰਕੀ ਪੁੱਤਰ, ਸਰਕਾਰੀ ਨੌਕਰੀ ਵਾਲੀਆਂ ਕੁੜੀਆਂ ਤਾਂ ਮਸਾਂ ਹੀ ਮਿਲਦੀਆਂ ਨੇ। ਪਤਾ ਨਹੀਂ ਪਾਪਾ, ਪਰ ਮੈਨੂੰ ਤਾਂ ਨਹੀਂ ਲੱਗਦਾ ਵੀ ਇਸ ਨੌਕਰੀ ਨੂੰ ਕੋਈ ਪਸੰਦ ਕਰਦਾ। ਪਿੰਕੀ, ਜੇ ਤੈਨੂੰ ਵੈਟਰਨਰੀ ਡਾਕਟਰ ਪਸੰਦ ਨਹੀਂ ਹੈ ਤੇ ਤੂੰ ਜੋਤ ਨਾਲ ਗੱਲ ਕਰ ਲੈ, ਜਿਹੜਾ ਉਹਦੀ ਭੂਆ ਦਾ ਮੁੰਡਾ ਤੁਹਾਡੇ ਨਾਲ ਲੱਗਿਆ ਹੋਇਆ, ਫਿਰ ਉਹਦੇ ਨਾਲ ਤੇਰਾ ਰਿਸ਼ਤਾ ਤੈਅ ਕਰ ਦਿੰਦੇ ਹਾਂ। ਲੈ ਪਾਪਾ, ਉਹਦਾ ਸ਼ਕਲ ਹੀ ਡਿਫਾਲਟਰ ਲੱਗਦਾ, ਨਾਲੇ ਜੋਤ ਦੀ ਰਿਸ਼ਤੇਦਾਰੀ 'ਚ ਤਾਂ ਹੁਣ ਮੈਂ ਵਿਆਹ ਕਰਵਾਉਣਾ ਹੀ ਨਹੀਂ, ਚਾਹੇ ਜਿੰਨਾ ਮਰਜ਼ੀ ਮੁੰਡਾ ਚੰਗਾ ਆ ਜਾਵੇ ਮੇਰੇ ਸਾਹਮਣੇ। ਮੈਂ ਤਾਂ ਹੁਣ ਇਹ ਸੋਚੀ ਜਾਂਦੀ ਹਾਂ ਵੀ ਉੱਥੋਂ ਬਦਲੀ ਕਰਵਾ ਕੇ ਹੋਰ ਥਾਣੇ 'ਚ ਆਪਦੀ ਡਿਊਟੀ ਕਰਵਾ ਲਾਂ। ਪੁੱਤਰ, ਰਿਸ਼ਤੇ ਤਾਂ ਸੰਜੋਗਾਂ ਨਾਲ ਹੁੰਦੇ ਨੇ, ਪੁੱਤਰ ਤੂੰ ਰਿਸ਼ਤੇ ਪਿੱਛੇ ਜੋਤ ਨਾਲ ਕੇ ਫਰਕ ਪਾ ਰਹੀ ਹੈ, ਇਸ ਵਿੱਚ ਜੋਤ ਦਾ ਕੀ ਕਸੂਰ ਹੈ? ਸਹੀ ਗੱਲ ਹੈ ਤੁਹਾਡੀ, ਜੋਤ ਦਾ ਤਾਂ ਕੋਈ ਕਸੂਰ ਨਹੀਂ। ਜੋਤ ਨੂੰ ਕਿਹੜਾ ਉਹ ਦੱਸ ਕੇ ਆਏ ਸੀ ਵੀ ਅਸੀਂ ਰਿਸ਼ਤਾ ਦੇਖਣ ਚੱਲੇ ਹਾਂ? ਜੋਤ ਨੂੰ ਤਾਂ ਮੈਂ ਆਪ ਦੱਸਿਆ ਸੀਗਾ ਵੀ ਤੇਰੀ ਮਾਸੀ ਹੁਣੀ ਮੈਨੂੰ ਦੇਖਣ ਆਈ ਸੀ। ਤੂੰ ਥੋੜ੍ਹਾ ਜਿਹਾ ਨੌਕਰੀ ਉੱਥੇ ਹੋਰ ਕਰੀ ਜਾ, ਫਿਰ ਤੇਰੇ ਸਹੁਰੇ ਆਪੇ ਉੱਥੇ ਬਦਲੀ ਕਰਾ ਲੈਣਗੇ ਜਿੱਥੇ ਉਹਨਾਂ ਨੂੰ ਨੇੜੇ ਲੱਗੂਗਾ। ਬਸ ਮੈਂ ਤਾਂ ਨੌਕਰੀ ਛੱਡ ਕੇ ਨਾ ਬਾਹਰ ਦਾ ਦੇਖਦੀ ਹਾਂ ਕੁਛ ਆਪਦਾ, ਮੈਂ ਨਹੀਂ ਇੱਥੇ ਵਿਆਹ ਕਰਵਾਉਣਾ। ਪਿੰਕੀ ਪੁੱਤਰ, ਫਿਰ ਤੇਰੇ ਵਾਸਤੇ ਮੁੰਡਾ ਹੀ ਬਾਹਰਲਾ ਦੇਖ ਲੈਂਦੇ ਹਾਂ। ਪਾਪਾ, ਮੈਂ ਕਿਸੇ ਦੇ ਸਿਰ 'ਤੇ ਨਹੀਂ ਜਾਣਾ, ਮੈਂ ਤਾਂ ਆਪ ਹੀ ਜਾਊਂਗੀ। ਲੈ, ਮੇਰੇ ਧੀ ਜਵਾਈ ਆਏ ਆ, ਰਾਜੀ ਰਹਿ ਪੁੱਤ। ਸਤਿ ਸ਼੍ਰੀ ਅਕਾਲ ਮੰਮੀ। ਸਤਿ ਸ਼੍ਰੀ ਅਕਾਲ ਕੁਲਵਿੰਦਰ, ਕਿਵੇਂ ਆ? ਠੀਕ ਆ, ਵਧੀਆ, ਤੁਸੀਂ ਠੀਕ ਹੋ? ਨਾ, ਤੁਸੀਂ ਗੱਡੀ ਕਿਉਂ ਬਾਹਰ ਖੜਾਤੀ? ਮੈਂ ਗੇਟ ਖੋਲ ਦਿੰਦੀ। ਕੋਈ ਨਾ, ਮੈਂ ਕਿਹਾ ਬਾਹਰ ਹੀ ਖੜਾ ਦਿੰਦੇ ਹਾਂਗੇ। ਆ ਜਾਓ, ਬੈਠੋ ਫਿਰ, ਆ ਜਾ। ਮੈਨੂੰ ਲੱਗਦਾ ਨਵੇਂ ਰਿਸ਼ਤੇ ਦੀ ਖੁਸ਼ਖਬਰੀ ਲੈ ਕੇ ਆਏ ਹਾਂ। ਨਾ ਨਾ ਮੰਮੀ, ਨਵੇਂ ਦੀ ਕਾਹਨੂੰ, ਅਸੀਂ ਤਾਂ ਪੁਰਾਣੇ ਰਿਸ਼ਤੇ ਦੀ ਗੱਲ ਕਰਨ ਆਏ ਹਾਂ। ਪੁਰਾਣਾ ਰਿਸ਼ਤਾ? ਉਹ DSP ਦੀ ਕੁੜੀ? ਨਾ ਨਾ, ਰਹਿਣ ਦੇ,
ਓਹੋ ਮੰਮੀ ਮੇਰੀ ਗੱਲ ਤਾਂ ਸੁਣੋ, ਆਪਾਂ ਤਾਂ ਐਵੇਂ ਰਿਸ਼ਤੇ ਨੂੰ ਨਾ ਕਰਨ ਲੱਗੇ ਸੀਗੇ, DSP ਕੋਲ ਤਾਂ ਪ੍ਰੋਪਰਟੀ ਬਹੁਤ ਆ ਗਈ। ਕੁੜੀ ਤਾਂ ਕੁੜੀ ਜੀ, ਮੁੰਡੇ ਵੀ ਨੌਕਰੀ ਕਰਨ ਦੀ ਲੋੜ ਨਹੀਂ ਪੈਣੀ, ਇੰਨੀ ਪ੍ਰੋਪਰਟੀ DSP ਲਵੇ। ਆ ਕੀ ਗੱਲ ਕਰਤੀ ਪੁੱਤ ਤੁਸੀਂ, ਮੈਂ ਤਾਂ ਅੱਜ ਹੀ DSP ਨੂੰ ਜਵਾਬ ਦੇ ਕੇ ਹਟੀ ਹਾਂ ਵੀ ਅਸੀਂ ਨਹੀਂ ਲੈਣਾ ਰਿਸ਼ਤਾ। ਓਹੋ ਸੋਨੇ, ਜਵਾਬ ਕਦੋਂ ਦੇਤਾ, ਸਾਡੇ ਨਾਲ ਰਾਇਤਾ ਕਰ ਲੈਂਦੇ ਤੁਸੀਂ। ਸਲਾਹ ਤਾਂ ਪੁੱਤ ਆਪਾਂ ਕੀਤੀ ਹੋਈ ਸੀ ਵੀ ਆਪਾਂ DSP ਦੀ ਕੁੜੀ ਦਾ ਰਿਸ਼ਤਾ ਨਹੀਂ ਲੈਣਾ, ਬਾਕੀ ਜਿਹੜਾ ਤੂੰ ਕਲਰਕ ਕੁੜੀ ਦਾ ਰਿਸ਼ਤਾ ਕਹਿੰਦਾ ਸੀ ਉਹਦਾ ਕੀ ਬਣਿਆ? ਉਹਦਾ ਤਾਂ ਮਾਤਾ ਸ਼ਗਨ ਕਿਤੇ ਹੋ ਗਿਆ, ਤੁਸੀਂ ਆਹ ਰਿਸ਼ਤਾ ਨਾ ਹੱਥੋਂ ਕੱਢ ਕੇ ਬਹਿ ਜਾਓ ਹੁਣ। ਹੱਥੋਂ ਕੱਢਣ ਨੂੰ ਪੁੱਤ ਕਿੰਨਾ ਕੁ ਵਧੀਆ ਰਿਸ਼ਤਾ ਸੀ ਇਹ, ਅੱਜ ਕੱਲ੍ਹ ਕੌਣ ਪੁਲਿਸ ਵਾਲੀਆਂ ਦੇ ਰਿਸ਼ਤੇ ਲੈਂਦਾ? ਓਹੋ ਮੰਮੀ ਇਹ ਗੱਲ ਤੁਸੀਂ ਛੱਡ ਦਿਓ ਵੀ ਅੱਜ ਕੱਲ੍ਹ ਕੋਈ ਪੁਲਿਸ ਵਾਲੀਆਂ ਦੇ ਰਿਸ਼ਤੇ ਨਹੀਂ ਲੈਂਦਾ ਹੈਗਾ, ਮਗਰ ਮਗਰ ਫਿਰਦੇ ਆ ਅਗਲੇ, ਨਾਲੇ ਇਹ ਕੁੜੀ ਤਾਂ ਹੈਗੀ ਵੀ ਪ੍ਰੋਪਰਟੀ ਦੀ ਮਾਲਕਣ ਆ। ਉਹ ਹੋਰ ਮਾਤਾ, ਇਕੱਲੀ ਕੁੜੀ ਆ DSP ਦੇ, ਬਹੁਤ ਵਧੀਆ ਵਿਆਹ ਕਰੂਗਾ, ਨਾਲੇ ਇਕੱਲੇ ਦਾ ਕੁੜੀ ਆ ਉਹਦੇ, ਨਾ ਕੋਈ ਹੋਰ ਜਵਾਕ ਆ, ਸਾਰੀ ਪ੍ਰੋਪਰਟੀ ਤੋਂ ਹੀ ਮਾਲਕਣਾ, DSP ਦੇ 2 ਟਰੈਕਟਰ ਖੜੇ ਨੇ, ਜ਼ਮੀਨ ਵੀ ਚੰਗੀ ਹੋ ਮਿਲਾ ਤਾਂ। ਹੋਰ ਮੰਮੀ ਵਿਆਹ ਹੋਣ ਸਾਰ ਨਾ ਆਪਣਾ ਮੁੰਡਾ ਸਾਰੀ ਪ੍ਰੋਪਰਟੀ ਦਾ ਮਾਲਕ ਬਣ ਜੂਗਾ, ਫਿਰ ਦੋਨੇ ਚਾਹੇ ਨੌਕਰੀ ਨਾ ਕਰਨ। ਲੈ ਤੁਹਾਨੂੰ ਕੀ ਪਤਾ ਵੀ ਵਿਆਹ ਤੋਂ ਬਾਅਦ ਆਪਣੀ ਉਹ ਧੀ ਨੂੰ ਪ੍ਰੋਪਰਟੀ ਸਾਰੀ ਦੇਊਗਾ, ਕੀ ਪਤਾ ਅਗਲੇ ਨੇ ਆਪ ਵਿਆਹ ਕਰਵਾ ਲਿਆ ਫਿਰ। ਓਹੋ ਮੰਮੀ ਮੇਰੀ ਗੱਲ ਸੁਣ ਨਾ, ਹੁਣ ਉਹਨੂੰ ਬੁੱਢੇ ਵੇਲੇ ਕੌਣ ਡੋਲੇ ਦਊਗਾ, ਜੇ ਉਹਨੇ ਵਿਆਹ ਕਰਾਉਣਾ ਹੀ ਹੁੰਦਾ ਉਦੋਂ ਕਰਾਉਂਦਾ ਜਦ ਉਹਦੇ ਘਰ ਵਾਲੀ ਮਰੀ ਸੀਗੀ, ਹੁਣ ਤਾਂ ਉਹ ਸਾਰੀ ਪ੍ਰੋਪਰਟੀ ਆਪਦੀ ਕੁੜੀ ਨੂੰ ਦਊਗਾ ਜਦੋਂ ਉਹਦਾ ਵਿਆਹ ਹੋ ਗਿਆ। ਤਾਂ ਜੇ ਫਿਰ ਉਹਦੇ ਇਕੱਲੀ ਕੁੜੀ ਹੈ ਫਿਰ ਤਾਂ ਉਹ ਮੁੰਡੇ ਨੂੰ ਘਰ ਜਵਾਈ ਵੀ ਰੱਖੂਗਾ। ਇਹ ਗੱਲ ਤਾਂ ਉਹਦੇ ਬਾਪ ਨਾਲ ਗੱਲ ਕਰਕੇ ਪਤਾ ਲੱਗੂ ਜੀ ਫਿਰ। ਨਾ ਹੁਣ ਕਿਹੜੇ ਮੂੰਹ ਨਾਲ ਆਪਾਂ ਰਿਸ਼ਤੇ ਦੀ ਗੱਲ ਕਰਾਂਗੇ DSP ਨਾਲ, ਮੈਂ ਤਾਂ ਹੁਣ ਜਵਾਬ ਦੇ ਕੇ ਹਟੀ ਹਾਂ, ਨਾਲੇ ਆਪਣੇ ਰਮਨੇ ਨੂੰ ਕਿਹੜਾ ਰਿਸ਼ਤਿਆਂ ਦਾ ਘੱਟ ਹੈ, ਸੁਖਨਾ ASI ਲੱਗਾ ਹੋਇਆ ਆ, ਰਿਸ਼ਤੇ ਤਾਂ ਭੱਜ ਭੱਜ ਆਉਣਗੇ। ASI ਦੀ ਪੋਸਟ ਨਾ ਐਡੀ ਵੱਡੀ ਨਹੀਂ ਹੁੰਦੀ, ਕੁੜੀ ਦਾ ਬਾਬਾ DSP ਰਿਟਾਇਰ ਆ, DSP ਦਾ ਉਹਦਾ ASI ਨੂੰ ਵੱਡਾ ਹੀ ਹੁੰਦਾ, ਤੁਸੀਂ ਮੇਰੀ ਗੱਲ ਮੰਨੋ, ਰਿਸ਼ਤਾ ਵਧੀਆ, ਜੋਤ ਨੂੰ ਵਿੱਚ ਪਾ ਕੇ ਉਹਨਾਂ ਗੱਲ ਕਰ ਲਓ ਦੁਬਾਰੇ। ਜੋਤ ਨੂੰ ਵਿੱਚ ਪਾਉਣ ਦੀ ਕੀ ਲੋੜ ਆ ਗਈ, ਰਮਨਾ ਆਪੇ ਹੀ ਗੱਲ ਕਰ ਲੂਗਾ, ਨਾਲੇ ਜਵਾਬ ਮੰਮੀ ਨੇ ਦਿੱਤਾ, ਰਮਨੇ ਨੇ ਨਹੀਂ ਦਿੱਤਾ। ਹਾਂ ਹਾਂ ਪੁੱਤ, ਜਵਾਬ ਤਾਂ ਮੈਂ ਹੀ ਦਿੱਤਾ। ਰਮਨੇ ਨੂੰ ਪਤਾ ਕਿ ਤੁਹਾਨੂੰ ਜਵਾਬ ਦਿੱਤਾ? ਹਾਂ ਪੁੱਤ, ਰਮਨੇ ਨੂੰ ਮੈਂ ਦੱਸਤਾ, ਰਮਨਾ ਆਪਣਾ ਫੋਨ ਘਰ ਭੁੱਲ ਗਿਆ ਸੀ, ਉਦੋਂ ਤੱਕ DSP ਦਾ ਫੋਨ ਆ ਗਿਆ, ਮੈਂ ਚੱਕ ਕੇ ਭਾਈ ਜਵਾਬ ਦੇ ਦਿੱਤਾ। ਫਿਰ ਰਮਨਾ ਤਾਂ ਗੱਲ ਕਰੇ ਸਕਦਾ ਨਾ, ਉਹ ਕਹਿ ਦੂਗਾ ਵੀ ਵਿਆਹ ਮੈਂ ਕਰਾਉਣਾ, ਮੇਰੀ ਮਾਂ ਨੇ ਥੋੜਾ ਕਰਾਉਣਾ। ਨਾ ਪੁੱਤ, ਰਮਨੇ ਨੇ ਨਹੀਂ ਕਹਿਣਾ ਮੰਨਣਾ, ਹੁਣ ਉਹਨੇ ਕਹਿਣਾ ਮੇਰੀ ਤਾਂ ਤੁਸੀਂ ਵਾਰ ਵਾਰ ਬੇਇੱਜ਼ਤੀ ਕਰਾਈ ਜਾਂਦੇ ਆ, ਨਾਲੇ ਇੱਕ ਵਾਰ ਹੋਰ ਸੋਚ ਲਓ ਤੁਸੀਂ ਦੋਨੇ ਜਾਣੇ, ਹੁਣ ਤਾਂ ਮੈਂ ਗਲੋਂ ਲਾ ਤੇ, ਇਹ ਨਾ ਹੋਵੇ ਵੀ ਆਪਾਂ ਨੂੰ ਫੇਰ ਦੁਬਾਰਾ ਗੱਲ ਰਿਸ਼ਤੇ ਦੀ ਛੇੜ ਕੇ ਪਛਤਾਉਣਾ ਪਵੇ। ਉਹ ਮਾਤਾ ਪਛਤਾਉਣ ਵਾਲਾ ਤਾਂ ਕੰਮ ਹੀ ਨਹੀਂ, ਮੈਂ ਤਾਂ ਆਇਆ ਵੀ ਤੁਹਾਡੇ ਹੱਥੋਂ ਕਿਤੇ ਰਿਸ਼ਤਾ ਨਾ ਨਿਕਲ ਜੇ ਇਹ। ਹੋਰ ਮੰਮੀ, ਰਿਸ਼ਤੇ ਵਾਲੇ ਤਾਂ ਉਹਨਾਂ ਦੇ ਮਗਰ ਮਗਰ ਫਿਰਨਗੇ ਪ੍ਰੋਪਰਟੀ ਕਰਕੇ। ਨਾ ਜੇ ਇੰਨੀ ਪ੍ਰੋਪਰਟੀ ਆ ਤਾਂ ਉਹਨੇ ਹੋਰ ਪਾਸੇ ਕਿਉਂ ਨਹੀਂ ਰਿਸ਼ਤਾ ਕੀਤਾ, ਸਾਡੀ ਕਿਉਂ ਹਾਂ ਨਾ ਅੜਿੱਕੀ ਗਿਆ ਹੁਣ ਤੱਕ? ਉਹ ਆਪਣੇ ਰਮਨੇ ਨੂੰ ਰਿਸ਼ਤਾ ਕਰਕੇ ਖੁਸ਼ ਸੀ ਮੰਮੀ, ਉਹਨੂੰ ਐ ਸੀ ਵੀ ਮੁੰਡਾ ਮੇਰੇ ਨਾਲ ਰਿਹਾ ਹੋਇਆ, ਨੌਕਰੀ ਕੀਤੀ ਆ ਉਹਨੇ ਇਹਦੇ ਨਾਲ, ਬਾਕੀ ਉਹਨੂੰ ਆਪਣੇ ਰਮਨੇ ਦੇ ਸੁਭਾਅ ਬਾਰੇ ਪਤਾ ਹੀ ਸੀਗਾ, ਤਾਂ ਉਹ ਆਪਣੀ ਕੁੜੀ ਦਾ ਰਿਸ਼ਤਾ ਕਰਨ ਨੂੰ ਕਹਿੰਦਾ। ਫਿਰ ਪੁੱਤ ਹੁਣ ਗੱਲ ਕੌਣ ਕਰੂ DSP ਸਾਹਿਬ ਨਾਲ, ਰਮਨਾ ਤਾਂ ਨਹੀਂ ਕਰਦਾ, ਮੈਨੂੰ ਤਾਂ ਰਮਨੇ ਦੇ ਸੁਭਾਅ ਦਾ ਪਤਾ ਹੈ। ਮੰਮੀ ਮੇਰੀ ਗੱਲ ਸੁਣ, ਤੂੰ ਹੀ ਫੋਨ ਕਰਕੇ ਦੇਖ ਲੈ DSP ਨੂੰ, 2 ਮਿੱਠੀਆਂ ਗੋਲੀਆਂ ਦੇ ਦੇ, ਐਂ ਕਹਿ ਦੇ ਵੀ ਭਾਈ ਸਾਰਿਆਂ ਨੇ ਬੈਠ ਕੇ ਸਲਾਹ ਕੀਤੀ ਸੀ, ਸਾਡੇ ਜਵਾਕ ਕਹਿੰਦੇ ਸਾਨੂੰ ਤਾਂ ਉਹੀ ਕੁੜੀ ਠੀਕ ਆ। ਨਾ ਅਗਲਾ ਕੀ ਸੋਚੂਗਾ ਕਿ ਮੁੰਡੇ ਦੀ ਮਾਂ ਕਮਲੀ ਆ ਜਿਹੜਾ ਐਵੇਂ ਫੋਨ 'ਤੇ ਬੂਥਾ ਚੱਕ ਕੇ ਜਵਾਬ ਦੇ ਦਿੱਤਾ। ਪੁੱਤ ਤੁਸੀਂ ਐਂ ਕਰੋ, ਤੁਸੀਂ ਗੱਲ ਕਰ ਲਓ, ਮੇਰੇ ਤੋਂ ਨਹੀਂ ਹੋਣੀ। ਤੁਸੀਂ ਐਂ ਕਰੋ ਜੀ, ਮੈਨੂੰ ਨੰਬਰ ਦਿਓ, ਮੈਂ ਕਰਦਾ ਫੋਨ। ਨੰਬਰ ਤਾਂ ਪੁੱਤ ਮੇਰੇ ਕੋਲ ਹੈ ਨਹੀਂ, ਨੰਬਰ ਤਾਂ ਰਮਨੇ ਦੇ ਫੋਨ 'ਚ ਹੀ ਆ। ਫਿਰ ਰਮਨਾ ਨਹੀਂ ਮੰਮੀ ਨੰਬਰ ਦਿੰਦਾ, ਜੇ ਉਹਦੇ ਤੋਂ ਨੰਬਰ ਮੰਗਾਂਗੇ ਫਿਰ ਉਹ ਕਹੂਗਾ ਤੁਸੀਂ ਕੀ ਕਰਨਾ ਹੁਣ। ਆਪਾਂ ਐਂ ਕਰਦੇ, ਜੋ ਤੋਂ ਲੈਣਾ ਨੰਬਰ ਉਹਦੇ ਲਈ ਤਾਂ ਹੋਊਗਾ। ਹਾਂ ਪੁੱਤ ਉਹਦੇ ਕੋਲ ਤਾਂ ਹੋਣਾ, ਕਰ ਲੈ ਫੋਨ। ਕਰਦਾ ਮੈਂ ਫੋਨ ਜੋਤ ਨੂੰ। ਹੈਲੋ, ਹਾਂ ਜੋਤ, ਸਤਿ ਸ਼੍ਰੀ ਅਕਾਲ। ਹੋਰ ਜੋਤ ਠੀਕ ਠਾਕ, ਤੂੰ ਸੁਣਾ?
ਸਾਨੂੰ ਪਿੰਕੀ ਦੇ ਡੈਡੀ ਦਾ ਨੰਬਰ ਚਾਹੀਦਾ ਸੀਗਾ। ਹਾਂ ਹਾਂ ਚੱਲ ਵਟਸਐਪ ਕਰ ਦੇ। ਠੀਕ ਠੀਕ ਹੈਗਾ ਨੰਬਰ ਉਹਦੇ ਕੋਲੇ? ਹਾਂ ਉਹ ਕਹਿੰਦੇ ਮੈਂ ਵਟਸਐਪ ਕਰ ਦੇ। ਚਲੋ ਵਧੀਆ ਲੈ ਆ ਗਿਆ। ਚੱਲ ਤੁਸੀਂ ਲਾ ਕੇ ਦੇਖ ਲਓ। ਹੈਲੋ ਹਾਂਜੀ ਕੌਣ? ਸਤਿ ਸ਼੍ਰੀ ਅਕਾਲ ਜੀ, ਮੈਂ ਰਾਮਣੇ ਦਾ ਪੁਰਾਣਾ ਬੋਲਦਾ ਜੀ। ਸਤਿ ਸ਼੍ਰੀ ਅਕਾਲ ਜੀ, ਹਾਂਜੀ ਦੱਸੋ ਕਿਵੇਂ ਯਾਦ ਕਰਿਆ? ਮੈਂ ਜੀ ਰਾਮਣੇ ਦੇ ਪਿੰਕੀ ਦੇ ਰਿਸ਼ਤੇ ਬਾਰੇ ਗੱਲ ਕਰਨੀ ਸੀਗੀ। ਹੈਲੋ 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 ਹੈਲੋ, ਲੱਗਦਾ ਆਵਾਜ਼ ਨਹੀਂ ਆ ਰਹੀ। ਨਾ ਆਪ ਰਿਸ਼ਤਾ ਲੈਂਦੇ ਨੇ ਨਾ ਮੈਨੂੰ ਕਿਤੇ ਕਰਨ ਦਿੰਦੇ। ਮੈਨੂੰ ਤਾਂ ਲੱਗਦਾ ਜੀ ਉਹਨੇ ਜਾਣ ਬੁੱਝ ਕੇ ਕੱਟ ਕਰਤਾ, ਅਗਲੇ ਨੂੰ ਗੁੱਸਾ ਹੋਣਾ ਵੀ ਪਹਿਲਾਂ ਨਾ ਕਰਤੀ। ਲੈ ਕੀ ਪਤਾ ਨੈਟਵਰਕ ਦੀ ਪ੍ਰੋਬਲਮ ਕਰਕੇ ਕੱਟ ਗਿਆ ਹੋਵੇ, ਤੁਸੀਂ ਦੁਬਾਰਾ ਲਾ ਕੇ ਦੇਖ ਲਓ ਇੱਕ ਵਾਰੀ। ਮੇਰਾ ਤਾਂ ਨਹੀਂ ਦੁਬਾਰਾ ਦਿਲ ਕਰਦਾ ਉਹਨੂੰ ਫੋਨ ਕਰਨ ਨੂੰ, ਕਿਤੇ ਅਗਲਾ ਬੇਇੱਜ਼ਤੀ ਕਰਦੇ ਮੂਹਰੋਂ। ਚੱਲ ਪੁੱਤ ਰਹਿਣ ਦਿਓ ਫੋਨ ਕਰਨ ਨੂੰ, ਆਪਾਂ ਕੋਈ ਹੋਰ ਰਿਸ਼ਤਾ ਦੇਖ ਲੈਂਦੇ ਹਾਂ। ਮੈਂ ਦੁਬਾਰਾ ਫੋਨ ਕਰਕੇ ਦੇਦਾ, ਰਿਸ਼ਤਾ ਹੱਥੋਂ ਕੱਢਣ ਵਾਲਾ ਨਹੀਂ ਗਾ। ਫੋਨ ਤਾਂ ਸਵਿੱਚ ਆਫ ਆ ਰਿਹਾ, ਮੈਨੂੰ ਤਾਂ ਲੱਗਦਾ ਜਾਣ ਕੇ ਬੰਦ ਕਰ ਲਿਆ। ਨਾ ਨਾ ਪੁੱਤ, ਆਪਣੇ ਆਪ ਸਵਿੱਚ ਆਫ ਹੋ ਗਿਆ ਹੋਣਾ, ਜੇ ਗੁੱਸਾ ਹੁੰਦਾ ਤਾਂ ਬੋਲ ਕੇ ਦੱਸਦਾ। ਤੁਸੀਂ ਤਾਂ ਹੋਰ ਹੀ ਗੱਲਾਂ ਮਾਰੀ ਜਾਂਦੇ ਹੋਗੇ, ਉਹ ਫੋਨ ਚਾਰਜ ਨਹੀਂ ਕੀਤਾ ਹੋਣਾ ਉਹਨਾਂ ਨੇ, ਤਾਂ ਹੀ ਕਾਲ ਕੱਟ ਗਈ, ਫੋਨ ਬੰਦ ਹੋ ਗਿਆ ਹੋਊਗਾ। ਫਿਰ ਪੁੱਤ ਹੁਣ ਕੀ ਕਰਾਂਗੇ? ਕਰਨਾ ਕੀ ਹੈ ਮੰਮੀ, ਮੈਂ ਤਾਂ ਐਂ ਸੋਚਦੀ ਹਾਂ ਵੀ ਅਸੀਂ ਉਹਦੇ ਘਰੇ ਹੀ ਨਾ ਜਾਏ ਆਈਏ, ਜੇ ਉਹਦੇ ਮਨ 'ਚ ਗੁੱਸਾ ਵੀ ਹੋਊਗਾ ਤਾਂ ਠੰਡੇ ਸਿੱਟੇ ਮਾਰ ਦਾਂਗੇ। ਦੇਖ ਲਓ ਪੁੱਤ ਜਿਵੇਂ ਤੁਹਾਨੂੰ ਠੀਕ ਲੱਗਦਾ। ਇਹੀ ਠੀਕ ਆ, ਉਹਦੇ ਘਰੇ ਹੀ ਜਾਏ ਆਉਂਦੇ ਆ, ਨਾਲੇ ਫੋਨ 'ਤੇ ਉਹ ਗੱਲ ਕਾਹਨੂੰ ਹੁੰਦੀ ਆ ਜਿਹੜੀ ਸਾਹਮੋ ਸਾਹਮਣੇ ਬੈਠ ਕੇ ਹੋ ਜਾਣੀ ਆ। ਚਲੋ ਪੁੱਤ ਜਿਵੇਂ ਤੁਹਾਨੂੰ ਠੀਕ ਲੱਗਦਾ ਉਵੇਂ ਕਰ ਲਓ। ਤੁਸੀਂ ਐਂ ਕਰੋ, ਤੁਸੀਂ ਬੈਠੋ, ਮੈਂ ਚਾਹ ਦਾ ਕੱਪ ਬਣਾ ਕੇ ਲਿਆਉਣੀ ਆ। ਛੱਡ ਪਰੇ ਮੰਮੀ ਚਾਹ ਨੂੰ, ਤੂੰ ਚਾਹ ਅਸੀਂ ਆ ਕੇ ਪੀਵਾਂਗੇ, ਪਹਿਲਾਂ ਜਾ ਕੇ ਗੱਲ ਕਰੀਏ। ਚਲੋ ਜੀ ਆਪਾਂ ਚੱਲੀਏ। ਇਹ ਗੱਲ ਜ਼ਰੂਰੀ ਹੈ। ਸਤਿ ਸ਼੍ਰੀ ਅਕਾਲ ਜੀ, ਆਓ ਬੈਠੋ। ਹੋਰ ਠੀਕ ਹੋ ਜੀ? ਠੀਕ ਜੀ, ਤੁਸੀਂ ਸੁਣਾਓ? ਵਧੀਆ ਜੀ। ਅਗਲੇ ਸਤਾ ਪਿੰਕੀ ਤੇ ਰਾਮਣੇ ਸ਼ਗਨ ਬਾਰੇ ਗੱਲ ਕਰਨਾ ਹੈ, ਕਿਹੜਾ ਦਿਨ ਰੱਖੀ ਆਪਾਂ? ਕਮਾਲ ਕਰਦੇ ਹੋ ਤੁਸੀਂ, ਤੁਸੀਂ ਸ਼ਗਨ ਵਾਸਤੇ ਆਏ ਹੋ, ਤੁਹਾਡੀ ਮਾਤਾ ਨੇ ਰਿਸ਼ਤੇ ਵਾਸਤੇ ਦਾ ਇਨਕਾਰ ਕਰਤਾ ਕਿ ਮੈਂ ਪੁਲਿਸ ਵਾਲੀ ਕੁੜੀ ਦਾ ਰਿਸ਼ਤਾ ਨਹੀਂ ਲੈਣਾ। ਅਸਲ 'ਚ ਅੰਕਲ ਜੀ ਨੇ ਮੰਮੀ ਨੇ ਸਾਡੇ ਨਾਲ ਗੱਲ ਕਰੇ ਬਿਨਾਂ ਹੀ ਤੁਹਾਨੂੰ ਜਵਾਬ ਦੇਤਾ, ਤੇ ਅਸੀਂ ਤਾਂ ਉਹਨਾਂ ਨਾਲ ਅੱਜ ਹੀ ਗੱਲ ਕਰੀ ਸੀ ਜਾ ਕੇ। ਕਿੰਨੇ ਦਿਨ ਤਾਂ ਹੋ ਗਿਆ ਤੁਹਾਨੂੰ ਦੇਖ ਕੇ ਗਿਆ ਨੂੰ, ਤੁਸੀਂ ਅਜੇ ਤੱਕ ਸਲਾਹ ਹੀ ਨਹੀਂ ਕੀਤੀ? ਸਲਾਹ ਤਾਂ ਸੀਗੀ, ਕੁੜੀ ਵੀ ਸਾਨੂੰ ਪਸੰਦ ਸੀ, ਮੰਮੀ ਨੂੰ ਨਾ ਥੋੜ੍ਹਾ ਜਿਹਾ ਸੀ ਕਿ ਕੁੜੀ ਪੁਲਿਸ ਦੇ ਵਿੱਚ ਆ, ਤਾਂ ਹੀ ਉਹਨਾਂ ਨੇ ਤੁਹਾਨੂੰ ਜਵਾਬ ਦੇਤਾ ਸੀ। ਤੁਹਾਨੂੰ ਪਤਾ ਹੀ ਅੰਕਲ, ਜਿਨ੍ਹਾਂ ਨੇ ਕਿਤੇ ਪਤਾ ਉਹਨਾਂ ਨੌਕਰੀਆਂ ਬਾਰੇ, ਕਿਸੇ ਨੇ ਕਹਿਤਾ ਉਹ ਮਾਤਾ ਨੂੰ ਵੀ ਪੁਲਿਸ ਵਾਲੀ ਕੋਈ ਤੁਹਾਨੂੰ ਡਰਾ ਕੇ ਰੱਖਿਆ ਕਰੂਗੀ, ਉਹੀ ਗੱਲ ਉਹ ਦਿਮਾਗ 'ਚ ਬਹਿ ਗਈ। ਫਿਰ ਹੁਣ ਅੱਗੇ ਗੱਲ ਵਧਾਉਣ ਦਾ ਤਾਂ ਕੋਈ ਫਾਇਦਾ ਨਹੀਂ, ਕੱਲ੍ਹ ਨੂੰ ਤਾਂ ਮੇਰੀ ਧੀ ਨੂੰ ਕੋਈ ਹੋਰ ਦੇਖਣ ਆ ਰਹੇ ਨੇ। ਫਿਰ ਕੀ ਅੰਕਲ ਜੀ, ਤੁਸੀਂ ਉਹਨਾਂ ਨੂੰ ਜਵਾਬ ਦੇ ਦਿਓ, ਨਾਲੇ ਪਹਿਲ ਤਾਂ ਸਾਡੀ ਹੋਈ ਆ। ਪਹਿਲ ਤਾਂ ਤੁਹਾਡੀ ਬੇਟੇ ਪਹਿਲਾਂ ਸੀ, ਹੁਣ ਤਾਂ ਮੈਂ ਉਹਨਾਂ ਨਾਲ ਜ਼ਬਾਨ ਕਰ ਲਈ ਹੈ, ਨਾਲੇ ਉਹਨਾਂ ਕੋਲ ਤੁਹਾਡੇ ਨਾਲ ਜ਼ਮੀਨ ਵੀ ਵੱਧ ਹੈ ਅਤੇ ਰਿਸ਼ਤਾ ਵੀ ਸਾਨੂੰ ਵਧੀਆ ਮਿਲ ਰਿਹਾ। ਅੰਕਲ ਉਹ ਮੁੰਡਾ ਕੀ ਕਰਦਾ? ਉਹ ਮੁੰਡਾ ਵੀ ਗੌਰਮੈਂਟ ਜੌਬ 'ਤੇ ਹੈ, ਨਾਲੇ ਵੈਟਰਨਰੀ ਡਾਕਟਰ ਹੈ। ਕੁੜੀ ਪੁਲਿਸ ਵਾਲੀ ਅਤੇ ਮੁੰਡਾ ਡਾਕਟਰ, ਉਹਨਾਂ ਦਾ ਕੀ ਮੇਲ ਆ? ਨਾਲੇ ਤੁਸੀਂ ਰਾਮਣੇ ਨੂੰ ਚੰਗੀ ਤਰ੍ਹਾਂ ਜਾਣਦੇ ਹੋ। ਨਾਲੇ ਉਹਨਾਂ ਨੇ ਕੁੜੀ ਨੂੰ ਹਜੇ ਦੇਖਣ ਆਉਣਾ, ਕੀ ਪਤਾ ਕੁੜੀ ਉਹਨਾਂ ਦੇ ਪਸੰਦ ਆਵੇ ਨਾ ਆਵੇ, ਸਾਡੀ ਕੁੜੀ ਦੇਖੀ ਹੋਈ ਆ ਨਾਲੇ ਸਾਨੂੰ ਪਸੰਦ ਆ। ਦੇਖੋ ਅੰਕਲ ਆਪਣਾ ਦੇਖ ਦੇਖਾਈ ਹੋਇਆ ਪਿਆ, ਸਗਨ ਕਰਕੇ ਆਪਾਂ ਵਿਆਹ ਕਰ ਲਾਂਗੇ, ਤੁਸੀਂ ਉਹ ਰਿਸ਼ਤੇ ਨੂੰ ਜਵਾਬ ਦੇ ਦਿਓ। ਤੁਸੀਂ ਪਹਿਲਾਂ ਆਪਣੀ ਮਾਤਾ ਨਾਲ ਸਲਾਹ ਕਰਕੇ ਆਉਣਾ ਸੀ, ਕਿਤੇ ਮੈਂ ਇਹ ਰਿਸ਼ਤੇ ਤੋਂ ਵੀ ਜਵਾਬ ਦੇ ਦਾਂ, ਬਾਅਦ 'ਚ ਤੁਹਾਡੀ ਮਾਤਾ ਨਾ ਮੰਨੇ ਫਿਰ। ਨਹੀਂ ਨਹੀਂ, ਮੈਂ ਮੰਮੀ ਨਾਲ ਸਲਾਹ ਕਰਕੇ ਹੀ ਆਈ ਹਾਂ ਜੀ, ਨਾਲੇ ਉਹਨਾਂ ਨੂੰ ਨੌਕਰੀਆਂ ਬਾਰੇ ਕੀ ਪਤਾ ਗਾ, ਉਹਨਾਂ ਨੇ ਤਾਂ ਐਵੇਂ ਹੀ ਕਹਿਤਾ ਸੀ ਤੁਹਾਨੂੰ। ਚਲੋ ਠੀਕ ਹੈ, ਮੈਂ ਤੁਹਾਡੇ ਕਹਿਣ 'ਤੇ ਉਹਨਾਂ ਨੂੰ ਜਵਾਬ ਦੇ ਦਿੰਦਾ,
ਤੁਸੀਂ ਹੁਣ ਦਿਨ ਦੱਸੋ ਸ਼ਗਨ ਕਿੱਦਾਂ ਰੱਖਣਾ। ਹਾਂ ਅੰਕਲ, ਅਸੀਂ ਘਰੇ ਸਲਾਹ ਕਰਕੇ ਦੱਸ ਦਾਂਗੇ, ਬਾਕੀ ਰਿਸ਼ਤੇ ਟੈਨਸ਼ਨ ਨਾ ਲਓ, ਰਿਸ਼ਤੇ ਕੋਲੋਂ ਹਾਂ ਸਾਡੀ, ਮੇਰੀ ਵੀ ਜ਼ਬਾਨ ਆ ਤੁਹਾਡੇ ਨਾਲ। ਚਲੋ ਠੀਕ ਹੈ ਫਿੱਟ ਪੁੱਤਰ, ਤੁਸੀਂ ਬੈਠੋ, ਮੈਂ ਚਾਹ ਮੰਗਾਉਣਾ, ਚਾਹ ਪੀ ਕੇ ਜਾਇਓ। ਨਹੀਂ ਨਹੀਂ ਅੰਕਲ, ਚਾਹ ਤਾਂ ਸਾਰੇ ਨਾਲ ਦੇਣੇ ਪੀਵਾਂਗੇ ਲੱਡੂਆਂ ਨਾਲ, ਹੁਣ ਅਸੀਂ ਚੱਲਦੇ ਹਾਂ। ਚੰਗਾ ਜੀ, ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਪਾਪਾ ਇਹ ਹੁਣ ਕੀ ਕਰਨ ਆਏ ਸੀ ਜਦੋਂ ਇਹਨਾਂ ਨੂੰ ਆਪਣਾ ਰਿਸ਼ਤਾ ਹੀ ਨਹੀਂ ਮਨਜ਼ੂਰ? ਪੁੱਤਰ, ਇਹ ਤੇਰੇ ਰਿਸ਼ਤੇ ਬਾਰੇ ਗੱਲ ਕਰਨ ਆਏ ਸੀ, ਕਹਿੰਦੇ ਨੇ ਸਾਨੂੰ ਰਿਸ਼ਤਾ ਪਸੰਦ ਹੈ। ਪਾਪਾ ਇਹ ਕਿਹੋ ਜਿਹੇ ਬੰਦੇ ਨੇ, ਇਹਨਾਂ ਦੀ ਮਾਂ ਨੇ ਤਾਂ ਤੁਹਾਨੂੰ ਫੋਨ ਤੇ ਜਵਾਬ ਦਿੱਤਾ ਰਿਸ਼ਤੇ ਨੂੰ, ਤੇ ਇਹ ਘਰੇ ਆ ਕੇ ਕਹਿ ਰਹੇ ਨੇ ਵੀ ਸਾਨੂੰ ਰਿਸ਼ਤਾ ਮਨਜ਼ੂਰ ਹੈ। ਪੁੱਤਰ, ਇਹਨਾਂ ਦੀ ਮਾਂ ਨੂੰ ਇਸ ਡਿਪਾਰਟਮੈਂਟ ਬਾਰੇ ਨੌਲੇਜ ਨਹੀਂ ਹੋਣੀ, ਇਹਨਾਂ ਦਾ ਪ੍ਰਾਹੁਣਾ ਮੈਨੂੰ ਸਮਝਦਾਰ ਲੱਗਿਆ, ਇਹਨਾਂ ਦੇ ਪ੍ਰਾਹੁਣੇ ਨੇ ਇਹਨਾਂ ਨੂੰ ਸਮਝਾਇਆ ਹੋਣਾ। ਨਹੀਂ ਪੁੱਤਰ, ਹੁਣ ਇਹਨਾਂ ਨਾਲ ਪੱਕੀ ਗੱਲ ਕਰ ਲੈਣੀ ਹੈ ਤੇ ਤੇਰਾ ਆਪਾਂ ਸ਼ਗਨ ਕਰ ਦਿੰਦੇ ਹਾਂ, ਤੇਰੇ ਭਰਾ ਦੇ ਆਉਣ ਤੋਂ ਬਾਅਦ ਤੇਰਾ ਵਿਆਹ ਕਰ ਦਿਆਂਗੇ। ਫਿਰ ਪਾਪਾ ਤੁਸੀਂ ਐਵੇਂ ਕਰੋ, ਮੇਰੇ ਨਾਲ ਨਾਲ ਨਾ ਵੀਰੇ ਵਾਸਤੇ ਵੀ ਕੋਈ ਕੁੜੀ ਲੱਭ ਲਓ, ਫਿਰ ਸਾਡਾ ਇਕੱਠਿਆਂ ਦਾ ਹੀ ਵਿਆਹ ਕਰ ਦਿਓ, ਨਾਲੇ ਖਰਚੇ ਦੀ ਬੱਚਤ ਹੋ ਜੂ। ਲੈ ਪੁੱਤਰ, ਖਰਚੇ ਦੀ ਕਿਹੜੀ ਗੱਲ ਹੈ, ਸੁੱਖ ਨਾਲ ਰੱਬ ਨੇ ਬਹੁਤ ਕੁਛ ਦਿੱਤਾ ਹੈ, ਵਿਆਹ ਤੇ ਆਪਾਂ ਅਲੱਗ ਅਲੱਗ ਹੀ ਕਰਾਂਗੇ। ਪਾਪਾ ਵਿਆਹ ਚਾਹੇ ਬੇਸ਼ੱਕ ਅਲੱਗ ਅਲੱਗ ਕਰ ਦਿਓ, ਪਰ ਕਰ ਜ਼ਰੂਰ ਦਿਓ, ਕਿਉਂਕਿ ਮੇਰੇ ਜਾਣ ਤੋਂ ਬਾਅਦ ਇਸ ਘਰ 'ਚ ਭਾਬੀ ਆ ਜੂਗੀ ਮੇਰੀ ਜਗ੍ਹਾ 'ਤੇ, ਤੁਹਾਨੂੰ ਵੀ ਮੇਰੀ ਕਮੀ ਨਹੀਂ ਮਹਿਸੂਸ ਹੋਣੀ। ਲੈ ਪੁੱਤਰ, ਉਹਨਾਂ ਨੇ ਕਿੰਨਾ ਕੁ ਦਿਨ ਰਹਿਣਾ ਇੱਥੇ, 15-20 ਦਿਨ ਰਹਿਣਗੇ, ਉਹਨਾਂ ਨੇ ਫਿਰ ਕੈਨੇਡਾ ਚਲਾ ਜਾਣਾ। ਹਾਂ ਪਾਪਾ, ਇਹ ਵੀ ਤੁਹਾਡੀ ਗੱਲ ਸਹੀ ਹੈ, ਵੈਸੇ ਆਪਣੇ ਕੋਲੇ ਕਿਹੜਾ ਪੈਸੇ ਦੀ ਕਮੀ ਹੈ, ਵਿਆਹ ਤੋਂ ਬਾਅਦ ਤਾਂ ਚਾਹੇ ਸਨੀ ਵੀਰਾ ਕੈਨੇਡਾ ਜਾਵੇ ਹੀ ਨਾ, ਤਾਂ ਵੀ ਸਰ ਜੂਗਾ। ਹੁਣ ਪੁੱਤਰ, ਉਹਦਾ ਇੱਥੇ ਹੁਣ ਦਿਲ ਨਹੀਂ ਲੱਗਣਾ, ਜਿੱਥੇ ਬੰਦਾ ਰਹਿੰਦਾ ਹੋਵੇ ਉਹਦਾ ਉੱਥੇ ਹੀ ਸਰਕਲ ਬਣਿਆ ਹੁੰਦਾ। ਤੇ ਫਿਰ ਪਾਪਾ ਮੇਰਾ ਸਰਕਲ ਵੀ ਤਾਂ ਤੁਹਾਡੇ ਨਾਲ ਹੀ ਬਣਿਆ, ਮੇਰਾ ਤਾਂ ਆਪ ਨਹੀਂ ਮੇਰੇ ਸਹੁਰੇ ਜਾ ਕੇ ਦਿਲ ਲੱਗਣਾ, ਰਹਿਣੀ ਤਾਂ ਮੈਂ ਵੀ ਤੁਹਾਡੇ ਕੋਲ ਹੀ ਹਾਂ ਨਾ। ਪੁੱਤਰ, ਧੀਆਂ ਦਾ ਅਸਲੀ ਘਰ ਤੇ ਸਹੁਰਾ ਘਰ ਹੀ ਹੁੰਦਾ ਤੇ ਤੈਨੂੰ ਉੱਥੇ ਹੀ ਦਿਲ ਲਾ ਕੇ ਰਹਿਣਾ ਪਊਗਾ। ਮੈਨੂੰ ਤਾਂ ਨਹੀਂ ਲੱਗਦਾ ਵੀ ਮੇਰਾ ਉੱਥੇ ਤੁਹਾਡੇ ਬਿਨਾਂ ਦਿਲ ਲੱਗੂਗਾ, ਮੈਨੂੰ ਤਾਂ ਤੁਹਾਨੂੰ ਦੇਖ ਕੇ ਹੀ ਸਕੂਨ ਮਿਲਦਾ। ਲਓ ਮਾਤਾ, ਕਰੋ ਸਕਣ ਦੀ ਤਿਆਰੀ, ਫਿਰ ਕੁੜੀ ਦਾ ਬਾਪ ਤਾਂ ਅਸੀਂ ਮਨਾ ਲਿਆ। ਅੱਛਾ, ਆ ਜਾ ਕੁੜੇ ਬੈਠ ਨਾ। ਉਹਨੇ ਫਿਰ ਤੁਹਾਨੂੰ ਕਿਹਾ ਨੀ ਵੀ ਤੁਹਾਡੀ ਮਾਂ ਨੇ ਤਾਂ ਜਵਾਬ ਦੇ ਦਿੱਤਾ ਸੀ? ਕਿਹਾ ਮੰਮੀ, ਬਥੇਰਾ ਕਿਹਾ ਉਹਨੇ, ਕਹਿੰਦਾ ਹੁਣ ਤਾਂ ਮੈਂ ਆਪਣੀ ਕੁੜੀ ਵਾਸਤੇ ਹੋਰ ਰਿਸ਼ਤਾ ਦੇਖ ਲਿਆ। ਲੈ ਦੇਖ ਲਿਆ ਉੱਥੇ ਉਹਨੇ ਹੋਰ ਰਿਸ਼ਤਾ, ਇੰਨੇ ਕੁ ਟਾਈਮ 'ਚ ਕਿਹੜਾ ਰਿਸ਼ਤਾ ਉਹਨੂੰ ਮਿਲ ਗਿਆ, ਉਹ ਮੈਂ ਭਕਾਈ ਮਾਰਦਾ ਹੋਣਾ। ਉਹ ਨਹੀਂ ਨਹੀਂ ਮਾਤਾ, ਰਿਸ਼ਤਾ ਤਾਂ ਦੇਖ ਲਿਆ ਹੋਣਾ, ਪ੍ਰੋਪਰਟੀ ਕਰਕੇ ਅਗਲੇ ਮਗਰ ਮਗਰ ਫਿਰਦੇ ਲੋਕ। ਹੁਣ ਤਾਂ ਅਸੀਂ ਉਹਨੂੰ ਕਹਿਤਾ ਵੀ ਤੁਸੀਂ ਹੋਰ ਕਿਤੇ ਹਾਂ ਨਹੀਂ ਕਰਨੀ ਹੈਗੀ, ਅਸੀਂ ਛੇਤੀ ਹੋਈ ਸ਼ਗਨ ਕਰਨ ਆਵਾਂਗੇ, ਵੀ ਜਿਹੜਾ ਕੋਈ ਹੋਰ ਆਉਂਦਾ ਉਹਨੂੰ ਜਵਾਬ ਦੇ ਦਿਓ। ਜੇ ਸਾਨੂੰ ਪਹਿਲਾਂ ਪਤਾ ਹੁੰਦਾ ਵੀ ਇਸੇ ਕੁੜੀ ਦਾ ਅਸੀਂ ਰਿਸ਼ਤਾ ਲੈਣਾ ਤਾਂ ਅਸੀਂ ਪਹਿਲੇ ਸ਼ਗਨ ਕਰ ਆਉਂਦੇ। ਚਲੋ ਸ਼ਗਨ ਤਾਂ ਹੁਣ ਵੀ ਹੋ ਜਾਊਗਾ, ਤੁਸੀਂ ਦਿਨ ਦੇਖੋ ਕਿਹੜਾ ਰੱਖਣਾ। ਦਿਨ ਤਾਂ ਪੁੱਤ ਫਿਰ ਐਤਵਾਰ ਹੀ ਠੀਕ ਹੈ, ਐਤਵਾਰ ਦਿਨ ਚੰਗਾ ਹੁੰਦਾ। ਚਲੋ ਮੈਂ ਫੋਨ ਕਰ ਦਿਆਂ DSP ਨੂੰ, ਜੇ ਰਾਮਣੇ ਨਾਲ ਸਲਾਹ ਕਰਨੀ ਆ ਤਾਂ ਦੇਖ ਲਓ। ਕੋਈ ਨਹੀਂ ਪੁੱਤ, ਫਿਰ ਮੈਂ ਦੇਖ ਲੈਂਦੀ ਹਾਂ, ਨਾ ਹੋਇਆ ਰਮਨਾ ਫੋਨ ਕਰ ਦਿੰਦਾ। ਲੈ ਮੰਮੀ, ਰਮਨਾ ਕੀ ਕਹੂਗਾ ਵੀ ਕਦੇ ਕਹਿ ਦਿੰਦੇ ਉੱਥੇ ਰਿਸ਼ਤਾ ਕਰਨਾ, ਕਦੇ ਕਰਨਾ ਨਹੀਂ ਹੈਗਾ। ਫਿਰ ਆਪਾਂ ਨੂੰ ਹੁਣੇ ਪਤਾ ਲੱਗਿਆ ਵੀ ਰਿਸ਼ਤਾ ਛੱਡਣ ਵਾਲਾ ਨਹੀਂ, ਪਹਿਲਾਂ ਕਿਹੜਾ ਆਪਾਂ ਨੂੰ ਪਤਾ ਸੀ? ਫਿਰ ਪੁੱਤ ਹੁਣ ਉਹਨਾਂ ਬਾਰੇ ਕਿਹਨੇ ਦੱਸਿਆ ਤੁਹਾਨੂੰ? ਮੰਮੀ ਦੱਸਣਾ ਕਿਹਨੇ ਸੀ, ਆਪਣੀ ਜੋਤ ਨੇ ਹੀ ਦੱਸਿਆ ਸੀਗਾ। ਜੋਤ ਆਈ ਸੀ ਮੇਰੇ ਕੋਲ, ਕਹਿੰਦੀ ਤੁਸੀਂ ਕਮਲੇ ਹੋ ਗਏ ਭੈਣੇ, ਇੰਨਾ ਵਧੀਆ ਰਿਸ਼ਤਾ ਗਾ, ਇੰਨੀ ਪ੍ਰੋਪਰਟੀ ਆ, ਵੀ ਤੁਹਾਡਾ ਦਿਮਾਗ ਖਰਾਬ ਹੋ ਗਿਆ, ਰਿਸ਼ਤਾ ਲੈਂਦੇ ਕਿਉਂ ਨਹੀਂ ਹੈਗੇ, ਨਾਲੇ ਉਹ ਉੱਥੇ ਆਉਂਦੀ ਜਾਂਦੀ ਰਹਿੰਦੀ ਆ, ਉਹਨੂੰ ਸਾਰੇ ਕਾਸੇ ਦਾ ਭੇਤ ਆ। ਅੱਛਾ ਅੱਛਾ, ਤਾਂ ਹੀ ਜੋਤ ਮੈਨੂੰ ਕਹਿੰਦੀ ਸੀ ਵੀ ਮਾਸੀ ਬਹੁਤ ਵਧੀਆ ਰਿਸ਼ਤਾ ਆ, ਤੁਸੀਂ ਲੈ ਲਓ। ਮੈਂ ਉਹਦੀ ਬਹੁਤੀ ਗੱਲ ਹੀ ਨਹੀਂ ਗੋਲੀ, ਤਾਂ ਹੀ ਫਿਰ ਉਹ ਮੇਰੇ ਕੋਲੋਂ ਸਿੱਧੀ ਤੁਹਾਡੇ ਕੋਲੇ ਗਈ। ਹੋਰ ਮੰਮੀ, ਉਹਨੂੰ ਐ ਸੀਗਾ ਵੀ ਇੰਨਾ ਵਧੀਆ ਰਿਸ਼ਤਾ ਹੱਥੋਂ ਨਾ ਨਿਕਲ ਜਾਵੇ, ਨਾਲੇ ਉਹਦੀ ਪੱਕੀ ਸਹੇਲੀ ਆ ਗਈ, ਉਹਦੀ ਭਾਬੀ ਬਣ ਕੇ ਆ ਜੂਗੀ।
ਲੈ ਰਮਨਾ ਵੀ ਆ ਗਿਆ। ਕੀ ਹਾਲ ਹੈ? ਵਧੀਆ। ਹੋਰ ਠੀਕ ਆ ਭੈਣੇ? ਹਾਂ ਹਾਂ ਵਧੀਆ ਵੀਰੇ। ਅੱਜ ਕਿਹੜਾ ਰਿਸ਼ਤਾ ਲੈ ਕੇ ਆ ਗਏ ਵਿਚੋਲਾ ਸਾਹਿਬ? ਦੇਖ ਲੈ ਜੇ ਵਿਚੋਲਾ ਕਹਿਣਗਾ ਤਾਂ ਕੜਾ ਪਾਉਣਾ ਪੈ ਜੂ। ਵਿਚੋਲਾ ਕਹਿਣਾ ਮਹਿੰਗਾ ਪੈ ਜੂਗਾ। ਲੈ ਕੜਾ ਪਾ ਦੇਵਾਂਗੇ, ਕੜੇ ਦੀ ਐਡੀ ਕਿਹੜੀ ਗੱਲ ਹੈ? ਦਵਿੰਦਰ ਵੀ ਮੇਰਾ ਪੋਤੀ ਆ, ਦਵਿੰਦਰ ਕੀ ਬਗਾਨਾ। ਕੜਾ ਤਾਂ ਚੱਲ ਵੀਰੇ, ਅਸੀਂ ਕੀ ਕਰਨਾ? ਤੂੰ ਐਂ ਦੱਸ ਵੀ ਤੇਰਾ ਸ਼ਗਨ ਕਿਹੜੇ ਦਿਨ ਕਰਕੇ ਆਈਏ? ਹੁਣ ਕਿਹਦੇ ਨਾਲ ਕਰਨ ਫਿਰਦੇ ਹੋ? ਲੈ ਹੁਣ ਤਾਂ ਕੀ ਮਤਲਬ, ਪਹਿਲਾਂ ਕਿਹੜਾ ਆਪਾਂ ਕਿਤੇ ਕੀਤਾ? ਆਪਾਂ ਤਾਂ ਇਕੱਲੀ ਕੁੜੀ ਦੇਖ ਕੇ ਆਏ ਸੀ। ਮੇਰੇ ਕਹਿਣ ਦਾ ਮਤਲਬ ਆ, ਹੁਣ ਕਿਹੜੀ ਕੁੜੀ ਆ ਜਿਹਦੇ ਨਾਲ ਮੇਰਾ ਸ਼ਗਨ ਕਰਨ ਫਿਰਦੇ ਹੋ? ਕੁੜੀ ਤਾਂ ਉਹੀ ਆ ਪੁੱਤ, DSP ਦੀ ਪਿੰਕੀ। ਕਿਉਂ ਮਜ਼ਾਕ ਕਰਦੇ ਹੋ? ਉਹਨੂੰ ਤਾਂ ਮਤਲਬ ਆਪ ਜਵਾਬ ਦਿੱਤਾ। ਲੈ ਮੈਂ ਤਾਂ ਪੁੱਤ ਰਿਸ਼ਤੇ ਨੂੰ ਜਵਾਬ ਦੇ ਦਿੱਤਾ ਸੀ ਤੇਰੇ ਸਾਹਮਣੇ, ਤੈਨੂੰ ਦੱਸਿਆ ਤਾਂ ਸੀ ਸਵੇਰੇ, ਆਹ ਤਾਂ ਕੁਲਵਿੰਦਰ ਹੁਣੀ ਨਹੀਂ ਮੰਨੇ, ਕਹਿੰਦੇ ਅਸੀਂ ਤਾਂ ਉਹੀ ਰਿਸ਼ਤਾ ਲੈਣਾ। ਲੈ ਹੋਰ ਵੀਰੇ, ਅਸੀਂ ਆ ਕੇ ਮੰਮੀ ਨੂੰ ਸਮਝਾਇਆ, ਅਸੀਂ ਕਿਹਾ ਐਵੇਂ ਕਿਉਂ ਕਮਲੀ ਹੋਈ ਆਗੀ, ਵੀ ਵਧੀਆ ਆਗੀ ਕੁੜੀ, ਨਾਲੇ ਪ੍ਰੋਪਰਟੀ ਵਧੀਆ, ਸਾਰੀ ਪ੍ਰੋਪਰਟੀ ਦੀ ਉਹ ਮਾਲਕਣ ਆਗੀ। ਪ੍ਰੋਪਰਟੀ ਦੀ ਮਾਲਕ ਕਿਵੇਂ ਆ? ਉਹਦੇ ਕਿਹੜਾ ਕੋਈ ਹੋਰ ਭੈਣ ਭਾਈ ਆ, ਫਿਰ ਸਾਰੀ ਪ੍ਰੋਪਰਟੀ ਦੀ ਮਾਲਕ ਉਹੀ ਹੋਈ? ਮੈਨੂੰ ਲੱਗਦਾ ਭਾਈ ਹੈਗਾ ਉਹਦੇ, ਉਹ ਬਾਹਰ ਗਿਆ ਹੋਇਆ, ਜਦੋਂ DSP ਮੇਰਾ ਨੌਕਰੀ ਕਰਦਾ ਸੀ ਉਦੋਂ ਕਾਗਜ਼ ਪੱਤਰ ਤਿਆਰ ਕਰਾਏ ਸੀ ਉਹਨੇ। ਲੈ ਪੁੱਤ, ਉਹਨੇ ਆਪਣੇ ਭਤੀਜੇ ਭਾਣਜੇ ਦੇ ਕਾਗਜ਼ ਤਿਆਰ ਕਰਕੇ ਦਿੱਤੇ ਹੋਣੇ ਆ, ਇਹਦੇ ਆਪ ਦੇ ਤਾਂ ਮੁੰਡਾ ਹੈ ਹੀ ਨਹੀਂ। ਨਾਲੇ ਆਪਣੀ ਜੋਤ ਪਿੰਕੀ ਦੇ ਨਾਲੇ ਰਹਿੰਦੀ ਆ, ਸਾਨੂੰ ਕਰਿਆ ਕਹੇਗੀ ਆ ਵੀ ਕੁੜੀ ਨੂੰ ਪ੍ਰੋਪਰਟੀ ਵਧੀਆ ਦਿਓ, ਤੁਸੀਂ ਇਹੀ ਰਿਸ਼ਤਾ ਲੈ ਲਓ। ਅੱਛਾ, ਫਿਰ ਮਾਤਾ ਪ੍ਰੋਪਰਟੀ ਦੇ ਲਾਲਚ ਜਾ ਕੇ ਰਿਸ਼ਤਾ ਲੈਣ ਨੂੰ ਮੰਨ ਗਈ। ਚੱਲ ਵੀਰੇ, ਮੰਮੀ ਨੇ ਪ੍ਰੋਪਰਟੀ ਕੀ ਕਰਨੀ ਆ, ਵਰਤਣੀ ਤਾਂ ਤੁਸੀਂ ਆ ਦੋਨੇ ਜੀਆਂ ਨੇ, ਤੁਸੀਂ ਇਹ ਦੇਖ ਲਓ ਵੀ ਸ਼ਗਨ ਦਾ ਦਿਨ ਕਿਹੜਾ ਰੱਖੀਏ। ਦੱਸ ਭਾਈ ਰਮਨੇ, ਐਤਵਾਰ ਨੂੰ ਵੇਲ ਹੈਗੀ ਆ ਤੇਰੇ ਕੋਲ? ਰੱਖ ਲਓ ਜਿਹੜਾ ਮਰਜ਼ੀ, ਮੈਨੂੰ ਤਾਂ ਕੋਈ ਚੱਕਰ ਨਹੀਂ, ਮੈਂ ਤਾਂ ਛੁੱਟੀ ਲੈ ਲੂੰਗਾ। ਚੱਲ ਫਿਰ ਪੁੱਤ, ਕਰ DSP ਨੂੰ ਫੋਨ, ਉਹਨੂੰ ਕਹਿ ਵੀ ਅਸੀਂ ਐਤਵਾਰ ਨੂੰ ਸ਼ਗਨ ਕਰਨ ਆਵਾਂਗੇ, ਕਰ ਲੈ ਤਿਆਰੀ। ਉਹ ਮਾਤਾ ਤੁਸੀਂ ਉਹ ਕਰ ਦਿਓ, ਮੈਨੂੰ ਤਾਂ ਸ਼ਰਮ ਜੀ ਆਉਂਦੀ ਹੈ, ਪਹਿਲਾਂ ਤਾਂ ਮੈਂ ਉਹਦਾ ਫੋਨ ਚੱਕਿਆ ਨਹੀਂ, ਨਾ ਉਹਨੂੰ ਕੀਤਾ ਹੀ ਆ ਕਿੰਨੇ ਦਿਨ। ਚਲੋ ਜੀ, ਤੁਸੀਂ ਉਹ ਕਰ ਦਿਓ ਫਿਰ ਫੋਨ। ਐਤਵਾਰ ਕਰ ਦਾਂਗੇ ਫਿਰ ਫਾਈਨਲ। ਕਰ ਦਿਓ ਕਰਦੇ ਪੁੱਤ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੁੱਤਰ, ਹੋਰ ਸਭ ਠੀਕ ਆ ਘਰੇ? ਹਾਂਜੀ ਹਾਂਜੀ ਅੰਕਲ ਜੀ, ਸਭ ਵਧੀਆ। ਅੰਕਲ ਨਾਲੇ ਐਤਵਾਰ ਦਾ ਦਿਨ ਫਾਈਨਲ ਕਰਤਾ ਸੀ ਸ਼ਗਨ ਦਾ। ਕੋਈ ਗੱਲ ਨਹੀਂ ਬੇਟਾ, ਸ਼ਗਨ ਆਪਾਂ ਅਗਲੇ ਹਫ਼ਤੇ ਕਰ ਲੈਂਦੇ ਹਾਂ ਅਤੇ ਵਿਆਹ ਦਸੰਬਰ 'ਚ ਕਰ ਲਾਂਗੇ। ਫਿਰ ਵਿਆਹ ਅੰਕਲ ਆਪਾਂ ਇੰਨਾ ਲੇਟ ਕਾਹਨੂੰ ਕਰਨਾ, ਅਗਲੇ ਮਹੀਨੇ ਵਿਆਹ ਕਰ ਲਾਂਗੇ ਆਪਾਂ। ਬੇਟੇ ਵਿਆਹ ਦੀ ਤਿਆਰੀ ਕਰਨ ਵਾਲੀ ਬਹੁਤ ਹੁੰਦੀ ਹੈ, ਇੱਕ ਮੇਰਾ ਬੇਟਾ ਦਸੰਬਰ 'ਚ ਹੀ ਆ ਰਿਹਾ, ਉਹ ਪਹਿਲਾਂ ਆ ਨਹੀਂ ਸਕਦਾ, ਇਸ ਕਰਕੇ ਵਿਆਹ ਦਸੰਬਰ 'ਚ ਕਰਾਂਗੇ। ਬੇਟਾ ਕਿਹੜਾ ਹੋਊਗਾ ਜੀ ਤੁਹਾਡਾ, ਕੋਈ ਭਤੀਜਾ ਭਾਣ ਜਾ? ਬੇਟੇ ਭਤੀਜਾ ਭਾਣ ਜਾ ਨਹੀਂ ਹੈ, ਮੇਰਾ ਆਪਦਾ ਬੇਟਾ ਹੈ, ਉਹਨੂੰ ਮੈਂ ਬਾਹਰ ਭੇਜਤਾ ਸੀ ਅਤੇ ਲੜਕੀ ਨੂੰ ਪੁਲਿਸ 'ਚ ਭਰਤੀ ਕਰਾਤਾ ਸੀ। ਅੱਛਾ ਜੀ, ਚਲੋ ਕੋਈ ਨਾ ਜੀ, ਫਿਰ ਉਹਦੇ ਆਏ 'ਚ ਕਰ ਲਾਂਗੇ ਵਿਆਹ। ਹਾਂ ਪੁੱਤਰ, ਆਪਾਂ ਸ਼ਗਨ ਐਤਵਾਰ ਨੂੰ ਕਰ ਲੈਂਦੇ ਹਾਂ, ਵਿਆਹ ਉਹਦੇ ਆਏ ਤੋਂ ਦਸੰਬਰ 'ਚ ਕਰਾਂਗੇ। ਚਲੋ ਠੀਕ ਆ ਜੀ, ਚੰਗਾ ਜੀ। ਉਹ ਤਾਂ ਇੱਕ ਹੋਰੇ ਪੰਗਾ ਪੈ ਗਿਆ। ਨਾ ਹੁਣ ਕੀ ਹੋ ਗਿਆ? ਉਹ ਮੁੰਡਾ ਹੈਗਾ DSP ਦੇ, ਕੈਨੇਡਾ ਗਿਆ ਹੋਇਆ ਉਹ। ਮੈਂ ਤੁਹਾਨੂੰ ਕਿਹਾ ਤਾਂ ਹੈਗਾ ਸੀ ਵੀ ਮੁੰਡਾ ਹੈਗਾ DSP ਦੇ, ਤੁਸੀਂ ਤਾਂ ਕਹਿੰਦੇ ਕੋਈ ਭਤੀਜਾ ਭਾਣ ਜਾ ਹੋਊਗਾ। ਇਹ ਤਾਂ ਉਹੀ ਗੱਲ ਹੋ ਗਈ, ਪਹਿਲਾਂ ਕਲਰਕ ਦੇ ਭੁਲੇਖੇ ਆਪਾਂ ਦੇਖਣ ਚਲੇ ਗਏ ਕੁੜੀ, ਹੁਣ ਪ੍ਰੋਪਰਟੀ ਦੇ ਭੁਲੇਖੇ ਚਲੇ ਗਏ। ਮੈਨੂੰ ਤਾਂ ਇਹ ਲੱਗਦਾ ਗਾ ਆਪਣੀ ਜੋਤ ਨਾ ਝੂਠ ਬੋਲ ਗਈ, ਆਪਣੀ ਸਹੇਲੀ ਦਾ ਰਿਸ਼ਤਾ ਇੱਥੇ ਕਰਾਉਣ ਦੀ ਮਾਰੀ, ਵੀ ਉਹਨਾਂ ਦੇ ਤਾਂ ਕੋਈ ਮੁੰਡਾ ਹੈ ਹੀ ਨਹੀਂ। ਓਏ, ਉਹਨੇ ਕਦੇ ਪੁੱਛੀ ਨਹੀਂ ਹੋਣਾ ਪਿੰਕੀ ਨੂੰ ਵੀ ਤੇਰੇ ਭਾਈ ਹੈਗਾ ਕਿ ਨਹੀਂ। ਮੈਂ ਬਣਾਉਣੀ ਰੇਲ ਜੋਤ ਦੀ ਫੋਨ ਕਰਕੇ, ਵੀ ਅਸੀਂ ਤਾਂ ਪਹਿਲਾਂ ਹੀ ਮਸੀ ਖੜਾ ਛਡਾਇਆ ਸੀ DSP ਜਿਹੇ ਤੋਂ, ਹੁਣ ਸਾਨੂੰ ਫੇਰ ਫਸਾ ਦਿੱਤਾ। ਇਹ 'ਚ ਜੋਤ ਦਾ ਕੀ ਕਸੂਰ ਆ ਜੀ, ਹੁਣ ਤਾਂ ਆਪਣਾ ਰਿਸ਼ਤਾ ਲੈਣਾ ਪਊ, ਅਸੀਂ ਤਾਂ ਜਵਾਨ ਕਰਕੇ ਆ ਗਏ ਦੋ ਜਣੇ ਉਹਨਾਂ ਨਾਲ। ਹੋਰ ਮੰਮੀ, ਅੱਜ ਤਾਂ ਉਹਦਾ ਦੂਜੇ ਰਿਸ਼ਤੇ ਨੂੰ ਵੀ ਜਵਾਬ ਦਵਾਤਾ ਜਿਹੜਾ ਉਹਨੇ ਡੰਗਰ ਡਾਕਟਰ ਲੱਭਿਆ ਸੀ। ਦੇਖ ਲਓ ਸੰਜੋਗਾਂ ਦੀ ਗੱਲ ਹੁੰਦੀ ਆ, ਲੈ ਗਏ ਮੱਲੋ ਮੱਲੀ ਖਿੱਚ ਕੇ। ਹਾਂ, ਸੰਜੋਗ ਭਾਰੀ ਪੈ ਗਏ ਭਾਈ, ਮੰਨਣ ਵਾਲੀ ਗੱਲ ਆ। ਪਿੰਕੀ, ਤੂੰ ਨਾ ਤੇਰੀ ਪੁਲਿਸ ਦੀ ਨੌਕਰੀ ਜੀ ਛੱਡ ਦੇ, ਮੰਮੀ ਹੋਰਾਂ ਨੂੰ ਪਸੰਦ ਨਹੀਂ ਹੈਗਾ ਤੇਰਾ ਨੌਕਰੀ 'ਤੇ ਜਾਣਾ। ਮੈਂ ਘਰ ਦੇ ਸਾਰੇ ਕੰਮ ਕਰਕੇ ਜਾਂਦੀ ਹਾਂ ਅਤੇ ਆ ਕੇ ਫਿਰ ਸਾਰੇ ਕੰਮ ਕਰਦੀ ਹਾਂ, ਪਰ ਹੁਣ ਮੰਮੀ ਹੁਣਾਂ ਨੂੰ ਕੀ ਪ੍ਰੋਬਲਮ ਆ ਮੇਰੀ ਨੌਕਰੀ ਤੋਂ? ਪਤਾ ਨਹੀਂ ਯਾਰ, ਮੈਨੂੰ ਤਾਂ ਮੰਮੀ ਨੇ ਕਿਹਾ
ਵੀ ਉਹਨੂੰ ਨੌਕਰੀ ਤੋਂ ਹਟਾ ਲਓ। ਮੈਂ ਘਰੇ ਸਾਰਾ ਦਿਨ ਵਿਹਲੀ ਕਰੂੰਗੀ ਕੀ, ਜੋਤ ਵੀ ਤਾਂ ਨੌਕਰੀ ਕਰਦੀ ਹੋਈ ਆ। ਜੋਤ ਤਾਂ ਯਾਰ ਹਲੇ ਕੁਆਰੀ ਆ, ਨਾਲੇ ਕੀ ਪਤਾ ਉਹਦੀ ਸੱਸ ਵੀ ਵਿਆਹ ਤੋਂ ਬਾਅਦ ਉਹਨੂੰ ਨੌਕਰੀ ਤੋਂ ਹਟਾ ਹੀ ਲਵੇ। ਪਰ ਮੇਰਾ ਘਰੇ ਟਾਈਮ ਪਾਸ ਕਿਵੇਂ ਹੋਇਆ ਕਰੂਗਾ, ਮੈਂ ਤਾਂ ਹੀ ਬੋਰ ਹੋ ਜਾ ਕਰੂੰਗੀ, ਤੁਸੀਂ ਤਾਂ ਆਪਣੀ ਡਿਊਟੀ ਚੱਲ ਜਾ ਕਰੋਗੇ। ਤੂੰ ਮੰਮੀ ਹੋਰਾਂ ਨਾਲ ਗੱਲਬਾਤ ਕਰ ਲਿਆ ਕਰੀ, ਨਾਲੇ ਮੰਮੀ ਵੀ ਤਾਂ ਘਰੇ ਰਹਿੰਦੀ ਵਾ, ਉਹ ਤਾਂ ਬੋਰ ਹੁੰਦੀ ਨਹੀਂ ਘਰੇ ਰਹਿ ਕੇ। ਮੰਮੀ ਨੂੰ ਤਾਂ ਆਦਤ ਪਈ ਹੋਈ ਹੈ ਘਰੇ ਰਹਿਣ ਦੀ। ਕੋਈ ਨਾ, ਜਦੋਂ ਤੂੰ ਲਗਾਤਾਰ ਘਰੇ ਰਹੇਂਗੀ ਫਿਰ ਤੈਨੂੰ ਵੀ ਆਦਤ ਪੈ ਜਾਣੀ ਆ। ਮੈਨੂੰ ਲੱਗਦਾ ਮੈਂ ਤਾਂ ਪੰਗੇ ਹੀ ਲੈ ਲਿਆ ਉੱਥੇ ਵਿਆਹ ਕਰਵਾ ਕੇ। ਇਹ ਗੱਲ ਤਾਂ ਤੈਨੂੰ ਪਹਿਲਾਂ ਵੀ ਪਤਾ ਸੀ ਵੀ ਮੇਰੀ ਮਾਂ ਨੂੰ ਪੁਲਿਸ ਦੀ ਨੌਕਰੀ ਪਸੰਦ ਨਹੀਂ ਹੈਗੀ, ਫਿਰ ਤੂੰ ਮੇਰੇ ਨਾਲ ਵਿਆਹ ਕਰਾਇਆ ਕਿਉਂ ਸੀ? ਇਹ ਗੱਲ ਤਾਂ ਫਿਰ ਤੁਹਾਨੂੰ ਵੀ ਪਹਿਲਾਂ ਹੀ ਪਤਾ ਸੀ ਵੀ ਮੈਂ ਪੁਲਿਸ ਦੀ ਨੌਕਰੀ ਕਰਦੀ ਹਾਂ, ਫਿਰ ਤੁਸੀਂ ਕਿਉਂ ਮੇਰਾ ਰਿਸ਼ਤਾ ਲਿਆ? ਸਾਨੂੰ ਤਾਂ ਇਹ ਸੀ ਵੀ ਜੇ ਤੇਰੀ ਨੌਕਰੀ ਨਾ ਸਾਨੂੰ ਸਹੀ ਲੱਗੀ ਫਿਰ ਤਾਂ ਨੌਕਰੀ ਤਾਂ ਹਟਾ ਲਾਂਗੇ। ਤੁਸੀਂ ਵੀ ਤਾਂ ਪੁਲਿਸ ਦੀ ਨੌਕਰੀ ਕਰਦੇ ਹੋ, ਤੁਹਾਡੀ ਨੌਕਰੀ ਤਾਂ ਨਹੀਂ ਬੁਰੀ ਲੱਗਦੀ ਮੰਮੀ ਜੀ ਨੂੰ? ਯਾਰ ਮੁੰਡਿਆਂ ਦੀ ਗੱਲ ਹੋਰ ਹੁੰਦੀ ਆ, ਮੁੰਡਿਆਂ ਲਈ ਤਾਂ ਇਹ ਨੌਕਰੀ ਹੈਗੀ ਆ ਠੀਕ, ਪਰ ਕੁੜੀਆਂ ਲਈ ਨਹੀਂ ਸਹੀ ਹੈਗੀ। ਇਹ ਤਾਂ ਤੁਸੀਂ ਪਹਿਲਾਂ ਦੇਖਣਾ ਸੀ, ਮੈਂ ਤਾਂ ਨਹੀਂ ਹੁਣ ਛੱਡਦੀ ਨੌਕਰੀ। ਫਿਰ ਦੋਨਾਂ 'ਚੋਂ ਇੱਕ ਨੂੰ ਤਾਂ ਛੱਡਣਾ ਹੀ ਪਊ, ਚਾਹੇ ਨੌਕਰੀ ਛੱਡ ਦੇ ਚਾਹੇ ਮੈਨੂੰ ਛੱਡ ਦੇ। ਲੈ ਇਹ ਤਾਂ ਗਲਤ ਗੱਲ ਆ ਤੁਹਾਡੀ, ਬਲੈਕਮੇਲਿੰਗ ਵਾਲਾ ਕੰਮ ਹੋ ਗਿਆ ਇਹ ਤਾਂ, ਹੁਣ ਫਿਰ ਹੋਰ ਕੀ ਕਰ ਸਕਦੀ ਹਾਂ, ਤੁਹਾਨੂੰ ਤਾਂ ਛੱਡ ਨਹੀਂ ਸਕਦੀ, ਨੌਕਰੀ ਹੀ ਛੱਡ ਦਿੰਦੀ ਹਾਂ। ਆਏ ਹਾਏ, ਬੜੇ ਵਧੀਆ ਸੰਸਕਾਰ ਦਿੱਤੇ ਨੇ DSP ਸਾਹਿਬ ਨੇ, ਕੁੜੀ ਨੇ ਜਮ੍ਹਾਂ ਜਿੱਦ ਨਹੀਂ ਕੀਤੀ ਵੀ ਮੈਂ ਨੌਕਰੀ ਕਰੂੰਗੀ, ਰਿਸ਼ਤਾ ਬਚਾਉਣ ਲਈ ਨੌਕਰੀ ਛੱਡਣ ਨੂੰ ਤਿਆਰ ਹੋ ਗਈ। ਹੋਰ ਫਿਰ ਹੁਣ ਮੈਂ ਆਪਣਾ ਘਰ ਥੋੜ੍ਹੀ ਖਰਾਬ ਕਰਨਾ? ਮੈਨੂੰ ਤਾਂ ਜਿੱਦੀ ਜੀ ਲੱਗਦੀ ਸੀ, ਤੂੰ ਤਾਂ ਯਾਰ ਸਮਝਦਾਰ ਹੀ ਬਹੁਤ ਹੈ, ਬਹੁਤ ਸਿਆਣੀਆਂ ਗੱਲਾਂ ਕਰਦੀਆਂ। ਜਿੱਦਾਂ ਤਾਂ ਮਾਂ ਬਾਪ ਦੇ ਘਰੇ ਪਗਾਈਆਂ ਜਾਂਦੀਆਂ ਨੇ, ਸਾਰੇ ਘਰੇ ਆ ਕੇ ਤਾਂ ਲਾਈਫ ਨਾਲ ਸਮਝੌਤਾ ਕਰਨਾ ਹੀ ਪੈਂਦਾ। ਇੰਨੀਆਂ ਸਿਆਣੀਆਂ ਗੱਲਾਂ ਤੈਨੂੰ ਕਿਹਨੇ ਸਿਖਾਈਆਂ ਨੇ? ਸਾਡੀ ਮੰਮੀ ਤਾਂ ਸਾਨੂੰ ਨਿੱਕੇ ਹੁੰਦੇ ਨੂੰ ਛੱਡ ਕੇ ਰੱਬ ਨੂੰ ਪਿਆਰੀ ਹੋ ਗਈ ਸੀ, ਫਿਰ ਪਾਪਾ ਨੇ ਸਾਨੂੰ ਮਾਂ ਬਣ ਕੇ ਪਾਲਿਆ, ਤਾਂ ਹੀ ਤਾਂ ਉਹਨਾਂ ਨੇ ਦੂਜਾ ਵਿਆਹ ਨਹੀਂ ਕਰਵਾਇਆ ਸੀ ਵੀ ਕਿਤੇ ਮੇਰੇ ਬੱਚਿਆਂ ਦੇ ਪਾਲਣ ਪੋਸ਼ਣ 'ਚ ਕੋਈ ਕਮੀ ਨਾ ਰਹਿ ਜੇ। ਚਲੋ ਜੇ ਤੇਰੇ ਪਾਪਾ ਨੇ ਤੇਰੇ ਪਾਲਣ ਪੋਸ਼ਣ 'ਚ ਕੋਈ ਕਮੀ ਨਹੀਂ ਰਹਿਣ ਦਿੱਤੀ, ਤਾਂ ਆਪਾਂ ਵੀ ਤੈਨੂੰ ਖੁਸ਼ ਰੱਖਣ 'ਚ ਕੋਈ ਕਮੀ ਨਹੀਂ ਰਹਿਣ ਦਿੰਦੇ, ਤੈਨੂੰ ਪੂਰੀ ਖੁਸ਼ ਰੱਖਾਂਗੇ। ਨਾਲੇ ਮੈਂ ਤਾਂ ਮਜ਼ਾਕ ਕਰਦਾ ਸੀ, ਮੰਮੀ ਹੋਰਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇਰੀ ਨੌਕਰੀ ਤੋਂ। ਹਾਏ, ਤੁਸੀਂ ਤਾਂ ਮੈਨੂੰ ਡਰਾ ਕੇ ਰੱਖਦਾ ਸੀ, ਪਹਿਲਾਂ ਮੈਨੂੰ ਜੋਤ ਨੇ ਵੀ ਬਹੁਤ ਡਰਾਇਆ, ਕਹਿੰਦੀ ਨਾ ਮੇਰੀ ਮਾਸੀ ਅਤੇ ਮੇਰੀ ਮਾਸੀ ਦੀ ਕੁੜੀ ਦਾ ਨਾ ਸੁਭਾਅ ਬਹੁਤ ਭੈੜਾ, ਪਰ ਮੈਨੂੰ ਤਾਂ ਲੱਗਿਆ ਨਹੀਂ। ਮੰਮੀ ਗੁੱਸੇਖੋਰ ਜ਼ਰੂਰ ਆ ਪਰ ਦਿਲ ਦੀ ਬਹੁਤ ਸਾਫ਼ ਆ, ਨਾਲੇ ਜੋਤ ਨੇ ਤਾਂ ਤੈਨੂੰ ਤਾਂ ਕਿਹਾ ਹੋਣਾ ਵੀ ਮੰਮੀ ਹੋਰਾਂ ਦਾ ਸੁਭਾਅ ਖਰਾਬ ਆ, ਉਹ ਤਾਂ ਮੰਮੀ ਹੋਰਾਂ ਨੇ ਉਹਨੂੰ ਕਹਿਤਾ ਹੋਣਾ ਵੀ ਤੂੰ ਉਹਨੂੰ ਐਵੇਂ ਕਹਿ ਦੀ, ਕਿਉਂਕਿ ਮੰਮੀ ਹੋਰੀ ਤੇਰੀ ਉਹ ਪੁਲਿਸ ਵਾਲੀ ਨੌਕਰੀ ਕਰਕੇ ਰਿਸ਼ਤਾ ਲੈਣ ਨੂੰ ਰਾਜ਼ੀ ਨਹੀਂ ਸੀ ਨਾ। ਚਲੋ ਕੋਈ ਨਹੀਂ, ਹੁਣ ਮੈਂ ਜਾ ਕੇ ਕੰਮ ਕਰਵਾ ਲਾ, ਨਹੀਂ ਤੁਸੀਂ ਤਾਂ ਗੱਲਾਂ ਹੀ ਨਹੀਂ ਮੁੱਕਣ ਦੇਣੀਆਂ, ਫਿਰ ਮੈਂ ਕੰਮ ਕਰਵਾ ਕੇ ਡਿਊਟੀ ਵੀ ਜਾਣਾ। ਅੱਛਾ ਜੀ, ਡਿਊਟੀ ਤੁਸੀਂ ਇਕੱਲਿਆਂ ਨੇ ਨਹੀਂ ਜਾਣਾ, ਮੈਂ ਵੀ ਜਾਣਾ। ਫਿਰ ਉੱਠ ਜਾਓ ਤੁਸੀਂ ਵੀ। ਬਸ ਚਾਹ ਪੀ ਕੇ ਉੱਠਦਾ ਮੈਂ ਵੀ। ਓਹੋ ਦੀਦੀ, ਤੁਸੀਂ ਇੱਥੇ 4 ਦਿਨ ਆਰਾਮ ਕਰਨ ਆਏ ਹੋ ਤੇ ਆ ਕੰਮ ਕਰਨ ਲੱਗੇ ਪਏ ਹੋ, ਛੱਡੋ ਝਾੜੂ, ਮੈਂ ਆਪੇ ਹੀ ਕਰ ਲੂੰਗੀ ਸਾਰੇ ਕੰਮ। ਪਿੰਕੀ ਮੈਨੂੰ ਐਂ ਦੱਸ ਫਿਰ ਕੀ ਹੁੰਦਾ ਜੇ ਮੈਂ ਝਾੜੂ ਲਾ ਲੂੰਗੀ, ਉੱਥੇ ਵੀ ਤਾਂ ਮੈਂ ਕੰਮ ਕਰਦੀ ਹੋਈ ਹਾਂ, ਜੇ ਉਰੇ ਕਰ ਲੂੰਗੀ ਫਿਰ ਕਿਹੜਾ ਮੈਂ ਘੱਸ ਜੂੰ? ਉੱਥੇ ਕਰਦੇ ਸੀ, ਇੱਥੇ ਨਹੀਂ ਮੈਂ ਕਰਨ ਦੇਣਾ, ਇੱਥੇ ਤਾਂ ਤੁਸੀਂ 4 ਦਿਨ ਜਿਹੜਾ ਮੇਰਾ ਦਿਲ ਲਾਉਣ ਆ ਗਏ ਨਾ, ਇਹੀ ਬਹੁਤ ਹੈ। ਚੱਲ ਤੇਰੀ ਮਰਜ਼ੀ ਆ। ਬਹਿ ਜਾ ਪੁੱਤ। ਦੇਖ ਲਾ ਮੰਮੀ, ਆਪਾਂ ਤਾਂ ਐਵੇਂ ਡਰੀ ਜਾਂਦੇ ਸੀ ਇਹਦਾ ਰਿਸ਼ਤਾ ਲੈਣ ਤੋਂ ਵੀ ਪੁਲਿਸ ਵਾਲੀ ਆ ਆਪਾਂ ਨੂੰ ਤੰਗ ਕਰੂਗੀ, ਪਰ ਇਹ ਤਾਂ ਬਾਹਲੀ ਹੋਈ ਚੰਗੀ ਆ। ਸਹੀ ਗੱਲ ਆ ਕੁਲਵਿੰਦਰ ਪੁੱਤ, ਮੈਨੂੰ ਵੀ ਅੰਦਰੋਂ ਅੰਦਰੀ ਇਹੀ ਡਰ ਖਾਈ ਜਾਂਦਾ ਸੀ ਵੀ ਖੋਰੇ ਕਿਹੋ ਜਿਹਾ ਸੁਭਾਅ ਹੋਊਗਾ, ਦੇਖਣ ਨੂੰ ਵੀ ਤੇਜ਼ ਲੱਗਦੀ ਸੀ, ਪਰ ਮੈਨੂੰ ਪਤਾ ਕੀ ਕਹਿੰਦੀ? ਮੈਨੂੰ ਕਹਿੰਦੀ, ਮੰਮੀ ਮੇਰੇ ਮਾਂ ਹੈ ਨਹੀਂ ਪਰ ਅੱਜ ਤੋਂ ਤੂੰ ਹੀ ਮੇਰੀ ਮਾਂ ਆ। ਇਹ ਗੱਲ ਕਹਿ ਕੇ ਨਾ ਮੇਰਾ ਤਾਂ ਸੱਚੀ ਕਾਲ ਜਿਹਾ ਠੰਡਾ ਕਰ ਦਿੱਤਾ, ਸਾਰਾ ਕੰਮ ਕਰਕੇ ਫਿਰ ਡਿਊਟੀ ਜਾਂਦੀ ਆ ਅਤੇ ਡਿਊਟੀ ਤੋਂ ਆ ਕੇ ਧੱਕੇ ਨਾਲ ਫਿਰ ਕੰਮਾਂ ਨੂੰ ਚੁੰਬੜ ਜਾਂਦੀ ਆ, ਮੇਰੀ ਤਾਂ ਰੂਹ ਖੁਸ਼ ਹੋ ਗਈ। ਇਹੀ ਫਰਕ ਹੁੰਦਾ ਮੰਮੀ ਘਰਾਣੇ ਘਰ ਦੀਆਂ ਧੀਆਂ ਦਾ।
ਨੌਕਰੀ ਜਿਹੜੀ ਮਰਜ਼ੀ ਹੋਵੇ। ਸੱਚੀ ਗੱਲ ਹੈ ਪੁੱਤ, ਲੱਗਦਾ ਹੀ ਨਹੀਂ ਵੀ ਪਿੰਕੀ ਪੁਲਿਸ ਵਿੱਚ ਹੋਊਗੀ। ਕਿੰਨਾ ਸਾਊ ਸੁਭਾਅ ਆ, ਮੇਰਾ ਤਾਂ ਸੱਚੀ ਮਨ ਖੁਸ਼ ਹੋ ਗਿਆ। ਲੈ ਦੇਖ ਲੈ ਪਿੰਕੀ ਸਾਡਾ ਕਿੰਨਾ ਧਿਆਨ ਰੱਖਦੀ ਹੈ। ਤੂੰ ਵੀ ਪੀ ਲੈਣੀ ਸੀ ਪੁੱਤ। ਚੱਲ ਕੋਈ ਨਾ, ਕੰਮ ਤਾਂ ਬਾਅਦ ਵਿੱਚ ਹੋ ਜਾਂਦੇ, ਤੂੰ ਪਹਿਲਾਂ ਸਾਡੇ ਨਾਲ ਚਾਹ ਪੀ ਲੈਂਦੀ। ਕੋਈ ਗੱਲ ਨਹੀਂ ਦੀਦੀ, ਤੁਸੀਂ ਪੀਓ। ਬਹੁਤ ਸਵਾਦ ਚਾਹ ਬਣਾਈ ਆ ਭਾਬੀ, ਸੱਚੀ ਤੂੰ ਤਾਂ ਆਉਂਦੀ ਨਹੀਂ ਨਾ, ਸਾਰਿਆਂ ਦਾ ਦਿਲ ਜਿੱਤ ਲਿਆ। ਸਹੀ ਗੱਲ ਹੈ ਪੁੱਤ।